ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਪਿਆਰੇ ਦਾ ਪਿਆਰਾ, ਪਿਆਰੇ ਦਾ ਪਿਆਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਸਮਰੱਥ ਰਚਨਾਵਲੀ ਗੁਰੂ ਨਾਨਕ ਚਮਤਕਾਰ ਪੂਰਬਾਇਣ ਦਾ ਇੱਕ ਅਤ ਸੰਵੇਦਨਸ਼ੀਲ ਗਹਿਰਾਈ 'ਚ ਉਤਰ ਕੇ ਬਿਆਨਿਆ ਸ਼ਾਹਕਾਰ ਹੈ, ਜਿੱਥੇ ਇਸ ਨੂੰ ਬਿਨਾਂ ਟਿਕਾਓ ਦੇ ਪੜ੍ਹਨਾ ਹੀ ਅਤ ਕਠਿਨ ਹੈ, ਉੱਥੇ ਬਿਨਾਂ ਇਕਾਗਰ ਚਿੱਤ ਹੋ ਸੁਣਨਾ ਵੀ ਉਤਨਾ ਹੀ ਔਖਾ ਹੈ। ਪਰੰਤੂ ਇਸ ਦਾ ਰਸ ਆਤਮਿਕ ਉੱਚਤਾ ਅਤੇ ਟਿਕਾਓ ਲਈ ਅੰਮ੍ਰਿਤ ਬਾਣ ਹੋ ਨਿਬੜਿਆ ਹੈ। ਇੱਕ ਅੱਲੜ ਗੁੱਡੀਆਂ ਪਟੋਲਿਆਂ 'ਚ ਬਚਪਨ ਹੰਢਾਉਂਦੀ ਬਾਲੜੀ, ਸੁਕੁਮਾਰ ਅਵਸਥਾ ਦੀ ਚੰਚਲਤਾ, ਸਖੀਆਂ ਸਹੇਲੀਆਂ ਦੀ ਚੋਹਲਬਾਜ਼ੀ, ਆਪਣੇ ਹਾਣ ਦੀਆਂ ਖੇਡਾਂ ਅਤੇ ਫਿਰ ਉੱਪਰੋਂ ਮਾਂ ਪਿਓ ਦੀ ਲਾਡਲੀ ਅਤੇ ਇਕਲੌਤੀ ਸੰਤਾਨ ਦੀਆਂ ਅੜਬ ਜਿਦਾਂ ਰੋਸੇ ਮਨੌਤੀਆਂ 'ਚ ਜਵਾਨੀ ਦੀ ਸਰਦਲ 'ਤੇ ਆ ਖੜੀ ਹੋਈ ਹੈ। ਇਹ ਅਵਸਥਾ ਆਪਣੀ ਹੋਂਦ, ਆਪਣੇ ਸੁਹੱਪਣ, ਆਪਣੀ ਜਵਾਨੀ 'ਚ ਮਸਤ ਕਦੋਂ ਪਰਮਾਰਥ ਦੀ ਗੱਲ ਸੁਣਦੀ ਹੈ। ਹਾਂ, ਜੇ ਕਿਧਰੇ ਕੋਈ ਜੀਵਨ ਗਤੀ 'ਚ ਅਚਾਨਕ ਪਾਣਾ ਵਰਤ ਜਾਏ ਤਾਂ ਫਿਰ ਇਸ ਜੀਵਨ ਵੇਗ ਨੇ ਕਿੱਧਰ ਨੂੰ ਤੁਰ ਪੈਣਾ ਹੈ, ਇਹ ਸਭ ਫਿਰ ਅਣਦਿਸਦੀ ਕਰਤਾਰੀ ਕੁਦਰਤ ਦੇ ਹੱਥ ਹੈ। ਅਚਾਨਕ ਇੱਕ ਦਿਨ ਸ਼ਿਕਾਰ ਖੇਡਦਿਆਂ ਅਣਜਾਣੇ 'ਚ ਕਿਸੇ ਜਾਨਵਰ ਦੀ ਚੌਲ ਵਿੱਚ ਅਣਜਾਣ ਵਿਅਕਤੀ ਨੂੰ ਘਾਇਲ ਕਰਨ ਉਪਰੰਤ ਉਸ ਦੀ ਅਵਸਥਾ ਤੋਂ ਜੀਵਨ ਦਾ ਵੇਗ ਐਸਾ ਵੈਰਾਗ ਦੇ ਵਹਿਣ 'ਚ ਵਗਿਆ ਕਿ ਫਿਰ ਉਹ ਕਾਇਲ ਗੁਰਸਿੱਖ ਨੂੰ ਆਪਣੇ ਤਨ ਮਨ ਅਤੇ ਆਤਮਕ ਦਾ ਸਹਾਰਾ ਹੀ ਨਹੀਂ ਪਿਆਰਾ ਮੰਨ ਲਿਆ। ਇਸੇ ਘਟਨਾ ਤੋਂ ਜੀਵਨ ਦਾ ਅਨਸ਼ੋ ਮਾਸੂਮ ਅਤੇ ਅਨਭੋਲ ਬਚਪਨ ਜਵਾਨੀ ਦੀ ਚੰਚਲਤਾਈ ਜਿਦਾਂ ਰੋਸੇ ਇੱਕ ਅੱਖ ਦੇ ਪਲਕਾਰੇ 'ਚ ਗੰਭੀਰਤਾ ਪ੍ਰੋੜਤਾ ਜ਼ਿੰਮੇਵਾਰੀ ਅਤੇ ਵੈਰਾਗਮਈ ਦੀ ਦਿਸ਼ਾ ਨੂੰ ਮੋੜ ਕੱਟ ਗਏ। ਅੱਗੋਂ ਇਸ ਸਮਰਪਿਤ ਸਰਣਾਗਤ ਅਤੇ ਨਿਸ਼ਾਵਰ ਪਵਿੱਤਰ ਆਤਮਾ ਦਾ ਪਿਆਰਾ ਮੌਤ ਕਿਨਾਰੇ ਪਹੁੰਚਿਆ। ਗੁਰਸਿੱਖ ਵੀ ਆਪਣੇ ਪਿਆਰੇ ਗੁਰੂ ਦੇ ਚਰਨਾਂ 'ਚ ਨਿਵਾਸ ਦਾ ਤਲਬਗਾਰ ਬਣਿਆ ਬੈਠਾ ਹੈ। ਗੁਰਮਤਿ ਦੀ ਮਰਿਆਦਾ 'ਚ ਵੱਸ ਕੇ ਆਪਣੇ ਪਿਆਰੇ ਨੂੰ ਜੋਦੜੀਆਂ ਕਰਦਾ ਵੇਖ ਇਸ ਬੱਚੀ ਨੂੰ ਗੁਰੂ ਦੀ ਸੋਝੀ ਹੋਈ ਅਤੇ ਆਪਣੇ ਪਿਆਰੇ ਰਾਹੀਂ ਪਿਆਰੇ ਦੇ ਪਿਆਰ ਦੇ ਸਰੂਰ ਵਿੱਚ ਜੁੜ ਗਈ। ਇਹ ਸਰੂਰ ਹੀ ਉਸ ਲਈ ਸਾਧਨਾ ਅਤੇ ਸੰਯੋਗ ਬਣ ਗਿਆ। ਉਹ ਪਿਆਰੇ ਦੇ ਪਿਆਰੇ ਦੇ ਦੀਦਾਰ ਦੀ ਭੁੱਖੀ ਸਭ ਪ੍ਰਤੱਖ ਜਗਤ ਜਲੰਦੇ ਦੇ ਤਾਰਨਹਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਕਸ਼ਾਤ ਪਾਤਰ ਹੀ ਨਹੀਂ ਬਣੀ, ਸਗੋਂ ਬਖਸ਼ਿਸ਼ ਦੀ ਪਾਤਰ ਵੀ ਬਣ ਗਈ। ਆਤਮਾ ਸਹਿਜ ਸ਼ਾਂਤ ਅਤੇ ਅਸਚਰਜਤਾ ਦੇ ਪ੍ਰਭਾ ਮੰਡਲ ਵਿੱਚ ਪ੍ਰਕਾਸ਼ਮਈ ਹੋ ਗਈ। ਜਦ ਕਾਇਲ ਗੁਰਸਿੱਖ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਰੱਥ ਅਤੇ ਆਖੰਡ ਸ਼ਬਦ ਰਾਹੀਂ ਸਰਬ ਵਿਆਪਕ ਨਿਰੰਕਾਰੀ ਝਲਕ ਦੀ ਸੋਝੀ ਰਾਹੀਂ ਜੀਵਨ ਮਨੋਰਥ ਦੀ ਸਹਿਜ ਪਾਤਰ ਬਣ ਗਈ, ਇਸ ਗਾਥਾ ਤੋਂ ਸਾਨੂੰ ਕਿਧਰੇ ਪਰਮਾਰਥ ਦੀ ਸੋਝੀ ਸੁੱਝ ਜਾਏ ਤਾਂ ਸਾਡਾ ਜੀਵਨ ਵੀ ਪਿਆਰੇ ਦੇ ਪਿਆਰੇ ਰਾਹੀਂ ਮੰਜ਼ਲ ਮੁਕੀਮਈ ਹੋ ਜਾਏ, ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰੋਤਾ ਜਗਤ ਨਾਲ ਸਾਂਝ ਪਾਉਣ ਦਾ
ਨਿਮਾਣਾ ਯਤਨ ਕੀਤਾ ਜਾ ਰਿਹਾ ਹੈ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਸਿਮਰ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਾ ਪਿਆਰਾ, ਇਹ ਪ੍ਰਸੰਗ ਇਉਂ ਲਿਖਿਆ ਗਿਆ ਕਿ ਮਾਨੋ ਇੱਕ ਮੁਸਾਫਰ ਆਪਣੀ ਜ਼ਬਾਨੀ ਇੱਕ ਹੋ ਬੀਤੇ ਸਾਲ ਦਾ ਨਕਸ਼ਾ ਆਪਣੇ ਸੁਪਨੇ ਵਿੱਚ ਵੇਖਦਾ ਹੈ ਅਤੇ ਉਸ ਸੁਪਨੇ ਨੂੰ ਵਰਣਨ ਕਰ ਰਿਹਾ ਹੈ। ਵਰਖਾ ਮੋਹਲੇ ਧਾਰ ਲੈ ਪਈ, ਉਜਾੜ ਚਾਰ ਚਫੇਰੇ, ਗਿਰ ਨਾ ਜਾਵਾਂ, ਕੱਪੜੇ ਭਿੱਜ ਗਏ, ਖੜੀਆ ਵੀ ਭਿੱਜ ਗਿਆ, ਹੁਣ ਪਾਲਾ ਵੀ ਆ ਗਿਆ, ਹੇਠੋਂ ਪੈਰ ਤਿਲਕਣ, ਉੱਤੋਂ ਕਣੀਆਂ ਵੱਜਣ, ਚਫੇਰਿਓਂ ਪਾਉਣ ਸਰੀਰ ਦੀ ਗਰਮੀ ਉਡਾਈ ਜਾਵੇ। ਹੇ ਵਾਹਿਗੁਰੂ, ਇਸ ਵੇਲੇ ਕੀ ਹੋਵੇ? ਦਿਲ ਨੇ ਬਥੇਰਾ ਤਾਂਘਿਆ, ਅੱਖਾਂ ਨੇ ਆਪਾ ਪਾੜ ਕੇ ਵੀ ਚੁਫੇਰੇ ਦੂਰ ਤੱਕ ਨਜ਼ਰ ਦੌੜਾਈ, ਪਰ ਕੋਈ ਠਾਹਰ ਨਜ਼ਰ ਨਾ ਆਈ। ਠਾਹਰ ਬਿਨਾਂ ਠਹਿਰਨਾ ਅਫਲ ਸੀ, ਅਤੇ ਤੁਰੇ ਜਾਣਾ ਕਦਮ ਕਦਮ 'ਤੇ ਖੇਚਲ ਨੂੰ ਵਧਾਈ ਜਾਂਦਾ ਸੀ। ਤੁਰੇ ਜਾਣ ਵਿੱਚ ਠਹਿਰਨ ਨਾਲੋਂ ਇੱਕ ਸੋਭਤਾ ਸੀ ਕਿ ਸਰੀਰ ਦੀ ਨਿੱਘ ਜਿੰਨੀ ਕੁ ਉੱਡਦੀ ਸੀ ਉਨੀ ਕੁ ਅੰਦਰੋਂ ਹੋਰ ਪੈਦਾ ਹੁੰਦੀ ਜਾਂਦੀ ਸੀ, ਅਤੇ ਕੁਛ ਜ਼ਿੰਦਗੀ ਦੀ ਟੋਰ ਤੁਰੀ ਰਹਿਣ ਦੀ ਆਸ ਹੋ ਸਕਦੀ ਸੀ। ਪਰੰਤੂ ਹੱਡਾਂ ਵਿੱਚ ਥਕਾਨ ਪ੍ਰਤੀਤ ਦੇਣ ਲੱਗ ਪਿਆ, ਜੋ ਟੁਰੇਣ ਨੂੰ ਵੀ ਭਾਰੂ ਕਰੀ ਜਾਂਦਾ ਸੀ। ਇਸ ਤਰ੍ਹਾਂ ਦੇ ਕਸ਼ਟ ਝਾਗਦਿਆਂ ਇੱਕ ਬੁਰਜੀ ਜਿਹੀ ਨਜ਼ਰ ਪਈ। ਦਿਲ ਨੇ ਚਾਹਿਆ ਕਿ ਇਹ ਕਿਤੇ ਨਿੱਗਰ ਬੁਰਜੀ ਨਾ ਹੋਵੇ, ਸਾਈਂ ਕਰੇ ਜੇ ਕੋਈ ਮੰਦਰ, ਸਮਾਧ ਜਾਂ ਮਕਬਰਾ ਹੋਵੇ ਜੋ ਮੈਨੂੰ ਇਸ ਔਖ ਤੋਂ ਛੁਟਕਾਰਾ ਮਿਲੇ। ਅੱਖਾਂ ਨੇ ਸੇਧ ਬੱਧੀ, ਪੈਰਾਂ ਨੇ ਹੀਲਾ ਕੀਤਾ, ਮਨ ਨੇ ਸੁੱਖਾਂ ਸੁੱਖੀਆਂ, ਉਹ ਗੁੰਬਦ ਆ ਗਿਆ। ਭਾਗ ਚੰਗੇ ਸਨ, ਉਹ ਨਿੱਗਰ ਬੁਰਜੀ ਨਾ ਨਿਕਲੀ, ਇੱਕ ਬੂਹਾ ਸੀ ਜਿਸ ਨੂੰ ਝੂਠੀ ਤਖਤਾ ਨਹੀਂ ਸੀ। ਪਰ ਅੰਦਰ ਬੈਠਣ ਅਤੇ ਗੋਡੇ ਜੋੜ ਲੇਟਣ ਜੋਗੀ ਥਾਂ ਸੀ। ਪਹਿਲੇ ਤਾਂ ਕਦਮ ਧਰਦਿਆਂ ਕਿਸੇ ਬੀਤ ਚੁੱਕੇ ਸਮੇਂ ਦੇ ਕਿਸੇ ਭਲੇ ਪੁਰਖ ਦੀ ਵਿਭੂਤੀ ਦੇ ਆਰਾਮ ਸਥਾਨ ਹੋਣ ਦੇ ਅਦਬ ਨੇ ਮਨੇ ਕੀਤਾ ਕਿ ਕਦਮ ਸੰਭਾਲ ਕੇ ਰੱਖ। ਪਰ ਫੇਰ ਉਸੇ ਭਲਿਆਈ ਦੇ ਖਿਆਲ ਨੇ ਆਖਿਆ ਕਿ ਜਿਉਂਦਿਆਂ ਜਿਹੜੇ ਸੁੱਖ ਦੇ ਕੇ ਭਲੇ ਅਖਵਾਏ, ਉਹ ਮਰ ਕੇ ਆਪਣੇ ਦੁਆਰੇ ਆਏ ਅਤਿਥੀ ਦੇ ਦੁੱਖ ਦੂਰ ਕਰਨੋਂ ਕਦ ਪਰੇ ਹਟਣਾ ਪਸੰਦ ਕਰਨਗੇ। ਇਹ ਵਿਚਾਰ ਕਿ ਮੈਂ ਵਧਵੇਂ ਛੱਜੇ ਹੇਠ ਆ ਖਲੋਤਾ, ਜੁੱਤੀ ਲਾਹੀ, ਕੱਪੜੇ ਉਤਾਰ ਕੇ ਰੱਖੇ, ਖੜੀਆ ਖੋਲਿਆ, ਬਾਹਰਲਾ ਹਿੱਸਾ ਭਿੱਜ ਚੁੱਕਾ ਸੀ, ਪਰ ਅੰਦਰੋਂ ਇੱਕ ਚਾਦਰ, ਕਸ਼ਹਿਰਾ, ਕੁੜਤਾ ਅਤੇ ਦੁਪੱਟਾ ਕੁਝ ਸੁੱਕੇ ਨਿਕਲ ਆਏ। ਪਿੰਡਾਂ ਪੂੰਝ ਕੇ ਇਹ ਟੱਲੇ ਲਾ ਲਏ ਅਤੇ ਉਸ ਨਿੱਕੇ ਜਿਹੇ ਅੰਦਰ ਜਾ ਡੇਰਾ ਲਾਇਆ। ਨਿੱਘ ਆ ਗਈ, ਸਰੀਰ ਨੂੰ ਕੁਝ ਸੁੱਖ ਹੋ ਗਿਆ। ਪਾਲੇ ਅਤੇ ਪੈਂਡੇ ਵੱਲੋਂ
ਜਾਂ ਧਿਆਨ ਮੁੜਿਆ ਤਾਂ ਆਪਣੇ ਸੁੱਖ ਵੱਲ ਆ ਗਿਆ, ਸੁੱਖ ਵੱਲੋਂ ਸੁੱਖ ਦੇ ਕਾਰਨ ਵੱਲ ਜਾ ਪਿਆ। ਆਹਾ, ਜੇ ਥਾਂ ਨਾ ਲੱਜਦਾ ਤਾਂ ਰੱਬ ਜਾਣੇ ਮੇਰਾ ਕੀ ਹਾਲ ਹੁੰਦਾ। ਕਿਸੇ ਸੁਭਾਗੇ ਹੱਥਾਂ ਨੇ ਇਹ ਥਾਂ ਬਣਾਇਆ ਹੋ, ਕੀ ਜਾਣੀਏ ਮੇਰੀ ਹੀ ਜਾਨ ਦੀ ਰੱਖਿਆ ਕਰਨ ਲਈ ਕਿਸੇ ਨੇ ਬੀਤ ਗਏ ਸਮੇਂ ਇਹ ਮਸਾਲਾ ਇਕੱਠਾ ਕਰਾਇਆ ਹੋ। ਹੁਣ ਸੋਚ ਫੁਰੀ, ਇਹ ਗੁਰਦੁਆਰਾ ਵੀ ਨਹੀਂ, ਮੰਦਰ ਵੀ ਨਹੀਂ, ਸਮਾਧ ਵੀ ਨਹੀਂ ਜਾਪਦੀ, ਹੈ ਤਾਂ ਕੀ ਹੈ। ਫਿਰ ਮਨ ਨੇ ਕਿਹਾ, ਬੂਟੇ ਗਿਣ ਨਾਲ ਕੀ ਕੰਮ ਹੈ, ਅੰਬ ਛਕਣੇ ਚਾਹੀਏ। ਸੁੱਖ ਮਿਲ ਗਿਆ ਤੇ ਸਾਈਂ ਨੇ ਦਿੱਤਾ ਹੈ, ਸ਼ੁਕਰ ਕਰ। ਜਿੰਨੀ ਕੁ ਥਾਂ ਆਗਿਆ ਦੇਵੇ ਉਹਨਾਂ ਕੁ ਨਿੱਸਲ ਹੋ ਜਾ। ਜਾਂ ਨਿੱਸਲ ਹੋਇਆ ਤਾਂ ਥੋੜ੍ਹੇ ਹੀ ਚਿਰ ਵਿੱਚ ਚੂਨੇ ਗੱਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੈਦੀ ਉੱਤੇ ਫਿਰਦੀ ਫਿਰਦੀ ਨਜ਼ਰ ਭਰੈਰੀ ਹੋ ਕੇ ਅੱਖਾਂ ਵਿੱਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸਵਾਲ ਗਈ। ਜਦ ਮੈਂ ਸੌਂ ਗਿਆ ਤਾਂ ਉਸ ਥਾਂ ਵਿੱਚ ਚਾਨਣ ਹੋ ਗਿਆ ਅਤੇ ਉਸੇ ਚਾਨਣੇ ਵਿੱਚ ਕੁਛ ਸੂਰਤ ਦਾ ਭੁਲਾਵਾ ਪੈਣ ਲੱਗ ਪਿਆ। ਪਰ ਮਗਰੋਂ ਇੱਕ ਨੰਗੀ ਨੁਹਾਰ ਚਿੱਟੇ ਰੰਗ ਦੀ ਸਡੌਲ ਡੀਲ ਦੀ ਇਸਤਰੀ ਨਜ਼ਰ ਪਈ, ਜਿਸ ਦੇ ਚਿਹਰੇ 'ਤੇ ਸੁੱਖ ਦੀ ਚਮਕ ਅਤੇ ਸ਼ਾਂਤੀ ਦੀ ਦਮਕ ਸੀ। ਅੱਖਾਂ ਸਾਫ ਉੱਚੀਆਂ ਅਤੇ ਪਿਆਰ ਨਾਲ ਭਰੀਆਂ ਸਨ। ਮੈਨੂੰ ਆਖਣ ਲੱਗੀ, ਹੇ ਸੁੱਖਾਂ ਦੇ ਪਿਆਰੇ, ਕੁੱਠਿਆਂ ਦੇ ਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ? ਜਿਸ ਸਾਈਂ ਨੇ ਤੈਨੂੰ ਇਸ ਥਾਂ ਦੱਸਿਆ ਸੀ ਉਸ ਦਾ ਨਿੱਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੈ ਤੇ ਸੌਣਦੀ ਪੈ ਗਈ ਆ। ਸ਼ੁਕਰ ਤੋਂ ਬਿਨਾਂ ਬੰਦਾ ਬੰਦਾ ਨਹੀਂ, ਬੰਦਾ ਮੰਦਾ ਹੈ। ਅੱਜ ਦੇ ਖੋਦ ਤੇ ਖੇਦ ਵਿੱਚ, ਸੁੱਖ ਦੀ ਚਾਹ ਤੇ ਨਿਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮਾਨਣ ਵੱਲ ਇੰਨਾ ਖਿੱਚ ਲਿਆ ਕਿ ਤੈਨੂੰ ਰਹਿਰਾਸ ਪੜਨੀ ਵੀ ਭੁੱਲ ਗਈ ਤੇ ਸੁਹਿਲਾ ਵੀ ਯਾਦ ਨਾ ਰਿਹਾ। ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਸੌਂ ਜਾਣਾ ਤੇ ਫਿਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੌਂ ਜਾਣਾ ਰੱਬ ਜੀ ਨਾਲ ਪਿਆਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾਮਾਲ ਕਰਨੇ ਦਾ ਲੱਭ ਹੈ? ਫਰੀਦਾ, ਜਾਂ ਲੱਭ ਤਾਂ ਨਿਹ ਕਿਹਾ, ਲੱਭ ਤਾਂ ਕੂੜਾ ਨਿਹ। ਮੈਂ ਕਿਹਾ, ਜੀ ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਭ ਹੈ। ਪਰ ਹੁਣ ਮਾਲਕ ਨੂੰ ਬਿਰਧ ਦੀ ਲਾਜ ਹੈ, ਜਿਸ ਦੇ ਸਦਾਉਂਦੇ ਹਾਂ ਜੇ ਕੁਝ ਆਸ ਹੋ ਸਕਦੀ ਹੈ ਤਾਂ ਇਸੇ ਵਿੱਚ। ਇਹ ਕਹਿੰਦਿਆਂ ਮੈਨੂੰ ਪਛਤਾਵੇ ਤੇ ਵੈਰਾਗ ਨੇ ਖਿੱਚ ਲਿਆ, ਪਰ ਆਪਣੇ ਸੱਚੀ ਮੁੱਚੀ ਨਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖਲੋਤਾ। ਮੈਂ ਇਸੇ ਹਾਲ ਵਿੱਚ ਸਾਂ ਕਿ ਆਕਾਸ਼ ਵਿੱਚੋਂ ਧੁੰਨ ਉੱਠੀ, ਅਰਸੋਦਰ ਦੀ ਚੌਂਕੀ ਲੱਗ ਪਈ ਮਲੂਮ ਹੋਈ। ਕਾਹਨੂੰ ਕਦੇ ਐਸੀ ਸੁਰੀਲੀ ਮਿੱਠੀ ਪਿਆਰੀ ਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ? ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰਨ ਸੁਣਿਆ।
ਕੌਣ ਕਰਦੇ ਸਨ, ਉਹ ਕਿੱਥੇ ਬੈਠੇ ਸਨ, ਇਹ ਨਹੀਂ ਦਿਸਦਾ ਸੀ। ਇਉਂ ਹੀ ਲੱਗਦਾ ਸੀ ਕਿ ਪੌਣ ਨੂੰ ਜੀਭ ਲੱਗ ਗਈ ਹੈ। ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ, ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ, ਭਲੇ ਪੁਰਖਾ, ਇਹ ਬੁੱਧ ਮੱਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ, ਜਿੱਥੇ ਉਹਨਾਂ ਦੇ ਮੱਤ ਦਾ ਇੱਕ ਤੱਤ ਖਿਉ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ। ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋ ਕੇ ਸੌ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾਂ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ, ਉਹ ਬੁੱਧ ਦੀ ਸਫਾ ਵਲੇਟੀ ਗਈ। ਜਿਸ ਦੇਸ਼ ਨੇ ਉਸ ਨੂੰ ਜਨਮ ਦਿੱਤਾ ਸੀ, ਉਸਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਅਤੇ ਉਹ ਬੂਟਾ ਪਰਦੇਸ਼ ਵਿੱਚ ਪ੍ਰਫੁੱਲਿਆ। ਇਸ ਤਰ੍ਹਾਂ ਦੇ ਉਹਨਾਂ ਦੇ ਅਸਥਾਨ ਕੁਝ ਸਮੇਂ ਨੇ ਘੇਰ ਦਿੱਤੇ, ਕੁਛ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂ ਖੇਰੂ ਕਰ ਦਿੱਤੇ। ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮੁਰੰਮਤ ਦੇ ਹੱਥ ਲਵਾ ਕੇ ਫੇਰ ਬਣਵਾ ਦਿੱਤਾ। ਇਸੇ ਦੇ ਢੇਰ ਵਿੱਚ ਕਲਸ ਗੁੰਬਦ ਦੇ ਇੱਟਾਂ ਪੱਥਰ ਮਿਲ ਗਏ ਅਤੇ ਉਹ ਡਿੱਗੇ ਹੋਏ ਮਸਾਲੇ ਕੁਝ ਨਵੇਂ ਲੈ ਕੇ ਫੇਰ ਆਪਣੇ ਥਾਂ 'ਤੇ ਖੜ੍ਹੇ ਹੋਏ, ਇਸ ਨੂੰ ਮੁੜ ਜਾਣ ਪਾ ਗਏ। ਬਸ ਹੁਣ ਇਹ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ? ਮੈਂ ਕਿਹਾ, ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਓ ਇਹ ਚਾਹੁੰਦਾ ਹੈ ਕਿ ਇਹ ਵੀ ਜਾਣਾਂ ਕਿ ਇਸ ਡਿੱਗੇ ਪਏ ਨੂੰ ਕਿਸ ਸਮਰਾਧ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ, ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ। ਹੱਸ ਕੇ ਪਰ ਪਿਆਰ ਨਾਲ ਉਸ ਪਰੀ ਤੋਂ ਵੀ ਪਿਆਰੀ ਸੂਰਤ ਨੇ ਕਿਹਾ, ਹੇ ਰਾਹੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼ ਕਦੇ ਜਿੰਨਾ ਕੁ ਜਾਣ ਲੈਂਦਾ ਹੈ ਓਨੀ ਕੁ ਕਮਾਈ ਵੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਛ ਜਾਣਿਆ ਹੈ ਸੋ ਕੁਛ ਕਰੇ ਵੀ, ਤਾਂ ਜੋ ਸੋਈਓ ਕੁਛ ਹੋ ਜਾਵੇ। ਫਿਰ ਅੰਦਰਲਾ ਜਾਣਨ ਹਾਰ ਜਾਣ ਜਾਵੇ ਕਿ ਆਪਣੇ ਜਾਣਨ ਔਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ ਔਰ ਐਂ ਅਸੰਗ ਹਾਂ, ਅਸੰਗ ਹੋ ਕੇ ਸੁਤੰਤਰ ਹਾਂ ਅਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ। ਹੇ ਰਾਹੀ, ਹੇ ਪ੍ਰਾਹੁਣੇ, ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ, ਸੁਣੀ ਅਤੇ ਸਮਝੀ। ਇਹ ਰਾਮ ਕਹਾਣੀ ਲੰਬੀ ਹੈ, ਤੇਰਾ ਤਾਂ ਡੂੰਘੀ ਹੈ। ਜੇ ਹਰਿਆਣੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਗਾ, ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਅਤੇ ਤੂੰ ਉਸ ਤੋਂ ਕੀ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਆਪਣੇ ਹਾਲ ਤੋਂ ਮੁੱਢ ਕਰਦੀ ਹਾਂ।
ਮੇਰਾ ਸਰੀਰ ਰਾਜਸੀ ਘਰ ਵਿੱਚ ਜੰਮਿਆ। ਮੇਰਾ ਪਿਤਾ ਇਸ ਤਪੇ ਦਾ ਮਾਲਕ ਸੀ ਅਤੇ ਆਪਣੇ ਜ਼ੋਰ ਅਤੇ ਬਲ ਨਾਲ ਉਧਾਲੇ ਦੇ ਸਾਰੇ ਤਪੇ ਅਤੇ ਹੁਕਮ ਕਰਦਾ ਸੀ। ਲਾਗੇ ਲਾਗੇ ਦੇ ਲੋਕ ਅਤੇ ਹੋਰ ਕੁਲਾਂ ਦੇ ਸਿਰ ਕੱਢਾਂ ਵਿੱਚ ਸਦਾ ਫਤਿਹ ਪਾਉਣ ਕਰਕੇ ਰਾਠ ਕਹਾਉਂਦਾ ਸੀ। ਮੇਰਾ ਸਰੀਰ ਉਸ ਦੇ ਘਰ ਬਹੁਤ ਸਿੱਖਾਂ ਦੇ ਮਗਰੋਂ ਆਉਣ ਕਰਕੇ ਸਾਰੇ ਪਰਿਵਾਰ ਵੱਲੋਂ ਪਿਆਰ ਨਾਲ ਦੁਲਾਰਿਆ ਜਾਂਦਾ ਸੀ। ਸਮੇਂ ਵਿੱਚ ਤਾਂ ਕੁਛ ਡਰ ਕਰਕੇ, ਕੁਛ ਰੀਸ ਕਰਕੇ ਅਤੇ ਕੁਛ ਵਡਿਆਈ ਕਰਕੇ ਪਰਦਾ ਪਰਵਿਰਤ ਹੋ ਗਿਆ ਸੀ, ਪਰ ਪਿਤਾ ਦੇ ਪੁਜਬਲ ਦੇ ਤਾਣ ਮੈਂ ਨਿਰਭੈ ਸਾਂ ਅਤੇ ਆਪਣੀ ਪੁਰਾਣੀ ਕੁਲਾਰੀਤ ਮੂਜਬ ਸੁਤੰਤਰ ਸਾਂ। ਘੋੜਿਆਂ 'ਤੇ ਚੜ੍ਹੀ ਇਹਨਾਂ ਜੰਗਲਾਂ ਵਿੱਚ ਖੁਸ਼ ਫਿਰਦੀ ਸਾਂ, ਸ਼ਿਕਾਰ ਵੀ ਖੇਡਦੀ ਸਾਂ, ਨਿਸ਼ਾਨੇ ਫੁੰਡਦੀ ਅਤੇ ਨੇਜੇ ਵੀ ਪਰਾਉਂਦੀ ਸਾਂ। ਖੂੰਡੀ ਦੀ ਖੇਡ ਅਤੇ ਖਿੱਦੋ ਪੱਟੀ ਸਖੀਆਂ ਦੇ ਝੁੰਡ ਬਣਾ ਕੇ ਖੇਡਿਆ ਕਰਦੀ ਸਾਂ। ਗੱਲ ਕੀ ਮੇਰੇ ਲਈ ਸੰਸਾਰ ਸੁੱਖਾਂ ਅਤੇ ਮੌਜਾਂ ਦਾ ਇੱਕ ਅਖਾੜਾ ਸੀ। ਸਵੇਰ ਤੋਂ ਰਾਤ ਤੱਕ ਹੱਸਣਾ, ਖੇਡਣਾ, ਖਾਣਾ, ਦਾਤਾਂ ਦੇਣੀਆਂ, ਛੇੜਨਾ, ਮੌਜਾਂ ਵਿੱਚ ਮੱਤੇ ਦੌੜਨਾ, ਸੁੱਖਾਂ ਨਾਲ ਬੈਠਣਾ, ਜੌਕੀ ਸੌਣਾ। ਕੋਈ ਐਸਾ ਨਹੀਂ ਸੀ ਜੋ ਮੇਰੇ ਸੁੱਖ ਵਿੱਚ ਬੁਰਾ ਮੰਨਦਾ, ਜਾਂ ਜੇ ਮੰਨਦਾ ਤਾਂ ਕੁਝ ਬਿਰਕ ਸਕਦਾ। ਮਾਂ ਦੀ ਮੈਂ ਲਾਡਲੀ ਸਾਂ ਅਤੇ ਮਾਂ ਮੇਰੀ ਮੇਰੇ ਪਿਤਾ ਦੀ ਅੱਤ ਪਿਆਰੀ ਵਹੁਟੀ ਸੀ। ਇਸ ਕਰਕੇ ਪਿਤਾ ਨੂੰ ਮੈਂ ਵਧੀਕ ਦੁਲਾਰੀ ਸਾਂ। ਮਾਤਾ ਪਿਤਾ ਦੀ ਇੱਕੋ ਇੱਕ ਬੱਚੀ ਹੋਣ ਕਰਕੇ ਤੱਪੇ ਭਰ ਵਿੱਚ ਮੇਰੇ ਵਰਗਾ ਕੌਣ ਸੀ। ਪਰਜਾ ਭਰ ਮੈਂ ਵੱਡੀ ਸਾਂ ਅਤੇ ਮੇਰੇ ਵੱਡੇ ਮੇਰੇ ਪਿਆਰ ਦੇ ਕਾਰਨ ਮੇਰੇ ਸਿਰ 'ਤੇ ਪੈ ਦਾ ਕੁੰਡਾ ਨਹੀਂ ਧਰ ਸਕਦੇ ਸੀ। ਇਹਨਾਂ ਰੰਗਾਂ ਅਤੇ ਮੌਜਾਂ ਵਿੱਚ 18 ਹੁਨਾਲ ਅਤੇ 18 ਸਿਆਲ ਬੀਤ ਗਏ। ਨਾ ਪੁੰਨ ਅਤੇ ਨਾ ਪਾਪ ਦੀ ਮੈਨੂੰ ਸਾਰ ਪਈ, ਨਾ ਇਸਤਰੀ ਅਤੇ ਆਦਮੀ ਦਾ ਡੂੰਘਾ ਫਰਕ ਮੇਰੇ ਆਤਮਾ 'ਤੇ ਪਿਆ। ਮੇਰੇ ਜਾਣੇ ਦੁਨੀਆ ਸੁੱਖਾਂ ਖੇਲਾਂ ਦਾ ਥਾਂ ਸੀ, ਔਰ ਜੋ ਕੁਝ ਦਿਸਦਾ ਸੀ ਸਭ ਮੇਰੇ ਆਰਾਮ ਲਈ ਬਣਿਆ ਦਿਸਦਾ ਸੀ। ਮੈਂ ਸਾਰਾ ਦਿਨ ਹੱਸਦੀ, ਹਰੇਕ ਸਖੀ ਨਾਲ ਚੋਲ ਕਰਦੀ ਅਤੇ ਇਸ ਤਰ੍ਹਾਂ ਫਿਰਦੀ ਸਾਂ ਕਿ ਜਿਸ ਤਰ੍ਹਾਂ ਬਣਾਂ ਵਿੱਚ ਹਰਨੋਟੇ ਚੌਂਕੜੀਆਂ ਭਰਦੇ ਹਨ। ਜਦੋਂ ਮੈਂ ਰਾਤ ਨੂੰ ਘਰ ਆਈ ਤਾਂ ਮਾਂ ਦੀ ਗੋਦ ਵਿੱਚ ਬੈਠੀ ਅਤੇ ਕੂਕੀ, ਅੰਮੀਏ ਟੁੱਕ ਖੁਆਲ। ਉਸ ਨੇ ਘੁੱਟ ਕੇ ਛਾਤੀ ਨਾਲ ਲਾਉਣਾ ਅਤੇ ਨਿਆਣਿਆਂ ਵਾਂਗ ਆਪ ਗ੍ਰਾਹੀਆਂ ਮੇਰੇ ਮੂੰਹ ਦੇ ਦੇ ਕੇ ਰੋਟੀ ਖਵਾਉਣੀ। ਉੱਥੋਂ ਉੱਠੀ, ਦੁੱਧ ਦਾ ਛੰਨਾ ਪੀਤਾ ਅਤੇ ਚਣਿਓਟੀ ਪਲੰਗ 'ਤੇ ਧੜੰਮ ਛਾਲ ਮਾਰੀ, ਸਰਹਾਣੇ 'ਤੇ ਸਿਰ ਰੱਖਿਆ ਅਤੇ ਸੌਂ ਗਈ। ਰਾਤ ਭਰ ਪਾਸਾ ਨਹੀਂ ਕਦੇ ਲਿੱਤਾ, ਕਦੇ ਸੁਪਨਾ ਨਹੀਂ ਡਿੱਠਾ। ਸੂਰਜ ਨੂੰ ਮੈਂ ਕਦੇ ਆਪਣੇ ਤੋਂ ਪਿੱਛੇ ਨਹੀਂ ਜਾਗਣ ਦਿੱਤਾ। ਚੀਤਾਂ ਵਿੱਚੋਂ ਧੁੱਪ ਅੰਦਰ ਆਈ ਤਾਂ ਮੈਂ ਜਾਗੀ, ਜਾਗੀ ਤਾਂ ਛਾਲ ਮਾਰ ਕੇ ਉੱਠੀ, ਝੱਟ ਲੀੜੇ ਪਾਏ ਅਤੇ ਬਾਹਰ ਘੋੜੇ ਸਖੀਆਂ ਦਾ ਸਮਾਜ ਨਾਲ ਲਿਆ ਅਤੇ ਜੂਹਾਂ ਬਣਾਂ ਨੂੰ ਉੱਡ ਗਈ।
ਬਣਾਂ ਵਿੱਚ ਹੀ ਇਸ਼ਨਾਨ, ਉੱਥੇ ਹੀ ਖੇਡਾਂ। ਦੁਪਹਿਰੇ ਖਿੜ ਖਿੜ ਹੱਸਦੀ, ਖੁਸ਼ੀ ਦੇ ਖੰਭਾਂ 'ਤੇ ਉੱਡਦੀ, ਘਰ ਆਈ ਅਤੇ ਉਸੇ ਤਰ੍ਹਾਂ ਖਾਂਦੀ ਪੀਂਦੀ, ਹੱਸਦੀ ਬੋਲਦੀ ਸੌਂ ਗਈ। ਲੋਡੇ ਪੈਰ ਪਿਤਾ ਨਾਲ ਪਿਆਰ ਕਰਦੀ, ਉਹਨਾਂ ਦੇ ਸਾਹਮਣੇ ਘੋੜੇ 'ਤੇ ਚੜ੍ਹ ਕੇ ਫੇਰ ਖੇਡਾਂ ਦੇ ਪਿੜ ਵਿੱਚ ਜਾ ਪਹੁੰਚੀ। ਰਾਤ ਪਈ, ਉਸ ਤਰ੍ਹਾਂ ਕਬੂਤਰ ਵਾਂਗ ਗੁਟਕਦੀ ਘਰ ਆ ਗਈ। ਚਨਾਹ ਸਾਥੋਂ ਜ਼ਰਾ ਵਿਥਤੇ ਸੀ, ਪਰ ਮੇਰਾ ਬੇੜਾ ਉੱਥੇ ਵੀ ਸੀ। ਮੇਰੇ ਪਿਤਾ ਨੂੰ ਲੋਕੀ ਭੂਈ ਨਈ ਦਾ ਸਾਈਂ ਕਹਿੰਦੇ ਸਨ, ਕਿਉਂਕਿ ਦਰਿਆ ਵਿੱਚ ਵੀ ਕੋਈ ਉਸ ਦੇ ਅੱਗੇ ਹੁੱਤ ਨਹੀਂ ਸੀ ਕਰਦਾ। ਇੱਕ ਦਿਨ ਮੈਂ ਸ਼ਿਕਾਰ ਨੂੰ ਗਈ, ਬਹੁਤ ਦੂਰੋਂ ਜੋ ਮੈਂ ਡਿੱਠਾ ਤਾਂ ਮੈਨੂੰ ਭੁਲਾਵਾ ਪਿਆ ਕਿ ਇੱਕ ਚਿਤਰਾ ਬੈਠਾ ਹੈ। ਸਖੀਆਂ ਨੂੰ ਮੈਂ ਕਿਹਾ, ਤੱਕੋ ਖਾਂ ਕੀ ਹੈ? ਕਿੰਨੀਆਂ ਨੇ ਕਿਹਾ ਚਿਤਰਾ ਹੈ, ਕਿੰਨੀਆਂ ਨੇ ਕਿਹਾ ਐਵੇਂ ਪੱਥਰ ਪਿਆ ਹੈ। ਇੱਕ ਨੇ ਕਿਹਾ ਪਾੜਾ ਨਾਮੋ ਹਰਨ ਹੈ, ਇੱਕ ਨੇ ਕਿਹਾ ਜਰਾ ਅੱਗੇ ਹੋ ਚੱਲੋ ਅਤੇ ਹੋਰ ਪਛਾਣ ਕਰ ਲਵੋ। ਪਰ ਮੇਰੇ ਸਰੀਰ ਵਿੱਚ ਜੋ ਜ਼ਿੰਦਗੀ ਦੇ ਚਾਅ ਮਲਾਰ ਅਤੇ ਖੁਸ਼ੀਆਂ ਦੇ ਉਛਾਲਿਆਂ ਨਾਲ ਭਰੇ ਹੁਲਾਰੇ ਅਚਲਵੇਂ ਉੱਠਦੇ ਸਨ, ਉਹ ਇਹਨਾਂ ਗੱਲਾਂ ਦੀ ਕੀ ਪਰਵਾਹ ਕਰਦੇ ਸਨ। ਮੈਂ ਨਿਸ਼ਾਨਾ ਜਮਾ ਕੇ ਤੀਰ ਸੇਧਿਆ। ਜਦ ਮੈਂ ਚਲਾਉਣ ਲੱਗੀ ਤਾਂ ਅੱਜ ਪਹਿਲਾ ਦਿਨ ਸੀ ਕਿ ਮੇਰੇ ਜੀਅ ਵਿੱਚ ਕੁਝ ਹੋਇਆ, ਜਿਸ ਨੂੰ ਮੈਂ ਉਦੋਂ ਤਾਂ ਨਹੀਂ ਜਾਣਦੀ ਸਾਂ, ਪਰ ਪਿੱਛੋਂ ਪਤਾ ਲੱਗਾ ਕਿ ਉਹ ਡਰ ਸੀ। ਤੀਰ ਚੱਲ ਗਿਆ ਅਤੇ ਐਨ ਨਿਸ਼ਾਨੇ ਵਿੱਚ ਬੈਠਾ। ਉਹ ਜੀਵ ਉੱਠਿਆ ਨਹੀਂ, ਨੱਠਾ ਨਹੀਂ, ਉੱਥੇ ਦੋ ਕੁ ਪੁਆਂਟਣੀਆਂ ਲੈ ਕੇ ਬੇਹਿਲ ਹੋ ਗਿਆ। ਜਾਂ ਅਸੀਂ ਭੱਜ ਕੇ ਉੱਥੇ ਪਹੁੰਚੀਆਂ ਤਾਂ ਹਾਏ ਰੱਬਾ, ਮੈਂ ਕੀ ਡਿੱਠਾ ਕਿ ਉਹ ਬਨ ਪਸ਼ੂ ਨਹੀਂ ਸੀ, ਉਹ ਤਾਂ ਇੱਕ ਆਦਮੀ ਸੀ। ਆਦਮੀ ਵੀ ਉਹ ਸੀ ਜਿਸ ਜਿਹੀ ਸੂਰਤ ਮੈਂ ਅੱਗੇ ਕਦੇ ਨਹੀਂ ਸੀ ਡਿੱਠੀ। ਉਹ ਜਵਾਨ ਤਾਂ ਚੰਗਾ ਸੀ, ਜਵਾਨ ਚੰਗੇ ਤੋਂ ਚੰਗੇ ਸਾਡੇ ਦਲ ਵਿੱਚ ਵੀ ਸਨ, ਪਰ ਉਹ ਕੁਝ ਹੋਰ ਵੀ ਸੀ। ਉਹ ਪਤਾ ਨਹੀਂ ਹੋਰ ਕੀ ਸੀ। ਉਹ ਕੁਛ ਐਸਾ ਚੰਗਾ ਚੰਗਾ ਸੀ ਕਿ ਮੈਨੂੰ ਇਉਂ ਜਾਪੇ ਜੋ ਤੀਰ ਮੈਂ ਮਾਰਿਆ ਹੈ ਇਸ ਨੂੰ ਪਰਵਿੰਨੀ ਮੈਂ ਆਪ ਗਈ ਹਾਂ। ਕਦੇ ਪਿਤਾ ਅਤੇ ਮਾਂ ਐਡੇ ਚੰਗੇ ਨਹੀਂ ਸਨ ਲੱਗੇ, ਕਦੇ ਖੇਡਾਂ ਅਤੇ ਸ਼ਿਕਾਰ ਐਡੇ ਚੰਗੇ ਨਹੀਂ ਸਨ ਲੱਗੇ, ਨਾ ਹੀ ਕਦੇ ਸਹੇਲੀਆਂ ਇੰਨੀਆਂ ਮਿੱਠੀਆਂ ਲੱਗੀਆਂ ਸਨ ਜਿੱਡਾ ਚੰਗਾ ਉਹ ਲੱਗਾ। ਮੇਰੇ ਵੱਸ ਨਹੀਂ ਰਿਹਾ, ਮੈਂ ਜੋ ਸਭ ਤੋਂ ਉੱਚੀ ਆਪ ਨੂੰ ਜਾਣਦੀ ਸਾਂ, ਬੇਵੱਸ ਹੋ ਕੇ ਉਸ ਦੇ ਅੱਗੇ ਚੁਫਾਲ ਡਿੱਗ ਪਈ। ਹਾਂ, ਮੇਰਾ ਅਚੁੱਕ ਸਿਰ ਝੁੱਕ ਗਿਆ, ਮੇਰੇ ਅਜੁੜੇ ਹੱਥ ਜੁੜ ਗਏ, ਔਰ ਜੋ ਗੱਲ ਮੇਰੇ 'ਤੇ ਅੱਗੇ ਕਦੇ ਨਾ ਸੀ ਵਰਤੀ ਉਹ ਅੱਜ ਆ ਵਰਤੀ। ਮੇਰੀਆਂ ਅੱਖਾਂ ਵਿੱਚੋਂ ਪਾਣੀ ਦੇ ਟੇਪੇ ਕਿਰਨ ਲੱਗ ਪਏ। ਉਹ ਮੋਹਣੀ ਮੂਰਤ ਦੇ ਸਰੀਰ ਵਿੱਚ ਤੀਰ ਖੁੱਭ ਰਿਹਾ ਸੀ ਅਤੇ ਉਸ ਤੀਰ ਦੀ ਜੜ੍ਹ ਵਿੱਚੋਂ ਲਹੂ ਦੀ ਧਾਰ ਵਹਿ ਰਹੀ ਸੀ। ਮੈਂ ਰੋਈ, ਕੰਬੀ। ਮੈਂ ਆਪਣੇ ਹੱਥਾਂ ਨਾਲ ਉਸ ਤੀਰ ਨੂੰ ਕੱਢਿਆ ਅਤੇ ਉਸ ਛੇਕ ਨੂੰ ਜੋ ਮੇਰੇ ਹੀ ਮੂਰਖ ਹੱਥਾਂ ਨੇ ਪਾਇਆ ਸੀ ਬੰਦ ਕਰਨ ਲਈ ਘੁੱਟ ਕੇ ਫੜਿਆ। ਸਖੀਆਂ ਮੇਰੇ ਵਿੱਚ ਇਹ ਰੰਗ ਦੇਖ ਕੇ ਜੋ ਅੱਗੇ ਕਦੇ ਨਹੀਂ ਸਨ ਡਿੱਠਾ, ਮਾੜੀ ਨੂੰ ਦੌੜੀਆਂ।
ਮੈਂ ਇਕੱਲੀ ਰਹਿ ਗਈ। ਉਸ ਸੂਰਤ ਨੂੰ ਇਸ ਹਾਲ ਵਿੱਚ ਦੇਖ ਕੇ ਮੇਰਾ ਕਲੇਜਾ ਵਸ ਵਿੱਚ ਨਹੀਂ ਸੀ। ਮੈਨੂੰ ਸਮਝ ਨਹੀਂ ਸੀ ਪੈਂਦੀ, ਪਰ ਮੇਰੇ ਨੈਣਾਂ ਵਿੱਚੋਂ ਪਾਣੀ ਦੀ ਧਾਰ ਨਹੀਂ ਖਲੋਂਦੀ ਸੀ। ਮੈਂ ਚਾਹੁੰਦੀ ਸਾਂ ਜੋ ਇਹ ਇੱਕ ਵੇਰ ਅੱਖਾਂ ਖੋਲ੍ਹੇ, ਪਰ ਮੇਰਾ ਹੀਆ ਨਹੀਂ ਪੈਂਦਾ ਸੀ ਕਿ ਮੈਂ ਉਸ ਨੂੰ ਹਿਲਾਵਾਂ। ਡਰ ਆਵੇ ਜੇ ਮਤਾਂ ਨੀਂਦ ਵਿੱਚ ਹੋਵੇ ਅਤੇ ਮੇਰੇ ਬੁਲਾਇਆ ਜਾਗ ਉੱਠੇ ਅਤੇ ਇਸ ਨੂੰ ਫੇਰ ਪੀੜ ਹੋਵੇ। ਇਸ ਵੇਲੇ ਮੇਰਾ ਜੀ ਕਰੇ ਕਿ ਇਸ ਦੀ ਪੀੜ ਮੈਨੂੰ ਆ ਜਾਵੇ, ਇਸ ਦਾ ਲਹੂ ਬੰਦ ਹੋ ਜਾਵੇ ਅਤੇ ਇਹ ਉੱਠ ਕੇ ਬੈਠ ਜਾਵੇ ਅਤੇ ਮੇਰੇ ਵੱਲ ਤੱਕੇ ਅਤੇ ਆਖੇ, ਹੇ ਮੁਟਿਆਰੇ, ਤੇਰੇ ਅਪਰਾਧ ਦੀ ਮੈਂ ਤੈਨੂੰ ਇਹ ਸਜ਼ਾ ਦਿੰਦਾ ਹਾਂ ਕਿ ਸਾਰੀ ਉਮਰ ਲਈ ਤੈਨੂੰ ਆਪਣੀ ਗੋਲੀ ਬਣਾਵਾਂਗਾ। ਮੈਂ ਸੋਚਾਂ ਕਿ ਜੇ ਮੇਰਾ ਪਿਤਾ ਇਹ ਗੱਲ ਨਾ ਮੰਨੇਗਾ ਤਾਂ ਮੈਂ ਉਸਨੂੰ ਗਲਵੱਕੜੀ ਪਾ ਕੇ ਉਸ ਦੀ ਛਾਤੀ 'ਤੇ ਸਿਰ ਰੱਖ ਕੇ ਰੋ ਰੋ ਕੇ ਮਨਾ ਲਵਾਂਗੀ ਕਿ ਹੇ ਪਿਤਾ ਜੀ, ਮੈਂ ਇਸ ਦੀ ਬਾਂਧੀ ਹੋ ਗਈ। ਮੇਰੇ ਅਪਰਾਧ ਨੇ ਮੈਨੂੰ ਇਸ ਪਾਸ ਵੇਚ ਦਿੱਤਾ ਹੈ। ਤੁਸੀਂ ਜੇ ਰਾਜ ਭਾਗ ਸਮੇਤ ਮੈਨੂੰ ਇਸ ਦੀ ਗੋਲੀ ਬਣਾ ਦਿਓ ਤਾਂ ਵੀ ਮੇਰੀ ਭੁੱਲ ਦਾ ਬਦਲਾ ਨਹੀਂ ਮੁੱਕਦਾ। ਜੇ ਇਹ ਅੰਮੀ ਅਤੇ ਬਾਪੂ ਨੂੰ ਦੱਸ ਦਿਆਂਗੀ ਕਿ ਇਸ ਦੀ ਕੈਦ ਵਿੱਚ ਖਿੜੀ ਹੋਈ ਖੁਸ਼ੀ ਅਤੇ ਖੁੱਲ੍ਹਾਂ ਵਾਲੀ ਆਪ ਨੂੰ ਜਾਣਾਂਗੀ। ਇਸ ਵੇਲੇ ਕਲੇਜਾ ਉੱਛਲ ਰਿਹਾ ਸੀ ਅਤੇ ਮੇਰਾ ਇੱਕ ਹੱਥ ਉਸ ਦੇ ਸਰੀਰ 'ਤੇ ਇਸ ਤਰ੍ਹਾਂ ਫਿਰਦਾ ਸੀ ਕਿ ਜਿਸ ਤਰ੍ਹਾਂ ਮੈਨੂੰ ਥੱਕੀ ਹੋਈ ਨੂੰ ਮੇਰੀਆਂ ਟਹਿਲਣਾਂ ਪਲੋਸਿਆ ਕਰਦੀਆਂ ਸਨ। ਕਿੰਨਾ ਚਿਰ ਇਉਂ ਲੰਘ ਗਿਆ, ਲਹੂ ਦੀ ਧਾਰ ਵਾਲੀ ਨਾੜ ਮੇਰੇ ਹੱਥ ਨੇ ਨੱਪੀ ਹੋਈ ਸੀ। ਮੇਰਾ ਦੂਸਰਾ ਹੱਥ ਉਸ ਦੇ ਪੈਰਾਂ ਨੂੰ ਘੁੱਟ ਰਿਹਾ ਸੀ ਕਿ ਬੇਵੱਸੇ ਫਿਰ ਮੇਰਾ ਸਿਰ ਉਹਨਾਂ ਦੇ ਪੈਰਾਂ 'ਤੇ ਜਾ ਪਿਆ। ਔਰ ਮੇਰੇ ਚਨਾਹ ਵਾਂਗੂ ਉੱਛਲ ਰਹੇ ਨੈਣਾਂ ਨੇ ਉਸ ਨੂੰ ਚੰਗੀ ਤਰ੍ਹਾਂ ਧੋਤਾ। ਇਸ ਵੇਲੇ ਉਸਨੇ ਲੰਮਾ ਸਾਹ ਲਿੱਤਾ। ਮੈਂ ਸਿਰ ਚੁੱਕ ਕੇ ਦੇਖਿਆ, ਉਸਨੇ ਅੱਖਾਂ ਖੋਲ੍ਹੀਆਂ ਸਨ। ਅੱਖਾਂ ਨੂੰ ਜਦ ਮੇਰੀਆਂ ਅੱਖਾਂ ਨੇ ਡਿੱਠਾ, ਮੇਰੇ ਸਾਰੇ ਸਰੀਰ ਵਿੱਚ ਚਰਨਾਹਟ ਛਿੜ ਗਈ। ਕਾਹਨੂੰ ਕਦੇ ਮੈਂ ਇਹੋ ਜਿਹੀਆਂ ਅੱਖਾਂ ਵੇਖੀਆਂ ਸਨ। ਮੈਂ ਚਾਹੁੰਦੀ ਸਾਂ ਕਿ ਆਖਾਂ ਕਿ ਹੇ ਸਭ ਤੋਂ ਉੱਚੇ ਮਨੁੱਖ, ਮੈਂ ਅਣਜਾਣ ਤੈਨੂੰ ਵਿੰਨ ਬੈਠੀ ਹਾਂ, ਪਰ ਮੈਂ ਆਪਣਾ ਦੋਸ਼ ਆਪ ਮੰਨਦੀ ਹਾਂ। ਇਹ ਮੇਰਾ ਕਮਾਣ ਹੈ ਅਤੇ ਇਹ ਤੀਰ ਹੈ ਜਿਸ ਨਾਲ ਤੈਨੂੰ ਮੈਂ ਵਿੰਨਿਆ। ਉੱਠ ਔਰ ਮੇਰੀ ਛਾਤੀ ਇਸੇ ਨਾਲ ਵਿੰਨ ਕੱਤ। ਜੇ ਜਾਨ ਬਖਸ਼ੀ ਕਰੇ ਤਾਂ ਮੇਰੇ ਕੰਨ ਚੀਰ ਕੇ ਵਾਲੀ ਪਾ ਔਰ ਮੈਨੂੰ ਗੁਲਾਮ ਬਣਾ ਕੇ ਨਾਲ ਲੈ ਚੱਲ। ਮੈਂ ਸਾਰੀ ਉਮਰ ਤੇਰੀ ਬਾਂਧੀ ਹੋਈ, ਪਰ ਹਾਏ ਮੇਰਾ ਸੰਗ ਰੁਕ ਗਿਆ। ਮੈਂ ਬੋਲ ਨਾ ਸਕੀ। ਮੇਰੀਆਂ ਅੱਖਾਂ ਨੇ ਜੋ ਕੁਝ ਆਖਿਆ ਸੋ ਆਖਿਆ, ਔਰ ਉਸਦੀਆਂ ਅੱਖਾਂ ਨੇ ਜੋ ਵਾਚਿਆ ਸੋ ਵਾਚਿਆ। ਮੈਂ ਅਜੇ ਰੱਜ ਕੇ ਅੱਖੀਆਂ ਦੇਖੀਆਂ ਵੀ ਨਹੀਂ ਸਨ ਕਿ ਛੱਪਰ ਢਹਿ ਪਏ ਔਰ ਉਹ ਅੱਖਾਂ ਫੇਰ ਬੰਦ ਹੋ ਗਈਆਂ। ਮੇਰਾ ਪੈਰ ਕੁੱਟਣ ਵਾਲਾ ਹੱਥ ਹੁਣ ਉਸ ਦੇ ਚਿਹਰੇ 'ਤੇ ਪਹੁੰਚਿਆ। ਮਿੱਟੀ ਸਾਫ਼ ਕੀਤੀ, ਪੂੰਝਿਆ ਜੀ ਕੁ ਮਾਂ ਡਾਢੇ ਚਾਵਾਂ ਵੇਲੇ ਮੇਰੇ ਚਿਹਰੇ 'ਤੇ ਹੱਥ ਫੇਰਦੀ ਸੀ। ਕੁਝ ਉਸ ਤਰ੍ਹਾਂ ਸੰਗ ਜਿਹੀ ਵਿੱਚ ਉਹਦੇ ਚਿਹਰੇ 'ਤੇ ਹੱਥ ਫੇਰਾਂ ਅਤੇ ਚਾਹਾਂ ਕਿ ਇਹ ਇੱਕ ਵੇਰ ਫੇਰ ਅੱਖਾਂ ਖੋਲ੍ਹ ਦੇਵੇ। ਮੇਰੀ ਆਸ ਪੂਰੀ ਹੋ ਗਈ।
ਅੱਖਾਂ ਖੁੱਲ੍ਹ ਗਈਆਂ ਔਰ ਖੁੱਲ੍ਹ ਕੇ ਮੇਰੀਆਂ ਅੱਖਾਂ ਵਿੱਚ ਗੱਡ ਗਈਆਂ। ਮੇਰੇ ਨੈਣ ਚਮਕਣਾ ਭੁੱਲ ਗਏ। ਉਹ ਸਵਾਦ ਇਸ ਰੰਗ ਵਿੱਚ ਆਇਆ ਕਿ ਮੈਂ ਕਦੇ ਅੱਗੇ ਨਹੀਂ ਡਿੱਠਾ ਸੀ। ਮੈਨੂੰ ਇੱਕ ਤਰ੍ਹਾਂ ਦੀ ਬੇਸੁੱਧੀ ਹੋ ਗਈ। ਕੁਝ ਚਿਰ ਲੰਘਿਆ ਤਾਂ ਮੈਨੂੰ ਮਾਲੂਮ ਹੋਇਆ ਕਿ ਬੁੱਲ ਖੁੱਲ੍ਹਣ ਲੱਗੇ ਹਨ ਔਰ ਆਖਣ ਲੱਗੇ ਹਨ ਕਿ ਤੂੰ ਮੇਰੀ ਗੋਲੀ ਹੈ। ਬੁੱਲ ਖੁੱਲ੍ਹੇ ਔਰ ਬੋਲੇ, ਪਰ ਮੈਂ ਸਮਝੀ ਨਹੀਂ ਕੀ ਬੋਲੇ। ਹਾਂ, ਮੈਨੂੰ ਜੋ ਬੋਲੇ ਉਹ ਚੇਤੇ ਹੋ ਗਿਆ, ਸ੍ਰੀ ਵਾਹਿਗੁਰੂ। ਇੰਨੀ ਗੱਲ ਸੀ ਜੋ ਉਸ ਨੇ ਆਖੀ, ਪਰ ਮੈਂ ਉਸ ਵੇਲੇ ਨਹੀਂ ਸਮਝੀ ਸਾਂ ਕਿ ਇਹ ਕੀ ਆਖਦਾ ਹੈ। ਹੁਣ ਕੁਛ ਮੇਰੇ ਡਾਢੇ ਜ਼ੋਰ ਲਾਉਣ ਨਾਲ ਮੇਰੇ ਬੁੱਲ ਵੀ ਖੁੱਲ੍ਹੇ ਅਤੇ ਮੈਂ ਆਖਿਆ, ਜੀਓ ਜੀ, ਕੀ ਹੁਕਮ ਹੈ? ਪਰ ਇਸ ਦੇ ਉੱਤਰ ਤੋਂ ਪਹਿਲੇ ਬੁੱਲ ਅਤੇ ਨੈਣ ਫੇਰ ਬੰਦ ਹੋ ਗਏ ਔਰ ਚਿਹਰੇ ਦੇ ਰੰਗ ਵਿੱਚ ਕੁਝ ਚਿਟਿਆਸ ਹੋਰ ਆ ਗਈ। ਇੰਨੇ ਨੂੰ ਮੇਰੇ ਪਿਤਾ, ਮਾਤਾ, ਹਕੀਮ, ਵੈਦ ਅਤੇ ਕਈ ਦਾਸ ਆ ਗਏ। ਅੱਜ ਪਹਿਲਾ ਦਿਨ ਸੀ ਕਿ ਮੇਰੇ ਚਿਹਰੇ ਵੱਲ ਵੇਖ ਕੇ ਮੇਰੇ ਮਾਤਾ ਪਿਤਾ ਹੱਸੇ ਨਹੀਂ, ਉਦਾਸ ਹੋ ਗਏ। ਮੈਂ ਵੀ ਰੋ ਪਈ। ਦੌੜ ਕੇ ਮੇਰੀ ਮਾਂ ਨੇ ਮੈਨੂੰ ਗੋਦ ਵਿੱਚ ਲੈ ਲਿਆ। ਉਸ ਦੀ ਕਾਲੀ ਦੀ ਖਿੱਚ ਨੇ ਮੇਰਾ ਹੱਥ ਛੁਟਕਾ ਦਿੱਤਾ ਅਤੇ ਰੁਕੇ ਹੋਏ ਲਹੂ ਦੀ ਧਾਰ ਫੁਹਾਰੇ ਦੀ ਤਰ੍ਹਾਂ ਮੇਰੇ ਚਿਹਰੇ 'ਤੇ ਵੱਜੀ। ਅੱਜ ਪਹਿਲਾ ਦਿਨ ਸੀ ਕਿ ਮੈਂ ਆਪਣੇ ਆਪ ਨੂੰ ਮਾਂ ਦੀ ਪਿਆਰੀ ਕਲਾਈ ਤੋਂ ਛੁਡਾ ਕੇ ਉਸ ਨੂੰ ਤੱਕ ਦਿੱਤਾ ਔਰ ਛੇਤੀ ਨਾਲ ਉਸ ਲਹੂ ਦੀ ਨਾੜ ਨੂੰ ਨੱਪਿਆ ਜਿਸ ਵਿੱਚ ਮੈਂ ਚਾਹੁੰਦੀ ਸਾਂ ਕਿ ਮੇਰਾ ਸਾਰਾ ਲਹੂ ਚਲਿਆ ਜਾਵੇ ਔਰ ਵਗ ਚੁੱਕੇ ਲਹੂ ਦਾ ਘਾਟਾ ਪੂਰਾ ਕਰ ਦੇਵੇ। ਮੈਂ ਫੇਰ ਢਿੱਲੀ ਹੋ ਕੇ ਇਸ ਤਰ੍ਹਾਂ ਹੀ ਲੇਟ ਜਾਵਾਂ ਕਿ ਇਹ ਜਿਵੇਂ ਪਿਆ ਹੈ ਅਤੇ ਇਹ ਮੇਰਾ ਸਿਰ ਚੁੱਕ ਕੇ ਆਪਣੀ ਗੋਦ ਵਿੱਚ ਰੱਖ ਕੇ ਚਿਹਰੇ ਤੋਂ ਮਿੱਟੀ ਪੂੰਜੇ। ਵੈਦ ਅਤੇ ਹਕੀਮ ਹੁਣ ਦੌੜ ਕੇ ਆਏ ਔਰ ਫਟੀ ਹੋਈ ਥਾਂ ਮੇਰੇ ਹੱਥ ਫੜਨ ਲੱਗੇ, ਪਰ ਮੇਰਾ ਹੱਥ ਉੱਥੋਂ ਹਟਦਾ ਨਹੀਂ ਸੀ। ਪਿਤਾ ਨੇ ਆ ਕੇ ਛੇਤੀ ਨਾਲ ਮੇਰਾ ਹੱਥ ਛੁਡਾਇਆ ਅਤੇ ਜ਼ੋਰ ਨਾਲ ਮੈਨੂੰ ਗਲਵੱਕੜੀ ਵਿੱਚ ਲੈ ਕੇ ਆਪਣੇ ਕਮਰਬੰਦ ਨਾਲ ਮੇਰੇ ਚਿਹਰੇ ਤੋਂ ਲਹੂ ਪੂੰਜਿਆ ਅਤੇ ਕਿਹਾ, ਰਾਠ ਦੀਏ ਬੱਚੀਏ, ਇਹ ਕੀ ਹੋ ਗਿਆ ਹੈ? ਤੇਰਾ ਦਿਲ ਤਾਂ ਇਤਨਾ ਕਾਇਰ ਨਹੀਂ ਸੀ। ਪਰ ਮੇਰੇ 'ਤੇ ਕੀ ਅਸਰ ਹੋਣਾ ਸੀ? ਹੱਥ ਜੋੜ ਕੇ ਆਖਿਆ, ਬਾਪੂ ਜੀ, ਛੇਤੀ ਲਹੂ ਬੰਦ ਕਰਾਓ, ਮੈਂ ਬੇਦੋਸ਼ੇ ਨੂੰ ਮਾਰਿਆ ਹੈ। ਮੇਰੀ ਆਵਾਜ਼ ਵਿੱਚ ਕੁਛ ਬਹਾਦਰੀ ਨਹੀਂ ਸੀ, ਕੁਛ ਕਾਂਬਾ ਜਿਹਾ ਅਤੇ ਥਰਰ ਜਿਹੀ ਸੀ, ਜਿਸ ਨਾਲ ਰਾਠ ਬਾਪੂ ਦਾ ਦਿਲ ਵੀ ਘਬਰਾ ਗਿਆ। ਹੁਕਮ ਦਿੱਤਾ, ਛੇਤੀ ਜ਼ਖਮ ਨੂੰ ਸੀਵੋ। ਵੈਦ ਜੀ ਅਤੇ ਹਕੀਮ ਜੀ ਨੇ ਫੁਰਤੀ ਕੀਤੀ, ਮਮਿਆਈ ਅਤੇ ਹੋਰ ਦਵਾਈਆਂ ਅੰਦਰ ਦਿੱਤੀਆਂ, ਜ਼ਖਮ ਸੀਤਾ ਬੰਨਿਆ। ਹੁਣ ਮੈਂ ਆਖਿਆ, ਬਾਪੂ ਜੀ, ਘਰ ਲੈ ਚੱਲੋ, ਉੱਥੇ ਸੇਵਾ ਕਰਾਂਗੇ। ਮੇਰਾ ਕਹਿਣਾ ਕੌਣ ਮੋੜਦਾ ਸੀ? ਡੋਲੇ ਵਿੱਚ ਪਾ ਕੇ ਮੈਂ ਉਸ ਸੂਰਤ ਨੂੰ, ਜਿਸ ਵਰਗਾ ਚੰਗਾ ਮੈਨੂੰ ਹੁਣ ਤੱਕ ਕੋਈ ਨਹੀਂ ਸੀ ਲੱਗਦਾ, ਮਾੜੀ ਨੂੰ ਲੈ ਟੁਰੀ। ਹੁਣ ਮੈਥੋਂ ਘੋੜੇ 'ਤੇ ਨਾ ਚੜਿਆ ਜਾਵੇ, ਜੀ ਕਰੇ ਜੋ ਮੈਂ ਡੋਲੇ ਦੇ ਨਾਲ ਨਾਲ ਤੁਰਾਂ ਔਰ ਉਸ ਮੁਖੜੇ ਨੂੰ ਪਲ ਭਰ ਨਜ਼ਰੋਂ ਓਹਲੇ ਨਾ ਹੋਣ ਦਿਆਂ। ਬਾਪੂ ਜੀ ਨੇ ਅੱਜ ਕੁਝ ਜ਼ੋਰ ਦੇ ਕੇ ਮੈਨੂੰ ਘੋੜੇ 'ਤੇ ਚੜਾਇਆ
ਅਸੀਂ ਘਰ ਆਏ। ਮੈਂ ਆਪਣੇ ਸੌਣ ਵਾਲੇ ਥਾਂ ਉਸ ਦਾ ਡੇਰਾ ਕਰਾਇਆ। ਮਾਂ ਮੈਨੂੰ ਵੱਖ ਲਿਜਾ ਕੇ ਪੁੱਛਣ ਲੱਗੀ, ਬੱਚੀਏ ਇਹ ਕੌਣ ਹੈ? ਕਦ ਦਾ ਤੇਰਾ ਜਾਣੂ ਹੈ? ਤੈਨੂੰ ਇਸ ਨਾਲ ਇੰਨੀ ਹੁੱਬ ਕਿਵੇਂ ਹੋ ਆਈ ਹੈ? ਹੈਂ, ਇੰਨਾ ਪ੍ਰੇਮ? ਮੈਂ ਰੋ ਰੋ ਕੇ ਕਿਹਾ, ਅੰਮੀ ਅੱਜ ਤੋਂ ਪਹਿਲੇ ਮੈਂ ਇਸ ਨੂੰ ਕਦੇ ਨਹੀਂ ਡਿੱਠਾ। ਤੀਰ ਮਾਰਨ ਵੇਲੇ ਪਤਾ ਨਹੀਂ ਸੀ ਕਿ ਇੱਥੇ ਸਭ ਤੋਂ ਚੰਗਾ ਲੱਗਣ ਵਾਲਾ ਆਦਮੀ ਬੈਠਾ ਹੈ। ਮੈਂ ਤਾਂ ਚਿੱਤਰਾ ਜਾਣ ਕੇ ਤੀਰ ਮਾਰਿਆ ਅਤੇ ਖੁਸ਼ ਸਾਂ ਕਿ ਇਸ ਦੀ ਖੱਲ ਬਾਪੂ ਜੀ ਦੇ ਰੱਥ ਹੇਠ ਵਿਛਾਵਾਂਗੀ। ਪਰ ਅੰਮੀਏ, ਤੀਰ ਚਲਾਉਣ ਵੇਲੇ ਜੀ ਨੂੰ ਕੁਛ ਹੋਇਆ ਜ਼ਰੂਰ ਸੀ। ਪਤਾ ਨਹੀਂ ਉਹ ਕੀ ਸੀ, ਅਤੇ ਜਿਹੜਾ ਤੁਸੀਂ ਮੈਨੂੰ ਪ੍ਰੇਮ ਆਖਦੇ ਹੋ ਇਹ ਕੀ ਹੁੰਦਾ ਹੈ? ਮੈਨੂੰ ਤਾਂ ਇਸ ਦਾ ਪਤਾ ਵੀ ਨਹੀਂ। ਮਾਂ ਨੇ ਹੱਸ ਕੇ ਕਿਹਾ, ਜੋ ਅਸੀਂ ਤੇਰੇ ਨਾਲ ਕਰਦੇ ਹਾਂ। ਮੈਂ ਕਿਹਾ, ਅੰਮੀ ਉਹ ਤਾਂ ਲਾਡ ਪਿਆਰ ਹੈ। ਮੈਂ ਜਦ ਇਸ ਦੀ ਜਾਣੂ ਨਹੀਂ ਸਾਂ, ਮੈਂ ਇਸ ਨਾਲ ਲਾਡ ਪਿਆਰ ਕਦ ਕਰਨਾ ਸੀ? ਇਹ ਮੇਰਾ ਭੋਲਾਪਨ ਸੁਣ ਕੇ ਮਾਂ ਹੱਸ ਪਈ ਅਤੇ ਕਹਿਣ ਲੱਗੀ, ਜੋ ਕੁਛ ਸਲੂਕ ਤੂੰ ਇਸ ਨਾਲ ਕਰ ਰਹੀ ਹੈ ਇਹ ਪ੍ਰੇਮ ਹੈ। ਮੈਂ ਕਿਹਾ, ਅੰਮੀ ਮੈਂ ਤਾਂ ਇਸ ਨਾਲ ਹੁਣ ਵੀ ਲਾਡ ਪਿਆਰ ਨਹੀਂ ਕੀਤਾ। ਨਾੜ ਦੱਬੀ ਹੈ, ਪੈਰ ਘੁੱਟੇ ਹਨ ਅਤੇ ਚਿਹਰੇ ਤੋਂ ਗਰਦ ਝਾੜੀ ਹੈ। ਲਾਡ ਤਾਂ ਕੋਈ ਨਹੀਂ ਕੀਤਾ, ਉਹ ਤਾਂ ਬੋਲਦਾ ਵੀ ਨਹੀਂ। ਅੰਮੀ ਜੀ, ਇਹ ਮੈਨੂੰ ਡਾਢਾ ਹੀ ਚੰਗਾ ਲੱਗਦਾ ਹੈ। ਕੋਈ ਹੋਰ ਇਹੋ ਜਿਹਾ ਚੰਗਾ ਕਦੇ ਨਹੀਂ ਲੱਗਾ। ਅੰਮੀ ਬੋਲੀ, ਕੀ ਮੇਰੇ ਅਤੇ ਤੇਰੇ ਬਾਪੂ ਜੀ ਤੋਂ ਵੀ ਚੰਗਾ ਲੱਗਦਾ ਹੈ? ਮੈਂ ਕਿਹਾ, ਹਾਂ ਅੰਮੀਏ, ਤੁਹਾਥੋਂ ਵੀ ਬਹੁਤ ਹੀ ਚੰਗਾ ਲੱਗਦਾ ਹੈ। ਤੁਸੀਂ ਨਹੀਂ ਡਿੱਠਾ ਕਿਸ ਤਰ੍ਹਾਂ ਦਾ ਚੰਗਾ ਹੈ। ਭਲਾ ਤੁਸੀਂ ਕਦੇ ਅੱਗੇ ਇਹੋ ਜਿਹਾ ਮਨੁੱਖ ਨਹੀਂ ਡਿੱਠਾ? ਹੈ ਕਿ ਨਹੀਂ ਸਾਰਿਆਂ ਕੋਲੋਂ? ਹੋਰ ਵੇ ਮਾਂ ਜੀ, ਮੈਂ ਡਾਢਾ ਹੀ ਪਾਪ ਕੀਤਾ ਹੈ ਜੋ ਸਭ ਤੋਂ ਚੰਗੇ ਮਨੁੱਖ ਨੂੰ ਐਡੀ ਪੀੜ ਦਿੱਤੀ ਹੈ। ਇਹੋ ਪਾਪ ਹੈ ਨਾ? ਇਸ ਗੱਲ ਨੂੰ ਪੰਡਿਤ ਜੀ ਇੱਕ ਦਿਨ ਪਾਪ ਆਖਦੇ ਸੀ ਅਤੇ ਮੈਂ ਗੁੱਸੇ ਹੋ ਕੇ ਉੱਠ ਗਈ ਅਤੇ ਬਾਪੂ ਜੀ ਨੂੰ ਕਿਹਾ ਸੀ ਕਿ ਇਹ ਮੈਨੂੰ ਕੈਰਾਂ ਵਾਲੀਆਂ ਗੱਲਾਂ ਸੁਣਾਉਂਦਾ ਹੈ। ਉਹ ਹੁਣ ਮੈਨੂੰ ਚੇਤਾ ਆ ਰਿਹਾ ਹੈ ਕਿ ਉਹ ਪਾਪ ਇਹੋ ਗੱਲ ਹੋਣੀ ਹੈ ਜੋ ਅੱਜ ਮੈਥੋਂ ਹੋਇਆ ਹੈ। ਸੋ ਮੈਂ ਬਦਲਾ ਦੇਣ ਨੂੰ ਤਿਆਰ ਹਾਂ ਮੀਏ, ਜੇ ਇਹ ਮੈਨੂੰ ਤੀਰ ਮਾਰੇ ਤਾਂ ਮੈਂ ਛਾਤੀ ਅੱਗੇ ਕਰਾਂਗੀ, ਅਤੇ ਜੇ ਇਹ ਮੈਨੂੰ ਦਾਸੀ ਬਣਾ ਕੇ ਸੇਵਾ ਕਰਾਵੇ ਤਾਂ ਮੈਂ ਕਰਾਂਗੀ। ਬੀਬੀ ਅੰਮੀ, ਮੈਨੂੰ ਰੋਕਣਾ ਨਾ। ਇਹ ਸੁਣ ਕੇ ਅੰਮੀ ਪਹਿਲੇ ਤਾਂ ਮੁਸਕਰਾਈ ਪਰ ਫਿਰ ਰੋ ਪਈ। ਮੈਂ ਕਦੇ ਮਾਂ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਡਿੱਠਾ। ਨੌਕਰਾਂ ਨੂੰ ਜਦ ਮਾਰੀਏ ਤਾਂ ਉਹ ਲੋਕ ਰੋਂਦੇ ਸਨ। ਮੈਂ ਜਾਣਦੀ ਸਾਂ, ਅਸੀਂ ਰਾਣੇ ਲੋਕ ਹਾਂ, ਸਾਡੇ ਨੈਣਾਂ ਵਿੱਚ ਇਹੋ ਜਿਹਾ ਕੱਚਾ ਪਾਣੀ ਹੈ ਹੀ ਨਹੀਂ ਸੀ। ਪਰ ਅੱਜ ਮੈਂ ਆਪ ਰੋਈ ਸਾਂ। ਮੈਂ ਸੋਚਦੀ ਸਾਂ ਕਿ ਮੈਂ ਪਾਪ ਕੀਤਾ ਹੈ ਅਤੇ ਪੰਡਿਤ ਜੀ ਨੇ ਆਪ ਦੱਸਿਆ ਸੀ ਕਿ ਪਾਪ ਮਨੁੱਖ ਨੂੰ ਨੀਚ ਕਰ ਦਿੰਦਾ ਹੈ। ਮੈਂ ਤਾਂ ਨੀਵੀਂ ਹੋਈ ਹਾਂ, ਪਰ ਅੰਮੀ ਨੇ ਕੋਈ ਪਾਪ ਨਹੀਂ ਕੀਤਾ ਸੀ, ਇਹ ਕਿਉਂ ਰੋਈ? ਇੰਨੇ ਨੂੰ ਅੰਮੀ ਬੋਲੀ, ਬੱਚੀਏ ਕੀ ਆਖਾਂ, ਤੇਰੇ ਪਿਓ ਦੇ ਹੱਥੋਂ ਲੜਾਈਆਂ ਵਿੱਚ ਕਈ ਆਦਮੀ ਮੋਏ, ਰਾਜ ਭਾਗ ਖਬਰੇ ਤੇਰੇ ਸਿਰ ਆਵੇ, ਆਲੇ ਦੁਆਲੇ ਵੈਰੀ ਰਾਏ ਵੱਸਦੇ ਹਨ। ਜੇ ਤੂੰ ਤਕੜੀ ਨਾ ਹੋਈਓ ਤੇ ਲੜ ਕੇ ਫਤਿਹ ਪਾ ਕੇ ਰਾਠ ਨਾ ਬਣੀਓ
ਤਾਂ ਰਾਜ ਕਿਹਨੂੰ ਸਾਂਭੇਗੀ। ਮਾੜਾ ਤਾਂ ਹੋਇਆ ਪਰ ਕੀ ਹੋਇਆ ਕਿ ਕੰਗਲਾ ਮਰ ਗਿਆ ਤਾਂ ਮਰ ਗਿਆ ਸਹੀ। ਇਹ ਸੁਣ ਕੇ ਮੇਰੀਆਂ ਚੀਕਾਂ ਨਿਕਲ ਗਈਆਂ, ਮੈਂ ਨਿਆਣੇ ਬਾਲ ਵਾਂਗੂ ਰੋਈ। ਮਾਂ ਨੇ ਛਾਤੀ ਨਾ ਲਾ ਕੇ ਪਿਆਰ ਕੀਤਾ ਪਰ ਮੇਰਾ ਰੋਣਾ ਨਾ ਠੱਲੇ। ਆਖਾਂ ਮੀਏ ਤੇਰੀਆਂ ਅੱਖਾਂ ਨੂੰ ਕੀ ਹੋ ਗਿਆ ਹੈ? ਉਹ ਸਾਰਿਆਂ ਕੋਲੋਂ ਚੰਗਾ ਆਦਮੀ ਹੈ, ਤਾਂ ਹੀ ਉਹ ਤਾਂ ਮੈਨੂੰ ਚੰਗਾ ਲੱਗਦਾ ਹੈ। ਉਸ ਨੂੰ ਤੂੰ ਕੰਗਲਾ ਆਖਦੀ ਹੈ, ਜੇ ਉਹ ਮਰ ਗਿਆ ਤਾਂ ਉਹ ਜਾਣੇ। ਅੰਮੀ ਜੇ ਉਹ ਮਰ ਗਿਆ ਤਾਂ ਇਹੋ ਤੀਰ ਜਿਸ ਨਾਲ ਮੈਂ ਸਭ ਤੋਂ ਉੱਚੇ ਨੂੰ ਮਾਰਿਆ ਹੈ ਮੈਂ ਆਪਣੀ ਛਾਤੀ ਭਰੋਵਾਂਗੀ ਅਤੇ ਤੇਰੀ ਗੋਦ ਵਿੱਚ ਨਹੀਂ ਖੇਡਾਂਗੀ ਅਤੇ ਬਾਪੂ ਜੀ ਨੂੰ ਗਲਵੱਕੜੀ ਨਹੀਂ ਪਾਵਾਂਗੀ। ਅੰਮੀਏ ਤੈਨੂੰ ਕੀ ਹੋ ਗਿਆ ਹੈ? ਜਿਹੜੀਆਂ ਚੀਜ਼ਾਂ ਮੈਨੂੰ ਸੋਹਣੀਆਂ ਲੱਗਦੀਆਂ ਸਨ ਤੂੰ ਚਾਓ ਨਾਲ ਉਹਨਾਂ ਨੂੰ ਲੈਂਦੀ ਅਤੇ ਕਹਿੰਦੀ ਹੁੰਦੀ ਸੈਂ ਇਹ ਬਹੁਤ ਸੋਹਣੀਆਂ। ਅੱਜ ਤੂੰ ਮੈਨੂੰ ਸਭ ਤੋਂ ਚੰਗਾ ਲੱਗਣ ਵਾਲੇ ਨੂੰ ਕੰਗਲਾ ਮਰ ਗਿਆ ਤਾਂ ਕੀ ਹੋਇਆ ਆਖਦੀ ਹੈ? ਵੈਦ ਨੂੰ ਸੱਦ ਖਾਂ, ਵੇਖੇ ਮੇਰੀਆਂ ਅੱਖਾਂ ਵਿੱਚ ਡੋਰੇ ਦਾ ਜਾਲਾ ਤਾਂ ਨਹੀਂ ਪੈ ਗਿਆ ਜਾਂ ਤੇਰੀਆਂ ਅੱਖਾਂ ਵਿੱਚ ਤਾਂ ਨਹੀਂ ਪੈ ਗਿਆ? ਹਾਏ ਹੁਣ ਅੰਮੀਏ ਮੇਰੀ ਛਾਤੀ 'ਤੇ ਹੱਥ ਰੱਖ, ਇੱਥੇ ਕੁਛ ਉੱਛਲਦਾ ਹੈ, ਇਹ ਕੀ ਹੈ? ਮੇਰਾ ਜੀ ਇਸ ਉਛਾਲੇ ਤੋਂ ਘਬਰਾਉਂਦਾ ਹੈ। ਜੇ ਤੂੰ ਆਖੇ ਉਹ ਚੰਗਾ ਹੈ, ਤੈਨੂੰ ਵੀ ਚੰਗਾ ਲੱਗਦਾ ਹੈ ਅਤੇ ਅਸੀਂ ਉਸ ਦੀ ਸੇਵਾ ਕਰਾਂਗੇ ਤਦ ਤਾਂ ਇਹ ਉਛਾਲਾ ਘਟਦਾ ਹੈ ਅਤੇ ਜੀ ਲੱਗਦਾ ਹੈ, ਨਹੀਂ ਤਾਂ ਛਾਤੀ ਵਿੱਚ ਕੁਝ ਉਛਾਲਾ ਹੋ ਕੇ ਮੇਰੇ ਸਿਰ ਨੂੰ ਪੈ ਚੜਦਾ ਹੈ ਅਤੇ ਨੈਣ ਥਮੀਂਦੇ ਨਹੀਂ। ਆਹ ਵੇਖ ਮੇਰੇ ਹੰਝੂ ਠਲੀਂਦੇ ਨਹੀਂ। ਲੈ ਕਰ ਬੁੱਕ ਅਤੇ ਭਰ ਕੇ ਵੇਖ ਲੈ। ਦੱਸ ਅੰਮੀਏ ਹੁਣ ਮੈਂ ਕੀ ਕਰਾਂ? ਮੇਰਾ ਇਹ ਹਾਲ ਦੇਖ ਕੇ ਆਖਣ ਲੱਗੀ ਰੋ ਨਾ, ਉਹ ਚੰਗਾ ਤਾਂ ਹੈ, ਚੰਗਾ ਲੱਗਦਾ ਵੀ ਹੈ। ਤੈਨੂੰ ਜੋ ਚੰਗਾ ਲੱਗੇ, ਮੈਨੂੰ ਕਦੇ ਮਾੜਾ ਨਹੀਂ ਲੱਗਾ, ਪਰ ਕੰਗਲਾ ਤਾਂ ਮੈਂ ਇਸ ਕਰਕੇ ਕਿਹਾ ਸੀ ਕਿ ਜੋ ਉਹ ਕੋਈ ਸਾਊ ਥੋੜ੍ਹਾ ਹੈ, ਕੋਈ ਕੰਮੀ ਕਾਦੂ ਲੋਕ ਹੋ। ਮਰ ਗਿਆ ਤਾਂ ਤੂੰ ਦੁੱਖ ਨਾ ਕਰੇ। ਮੈਂ ਕਿਹਾ ਅੰਮੀ ਕੱਪੜੇ ਡਾਢੇ ਚਿੱਟੇ ਨਹੀਂ ਪਰ ਮੱਥਾ ਤਾਂ ਕਿਸੇ ਸਾਊ ਦਾ ਐਡਾ ਚੌੜਾ ਗੋਲ ਅਤੇ ਚਮਕਦਾ ਨਹੀਂ ਹੁੰਦਾ ਅਤੇ ਜੇ ਬਾਪੂ ਜੀ ਉਸ ਨੂੰ ਭੌਂ ਅਤੇ ਡੰਗਰ ਦੇ ਦੇਣ ਤਾਂ ਟੱਲੇ ਵੀ ਆਪੇ ਚਿੱਟੇ ਹੋ ਜਾਣ। ਪਰ ਅੱਛਾ ਮਾਂ ਜੀ, ਜਿਸ ਵੇਲੇ ਉਸਨੇ ਅੱਖਾਂ ਖੋਲੀਆਂ ਅਤੇ ਤੁਸਾਂ ਵੇਖੀਆਂ ਤੁਸੀਂ ਆਪੇ ਆਖੋਗੇ ਇਹ ਤਾਂ ਕੋਈ ਲਾਹੌਰ ਦਾ ਫੌਜਦਾਰ ਹੈ। ਮਾਂ ਸੁਣ ਕੇ ਬੋਲੀ, ਹੁਣ ਤੂੰ ਮੈਨੂੰ ਇਹ ਦੱਸ ਜੋ ਤੂੰ ਕਿਸ ਗੱਲੇ ਰਾਜੀ ਹੈ? ਮੈਂ ਕਿਹਾ ਜੋ ਮੇਰੇ ਕੋਲ ਰਵੇ, ਵੈਦ ਅਤੇ ਹਕੀਮ ਬਾਹਰ ਹਾਜ਼ਰ ਰਹਿਣ, ਮੈਂ ਸੇਵਾ ਕਰਾਂ, ਉਹ ਦਾਰੂ ਕਰਨ, ਇੱਕ ਵਾਰੀ ਰਾਜੀ ਹੋ ਜਾਵੇ ਤੇ ਮੈਂ ਆਖਾਂ ਹੇ ਸਭ ਤੋਂ ਉੱਚੇ ਮਨੁੱਖ ਮੈਂ ਤੇਰਾ ਪਾਪ ਕੀਤਾ ਹੈ, ਮੈਨੂੰ ਜੋ ਵੀ ਆਵੇ ਡੰਨ ਦੇ। ਮਾਂ ਦੇ ਜੀ ਵਿੱਚ ਖਬਰੇ ਕੀ ਆਈ? ਕਹਿਣ ਲੱਗੀ ਟਹਿਲਣਾ ਬਾਂਦੀਆਂ ਬਥੇਰੀਆਂ ਹਨ ਪਰ ਜੇ ਤੇਰਾ ਜੀਉ ਆਪੇ ਹੀ ਟਹਿਲ ਕਰਨੀ ਮੰਗੇ ਤਾਂ ਚੰਗਾ, ਤੂੰ ਸੇਵਾ ਕਰੀ, ਵੈਦ ਹਕੀਮ ਇੱਥੇ ਹੀ ਰਹਿ ਪੈਣਗੇ। ਸੋ ਵੈਦ ਹਕੀਮ ਆ ਗਏ, ਮੈਂ ਲੱਗੀ ਸੇਵਾ ਕਰਨ। ਜਿਸ ਤਰ੍ਹਾਂ ਮੇਰੀਆਂ ਟਹਿਲਣਾਂ ਮੇਰੀ ਸੇਵਾ ਕਰਦੀਆਂ ਸਨ ਉਸੇ ਤਰ੍ਹਾਂ ਮੇਰਾ ਜੀ ਉਸ ਦੀ ਸੇਵਾ ਵਿੱਚ ਲੱਗਿਆ। ਮੇਰਾ ਆਪਣਾ ਪਲੰਘ ਡਾਢਾ ਹੀ ਨਰਮ ਸੀ, ਮੈਂ ਉਸ ਉੱਤੇ ਉਸ ਨੂੰ ਪਾਇਆ, ਸਾਰਾ ਦਿਨ ਕੋਲ ਬੈਠੀ ਪੱਖਾ ਕਰਦੀ ਰਹਾਂ ਅਤੇ ਚਿਹਰੇ ਨੂੰ ਤੱਕਦੀ ਰਹਾਂ ਅਤੇ ਉਡੀਕਾਂ
ਜੋ ਕਦ ਅੱਖਾਂ ਖੁੱਲ੍ਹਣ ਅਤੇ ਮੈਂ ਵੇਖਾਂ, ਕਦ ਬੁੱਲ ਖੁੱਲ੍ਹਣ ਅਤੇ ਉਹ ਸ੍ਰੀ ਵਾਹਿਗੁਰੂ ਫਿਰ ਸੁਣਾ। ਤੀਜੇ ਦਿਨ ਅੱਧੀ ਰਾਤ ਵੇਲੇ ਉਹਦੇ ਬੁੱਲ ਖੁੱਲ੍ਹੇ ਅਤੇ ਠੰਡੇ ਸਾਹ ਦੀ ਆਵਾਜ਼ ਆਈ। ਇਸ ਦੇ ਮਗਰੋਂ ਆਵਾਜ਼ ਆਈ, ਧੰਨ ਨਾਨਕ, ਅਤੇ ਨੇਤਰ ਖੁੱਲ੍ਹ ਗਏ। ਨੇਤਰ ਕੀ ਖੁੱਲ੍ਹੇ, ਮੇਰੇ ਲਈ ਖੁਸ਼ੀ ਬੰਦੀ ਖਾਨਿਓ ਖੁੱਲ੍ਹ ਗਈ। ਮੈਂ ਖੁੱਲ੍ਹੇ ਨੈਣ ਵੇਖ ਕੇ ਬੜੀ ਖੁਸ਼ ਹੋਈ ਅਤੇ ਆਖਿਆ, ਹੇ ਚੰਗਿਆ, ਸਭ ਤੋਂ ਚੰਗਿਆ, ਮੈਂ ਅਪਰਾਧਣ ਹਾਂ। ਉਹਨਾਂ ਨੇਤਰਾਂ ਨੇ ਮੇਰੇ ਵੱਲ ਡਿੱਠਾ ਅਤੇ ਫੇਰ ਬੰਦ ਹੋ ਗਏ। ਪਰ ਜੀਭ ਨੇ ਪੁੱਛਿਆ, ਮੈਂ ਕਿੱਥੇ ਹਾਂ? ਤਦੋਂ ਮੈਂ ਉਸ ਦੇ ਕੰਨਾਂ ਦੇ ਕੋਲ ਮੂੰਹ ਕਰਕੇ ਸਾਰੀ ਵਿਥਿਆ ਸੁਣਾਈ ਅਤੇ ਆਪਣੀ ਗੱਲ ਵੀ ਆਖੀ, ਪਰ ਫੇਰ ਨਾ ਨੈਣ ਖੁੱਲ੍ਹੇ ਨਾ ਬੁੱਲ। ਕੋਈ ਚੌਥੇ ਦਿਨ ਸਵੇਰ ਸਾਰ ਫੇਰ ਆਵਾਜ਼ ਆਈ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ, ਕਿਛ ਲਾਹੇ ਉੱਪਰ ਕਾਲੀ ਹੈ। ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ, ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀ ਹੈ, ਕਿਛ ਲਾਹੇ ਉੱਪਰ ਕਾਲੀ ਹੈ, ਕਿਛ ਲਾਹੇ ਉੱਪਰ ਕਾਲੀ ਹੈ। ਪਰ ਮੈਂ ਉਸ ਵੇਲੇ ਸਾਰੀ ਗੱਲ ਨਾ ਸਮਝੀ, ਹਾਂ ਇੰਨਾ ਸਮਝੀ ਜੋ ਕਹਿੰਦਾ ਹੈ ਕਿ ਮੇਰੇ ਨਾਲ ਤੂੰ ਮੰਦਾ ਕੀਤਾ ਹੈ, ਇਹ ਨਹੀਂ ਸੀ ਕਰਨਾ, ਤੀਰ ਚਲਾਉਣ ਵੇਲੇ ਚੰਗੀ ਤਰ੍ਹਾਂ ਵੇਖ ਲੈਣਾ ਸੀ। ਮੈਂ ਉਡੀਕਦੀ ਸਾਂ ਕਿ ਹੁਣ ਆਖੇਗਾ ਕਿ ਤੈਨੂੰ ਮੈਂ ਕੈਦ ਕੀਤਾ ਇਸ ਪਾਪ ਬਦਲੇ, ਪਰ ਫੇਰ ਨੈਣ ਖੁੱਲ੍ਹ ਗਏ ਅਤੇ ਮੇਰੇ ਵੱਲ ਤੱਕੇ, ਫੇਰ ਬੁੱਲ ਖੁੱਲ੍ਹੇ ਅਤੇ ਕਹਿਣ ਲੱਗੇ, ਤੁਸਾਂ ਬਹੁਤ ਸੇਵਾ ਕੀਤੀ ਹੈ, ਤੀਰ ਤਾਂ ਮੈਨੂੰ ਮੇਰਿਆਂ ਪਾਪਾਂ ਨੇ ਲਾਇਆ ਸੀ, ਪਰ ਤੁਸੀਂ ਬੜੇ ਚੰਗੇ ਹੋ ਜਿੰਨਾ ਸੇਵਾ ਕੀਤੀ ਹੈ, ਰਾਜ਼ੀ ਰਹੋ। ਇਹ ਕਹਿ ਕੇ ਉਹ ਸੌਂ ਗਿਆ। ਸੁੱਤਾ ਤੱਕ ਕੇ ਮੈਂ ਕੋਲ ਜਾ ਕੇ ਅਤੇ ਗਲਵਕੜੀ ਪਾ ਕੇ ਕਿਹਾ, ਦੇਖ ਲੈ ਮਾਂ, ਉਹ ਮਨੁੱਖ ਕਿਹੜਾ ਹੈ, ਆਖਦਾ ਹੈ ਤੀਰ ਤੂੰ ਨਹੀਂ ਮਾਰਿਆ, ਤੀਰ ਮੇਰੇ ਪਾਪਾਂ ਨੇ ਮਾਰਿਆ, ਅਤੇ ਤੂੰ ਚੰਗੀ ਹੈ ਜੋ ਸੇਵਾ ਕਰਦੀ ਪਈ ਹੈ, ਦੇਖ ਮਾਂ ਜੋ ਪਾਪੀ ਨੂੰ ਚੰਗਾ ਪਿਆ ਆਖਦਾ ਏ, ਅੰਮੀਏ ਕਿਹੜਾ ਚੰਗਾ ਹੋਇਆ। ਮੈਂ ਤੈਨੂੰ ਆਖਿਆ ਸੀ ਨਾ ਕਿ ਉਹ ਬਾਪੂ ਜੀ ਤੋਂ ਵਧੀਕ ਚੰਗਾ ਲੱਗਦਾ ਹੈ, ਭਲਾ ਬਾਪੂ ਜੀ ਕਦੇ ਪਾਪੀ ਨੂੰ ਚੰਗਾ ਆਖਣ? ਉਹ ਤਾਂ ਪਾਪੀਆਂ ਨੂੰ ਫਾਹੇ ਲਾ ਦਿੰਦੇ ਹਨ, ਅਤੇ ਇਹ ਆਖਦਾ ਹੈ ਕਿ ਤੂੰ ਚੰਗੀ ਹੈ। ਮਾਂ ਹੱਸ ਪਈ ਅਤੇ ਕਹਿਣ ਲੱਗੀ, ਜਾ ਅੱਜ ਖੂੰਡੀ ਦੀ ਖੇਡ ਖੇਲਿਆ। ਮੈਂ ਕਿਹਾ, ਮਾਂ ਜੀ ਨਹੀਂ ਕਰਦਾ, ਪਾਸ ਬੈਠੇ ਰਹਿਣ ਤੋਂ ਬਿਨਾਂ ਹੋਰ ਗੱਲ 'ਤੇ ਜੀ ਨਹੀਂ ਲੱਗਦਾ। ਹੁਣ ਜੇ ਤੁਹਾਡੇ ਕੋਲ ਬੈਠੀ ਹਾਂ ਤਾਂ ਇਹੋ ਪਿਆ ਜੀ ਕਰਦਾ ਹੈ ਕਿ ਕਿਹੜਾ ਵੇਲਾ ਹੋਵੇ ਮੈਂ ਫੇਰ ਕੋਲ ਜਾ ਬੈਠਾਂ। ਇਸ ਤਰ੍ਹਾਂ ਕਰਦਿਆਂ ਕੁਝ ਦਿਨ ਲੰਘੇ, ਚੰਗੇ ਜੀ ਦਾ ਜੀ ਵੱਲ ਹੁੰਦਾ ਪਿਆ ਦਿਸੇ। ਇੱਕ ਦਿਨ ਰਾਤ ਨੂੰ ਨੈਣ ਖੋਲ੍ਹੇ ਅਤੇ ਮੈਨੂੰ ਕੋਲ ਸੱਦਿਆ ਅਤੇ ਕਹਿਣ ਲੱਗੇ, ਦੇਖ ਤੂੰ ਇੱਕ ਪਰਦੇਸੀ ਦੀ ਸੇਵਾ ਕੀਤੀ ਹੈ ਅਤੇ ਰਾਜੇ ਦੀ ਧੀ ਹੋ ਕੇ ਕੀਤੀ ਹੈ,
ਮੈਂ ਗਰੀਬ ਹਾਂ, ਮੇਰੇ ਕੋਲ ਕੀ ਹੈ ਜੋ ਤੈਨੂੰ ਦੇਵਾਂ? ਪਰ ਇੱਕ ਗੱਲ ਤੈਨੂੰ ਦੱਸਦਾ, ਜੋ ਤੈਨੂੰ ਸੁੱਖ ਦੇਵੇਗੀ ਉਹ ਗੱਲ ਸਮਝ ਲੈ ਧਿਆਨ ਦੇ ਕੇ। ਉਹ ਗੱਲ ਇਹ ਹੈ ਕਿ ਤੂੰ ਇਹ ਸਰੀਰ ਨਹੀਂ ਹੈ, ਤੂੰ ਆਤਮਾ ਹੈ। ਮੈਂ ਪੁੱਛਿਆ, ਆਤਮਾ ਕੀ ਹੁੰਦੀ ਹੈ? ਤਾਂ ਉਹਨਾਂ ਦਾ ਮੂੰਹ ਬੰਦ ਹੋ ਗਿਆ। ਦੂਸਰੀ ਰਾਤ ਫਿਰ ਮੂੰਹ ਖੁੱਲ੍ਹਾ ਅਤੇ ਕਹਿਣ ਲੱਗੇ, ਮੈਂ ਆਖਦਾ ਹਾਂ ਤੂੰ ਆਤਮਾ ਹੈ, ਸਰੀਰ ਤੋਂ ਵੱਖਰੀ ਹੈ, ਤੂੰ ਸਰੀਰ ਤੋਂ ਉੱਚੀ ਹੈ। ਸਰੀਰ ਨਾ ਰਹੇ ਤੂੰ ਤਾਂ ਵੀ ਹੋਵੇਂਗੀ, ਤੂੰ ਜੇ ਨਿਰਾ ਸਰੀਰ ਹੋਵੇਂ ਤਾਂ ਹੱਸ ਖੇਡ ਖਾ ਪੀ ਛੱਡਿਆ ਕਰ, ਪਰ ਤੂੰ ਆਤਮਾ ਹੈ, ਆਪ ਨੂੰ ਪਛਾਣਿਆ ਕਰ, ਦੂਜਿਆਂ ਵਿੱਚ ਆਪਣੇ ਵਰਗੀ ਆਤਮਾ ਵੇਖਿਆ ਕਰ। ਦੌਲਤ ਅਤੇ ਸਰੀਰ ਪਰਦੇ ਹਨ ਜੋ ਆਪਣੇ ਵਰਗੀ ਆਤਮਾ ਦਿਸਣ ਨਹੀਂ ਦਿੰਦੇ। ਇਹਨਾਂ ਪਰਦਿਆਂ ਨੂੰ ਪਾੜ ਕੇ ਆਤਮਾ ਵੇਖਿਆ ਕਰ। ਤੂੰ ਬਹੁਤ ਉੱਚੀ ਹੈ, ਪਰ ਆਪਣੇ ਲਈ ਜਿਕੂ ਸੁੱਖ ਲੈਂਦੀ ਹੈ ਤਿਕੂ ਸੁੱਖ ਦਿਆ ਵੀ ਕਰ। ਮੈਂ ਘਬਰਾ ਗਈ, ਮੇਰੇ ਅੱਗੇ ਹਨੇਰਾ ਛਾ ਗਿਆ, ਮੈਂ ਹੈਰਾਨ ਹੋ ਹੱਕੀ ਬੱਕੀ ਰਹਿ ਗਈ। ਮੈਂ ਆਖਿਆ, ਮੈਂ ਨਹੀਂ ਜਾਣਦੀ ਤੁਸੀਂ ਕੀ ਕਿਹਾ ਹੈ, ਮੈਂ ਆਤਮਾ ਹਾਂ, ਮੈਂ ਸਰੀਰ ਦੇ ਮੋਇਆ ਨਹੀਂ ਮਰਨਾ, ਮੈਂ ਸੁੱਖ ਦੇਣਾ ਹੈ। ਹਾਏ, ਇਹ ਸੱਚ ਹੈ? ਜੇ ਸੱਚ ਹੈ ਤਾਂ ਹੋਰ ਨਾ ਕਹੋ, ਮੇਰਾ ਜੀ ਬੈਠਦਾ ਹੈ। ਮੈਂ ਇਹ ਸਰੀਰ ਹੀ ਹੋਵਾਂ ਤਾਂ ਤੇਰੇ ਸਰੀਰ ਦੀ ਸੇਵਾ ਕਰਾਂ, ਸੇਵਾ ਵਿੱਚ ਮਰ ਜਾਵਾਂ ਅਤੇ ਫੇਰ ਨਾ ਹੋਵਾਂ। ਬਸ ਜੀ, ਹੋਰ ਮੈਂ ਕੁਛ ਨਾ ਹੋਵਾਂ। ਉਹ ਬੋਲੇ, ਭੋਲੀਏ, ਤੂੰ ਆਤਮਾ ਹੈ, ਤੂੰ ਜ਼ਮੀਨ 'ਤੇ ਤੁਰਨ ਵਾਲੀ ਨਹੀਂ, ਤੂੰ ਪੰਛੀਆਂ ਵਾਂਗੂ ਕਿਸੇ ਹੋਰ ਆਕਾਸ਼ ਦੀ ਉੱਡਣ ਵਾਲੀ ਹੈ। ਤੂੰ ਮਿੱਟੀ, ਮਾਸ, ਹੱਡੀ, ਲਹੂ ਨਹੀਂ, ਤੂੰ ਚਾਨਣੇ ਵਾਂਗੂ ਜੋਤ ਸਰੂਪ ਹੈ। ਨਿਰੀ ਰੋਣ ਪਿੱਟਣ ਹੱਸਣ ਵਾਲੀ ਨਹੀਂ, ਪਰ ਸਦਾ ਸੁਖੀ, ਸਦਾ ਆਨੰਦ ਹੈ। ਮੈਂ ਡਰ ਕੇ ਅੱਖਾਂ ਮੀਟ ਲਈਆਂ ਅਤੇ ਆਖਿਆ, ਹੇ ਸਭ ਤੋਂ ਚੰਗੇ ਮਨੁੱਖ, ਮੈਨੂੰ ਕੁਛ ਹੁੰਦਾ ਜਾਂਦਾ ਹੈ, ਮੈਨੂੰ ਉਹ ਕੁਛ ਹੁੰਦਾ ਹੈ ਜੋ ਬਾਪੂ ਜੀ ਕਾਇਰਾਂ ਨੂੰ ਆਖਦੇ ਹਨ ਹੁੰਦਾ ਹੈ, ਹੋਰ ਨਾ ਦੱਸ। ਮੈਂ ਤੇਰੀਆਂ ਗੱਲਾਂ ਦੇ ਮਗਰ ਮਗਰ ਜਦ ਜਾਂਦੀ ਹਾਂ ਤਦ ਮੈਂ ਇੰਨੀ ਸੁੰਗੜਦੀ ਅਤੇ ਫੈਲਰਦੀ ਹਾਂ ਕਿ ਗੁਆਚ ਜਾਂਦੀ ਹਾਂ। ਨਾ ਕਹੋ ਮੈਂ ਆਤਮਾ ਹਾਂ। ਫਿਰ ਉਹ ਕਹਿਣ ਲੱਗੇ, ਹੇ ਚੰਗੀਏ, ਜੋ ਸੇਵਾ ਕਰ ਸਕਦੀ ਹੈ, ਸੁਣ, ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ ਹੈ, ਤੇਰੇ ਵਿੱਚ ਲੱਭ ਨਹੀਂ ਹੈ, ਤੂੰ ਮੰਗਣ ਵਾਲੀ ਨਹੀਂ, ਤੂੰ ਤਾਂ ਸਭ ਨੂੰ ਇੱਕ ਸਾਰ ਪਿਆਰ ਕਰਨ ਵਾਲੀ ਹੈ। ਹਾਂ, ਤੂੰ ਅਚਾਹ ਹੈ, ਤੂੰ ਉੱਚੀ ਹੈ, ਆਪ ਨੂੰ ਪਹਿਚਾਣ। ਹੁਣ ਮੈਨੂੰ ਉਹ ਲੱਗਾ ਜਿਸ ਨੂੰ ਡਰ ਕਰਕੇ ਸੁਣਦੀ ਹੁੰਦੀ ਸਾਂ। ਹਾਂ, ਮੈਂ ਸੱਚੀ ਮੁੱਚੀ ਡਰ ਗਈ, ਮੈਂ ਸਹਿਮ ਕੇ ਬਹਿ ਗਈ। ਮੈਂ ਚਾਹਾਂ ਜੋ ਕੰਨ ਬੰਦ ਕਰਾਂ, ਜੋ ਹੋਰ ਸੁਣ ਕੇ ਡੌਰ ਪੌਰ ਨਾ ਹੋਵਾਂ, ਪਰ ਸਭ ਤੋਂ ਚੰਗੇ ਮਨੁੱਖ ਦੀ ਚੰਗੀ ਆਵਾਜ਼ ਅੱਗੇ ਕੰਨ ਕੀਕੂ ਬੰਦ ਕਰਾਂ। ਮੈਂ ਫਿਰ ਹੀਆ ਕਰਕੇ ਆਖਿਆ, ਬਸ ਕਰ, ਹੇ ਉੱਚੇ ਆਦਮੀ, ਹੋਰ ਨਾ ਕਹੋ, ਮੇਰਾ ਹਾਲ ਬੁਰਾ ਹੋ ਗਿਆ ਹੈ, ਇਹ ਆਤਮਾ ਮੈਂ ਨਾ ਹੋਵਾਂ, ਮੈਨੂੰ ਉਸ ਡਰ ਤੋਂ ਬਚਾ ਜੋ ਇਸ ਖਿਆਲ ਵਿੱਚ ਗਿਆ ਮੈਨੂੰ ਲੱਗਦਾ ਹੈ। ਪਰ ਉਸ ਨੇ ਫਿਰ ਕਿਹਾ, ਤੂੰ ਆਤਮਾ ਹੈ।
ਹਾਂ, ਜਿਵੇਂ ਤੂੰ ਤੀਰ ਨਹੀਂ, ਤੂੰ ਤੀਰ ਕਮਾਨ ਨਹੀਂ, ਪਰ ਤੂੰ ਤੀਰ ਚਲਾਉਣ ਵਾਲੀ ਹੈ। ਤੂੰ ਰੋਟੀ ਨਹੀਂ, ਤੂੰ ਖਾਣ ਵਾਲੀ ਹੈ। ਤੂੰ ਦੇਹ ਨਹੀਂ, ਦੇਹੀ ਦੀ ਟੋਰਨ ਵਾਲੀ ਹੈ। ਤੂੰ ਮਨ ਨਹੀਂ, ਪਰ ਮਨ ਨੂੰ ਹਾਂਕਣ ਵਾਲੀ ਹੈ। ਤੂੰ ਆਪੇ ਕਹਿੰਦੀ ਹੈ ਕਿ ਨਹੀਂ, ਮੇਰਾ ਮਨ ਅੱਜ ਖੁਸ਼ ਹੈ, ਅੱਜ ਦਿਲਗੀਰ ਹੈ। ਸੋ ਤੂੰ ਮਨ ਨਹੀਂ, ਪਰ ਮਨ ਦੀ ਮਾਲਕ ਹੈ। ਹਾਂ, ਤੂੰ ਚਰਖਾ ਨਹੀਂ, ਪਰ ਚਰਖੇ ਨੂੰ ਕੱਤਣ ਵਾਲੀ ਹੈ। ਹੇ ਸੁੰਦਰੀ, ਤੂੰ ਸੁੰਦਰ ਨਹੀਂ, ਪਰ ਸੁੰਦਰਤਾ ਤੇਥੋਂ ਨਿਕਲਦੀ ਹੈ। ਤੂੰ ਧੁੱਪ ਨਹੀਂ, ਪਰ ਸੂਰਜ ਹੈ। ਤੂੰ ਚਾਂਦਨੀ ਨਹੀਂ, ਪਰ ਚੰਦ ਹੈ। ਹੇ ਚੰਗੀਏ, ਤਿਵੇਂ ਤੂੰ ਦੇਹ ਨਹੀਂ, ਪਰ ਆਤਮਾ ਹੈ। ਇਹ ਮੈਂ ਟੱਕ ਬੰਨ ਕੇ, ਮਨ ਜੋੜ ਕੇ, ਬੇਵੱਸੋਂ ਹੋ ਕੇ ਸੁਣਿਆ, ਪਰ ਸੁਣਦਿਆਂ ਸੁਣਦਿਆਂ ਐਤਕੀ ਮੈਨੂੰ ਚੱਕਰ ਆ ਗਿਆ। ਅੱਖਾਂ ਬੰਦ ਹੋ ਗਈਆਂ, ਜ਼ਮੀਨ ਅਸਮਾਨ ਮਾਨੋ ਉਲਟ ਗਏ। ਮੈਂ ਬੇਹੋਸ਼ ਹੋ ਕੇ ਉਸ ਦੇ ਪੈਰਾਂ 'ਤੇ ਡਿੱਗ ਪਈ। ਮੈਨੂੰ ਪਤਾ ਨਹੀਂ ਰਿਹਾ ਕਿ ਮੈਂ ਹਾਂ ਕਿ ਨਹੀਂ। ਚਿਰ ਪਿੱਛੋਂ ਜਾਂ ਮੈਂ ਉੱਠੀ ਤਾਂ ਮੈਂ ਡਰ ਨਾਲ ਕੰਬ ਰਹੀ ਸਾਂ। ਕੀ ਮੇਰੇ ਸਿਰ 'ਤੇ ਐਡਾ ਪਰਬਤ ਪੈਣਾ ਹੈ? ਮੈਂ ਆਤਮਾ ਹੋਣਾ ਹੈ, ਜਿਵੇਂ ਇਹ ਆਖਦਾ ਹੈ। ਇਹ ਤਾਂ ਬੜਾ ਔਖਾ ਹੈ। ਪਰ ਜੋ ਸਭ ਤੋਂ ਚੰਗਾ ਮਨੁੱਖ ਹੈ ਆਖਦਾ ਹੈ ਇਹ ਚੰਗਾ ਹੀ ਹੋਣਾ ਹੈ। ਮੈਂ ਤਾਂ ਡੌਰ ਪੌਰ ਹੁੰਦੀ ਹਾਂ, ਡਰਦੀ ਹਾਂ ਕਿ ਜੇਕਰ ਕੁਛ ਮੈਂ ਹਾਂ ਤਾਂ ਨਿਤਾਣੀ ਹਾਂ। ਕੌਣ ਇਸ ਭਾਰ ਨੂੰ ਚੱਲੇਗਾ ਕਿ ਮੈਂ ਆਤਮਾ ਹਾਂ? ਇਸ ਉੱਚੇ ਪਰਬਤ ਦੀ ਸਿਖਰ ਵੱਲ ਤੱਕਿਆਂ ਮੇਰੀ ਨਜ਼ਰ ਪਾਟਦੀ ਹੈ। ਮੈਂ ਜਦ ਇਹ ਸੁਣਦੀ ਹਾਂ ਤੇ ਅੰਦਰੋਂ ਫੈਲਰਦੀ ਹਾਂ, ਫਿਰ ਘਬਰਾ ਜਾਂਦੀ ਹਾਂ। ਮੈਂ ਹੁਣ ਤੱਕ ਹੱਸਦੀ ਖੇਡਦੀ ਲਾਡਾਂ ਵਿੱਚ ਪਲੀ ਖੁਸ਼ੀ ਖੁਸ਼ੀ ਰਹਿੰਦੀ ਹੁੰਦੀ ਸਾਂ। ਕੀ ਇਹ ਮੇਰੇ ਚਾਓ ਮਲਾਰ ਤੇ ਖੁਸ਼ੀਆਂ ਉਪਰੀਆਂ ਹਨ? ਹਾਏ, ਮੇਰਾ ਕਲੇਜਾ ਫਿਰ ਟੁੱਟ ਗਿਆ। ਬਣਾਂ ਦੇ ਹਰਨ, ਠੰਡੀਆਂ ਛਾਵਾਂ, ਵਗਦੇ ਪਾਣੀ, ਸਖੀਆਂ ਦੇ ਝੁੰਡ, ਮੁਸ਼ਕਨ ਘੋੜੀ ਉੱਤੇ ਬੈਠੀ ਮੈਂ, ਹੱਥ ਵਿੱਚ ਤੀਰ ਕਮਾਨ, ਤਾਂਗਾਂ ਤਾਂਗ ਦੀ ਮਾਂ ਤੇ ਰਾਹ, ਉਡੀਕਦਾ ਬਾਪੂ, ਮੱਥੇ ਟੇਕਦੀ ਪਰਜ਼ਾ। ਕੀ ਇਹ ਸਾਰਾ ਚੰਗਾ ਮੇਰੇ ਸਰੀਰ ਲਈ ਹੈ, ਉਪਰਾ ਹੈ? ਕਿਉਂ ਜੋ ਇਹ ਆਖਦਾ ਹੈ ਕਿ ਤੂੰ ਸਰੀਰ ਨਹੀਂ? ਤੇ ਜੇ ਮੈਂ ਸਰੀਰ ਨਹੀਂ ਤਾਂ ਇਹ ਸਰੀਰ ਨੂੰ ਚੰਗੇ ਲੱਗਣ ਵਾਲੇ ਸਾਰੇ ਅਡੰਬਰ ਵੀ ਮੇਰੇ ਨਾ ਹੋਏ। ਹਾਏ ਹਾਏ, ਤਾਂ ਮੈਂ ਇਕੱਲੀ ਹਾਂ? ਜੇ ਸਰੀਰ ਮੇਰਾ ਨਹੀਂ ਤਾਂ ਮਾਂ ਅਤੇ ਬਾਪੂ ਜੀ ਵੀ ਮੇਰੇ ਨਹੀਂ। ਉਹ ਮੇਰੇ ਨਹੀਂ ਤਾਂ ਸਾਰੇ ਸੁੱਖ ਅਤੇ ਖੁਸ਼ੀਆਂ ਜੋ ਉਹ ਦਿੰਦੇ ਹਨ, ਸਾਕ ਅਤੇ ਸਖੀਆਂ ਮੇਰੇ ਨਾ ਹੋਏ। ਹਾਏ, ਜੇ ਮੈਂ ਆਤਮਾ ਹਾਂ ਤਾਂ ਮੈਂ ਇਕੱਲੀ ਹਾਂ। ਇਸ ਵੇਲੇ ਮੇਰੀਆਂ ਅੱਖਾਂ ਅੱਗੇ ਇਹ ਕੱਲ ਰੂਪ ਬੰਨ ਕੇ ਆ ਗਈ। ਤਦੋਂ ਮੈਂ ਖੁਸ਼ੀਆਂ ਦੇ ਪੰਘੂੜੇ ਝੂਟਣ ਵਾਲੀ ਅੱਲੜ ਅਤੇ ਮੂਲੋਂ ਅਜਾਣ ਕੀ ਜਾਣਦੀ ਸਾਂ ਕਿ ਕੁਛ ਹੋਰ ਗੱਲ ਵੀ ਹੈ। ਚੰਗੇ ਦੀ ਗੱਲ ਸੋਚਦਿਆਂ ਮੇਰੇ ਉਧਾਲੇ ਅਕਲ ਆ ਗਈ। ਇਸ ਅਕਲ ਨੇ ਮੇਰੇ ਉੱਤੇ ਉਹ ਡਰ ਪਾਇਆ ਕਿ ਮੈਨੂੰ ਕੁਛ ਨਾ ਦਿਸੇ। ਕਲੇਜਾ ਕੰਬੇ, ਲੂੰ ਕੰਢੇ ਹੋ ਗਏ। ਰੋਵਾਂ ਅਤੇ ਭੁੱਬਾਂ ਮਾਰਾਂ ਅਤੇ ਆਖਾਂ, ਹਾਏ, ਮੈਂ ਕਿਵੇਂ ਆਤਮਾ ਨਾ ਹੋਵਾਂ? ਜਿਉਂ ਜਿਉਂ ਮੈਂ ਸਹਿਮ ਖਾਵਾਂ ਅਤੇ ਡਰਾਂ, ਤਿਉਂ ਤਿਉਂ ਉਹ ਇਹ ਕੱਲ ਵੱਧਦੀ ਜਾਵੇ ਅਤੇ ਮੈਂ ਟੁੱਟਦੀ ਜਾਵਾਂ। ਕਿੰਨੇ ਚਿਰ ਮਗਰੋਂ ਮੇਰੀਆਂ ਅੱਖਾਂ ਖੁੱਲੀਆਂ। ਹੁਣ ਮੈਂ ਉੱਠਣਾ ਚਾਹਾਂ, ਪਰ ਹੁਣ ਕੌਣ ਉੱਠੇ?
ਜਿਨ੍ਹਾਂ ਮੇਰੀਆਂ ਲੱਤਾਂ ਨੇ ਸਾਰਾ ਸਾਰਾ ਦਿਨ ਬਣ ਕੱਛੇ ਸਨ। ਉੱਠਣਾ ਭੁੱਲ ਗਈਆਂ ਜਿਨ੍ਹਾਂ ਮੇਰੀਆਂ ਬਾਹਾਂ ਨੇ ਸ਼ੇਰ ਮਾਰੇ ਸਨ। ਜ਼ਮੀਨ 'ਤੇ ਟੇਕ ਧਰ ਕੇ ਆਸਰਾ ਦੇਣਾ ਵਸਾਰ ਬੈਠੀਆਂ। ਫਿਰ ਮੈਨੂੰ ਖਿਆਲ ਆਇਆ ਕਿ ਮੈਂ ਬਦੋਸ਼ ਅਤੇ ਸਭ ਤੋਂ ਚੰਗੇ ਮਨੁੱਖ ਨੂੰ ਮਾਰਿਆ ਹੈ। ਮੈਂ ਪਾਪ ਕੀਤਾ ਹੈ, ਮੇਰੇ ਪਾਪ ਦਾ ਡੰਨ ਮੈਨੂੰ ਇਸਨੇ ਇਹ ਦਿੱਤਾ ਹੈ ਜੋ ਮੈਨੂੰ ਇਕੱਲਿਆਂ ਕਰ ਦਿੱਤਾ ਸੀ। ਹਾਏ, ਹੁਣ ਮੈਂ ਸਦਾ ਦੁੱਖ ਭਰਾਂਗੀ, ਮੈਂ ਆਪ ਨੂੰ ਇਸ ਕੱਲ ਵਿੱਚ ਸਦਾ ਵੇਖਾਂਗੀ, ਕੋਈ ਮੇਰਾ ਨਹੀਂ, ਮੈਂ ਇਕੱਲੀ ਹਾਂ। ਹਾਏ, ਹੁਣ ਤੋਂ ਨਿੱਤ ਰੋਇਆ ਕਰਾਂਗੀ ਅਤੇ ਇਕੱਲੀ ਦਿਨ ਕੱਟੀ ਕਰਾਂਗੀ। ਮੇਰੇ ਦਿਨ ਕੀਕੂ ਲੰਘਿਆ ਕਰਨਗੇ, ਮੇਰੀ ਰਾਤ ਕੀਕੂ ਬੀਤਿਆ ਕਰੇਗੀ, ਜਦ ਸਾਰੇ ਹੀ ਮੇਰੇ ਨਹੀਂ, ਤਦ ਉਪਰਿਆਂ ਦਾ ਸੁੱਖ ਮੈਂ ਕੀਕੂ ਲਵਾਂਗੀ। ਨਾਲੇ ਉਹ ਆਖਦਾ ਹੈ, ਤੂੰ ਸੁੱਖ ਦਿਆ ਕਰ, ਲਿਆ ਨਾ ਕਰ। ਕਿੰਨੀ ਅਣਹੋਣੀ ਗੱਲ ਆਖੀ ਸੂੰ, ਜਦ ਸਰੀਰ ਵੀ ਮੇਰਾ ਨਹੀਂ ਤਾਂ ਮੈਂ ਕਿਸੇ ਨੂੰ ਦਿਆ ਕੀ ਕਰਾਂ। ਹੁੰਦਾ ਤਾਂ ਕੋਈ ਵਡਾਵੇ, ਜਦ ਮੇਰੇ ਕੋਲ ਹੋਇਆ ਹੀ ਕੁਛ ਨਾ ਤਾਂ ਮੈਂ ਵੰਡ ਵਡਾ ਕੇ ਦਿਆਂਗੀ ਕੀ। ਹੁਣ ਫਿਰ ਮੇਰੀਆਂ ਅੱਖਾਂ ਅੱਗੇ ਇੱਕ ਹਨੇਰਾ ਉੱਠਿਆ ਔਰ ਸਭ ਕੁਛ ਅਲੋਪ ਹੋ ਗਿਆ। ਮੈਂ ਇਕੱਲੀ ਹਨੇਰੇ ਵਿੱਚ ਰਹਿ ਗਈ। ਇਸ ਵੇਲੇ ਮੈਂ ਇਤਨਾ ਡਰੀ ਕਿ ਮੇਰੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਉੱਠਿਆ। ਮਾਂ ਭੱਜੀ ਆਈ ਅਤੇ ਮੈਨੂੰ ਝੋਲੀ ਪਾ ਲਿਆ, ਮੇਰਾ ਮੱਥਾ ਚੁੰਮੇ, ਅੱਖਾਂ ਪੂੰਝੇ, ਘੁੱਟੇ ਪਿਆਰ ਦੇਵੇ ਅਤੇ ਬੁਲਾਵਾਂ ਲਵੇ, ਪਰ ਮੈਨੂੰ ਸੁਰਤ ਨਾ ਆਵੇ। ਮੇਰੇ ਕਲੇਜੇ ਧੜਕਦੇ ਦੀ ਆਵਾਜ਼ ਮਾਂ ਦੇ ਕੰਨਾਂ ਵਿੱਚ ਪਹੁੰਚੇ। ਮਾਂ ਨੇ ਮੇਰਾ ਮੂੰਹ ਧੋਤਾ, ਮੇਰੇ ਅੰਦਰ ਪਾਣੀ ਦਾ ਘੁੱਟ ਪਾਇਆ ਅਤੇ ਪੁੱਛੇ, ਕੀ ਹੋਇਆ ਹੈ? ਜਾਂ ਮੈਂ ਅੱਖਾਂ ਖੋਲੀਆਂ ਤਾਂ ਆਖਿਆ, ਅੰਮੀਏ ਮੈਨੂੰ ਛੱਡ ਦੇ, ਤੂੰ ਮੇਰੀ ਨਹੀਂ ਹੈ, ਨਾਲੇ ਮੈਂ ਤੇਰੇ ਸੁੱਖਾਂ ਨੂੰ ਲੈਣਾ ਨਹੀਂ। ਅੰਮੀ ਬੁਲਾਵਾਂ ਲੈ ਕੇ ਕਹਿਣ ਲੱਗੀ, ਧੀਏ ਕਿਉਂ? ਤਾਂ ਮੈਂ ਆਖਿਆ, ਅੰਮਾ ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ, ਇਸ ਕਰਕੇ ਇਕੱਲੀ ਹਾਂ ਅਤੇ ਇਕੱਲਿਆਂ ਮੈਨੂੰ ਡਰ ਲੱਗਦਾ ਹੈ। ਉਹ ਡਰ ਮੈਨੂੰ ਖਾ ਰਿਹਾ ਹੈ ਅਤੇ ਖਾ ਜਾਵੇਗਾ। ਜਾ ਮਾਂ, ਤੂੰ ਸੌਂ, ਮੈਨੂੰ ਚੰਗੇ ਮਨੁੱਖ ਨੇ ਮੇਰੇ ਅਪਰਾਧ ਦਾ ਡੰਨ ਦਿੱਤਾ ਹੈ, ਹੁਣ ਮੈਨੂੰ ਇਕੱਲ ਪਈ ਖਾਂਦੀ ਹੈ, ਤੂੰ ਜਾ। ਮੈਂ ਉਸ ਨੂੰ ਆਖਦੀ ਹਾਂ ਕਿ ਤੀਰ ਲੈ ਕੇ ਮੈਨੂੰ ਖੋਭ ਦੇਵੇ, ਮੈਂ ਇਸ ਤਰ੍ਹਾਂ ਮਰਨ ਨੂੰ ਤਿਆਰ ਹਾਂ, ਪਰ ਇਹ ਆਤਮਾ ਬਣ ਕੇ ਇਕੱਲ ਦੇ ਹੱਥੋਂ ਇਸ ਤਰ੍ਹਾਂ ਮਰਨਾ ਬੜੀ ਪੀੜਾ ਦਿੰਦਾ ਹੈ, ਜੋ ਪੀੜ ਕੇ ਝੱਲੀ ਨਹੀਂ ਜਾਂਦੀ। ਇਹ ਸੁਣ ਕੇ ਮਾਂ ਨੂੰ ਰੋਹ ਚੜ ਗਿਆ। ਕਹਿਣ ਲੱਗੀ, ਹੁਣੇ ਇਸ ਕਮਲੇ ਨੂੰ ਕਬਰਸਤਾਨ ਭੇਜ ਕੇ ਜਿਉਂਦਾ ਦਬਵਾ ਦਿੰਦੀ ਹਾਂ, ਜੋ ਮੇਰੀ ਸੁੱਖਾਂ ਲੱਦੀ ਧੀ ਨੂੰ ਡਰਾਉਂਦਾ ਹੈ ਔਰ ਨਿਰਭੈ ਸ਼ੇਰ ਬਚੜੀ ਦਾ ਕਲੇਜਾ ਕੱਢ ਰਿਹਾ ਹੈ। ਇਸ ਡੈਣ ਬਾਵੇ ਦੇ ਹੁਣੇ ਡੱਕਰੇ ਕਰਾਉਂਦੀ ਹਾਂ। ਇਹ ਸੁਣ ਕੇ ਮੇਰੀ ਜਾਨ ਨਿਕਲੀ। ਮੈਂ ਦੋਛੀ ਟਹਿਲਣ ਵਾਂਗ ਮਾਂ ਦੇ ਪੈਰ ਫੜ ਲਏ ਅਤੇ ਆਖਿਆ, ਅੰਮੀ ਹੋਰ ਪਾਪ ਨਾ ਕਰੀਂ, ਮੈਂ ਪਾਪ ਕੀਤਾ ਹੈ, ਬਦਲਾ ਦੇਣਾ ਹੈ। ਇਹੋ ਗੱਲ ਪੰਡਿਤ ਜੀ ਆਖਦੇ ਹੁੰਦੇ ਸਨ ਕਿ ਨਾ? ਫਿਰ ਤੁਸੀਂ ਕਿਉਂ ਉਸ ਨਿਰਦੋਸ਼ੀ ਨੂੰ ਹੋਰ ਦੁੱਖ ਦਿੰਦੇ ਹੋ, ਜਿਸ ਨੂੰ ਮੈਂ ਅੱਗੇ ਦੁੱਖ ਦਿੱਤਾ ਹੈ ਅਤੇ ਹੁਣ ਪਾਪ ਦਾ ਫਲ ਮੈਨੂੰ ਲੱਗਾ ਹੈ ਕਿ ਇਕੱਲੀ ਹੋ ਗਈ ਹਾਂ, ਮੈਂ ਤਾਂ ਫਲ ਭੋਗਾਂਗੀ, ਪਰ ਤੂੰ ਜਾ, ਆਰਾਮ ਕਰ, ਜਾ ਅੰਮੀ, ਤੂੰ ਜਾ। ਮਾਂ ਜਾਵੇ ਨਾ ਦੰਦੀਆਂ ਕਰੀਚੇ ਅਤੇ ਮੈਂ ਟੋਰਾਂ। ਛੇਕੜ ਮੈਂ ਕਿਹਾ, ਜੇ ਤੁਸਾਂ ਇਸ ਚੰਗੇ ਮਨੁੱਖ ਨੂੰ ਕੁਛ ਆਖਿਆ
ਤੇ ਮੈਂ ਆਪੇ ਆਪਣੇ ਕਲੇਜੇ ਵਿੱਚ ਤੀਰ ਖੋਭ ਦੇਵਾਂਗੀ। ਤਾਂ ਮਾਂ ਟਲੀ ਪਰ ਭਰੀ ਪੀਤੀ ਹੋਈ ਹੀ ਗਈ। ਹੁਣ ਮੈਂ ਉਸੇ ਇਕੱਲ ਤੇ ਸਹਿਮ ਵਿੱਚ ਬੈਠੀ ਸਾਂ। ਤੂੰ ਆਤਮਾ ਹੈ, ਇਹ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਕਿ ਅਚਾਨਕ ਚੇਤਾ ਆਇਆ ਕਿ ਚੰਗੇ ਮਨੁੱਖ ਨੇ ਤਾਂ ਇਹ ਗੱਲਾਂ ਵੀ ਕੀਤੀਆਂ ਸਨ ਕਿ ਤੂੰ ਉੱਚੀ ਹੈ, ਮੈਂ ਉੱਚੀ ਹਾਂ, ਪਰਬਤ ਦੀ ਚੋਟੀ ਉੱਚੀ ਹੁੰਦੀ ਹੈ, ਸੋ ਵੀ ਇਕੱਲੀ ਅਤੇ ਉਜਾੜ ਹੁੰਦੀ ਹੈ। ਬੱਦਲ ਉੱਚੇ ਹੁੰਦੇ ਹਨ ਪਰ ਸੁੰਨਸਾਨ ਹੈਨ, ਚੰਦ ਉੱਚਾ ਹੈ ਪਰ ਉਹ ਵੀ ਇਕੱਲਾ, ਸੂਰਜ ਉੱਚਾ ਹੈ ਸੋ ਵੀ ਇਕੱਲਾ ਹੈ। ਜੇ ਮੈਂ ਉੱਚੀ ਹੋਈ ਤਾਂ ਵੀ ਇਕੱਲੀ ਹੀ ਹੋਈ ਨਾ, ਹਾਏ ਮੈਂ ਕੀ ਕਰਾਂ। ਇਹ ਕੱਲ ਖਾਂਦੀ ਹੈ, ਤੂੰ ਆਤਮਾ ਹੈ, ਤੇਰੇ ਵਿੱਚ ਮੋਹ ਨਹੀਂ। ਤਦੇ ਮੈਂ ਅੱਜ ਮਾਂ ਨੂੰ ਗੁੱਸੇ ਕਰ ਲਿਆ ਹੈ। ਚੰਗੇ ਨੇ ਕਿਹਾ ਸੀ ਤੂੰ ਬੇਲੋੜ ਹੈ, ਬੇਲੋੜ ਹੈ, ਅਚਾਹ ਹੋ, ਪਰ ਮੈਨੂੰ ਰੋਟੀ ਦੀ ਤਾਂ ਲੋੜ ਹੈ, ਇਸ ਤੋਂ ਬੇਲੋੜ ਕੀਕੂ ਹੋਵਾਂ। ਅਤੇ ਜੇ ਮੇਰਾ ਕੋਈ ਨਹੀਂ ਫਿਰ ਮੈਂ ਰੋਟੀ ਕਿੱਥੋਂ ਖਾਵਾਂਗੀ। ਕੋਈ ਬੌੜ ਹੋਵੇ ਮੈਨੂੰ, ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ। ਮੈਂ ਸੁੱਖ ਦਿਆ ਕਰਾਂਗੀ, ਲਵਾਂਗੀ ਨਹੀਂ, ਰੋਟੀ ਆਪ ਪਕਾਵਾਂਗੀ, ਪਾਣੀ ਆਪ ਭਰਾਂਗੀ, ਮੰਜਾ ਆਪ ਡਾਵਾਂਗੀ, ਕੱਪੜੇ ਆਪ ਧੋਵਾਂਗੀ, ਪਰ ਇਹ ਵੀ ਕੀਕੂ ਕਰਾਂਗੀ, ਮੈਂ ਜਦ ਦੇਹ ਨਹੀਂ ਤਾਂ ਦੇਹ ਦੇ ਕੰਮ ਕੀਕੂ ਕਰਾਂਗੀ। ਆਤਮਾ ਹਾਂ, ਸਰੀਰ ਤੋਂ ਅੱਡ ਹੋਈ, ਹੁਣ ਮੈਂ ਇਸੇ ਧੁਨ ਵਿੱਚ ਇਕੱਲੀ ਰਹਾਂਗੀ, ਅਤੇ ਇਕੱਲ ਮੈਨੂੰ ਖਾਇਆ ਕਰੇਗਾ ਅਤੇ ਮੈਂ ਸੁੱਕ ਕੇ ਮਰ ਜਾਵਾਂਗੀ। ਮੈਂ ਇਹਨਾਂ ਵਹਿਮਾਂ ਵਿੱਚ ਰੁੜ ਰਹੀ ਸਾਂ ਕਿ ਚੰਗੇ ਮਨੁੱਖ ਦੇ ਫੇਰ ਨੈਣ ਖੁੱਲ੍ਹੇ ਅਤੇ ਤੱਕ ਕੇ ਮੁਸਕਰਾਏ, ਬੁੱਲ ਮੁਸਕਰਾਏ ਅਤੇ ਨੈਣ ਮੈਂ ਵੱਲ ਭਰ ਕੇ ਤੱਕੇ, ਤਾਂ ਮੈਨੂੰ ਜਾਣ ਪੈ ਗਈ। ਉਸ ਵੇਲੇ ਅਕਲ ਮੇਰੀ ਨੱਸ ਗਈ ਅਤੇ ਮੈਨੂੰ ਖੁਸ਼ੀ ਆ ਗਈ। ਮੈਂ ਕੋਲ ਜਾ ਕੇ ਹੱਥ ਜੋੜੇ ਤਾਂ ਫਿਰ ਉਸ ਕਿਹਾ ਤੂੰ ਆਤਮਾ ਹੈ ਪਰ ਅਕਲ ਤੈਨੂੰ ਨਹੀਂ ਖਾ ਸਕਦੀ। ਮੈਂ ਕਿਹਾ ਹੇ ਚੰਗੇ ਮਨੁੱਖ, ਕਹੋ ਮੈਂ ਆਤਮਾ ਨਹੀਂ, ਇਹ ਸਜ਼ਾ ਮੇਰੇ ਚੱਲਣ ਦੀ ਨਹੀਂ, ਮੈਨੂੰ ਕੈਦ ਕਰ ਅਰ ਕਹੋ ਤੂੰ ਮੇਰੀ ਗੁਲਾਮ ਹੈ, ਹਰਦਮ ਮੇਰੇ ਨਾਲ ਰਹੋ ਅਤੇ ਸੇਵਾ ਕਰ, ਮੈਂ ਕਰਾਂਗੀ। ਜਾਂ ਤੀਰ ਲੈ ਅਤੇ ਖੂਬ ਦੇ ਮੇਰੇ ਕਾਲਜੇ, ਮੈਂ ਖੁਬਾਵਾਂਗੀ ਅਤੇ ਖੁਸ਼ੀ ਨਾਲ ਮਰਾਂਗੀ, ਪਰ ਮੈਨੂੰ ਆਤਮਾ ਨਾ ਕਹੋ। ਉਸ ਫਿਰ ਨੈਣ ਮੀਟੇ, ਚਿਰ ਪਿੱਛੋਂ ਖੋਲ੍ਹੇ ਅਤੇ ਕਿਹਾ ਤੂੰ ਇਕੱਲੀ ਨਹੀਂ ਹੈ, ਤੇਰੇ ਨਾਲ ਨਿਰੰਕਾਰ ਹੈ। ਮੈਂ ਰੋ ਰੋ ਕੇ ਕਿਹਾ ਮੇਰੇ ਨਾਲ ਤੂੰ ਰਹੋ, ਮੈਨੂੰ ਹੋਰ ਕਿਸੇ ਦੀ ਲੋੜ ਨਹੀਂ, ਸਭ ਤੋਂ ਚੰਗਾ ਤੂੰ ਹੈ, ਤੇਥੋਂ ਚੰਗਾ ਹੋਰ ਕੋਈ ਨਹੀਂ। ਉਸਨੇ ਕਿਹਾ ਮੈਂ ਆਤਮਾ ਹਾਂ, ਪਰਮਾਤਮਾ ਮੇਰੇ ਨਾਲ ਹੈ, ਤੂੰ ਆਤਮਾ ਹੈ, ਪਰਮਾਤਮਾ ਤੇਰੇ ਨਾਲ ਹੈ। ਮੈਂ ਹੁਣ ਹੋਰ ਸਹਿਮੀ। ਉਸਨੇ ਫਿਰ ਆਖਿਆ ਪਰਮਾਤਮਾ ਹਰਦਮ ਤੇਰੇ ਨਾਲ ਹੈ, ਤੂੰ ਉਸ ਵੱਲ ਨਹੀਂ ਤੱਕਦੀ, ਉਹ ਤੈਨੂੰ ਵੇਖਦਾ ਹੈ, ਤੂੰ ਸੌ ਜਾਂਦੀ ਹੈ ਉਹ ਜਾਗਦਾ ਹੈ, ਤੂੰ ਜੋ ਕਰਦੀ ਹੈ ਉਹ ਵੇਖਦਾ ਹੈ, ਜੋ ਸੋਚਦੀ ਹੈ ਉਹ ਜਾਣਦਾ ਹੈ, ਪਰ ਤੂੰ ਉਸ ਨੂੰ ਨਹੀਂ ਵੇਖਦੀ ਨਾ ਜਾਣਦੀ ਹੈ। ਆਹ, ਹੁਣ ਮੇਰੇ 'ਤੇ ਹੋਰ ਡਰ ਸਾਇਆ ਹੈ। ਮੈਂ ਦਿਲ ਨੂੰ ਕਿਹਾ ਮੇਰੇ ਨਾਲ ਕੋਈ ਲੁੱਕ ਕੇ ਰਹਿੰਦਾ ਹੈ, ਜੋ ਮੇਰੇ ਸਾਰੇ ਕੰਮਾਂ ਨੂੰ ਵੇਂਹਦਾ ਹੈ, ਦੱਸਦਾ ਨਹੀਂ ਪਰ ਦੇਖਦਾ ਹੈ, ਜੋ ਫੇਰ ਨਾਲ ਤਾਂ ਹੋਇਆ ਪਰ ਨਾ ਹੋਏ ਜਿਹਾ ਹੋਇਆ। ਹਾਏ ਮੈਂ ਕਿਵੇਂ ਆਤਮਾ ਨਾ ਹੋਵਾਂ। ਜੇ ਉਹ ਵੇਂਹਦਾ, ਜਾਣਦਾ ਅਤੇ ਸੁਣਦਾ ਹੈ ਤਾਂ ਹਰ ਕੰਮ ਕਰਨ ਲੱਗਿਆਂ ਅਚਕਿਆ ਕਰਾਂਗੀ, ਬੋਲਣ ਲੱਗੇ ਸੋਚਿਆ ਕਰਾਂਗੀ ਅਤੇ ਸੋਚਣ ਲੱਗਿਆਂ
ਕੀ ਕਰਿਆ ਕਰਾਂਗੀ, ਡੁੱਬ ਜਾਇਆ ਕਰਾਂਗੀ। ਫਿਰ ਮੈਂ ਉਸਨੂੰ ਕਿਹਾ, ਹੇ ਚੰਗੇ ਮਨੁੱਖ, ਮੈਂ ਪਾਪ ਕੀਤਾ ਹੈ, ਮੈਨੂੰ ਡੰਨ ਦੇ, ਪਰ ਐਡਾ ਕਰੜਾ ਨਾ ਦੇ। ਪਰ ਉਸ ਦੀਆਂ ਅੱਖਾਂ ਬੰਦ ਸਨ, ਜੋ ਫਿਰ ਸਾਰਾ ਦਿਨ ਨਾ ਖੁੱਲੀਆਂ, ਅਤੇ ਮੈਂ ਡੋਲਦੀ, ਡਰਦੀ, ਡੁੱਬਦੀ, ਸੋਚਦੀ, ਪਰ ਉਸਦੇ ਕੋਲ ਹੀ ਬੈਠੀ ਰਹੀ। ਪਿਤਾ ਜੀ ਆਏ, ਮੈਂ ਭੱਜ ਕੇ ਉਹਨਾਂ ਦੇ ਗਲ ਨਾਲ ਜਾ ਲੱਗੀ। ਉਹ ਵੀ ਕੁਛ ਉਦਾਸ ਜਿਹੇ ਆਏ, ਮੇਰਾ ਚਿਹਰਾ ਵੇਖ ਕੇ ਹੋਰ ਉਦਾਸ ਹੋ ਗਏ, ਮੈਨੂੰ ਗਲ ਨਾਲ ਲਾਉਣ ਲੱਗੇ, ਤਾਂ ਮੈਂ ਰਤਾ ਕੁ ਚੱਕੀ, ਪਰ ਉਹਨਾਂ ਨੇ ਜੋਰੀ ਛਾਤੀ ਨਾਲ ਮੇਰਾ ਸਿਰ ਲਾ ਕੇ ਕੁੱਟਿਆ ਅਤੇ ਸਿਰ 'ਤੇ ਹੱਥ ਫੇਰ ਕੇ ਮੈਨੂੰ ਪਿਆਰ ਦਿੱਤਾ। ਜਿਸ ਵੇਲੇ ਕਿ ਉਹਨਾਂ ਦਾ ਹੱਥ ਮੇਰੇ ਸਿਰ 'ਤੇ ਪਿਆਰ ਨਾਲ ਛੋਇਆ, ਮੇਰੇ ਡਸਕੋਰੇ ਨਿਕਲ ਗਏ ਅਤੇ ਤੱਤੇ ਤੱਤੇ ਹੰਝੂ ਉਹਨਾਂ ਦੀ ਛਾਤੀ 'ਤੇ ਵਗ ਤੁਰੇ। ਇਹ ਵੇਖ ਕੇ ਉਹ ਰਾਠ, ਰਾਠਾਂ ਵਿੱਚ ਵੀ ਨਾਮਣਾ ਪਾ ਚੁੱਕਾ ਰਾਠ ਪਿਤਾ, ਠੰਡਾ ਸਾਹ ਲੈ ਕੇ ਬੋਲਿਆ, ਧੀਏ ਹੋਸ਼ ਕਰ, ਤੇਰਾ ਦੁੱਖ ਹੁਣੇ ਦੂਰ ਕਰਾਂ। ਪਰ ਤੇਰਾ ਪਿਆਰ ਹੀ ਕੁਛ ਨਹੀਂ ਕਰਨ ਦਿੰਦਾ। ਮੈਂ ਕੁਛ ਨਾ ਬੋਲੀ, ਮੈਨੂੰ ਇੱਕ ਠੰਡ ਪੈ ਰਹੀ ਸੀ, ਪਿਤਾ ਦੇ ਪਿਆਰ ਵਿੱਚ ਇੱਕ ਸੁੱਖ ਮਿਲ ਰਿਹਾ ਸੀ, ਮੈਂ ਖੁਸ਼ ਹੋ ਰਹੀ ਸਾਂ। ਚੇਤਾ ਆਉਂਦਾ ਸੀ ਕਿ ਸੁੱਖ ਦੇਣਾ ਹੈ, ਲੈਣਾ ਨਹੀਂ, ਪਰ ਮੈਂ ਐਡੀ ਜੀ ਪਿਆਣੀ ਹੋ ਚੁੱਕੀ ਸਾਂ ਕਿ ਮੈਥੋਂ ਪਿਤਾ ਦੇ ਲਾਡ ਅਤੇ ਦਿਲਾਸੇ ਦਾ ਸੁੱਖ ਛੱਡਿਆ ਨਹੀਂ ਸੀ ਜਾਂਦਾ। ਮੈਨੂੰ ਹੁਣ ਤਰਾਸ ਹੋ ਗਿਆ ਕਿ ਮੈਨੂੰ ਖਾਣ ਵਾਲੀ ਇਹ ਕੱਲ੍ਹ ਤੋਂ ਰਾਖੀ ਕਰਨ ਵਾਲੇ ਬਾਪੂ ਜੀ ਆ ਗਏ ਹਨ। ਬਾਪੂ ਜੀ ਨੇ ਫਿਰ ਮੈਨੂੰ ਸਮਝਾਇਆ। ਜਦ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸਿਆ, ਉਹ ਹੱਸ ਪਏ, ਆਖਣ ਲੱਗੇ, ਕਾਕੀ ਤੇਰਾ ਭੋਲਾਪਨ ਤੇਰਾ ਵੈਰੀ ਹੋ ਰਿਹਾ ਹੈ, ਮੈਂ ਤੈਨੂੰ ਬੜੀ ਸਾਦਗੀ, ਸਿੱਧੇ ਅਤੇ ਭੋਲੇਪਨ ਵਿੱਚ ਪਾ ਲਿਆ ਹੈ, ਤੈਨੂੰ ਦੁਨੀਆ ਅਤੇ ਦੀਨ ਦੀ ਸਾਰ ਨਹੀਂ। ਬੱਚੀਏ, ਹੋਸ਼ ਕਰਕੇ ਸਮਝ, ਜੋ ਕੁਝ ਤੈਨੂੰ ਉਸਨੇ ਆਖਿਆ ਹੈ, ਉਸ ਤੋਂ ਮਾਲੂਮ ਹੁੰਦਾ ਹੈ ਕਿ ਉਹ ਸਾਧੂ ਹੈ, ਔਰ ਉਸਨੇ ਤੇਰੇ ਤੋਂ ਬਦਲਾ ਨਹੀਂ ਲਿਆ। ਜੋ ਗੱਲ ਉਹ ਚੰਗੀ ਜਾਣਦਾ ਸੀ ਉਸਨੇ ਤੈਨੂੰ ਆਖੀ ਹੈ। ਤੂੰ ਬੜੀ ਭੋਲੀ ਹੈ। ਜੇ ਉਦੋਂ ਇੱਕ ਵਾਰ ਪੰਡਿਤ ਨੇ ਪਾਪ ਪੁੰਨ ਦੀ ਗੱਲ ਆਖੀ ਸੀ, ਤਾਂ ਤੂੰ ਜੀ ਨੂੰ ਲਾ ਲਈ ਅਤੇ ਉੱਠ ਕੇ ਨੱਸ ਗਈ। ਜੋ ਕੋਈ ਹੋਰ ਗੱਲ ਨਾ ਆਖ ਦੇਵੇ ਜਿਸ ਨਾਲ ਮੇਰਾ ਜੀ ਨਿੱਕਾ ਨਾ ਹੋ ਜਾਵੇ, ਅਤੇ ਜੇ ਇਸਨੇ ਕਹਿ ਦਿੱਤਾ ਤੂੰ ਆਤਮਾ ਹੈ, ਤਾਂ ਫਿਰ ਡਰ ਦੇ ਨਾਲ ਹੀ ਸਾਰੀ ਨਪੀੜੀ ਜਾ ਰਹੀ ਹੈ। ਕਾਕੀ, ਇਹ ਗੱਲਾਂ ਹਨ ਜੋ ਵਿਹਲੇ ਰਹਿਣ ਵਾਲੇ ਲੋਕ ਸਾਨੂੰ ਸੁਣਾ ਕੇ ਆਪਣੀ ਉਧਰ ਪੂਰਨਾ ਕਰਦੇ ਹਨ। ਇਹਨਾਂ ਗੱਲਾਂ ਵਿੱਚ ਕੁਛ ਨਹੀਂ ਹੁੰਦਾ। ਤੂੰ ਸਿੱਧੀ ਅਤੇ ਸਾਫ਼ ਹੈ, ਅੰਦਰੋਂ ਬਾਹਰੋਂ ਇੱਕੋ ਹੈ, ਜੋ ਸੁਣਦੀ ਹੈ ਉਸਦੇ ਮਗਰ ਖਿਆਲ ਵਿੱਚ ਟੁਰ ਪੈਂਦੀ ਹੈ ਅਤੇ ਸ਼ੁਦੈਣ ਹੋ ਜਾਂਦੀ ਹੈ। ਤਕੜੀ ਹੋ, ਬਹਾਦਰਾਂ ਦੀ ਸੰਤਾਨ ਬਹਾਦਰ ਹੁੰਦੀ ਹੈ। ਕੱਲ੍ਹ ਮੇਰੇ ਨਾਲ ਚੱਲ, ਇੱਕ ਸ਼ੇਰ ਨੇ ਬੇਲੇ ਵਿੱਚ ਇੱਕ ਸਿਪਾਹੀ ਮਾਰਿਆ ਹੈ, ਉਸ ਨੂੰ ਪਾਲਣਾ ਅਤੇ ਮਾਰਨਾ ਹੈ, ਸ਼ਿਕਾਰ ਵਿੱਚ ਚੱਲ ਕੇ ਤੇਰਾ ਜੀ ਖੇਡ ਆਵੇਗਾ। ਮੈਂ ਕੁਛ ਬੋਲ ਤਾਂ ਨਾ ਸਕੀ, ਪਰ ਮੈਨੂੰ ਤਰਵਾਸ ਬਹੁਤ ਆ ਰਿਹਾ ਸੀ। ਪਿਤਾ ਜੀ ਕੁਛ ਚਿਰ ਪਿਆਰ ਦੇ ਕੇ ਚਲੇ ਗਏ, ਫਿਰ ਸੰਧਿਆ ਹੋ ਗਈ, ਮੈਂ ਇਸੇ ਹਾਲ ਵਿੱਚ ਹੀ ਲੇਟ ਗਈ। ਲੇਟੀ ਤਾਂ ਨੀਂਦ ਪੈ ਗਈ, ਮੈਂ ਸੁਪਨੇ ਸੁਣਦੀ ਹੁੰਦੀ ਸਾਂ, ਪਰ ਆਪ ਕਦੇ ਨਹੀਂ ਦੇਖਿਆ ਸੀ। ਅੱਜ ਪਹਿਲਾ ਦਿਨ ਸੀ ਕਿ ਮੈਂ ਸੁਪਨਾ ਡਿੱਠਾ, ਮੈਨੂੰ ਰਾਤ ਸਰਾਣੇ ਅਤੇ ਸਿਰ ਰੱਖਣ ਅਤੇ ਸਵੇਰੇ ਸਿਰ ਚੁੱਕਣ ਦੀ ਖਬਰ ਹੁੰਦੀ ਸੀ, ਪਿੱਛੋਂ ਪਤਾ ਨਹੀਂ ਰਾਤ ਕਿਸ ਤਰ੍ਹਾਂ ਲੰਘ ਜਾਂਦੀ ਸੀ। ਅੱਜ ਅੱਖ ਲੱਗੀ ਤਾਂ ਮੈਂ ਇੱਕ ਵੱਡੇ ਛੋਟੇ ਪੱਥਰਾਂ ਦੇ ਰੜੇ 'ਚ ਜਾ ਪਹੁੰਚੀ।
ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੇ ਅਤੇ ਮਿੱਟੀ ਰੇਤ ਦੇ ਕਿਣਕੇ ਹੀ ਕਿਣਕੇ ਪਏ ਹਨ, ਪਰ ਉਸੇ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦੀ ਸਾਂ। ਸਗੋਂ ਹੁਣ ਇਉਂ ਜਾਪੇ ਕਿ ਸਾਰੇ ਜਿਉਂਦੇ ਹਨ, ਪਰ ਐਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੇ ਰਤਾ ਜਿੰਨੀ ਕਲਾ ਵਰਤੇ ਤਾਂ ਇਹਨਾਂ ਨੂੰ ਹੋਸ਼ ਵੀ ਆ ਜਾਵੇ। ਇੰਨੇ ਨੂੰ ਮੈਂ ਕੀ ਡਿੱਠਾ ਕਿ ਉੱਥੇ ਪਾਣੀ ਆ ਗਿਆ, ਅਤੇ ਉਹਨਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ ਹੇ ਕਿਣਕਿਓ, ਤੁਸੀਂ ਤਾਂ ਜਿੰਦ ਹੋ, ਉੱਠੋ ਹੋਸ਼ ਕਰੋ। ਤੁਸੀਂ ਜੜ ਪੱਥਰ ਨਹੀਂ ਹੋ, ਤੁਸੀਂ ਜਿੰਦ ਹੋ, ਉੱਠੋ ਹੋਸ਼ ਕਰੋ। ਪਾਣੀ ਨੂੰ ਬੋਲਦਿਆਂ ਕਿਣਕਿਆਂ ਨੂੰ ਸੁਣਦਿਆਂ ਦੇਖ ਕੇ ਮੈਂ ਹੱਕੀ ਬੱਕੀ ਰਹਿ ਗਈ। ਇਹ ਕਿਵੇਂ ਹੋ ਰਿਹਾ ਹੈ, ਇਹ ਕਿਵੇਂ ਬੋਲ ਅਤੇ ਸੁਣ ਰਹੇ ਹਨ? ਪਰ ਹੋ ਇਵੇਂ ਹੀ ਰਿਹਾ ਸੀ ਅਤੇ ਮੇਰਾ ਸ਼ੌਂਕ ਵੱਧ ਰਿਹਾ ਸੀ, ਸੋ ਮੈਂ ਹੋਰ ਅੱਗੇ ਹੋ ਕੇ ਸੁਣਨ ਲੱਗੀ। ਤਦ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, ਅਸੀਂ ਜਿਸ ਹਾਲ ਵਿੱਚ ਪਏ ਹਾਂ ਚੰਗੇ ਹਾਂ, ਹੇ ਪਾਣੀ ਤੂੰ ਅੱਗੇ ਜਾ। ਤਦ ਪਾਣੀ ਬੋਲਿਆ, ਭੋਲਿਓ ਤੁਸੀਂ ਜਿੰਦ ਹੋ, ਆਓ ਮੇਰੇ ਨਾਲ, ਮੈਂ ਤੁਹਾਨੂੰ ਉੱਥੇ ਪਹੁੰਚਾ ਦਿਆਂ ਜਿੱਥੇ ਤੁਸੀਂ ਆਪੇ ਪਏ ਆਖੋ ਅਸੀਂ ਜਿੰਦ ਹਾਂ। ਆਪਣੇ ਟੁਰਨ ਦੀ ਗੱਲ ਸੁਣ ਕੇ ਇਹਨਾਂ ਨੇ ਆਖਿਆ, ਜਾ ਭਾਈ ਆਪਣੇ ਰਸਤੇ ਟੁਰ, ਅਸੀਂ ਸਲਾਹ ਕਰਕੇ ਤੈਨੂੰ ਕੱਲ੍ਹ ਉੱਤਰ ਦਿਆਂਗੇ। ਤਾਂ ਪਾਣੀ ਪਿੱਛੇ ਹਟ ਗਿਆ। ਹੁਣ ਕਿਣਕਿਆਂ ਦੀ ਪੰਚਾਇਤ ਜੁੜ ਬੈਠੀ। ਵੱਡੇ ਵੱਡੇ ਪੱਥਰ ਬੋਲੇ, ਅਸੀਂ ਬੜੇ ਸੁਖੀ ਹਾਂ, ਸੁੱਖ ਨਾਲ ਪਏ ਹਾਂ। ਇਹ ਪਾਣੀ ਕੋਈ ਮਤਲਬ ਹੀ ਹੈ, ਸਾਨੂੰ ਖੁਆਰ ਕਰੇਗਾ। ਅੱਗੇ ਅਸੀਂ ਉੱਚੇ ਪਰਬਤਾਂ 'ਤੇ ਵੱਸਦੇ ਸਾਂ, ਇੱਕ ਇਹੋ ਜਿਹੀ ਸੋਹਣੀ ਅਤੇ ਵਧੀਕ ਚਿੱਟੀ ਆਈ ਸੀ, ਸੋ ਆਪਣਾ ਨਾਂ ਬਰਫ਼ ਦੱਸਦੀ ਸੀ। ਆਖਣ ਲੱਗੀ, ਮੇਰੇ ਮੋਢੇ 'ਤੇ ਚੜ੍ਹ ਬੈਠੋ, ਤੁਹਾਨੂੰ ਸੈਲ ਕਰਾਵਾਂ। ਇੱਥੇ ਆ ਕੇ ਸਾਨੂੰ ਪਟਕਾ ਮਾਰਿਆ ਅਤੇ ਆਪ ਲੋਪ ਹੋ ਗਈ। ਸਭਿਆਰੇ ਸਾਡੇ ਜਿਗਰ ਵੱਡੇ ਹਨ, ਨਹੀਂ ਤਾਂ ਧੁੱਪਾਂ ਨਾਲ ਸੜ ਉੱਠਦੇ। ਇਹ ਗਰਮ ਧੁੱਪਾਂ ਅਸਾਂ ਕਦੇ ਪਰਬਤ ਧਾਰਾ 'ਤੇ ਜਾਗੀਆਂ ਨਹੀਂ ਸਨ। ਇਸੇ ਤਰ੍ਹਾਂ ਇਹ ਪਾਣੀ ਸਾਨੂੰ ਕਿਤੇ ਕੁਥਾਂ ਮਾਰੇਗਾ। ਹੁਣ ਕੁਛ ਹੋਰ ਕਿਣਕੇ ਬੋਲੇ, ਭਾਈਓ ਇਸ ਪਾਣੀ ਦੇ ਸਾਨੂੰ ਹੱਥ ਲੱਗੇ ਹੋਏ ਹਨ। ਅਸੀਂ ਵੀ ਕਦੇ ਵੱਡੇ ਵੱਡੇ ਚਟਾਨ ਅਤੇ ਸਿਲਾਂ ਪੱਥਰ ਸਾਂ। ਇਹ ਪਾਣੀ ਨੇ ਮਲਕੜੇ ਸਾਡੀਆਂ ਬੇਮਲੂਮ ਤਰੇੜਾਂ ਵਿੱਚ ਵੜ ਕੇ ਐਸਾ ਜੰਮ ਜਾਣਾ ਅਤੇ ਜ਼ੋਰ ਕਰਨਾ ਕਿ ਸਾਨੂੰ ਟੋਟੇ ਟੋਟੇ ਕਰਕੇ ਸਿੱਟ ਦੇਣਾ। ਫਿਰ ਆਪਣੇ ਰੋੜਾਂ ਅਤੇ ਰੋਆਂ ਵਿੱਚ ਐਸਾ ਦਲਣਾ ਕਿ ਸਾਨੂੰ ਖੇਰੂ ਖੇਰੂ ਕਰਕੇ ਕਿਣਕੇ ਕਿਣਕੇ ਕਰ ਸੁੱਟਣਾ। ਇਹਨਾਂ ਕਿਣਕਿਆਂ ਨੇ ਆਖਿਆ, ਇਹ ਠੰਡਾ ਹੈ, ਲੱਭ ਵਾਲਾ ਨਹੀਂ ਲੱਗਦਾ। ਕਹਿੰਦੇ ਹਨ ਕਿ ਆਕਾਸ਼ ਵੀ ਜਾ ਚੜਿਆ ਹੈ ਅਤੇ ਡੂੰਘੀ ਥਾਈਂ ਵੀ ਜਾਂਦਾ ਹੈ, ਔਰ ਦੂਜਿਆਂ ਨੂੰ ਸੁੱਖ ਦਿੰਦਾ ਹੈ, ਤਾਂ ਤੇ ਸਾਨੂੰ ਵੀ ਸੁੱਖ ਦੇਵੇਗੀ। ਆਓ ਇਸ ਦੇ ਆਖੇ ਲੱਗੀਏ, ਜਿੰਦ ਬਣੀਏ। ਇਸ ਅੰਦਰ ਦੇ ਹਨੇਰੇ ਵਿੱਚ ਸਦੀਆਂ ਜਿਸ ਪਾਸੇ ਪਏ ਸੋ ਪਏ ਰਹਿਣ ਦਾ ਛੁਟਕਾਰਾ ਮਿਲੇ। ਜਿੰਦਪਣਾ ਵੇਖੀਏ ਤਾਂ ਸਹੀ ਜੋ ਕੀ ਹੈ, ਚਲੋ ਚਾਲੇ ਤਾਂ ਪਾਈਏ। ਇਹ ਸੁਣ ਕੇ ਵੱਡੇ ਵੱਟੇ ਅਤੇ ਪੱਥਰ ਤਾਂ ਗੁੱਸੇ ਹੋ ਗਏ ਅਤੇ ਛੋਟੇ ਕਿਣਕੇ ਤਿਆਰ ਹੋ ਪਏ। ਗੱਲ ਕੀ, ਇੱਕ ਵਾਕ ਨਾ ਹੋਇਆ ਦੋ ਤੜੇ ਹੋ ਗਏ। ਅਗਲੇ ਦਿਨ ਜਾਂ ਪਾਣੀ ਰਮਕੇ ਟੁਰਦਾ ਅਤੇ ਆਓ ਜਿੰਦ ਬਣ ਜਾਓ ਇਹ ਸੀਟੀ ਵਜਾਉਂਦਾ ਆ ਗਿਆ, ਤਾਂ ਛੋਟੇ ਬਰੀਕ ਕਿਣਕੇ ਤਾਂ ਸੱਤ ਬਚਨ ਕਹਿ ਕੇ ਉਸ ਦੇ ਨਾਲ ਤੁਰ ਪਏ ਅਤੇ ਵੱਡਿਆਂ ਨੇ ਕਿਹਾ, ਸਾਨੂੰ ਲੋੜ ਨਹੀਂ। ਪਾਣੀ ਨੇ ਗੁੱਸਾ ਨਹੀਂ ਕੀਤਾ, ਵੱਡਿਆਂ ਨੂੰ ਫੇਰ ਸਹੀ ਕਹਿ ਕੇ ਛੋਟਿਆਂ ਨੂੰ ਨਾਲ ਲੈ ਕੇ ਟੁਰ ਪਿਆ।
ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿੱਚ ਰਗੜੀਣ ਅਤੇ ਹੋਰ ਨਿੱਕੇ ਹੋਣ, ਰੋਣ ਵਿਚਾਰੇ ਅਤੇ ਪਛਤਾਉਣ ਕਿ ਅਸਾਂ ਵੱਡਿਆਂ ਦੇ ਆਖੇ ਕਿਉਂ ਨਾ ਮੰਨੇ। ਪਾਣੀ ਨੇ ਉਹਨਾਂ ਨੂੰ ਐਸਾ ਨਿੱਕਾ ਕੀਤਾ, ਆਪਣੇ ਰੂਪ ਵਿੱਚ ਰਲਾ ਲਿਆ, ਕੋਈ ਪਤਾ ਨਾ ਲੱਗੇ ਕਿ ਨਿਰਾ ਪਾਣੀ ਹੈ, ਇਸ ਵਿੱਚ ਮਿੱਟੀ ਪੱਥਰ ਅਤੇ ਧਾਤਾਂ ਦੇ ਡਾਢੇ ਹੀ ਨਿੱਕੇ ਕਿਣਕੇ ਵੀ ਰਲੇ ਹੋਏ ਹਨ। ਇਸ ਤਰ੍ਹਾਂ ਕਰਕੇ ਅੰਤ ਪਾਣੀ ਇੱਕ ਖੇਤ ਵਿੱਚ ਪਹੁੰਚਿਆ, ਜ਼ਮੀਨ ਦੇ ਅੰਦਰ ਵੜ ਗਿਆ। ਅੱਗੇ ਕਿੰਨੇ ਸਾਰੇ ਬੀਜ ਧਰਤੀ ਦੇ ਵਿੱਚ ਥੋੜ੍ਹੀ ਥੋੜ੍ਹੀ ਵਿੱਥ 'ਤੇ ਪਏ ਸਨ। ਪਾਣੀ ਨੇ ਆ ਕੇ ਆਖਿਆ, ਹੇ ਅੰਕੁਰ ਜੀ, ਆਪ ਬੀਜ ਦੇ ਮੱਠ ਵਿੱਚ ਸਮਾਧੀ ਲਾਈ ਬੈਠੇ ਹੋ, ਮੈਂ ਆਪ ਦੇ ਚਰਨਾਂ ਵਿੱਚ ਜਗਿਆਸੂ ਲੈ ਕੇ ਆਇਆ ਹਾਂ, ਆਪ ਇਹਨਾਂ ਨੂੰ ਚਰਨੀ ਲਾ ਲਵੋ। ਤਾਂ ਅੰਕੁਰਾਂ ਨੇ ਆਖਿਆ, ਹੇ ਪਾਣੀ, ਅਸੀਂ ਸਮਾਧੀ ਵਿੱਚ ਹਾਂ ਔਰ ਸੁਖੀ ਹਾਂ, ਸਾਨੂੰ ਖੇਚਲ ਨਾ ਦੇ। ਤਾਂ ਪਾਣੀ ਨੇ ਬਹੁਤ ਮਿੰਨਤਾਂ ਕੀਤੀਆਂ, ਉਹ ਜੋ ਬੀਜ ਦੇ ਉਧਾਲੇ ਕਰੜਾ ਕੋਟ ਸੀ ਉਸ ਵਿੱਚ ਸੁਖੀ ਬੈਠੇ। ਅੰਕੁਰਾਂ ਨੇ ਕਿਹਾ, ਅੱਛਾ ਬਾਈ, ਕੱਲ੍ਹ ਦੱਸਾਂਗੇ। ਤਾਂ ਪਾਣੀ ਪਿੱਛੇ ਅਟਕ ਗਿਆ। ਰਾਤ ਨੂੰ ਅੰਕੁਰਾਂ ਦੀ ਪੰਚਾਇਤ ਨੇ ਸਲਾਹ ਗਿਣੀ। ਕਈਆਂ ਨੇ ਜੋ ਬਹੁਤ ਪੱਕੇ ਸਨ ਆਖਿਆ, ਅਸੀਂ ਆਪ ਬਹੁਤ ਸੁਖੀ ਹਾਂ, ਕਿਸੇ ਨਾਲ ਸਾਨੂੰ ਕੀ। ਕਈ ਕੱਚੇ ਸਨ, ਉਹਨਾਂ ਨੇ ਕਿਹਾ, ਮਸਾਂ ਮਸਾਂ ਕੋਈ ਆਇਆ ਸੀ ਪੁੱਛਣ ਵਾਲਾ, ਜੋ ਦਿੰਦਾ ਸੀ ਕਾਲੀ ਨਾਲ ਲੈ ਲੈਣਾ ਸੀ, ਭੁੱਲ ਹੋ ਗਈ। ਇਹਨਾਂ ਜੱਕੂ ਤੱਕਿਆਂ ਵਿੱਚ ਸਨ ਕਿ ਪਾਉਣ ਦੇ ਉਸ ਹਿੱਸੇ ਨੇ ਜੋ ਧਰਤੀ ਵਿੱਚ ਸਮਾਇਆ ਹੋਇਆ ਸੀ। ਅੰਕੁਰਾਂ ਨੂੰ ਆਖਿਆ, ਭੋਲਿਓ, ਤੁਸੀਂ ਜਿੰਦ ਹੋ, ਇਹ ਬਾਕੀ ਦਾ ਸਾਰਾ ਬੀਜ ਤੁਹਾਡਾ ਤੋਸ਼ਾ ਹੈ, ਤੁਸੀਂ ਆਪ ਜਿੰਦ ਹੋ, ਮੇਰੇ ਆਖੇ ਲੱਗੋ, ਮੈਂ ਤੁਹਾਨੂੰ ਧਰਤੀ ਤੋਂ ਬਾਹਰ ਲੈ ਚੱਲਾਂ ਅਤੇ ਦਿਖਾਵਾਂ ਕਿ ਬਾਹਰ ਚਾਨਣੇ ਵਿੱਚ ਤੁਸੀਂ ਕਿਸ ਤਰ੍ਹਾਂ ਲਹਿਰਾਂ ਲੈਂਦੇ ਹੋ। ਇਹ ਜੋ ਜਗਿਆਸੂ ਆਏ ਹਨ, ਇਹਨਾਂ ਨੂੰ ਚਰਨੀ ਲਾ ਲਓ, ਇਹ ਤੁਹਾਡੇ ਨਾਲ ਰਲ ਕੇ ਜਾਗ ਪੈਣਗੇ ਅਤੇ ਆਪਣੀ ਜਿੰਦ ਵੇਖਣਗੇ। ਤੁਸੀਂ ਇਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਲੈ ਕੇ ਹੋਰ ਉੱਚੀ ਜਿੰਦ ਵਿੱਚ ਆ ਜਾਓਗੇ। ਪਾਉਣ ਦਾ ਇਹ ਉਪਦੇਸ਼ ਸੁਣ ਕੇ ਅਗਲੇ ਦਿਨ ਜਦ ਪਾਣੀ ਆਇਆ ਤਾਂ ਬਹੁਤਿਆਂ ਨੇ ਚਰਨੀ ਲਾ ਲਿਆ ਅਤੇ ਕਈ ਗੁੱਸੇ ਨਾਲ ਐਸੇ ਲੜੇ ਕਿ ਸੜ ਗਏ, ਕਈ ਟੱਪ ਕੇ ਬਾਹਰ ਆ ਗਏ, ਉਹਨਾਂ ਨੂੰ ਧੁੱਪ ਨੇ ਮਾਰ ਲਿਆ, ਕਈ ਇੰਨੇ ਹੇਠਾਂ ਲੱਥੇ ਕਿ ਫਿਰ ਉੱਠੇ ਨਾ। ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆ ਸੀ ਉਹ ਗਿਰਦੇ ਦੇ ਕੋਟ ਨੂੰ ਪਾੜ ਕੇ ਬਾਹਰ ਨਿਕਲੇ, ਉਹਨਾਂ ਨੂੰ ਅੰਦਰ ਜੜ੍ਹਾਂ ਅਤੇ ਬਾਹਰ ਪੱਤੇ ਨਿਕਲ ਆਏ। ਉਹ ਅੰਦਰ ਖਾਣ ਪੀਣ ਲੱਗ ਪਏ ਅਤੇ ਬਾਹਰ ਹਵਾ ਪਖਣ ਲੱਗ ਪਏ। ਉਹਨਾਂ ਨੇ ਆਖਿਆ, ਵੇਖੋ ਜੀ, ਪਾਉਣ ਗੁਰੂ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ, ਤੁਸੀਂ ਜਿੰਦ ਹੋ, ਇਹ ਰੰਗ, ਇਹ ਰੂਪ, ਇਹ ਲਹਿਰੇ, ਇਹ ਚਾਨਣ ਅਸਾਂ ਕਿੱਥੋਂ ਵੇਖਣੇ ਸੀ ਜੋ ਅਸੀਂ ਧਰਤੀ ਤੋਂ ਬਾਹਰ ਆ ਕੇ ਡਿੱਠੇ ਹਨ। ਠੀਕ, ਅਸੀਂ ਜਿੰਦ ਹਾਂ, ਹੁਣ ਪੱਤੇ ਪੱਤੇ, ਟਾਹਣੀ ਟਾਹਣੀ, ਫੁੱਲ ਫੁੱਲ ਅਤੇ ਫਲ ਫਲ ਵਿੱਚ ਉਹ ਕਿਣਕੇ ਜੋ ਪਾਣੀ ਵਿੱਚ ਰਲ ਕੇ ਆਏ ਸੀ ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ। ਜਦੋਂ ਰੜੇ ਵਿੱਚ ਮੁਰਦਾ ਪਏ ਸਨ ਤਾਂ ਆਖਣ, ਅਸੀਂ ਸੱਚਮੁੱਚ ਜਿੰਦਾ ਹਾਂ, ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ, ਇੱਥੋਂ ਚੁੱਕ ਕੇ ਸਾਨੂੰ ਆਪਣੇ ਵਿੱਚ ਸਮਾਇਆ ਅਤੇ ਕਿੰਨਾ ਦੇ ਚਰਨੀ ਲਾਇਆ ਅਤੇ ਹੁਣ ਅਸੀਂ ਇਹਨਾਂ ਦਾ ਰੂਪ ਹੋ ਕੇ ਵਧੇ ਹਾਂ, ਮੌਲੇ ਹਾਂ, ਰਗ ਰਗ ਵਿੱਚ ਰਸ ਰੱਖਦੇ ਹਾਂ, ਝੂਮਦੇ ਅਤੇ ਆਨੰਦ ਲੈਂਦੇ ਹਾਂ। ਹੁਣ ਮੈਂ ਕੀ ਵੇਖਿਆ, ਸਾਰੇ ਫੁੱਲ ਫਲ ਪੱਤੇ ਆਦਿਕ ਰੋਣ ਲੱਗ ਪਏ ਅਤੇ ਆਖਣ ਲੱਗੇ, ਸਾਡੀ ਜਿੰਦ ਉੱਡ ਚੱਲੀ ਹੈ। ਤਦ ਉਹਨਾਂ ਨੂੰ ਆਵਾਜ਼ ਆਈ ਕਿ ਨਹੀਂ, ਤੁਸੀਂ ਉੱਚੇ ਹੋਣ ਲੱਗੇ ਹੋ, ਜੀਕੂ ਅੱਗੇ ਹੋਂਦ ਤੋਂ
ਮਰ ਕੇ ਜਿੰਦ ਵਿੱਚ ਖਿੜੇ ਸੋ, ਹੁਣ ਜਿੰਦ ਤੋਂ ਮਰ ਕੇ ਜਾਨ ਵਿੱਚ ਖਿੜੋਗੇ। ਪਰ ਉਹ ਨਾ ਸਮਝੇ ਔਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ ਚਾਰ ਪੈਰਾਂ ਵਾਲੇ, ਕੋਈ ਦੋ ਪੈਰਾਂ ਵਾਲੇ, ਕੋਈ ਖੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁੱਕ ਕੇ ਟੁਰਨ ਵਾਲੇ, ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਅਤੇ ਕੋਈ ਫਲ ਖਾ ਗਿਆ। ਪਰ ਵੇਖੋ, ਉਹਨਾਂ ਦੇ ਅੰਦਰ ਜਾ ਕੇ ਉਹ ਕਿਣਕੇ ਉਹਨਾਂ ਦੇ ਸਰੀਰ ਦਾ ਹਿੱਸਾ ਬਣ ਗਏ। ਔਰ ਜਿੱਥੇ ਬੂਟੇ ਹੋ ਕੇ ਇੱਕ ਥਾਂ ਧਰਤੀ ਵਿੱਚ ਗੱਡੇ ਖਲੋਤੇ ਸਨ, ਇਹ ਦੌੜਨ ਲੱਗ ਪਏ। ਜਿੱਥੇ ਇਹ ਚੁੱਪ ਸਨ, ਜੀਭ ਵਿੱਚ ਅੱਪੜ ਕੇ ਬੋਲਣ ਲੱਗ ਪਏ। ਜਿੱਥੋਂ ਇਹ ਅੰਨੇ ਸਨ, ਅੱਖਾਂ ਵਿੱਚ ਆ ਕੇ ਵੇਖਣ ਲੱਗ ਪਏ। ਜਾਂ ਮੈਂ ਪਰਤ ਕੇ ਦੇਖਿਆ ਤਾਂ ਇਹਨਾਂ ਸਾਰਿਆਂ ਵਿੱਚ ਉਹ ਪਾਣੀ ਪਾਉਣ ਦੀ ਧਰਤੀ ਦੇ ਕਿਣਕੇ ਰੂਪ ਵਟਾ ਕੇ ਸੁਰਜੀਤ ਹੋ ਕੇ ਜਾਨ ਬਣੇ ਫਿਰਦੇ ਸਨ। ਇੱਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇੱਕ ਜਾਣ ਵਾਲਾ ਸਮਝਦਾ ਹੈ ਅਤੇ ਉਹ ਆਖਦਾ ਹੈ ਕਿ ਮੈਂ ਜਾਣ ਹਾਂ ਜਾਂ ਮੇਰੇ ਵਿੱਚ ਜਾਣ ਹੈ। ਦੂਜੇ ਮੈਂ ਕੀ ਦੇਖਾਂ ਕਿ ਉਸ ਦੇ ਸਰੀਰ ਦਾ ਹਰੇਕ ਕਿਣਕਾ ਵੀ ਜਿਉਂਦਾ ਹੈ। ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆ ਨੂੰ ਮੋਈ ਹੋਈ ਪੱਥਰ ਵਾਂਗ ਜੜ ਜਾਣ ਦੀ ਸਾਂ, ਸਾਰੀ ਦੀ ਸਾਰੀ ਜਿਉਂਦੀ ਹੈ, ਕੋਈ ਕਿਣਕਾ ਵੀ ਜੜ ਨਹੀਂ। ਇਸ ਵੇਲੇ ਇੱਕ ਗਰੀਬ ਦੀ ਆਵਾਜ਼ ਬੋਲੀ, ਭੋਲੀਏ, ਜਿਸ ਤਰ੍ਹਾਂ ਮਿੱਟੀ ਦੇ ਕਿਣਕੇ ਵਿੱਚ ਤੈਨੂੰ ਨਿਰੋਲ ਨਜਿੰਦ ਪਾਸਦੀ ਸੀ, ਇਸੇ ਤਰ੍ਹਾਂ ਕਿਸੇ ਹੋਰ ਸਿਰੇ 'ਤੇ ਨਿਰੋਲ ਜਿੰਦ ਹੈ। ਵਿਚਕਾਰ ਇੱਕ ਰਸਤਾ ਹੈ ਜੋ ਨਜਿੰਦ ਤੋਂ ਜਿੰਦ ਤੱਕ ਜਾਂਦਾ ਹੈ। ਤੂੰ ਜਿੱਥੇ ਖੜ੍ਹੀ ਹੈ, ਇਹ ਦੋਹਾਂ ਸਿਰਿਆਂ ਦੇ ਵਿਚਕਾਰ ਇਹ ਇੱਕ ਥਾਂ ਹੈ। ਤੂੰ ਪਿੱਛੇ ਇੱਥੋਂ ਤੱਕ ਆਈ ਹੈ, ਅੱਗੇ ਹੋਰ ਪੈਂਡਾ ਹੈ। ਤੂੰ ਟੁਰ ਟੁਰ ਕੇ ਸਵੱਛ ਹੋ ਕੇ ਅਤੇ ਨਿਰੋਲ ਜਿੰਦ ਪਾਸ ਪਹੁੰਚਣਾ ਹੈ, ਪਰ ਤੂੰ ਅਜੇ ਸਮਝਦੀ ਨਹੀਂ। ਮੈਂ ਆਖਿਆ ਮੈਂ ਜਿਉਂਦੀ ਹਾਂ, ਪਰ ਮੇਰੇ ਸਰੀਰ ਦਾ ਹਿੱਸਾ ਜਿਉਂਦਾ ਹੈ, ਇਹ ਨਹੀਂ ਸਮਝਦੀ। ਤਾਂ ਆਵਾਜ਼ ਬੋਲੀ, ਤੂੰ ਆਤਮਾ ਹੈ, ਸਰੀਰ ਆਤਮਾ ਨਹੀਂ, ਪਰ ਹਾਂ ਸਰੀਰ ਵੀ ਤੇਰਾ ਜੜ ਨਹੀਂ, ਜਿਉਂਦਾ ਹੈ। ਪਰ ਸਰੀਰ ਦੇ ਕਿਣਕੇ ਕਿਣਕੇ ਦੀ ਜਿੰਦ ਨੀਵੀਂ ਹੈ ਜੋ ਜੜ ਪਾਸਦੀ ਹੈ। ਫਿਰ ਕਿਸੇ ਕਿਹਾ, ਸੂਰਜ ਆਪਣੇ ਵਿੱਚ ਚਾਨਣ ਦਾ ਅਲਾਂਭਾ ਹੈ। ਸੂਰਜ ਚਾਨਣਾ ਧਰਤੀ ਉੱਤੇ ਮੱਧਮ ਹੈ, ਪਰ ਧਰਤੀ ਉੱਤੇ ਖੁੱਲ੍ਹੇ ਥਾਂ ਨਾਲੋਂ ਪਰਛਾਵੇਂ ਵਿੱਚ ਚਾਨਣਾ ਘੱਟ ਹੈ ਅਤੇ ਬੰਦ ਕੋਠੇ ਵਿੱਚ ਹੋਰ ਵੀ ਇਸ ਤੋਂ ਘੱਟ ਹੈ। ਤੂੰ ਤਾਂ ਬੰਦ ਕੋਠੇ ਵਿੱਚ ਆਖਦੀ ਹੈ ਕਿ ਹਨੇਰਾ ਹੈ, ਪਰ ਅਸੀਂ ਆਖਦੇ ਹਾਂ ਚਾਨਣ ਬੰਦ ਕੋਠੜੀ ਵਿੱਚ ਹੀ ਹੈ, ਪਰ ਬਹੁਤ ਥੋੜ੍ਹਾ ਹੈ। ਉਹ ਹਨੇਰਾ ਨਹੀਂ ਪਰ ਅੱਤ ਘਟੀਆ ਚਾਨਣ ਹੈ। ਇਸੇ ਤਰ੍ਹਾਂ ਤੂੰ ਜਾਣ ਹੈ, ਤੇਰੀ ਜਾਣ ਦੇ ਸਾਹਮਣੇ ਤੇਰਾ ਸਰੀਰ ਜੜ ਹੈ, ਪਰ ਉਂਝ ਇਹ ਵੀ ਜੜ ਨਹੀਂ। ਇਸ ਦੇ ਕਿਣਕੇ ਕਿਣਕੇ ਵਿੱਚ ਵੀ ਜਿੰਦ ਹੈ, ਭਾਵੇਂ ਬਹੁਤ ਹੀ ਨੀਵੇਂ ਦਰਜੇ ਦੀ ਹੈ। ਹੁਣ ਮੈਂ ਕੀ ਡਿੱਠਾ ਕਿ ਉਹਨਾਂ ਜਾਣਦਾਰਾਂ ਵਿੱਚ ਇੱਕ ਹਿੱਸਾ ਖੜਾ ਸੀ, ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਠਾ, ਉਸ ਵਿੱਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਜਾਂ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ। ਪਰ ਇਸ ਮਨੁੱਖ ਵਿੱਚ ਕੁਝ ਹੋਰ ਐਸਾ ਸੀ ਜੋ ਆਖਦਾ ਸੀ ਮੈਂ ਜਿੰਦ ਹਾਂ, ਮੈਂ ਜਾਣ ਹਾਂ। ਔਰ ਉਹ ਆਪਣੇ ਆਪ ਨੂੰ ਮਨੁੱਖ ਸਮਝਦਾ ਸੀ ਔਰ ਆਪਣੇ ਤੋਂ ਛੁੱਟ ਸਾਰੇ ਕੁਝ ਨੂੰ ਆਪਣੇ ਸਾਹਮਣੇ ਮੁਰਦਾ ਸਮਝਦਾ ਸੀ। ਪਰ ਤਦ ਵੀ ਆਪਣੇ ਸਰੀਰ ਦੇ ਪਾਉਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਣ ਦੇ ਨੇੜੇ ਕੁਛ ਜਿਉਂਦੇ ਜੇ ਸਮਝਦਾ ਸੀ।
ਅਤੇ ਉਂਝ ਪੌਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਅਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਦ ਨੂੰ ਸਾਫ਼ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆ ਕੇ ਆਖਿਆ, ਓਏ ਭੋਲੇ, ਤੂੰ ਤਾਂ ਬੁੱਧ ਹੈ, ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਅਤੇ ਜਿੰਦ ਸਮਝਦਾ ਹੈ? ਤੂੰ ਤਾਂ ਨਿਰਾ ਬੁੱਧ ਹੈ, ਜੇ ਤੂੰ ਬੁੱਧ ਹੋ ਜਾਏ ਤਾਂ ਸੁੱਖਾਂ ਨੂੰ ਜੋ ਝੂਠੇ ਹਨ ਛੱਡ ਦੇਵੇਂ। ਤਦ ਉਹ ਰੋ ਪਿਆ ਔਰ ਉਸ ਜਾਤਾ, ਮੈਂ ਜਿੰਦ ਜਾਣ ਨਹੀਂ ਤਾਂ ਮਰ ਜਾਵਾਂਗਾ। ਜਦੋਂ ਮੌਤ ਤੋਂ ਡਰਿਆ ਤਾਂ ਦੱਸਣ ਵਾਲੇ ਨੇ ਕਿਹਾ, ਸੁਣਿਆ ਪੋਹ ਨਾ ਸਕੈ ਕਾਲ, ਪਰ ਮੈਂ ਨਾ ਸਮਝ ਸਕੀ। ਉਸ ਨੇ ਦੱਸਿਆ, ਭੋਲਿਆ, ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨਹੁੰ ਤੋਂ ਵਾਲ ਤੱਕ ਜਿੰਦ ਹੈ, ਮਰਦਾ ਕੁਝ ਨਹੀਂ, ਰੂਪ ਵਟਾਉਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਪਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੈਂ ਤਾਂ ਉਸ ਵੇਲੇ ਇਸ ਨੂੰ ਪਛਤੋ ਵਾਂਗੂ ਉਪਰਾ ਜਾਤਾ, ਪਰ ਉਸ ਵੱਡੇ ਮਨੁੱਖ ਨੇ ਕਿਹਾ, ਜੇ ਤੂੰ ਮੰਨ ਲਵੇਂ ਜੋ ਕੁਛ ਤੂੰ ਹੁਣ ਮੈਥੋਂ ਜਾਣਿਆ ਹੈ ਅਤੇ ਨਾਮ ਨੂੰ ਜਾਣੇ, ਤਾਂ ਤੂੰ ਜਾਣੇਗਾ ਕਿ ਮਰਦਾ ਕੁਝ ਨਹੀਂ। ਸੂਰਤ ਮਨ ਅਤੇ ਮਨ ਬੁੱਧ ਦੇ ਬੁੱਧ ਸੁੱਧ ਜਾਂ ਸਿੱਧ ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਇਹ ਮੁਰਦਾ ਹੈ, ਤਾਂ ਉਹ ਵੀ ਮੁਰਦਾ ਨਹੀਂ, ਆਪਣੇ ਰੰਗ ਵਟਾਉਂਦਾ ਹੈ। ਪੌਣ ਪਾਣੀ ਧਰਤੀ 'ਤੇ ਨਾਨਾ ਰੂਪ ਹਨ ਜੋ ਸੰਯੋਗ ਵਿਯੋਗ ਨਾਲ ਪਲਟੀਂਦੇ, ਬਣਦੇ, ਮੌਲਦੇ, ਫੈਲਦੇ, ਸੁੰਗੜਦੇ, ਸੁੱਕਦੇ ਰਹਿੰਦੇ ਹਨ। ਇਹ ਸੁਣ ਕੇ ਉਸ ਮਨੁੱਖ ਨੂੰ ਦਿਸ ਪਿਆ ਕਿ ਮੈਂ ਬੁੱਧ ਹਾਂ, ਤਾਂ ਉਹ ਬਹੁਤ ਰਾਜ਼ੀ ਹੋਇਆ। ਪਰ ਹੁਣ ਉਹ ਬਾਹਰੋਂ ਚੁੱਪ ਪਰ ਅੰਦਰੋਂ ਉਸ ਨੂੰ ਆਪਣਾ ਆਪ ਉੱਚਾ ਲੱਗੇ, ਭੁਲੇਖਾ ਘੱਟ ਖਾਵੇ, ਜੀਕੂ ਮੈਂ ਤੀਰ ਮਾਰ ਬੈਠੀ ਅਤੇ ਮਗਰੋਂ ਪਤਾ ਲੱਗਾ ਜੋ ਮਾੜਾ ਕੀਤਾ ਹੈ, ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ, ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਅਤੇ ਫਲਾਣਾ ਕੰਮ ਚੰਗਾ ਹੈ। ਇਹ ਵੇਖ ਕੇ ਮੈਨੂੰ ਚੇਤੇ ਆ ਗਿਆ ਕਿ ਜੇ ਮੈਨੂੰ ਕਦੇ ਮੇਰਾ ਚੰਗਾ ਮਨੁੱਖ ਇਹ ਆਖਦਾ ਕਿ ਤੂੰ ਬੁੱਧ ਹੈ, ਤਾਂ ਮੈਂ ਵੀ ਇਸ ਮਨੁੱਖ ਵਾਂਗੂ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਆਵਾਜ਼ ਆਈ, ਤਿੱਥੇ ਕੜੀ ਹੈ ਸੁਰਾਂ ਸਿੱਧਾਂ ਕੀ ਸੁੱਧ। ਮੈਨੂੰ ਫੇਰ ਪਛਤੋ ਲੱਗੀ, ਪਰ ਉਸ ਮਨੁੱਖ ਨੇ ਉਸ ਨੂੰ ਕਿਹਾ, ਤੂੰ ਬੁੱਧ ਨਹੀਂ, ਤੂੰ ਸੁੱਧ ਹੈ, ਸਿੱਧ ਹੈ, ਬੁੱਧ ਗੁਆ ਅਤੇ ਸਿੱਧ ਪਾ ਲੈ। ਤਾਂ ਉਹ ਰੋਣ ਲੱਗਾ, ਜੋ ਐਡਾ ਚਾਨਣਾ ਗੁਆ ਕੇ ਮੈਂ ਹਨੇਰਾ ਹੋ ਜਾਵਾਂਗਾ। ਪਰ ਰੋਂਦੇ ਰੋਂਦੇ ਹੀ ਉਹ ਸਿੱਧ ਵਾਲਾ ਹੋ ਗਿਆ। ਪਰ ਉਸ ਨੂੰ ਹੋਰ ਗੱਲ ਜਿਸ ਦਾ ਸਾਨੂੰ ਪਤਾ ਵੀ ਨਹੀਂ ਪਈ ਦਿੱਸੇ। ਬੁੱਧ ਵੀ ਜਿਸ ਗੱਲ ਅੱਗੇ ਨਿਕੰਮੀ ਸੀ ਉਸ ਨੂੰ ਸਾਫ ਪ੍ਰਤੱਖ ਹੋ ਗਿਆ। ਬੁੱਧ ਤਾਂ ਪੱਤੇ ਦੋਹਾ ਲਾ ਕੇ ਵੇਖਦੀ ਸੀ, ਕਾਰਨ ਅਤੇ ਕਾਰਜ ਵਿਚਾਰ ਕੇ ਥਹੁ ਲਾਉਂਦੀ ਸੀ, ਪਰ ਸਿੱਧ ਨੂੰ ਐਵੇਂ ਹੀ ਸੋਝੀ ਪਈ ਆਉਂਦੀ ਸੀ। ਹੁਣ ਉਹ ਬਹੁਤ ਖੁਸ਼ ਹੋਇਆ ਤਾਂ ਸਿਆਣੇ ਨੇ ਕਿਹਾ, ਹੇ ਪੌਣ, ਗੁਰੂ, ਪਾਣੀ ਪਿਤਾ, ਧਰਤੀ ਮਾਤਾ, ਕਾਲ, ਇਹ ਦਿਨ ਰਾਤ ਦਾਈ ਦਾਇਆ, ਗਰਮੀ ਚਾਨਣ ਸਰਦੀ ਹਨੇਰੇ ਦੀ ਗੋਦ ਵਿੱਚ ਖੇਡਦੇ ਹੋਏ ਜਿੰਦ ਦੇ ਕਿਣਕੇ ਦੇਖ, ਤੂੰ ਮਰ ਮਰ ਕੇ ਕਿੱਥੇ ਆ ਗਿਆ ਹੈ? ਤੇਰੀ ਮੰਜ਼ਿਲ ਮੁੱਕ ਚੱਲੀ ਹੈ, ਤੂੰ ਹੁਣ ਦਿਸਣ ਵਾਲੇ ਤੋਂ
ਦੇਖਣ ਵਾਲਾ ਹੋਣ ਲੱਗ ਪਿਆ। ਦੇਖ ਤੂੰ ਆਤਮਾ ਹੈ, ਇਹ ਕਹਿੰਦੇ ਉਸਨੇ ਇੱਕ ਹੱਥ ਮਾਰਿਆ ਤੇ ਗਾਵਿਆ, ਵੇਖੈ ਵਿਗਸੈ ਕਰ ਵਿਚਾਰ, ਅਤੇ ਵੇਖੋ ਉਹ ਆਦਮੀ ਹੋਰ ਦਾ ਹੋਰ ਹੋ ਗਿਆ। ਮੇਰੀਆਂ ਅੱਖਾਂ ਉਸਦੇ ਚਾਨਣੇ ਰੂਪ ਨੂੰ ਤੱਕ ਨਾ ਸਕੀਆਂ, ਸਿਰ ਝੁੱਕ ਗਿਆ, ਮੇਰੀ ਜੀਭ ਕੰਨ ਤੇ ਨੇਤਰ ਬੰਦ ਹੋ ਗਏ ਤੇ ਮੈਂ ਡਰ ਗਈ, ਪਰ ਇਸ ਡਰ ਵਿੱਚ ਮੈਂ ਖੁਸ਼ ਹੋਈ, ਰੋਈ ਨਹੀਂ। ਮੈਂ ਅਜੇ ਸੁਪਨੇ ਵਿੱਚ ਹੀ ਸਾਂ, ਪਰ ਅਚੰਬਾ ਹੋ ਰਹੀ ਸੀ ਕਿ ਸਭ ਕੁਝ ਅੱਖਾਂ ਅੱਗੋਂ ਦੂਰ ਹੋ ਗਿਆ। ਚੰਦ ਦੀ ਚਾਨਣੀ ਸੀ, ਇੱਕ ਰੜਾ ਸੀ ਤੇ ਮੈਂ ਸਾਂ, ਪਰ ਹੁਣ ਟੁਰ ਨਹੀਂ ਰਹੀ ਸਾਂ। ਮੈਂ ਸਰੀਰ ਸਮੇਤ ਉੱਡ ਰਹੀ ਸਾਂ ਤੇ ਖੁਸ਼ ਸਾਂ, ਪਰ ਇਹ ਖੁਸ਼ੀ ਕੁਛ ਹੋਰ ਤਰ੍ਹਾਂ ਦੀ ਸੀ। ਉਹ ਜਿਹੀ ਨਹੀਂ ਸੀ ਜਿਹੜੀ ਮੈਨੂੰ ਰੋਜ਼ ਘਰ ਵਿੱਚ ਤੇ ਖੇਡਾਂ ਵਿੱਚ ਲੱਭਦੀ ਸੀ। ਇਹ ਹੌਲੀ, ਠੰਡੀ, ਮੱਧਮ ਤੇ ਅੰਦਰ ਵਾਰ ਨੂੰ ਖਚੀਣ ਵਾਲੀ ਸੀ। ਜਾਂ ਮੇਰੀ ਜਾਗ ਖੁੱਲ੍ਹ ਗਈ, ਮੈਂ ਛੇਤੀ ਨਾਲ ਉੱਠੀ ਨਹੀਂ, ਪਰ ਅਚਰਜ ਹੋ ਗਈ। ਤੱਕਾਂ ਤੇ ਸੋਚਾਂ, ਇਹ ਸੁਪਨਾ ਸੀ ਜਾਂ ਸਭ ਪ੍ਰਤੱਖ? ਜਾਂ ਸਭ ਪ੍ਰਤੱਖ ਕੁਛ ਨਾ ਦਿਸਿਆ ਤਾਂ ਮੈਂ ਜਾਣਿਆ ਜੋ ਇਹ ਸੁਪਨਾ ਸੀ। ਔਰ ਇਸੇ ਤਰ੍ਹਾਂ ਦੇ ਦਿਖਾਵਿਆਂ ਨੂੰ ਲੋਕ ਸੁਪਨਾ ਕਹਿੰਦੇ ਹਨ, ਪਰ ਜਿੰਨੇ ਸੁਪਨੇ ਮੈਂ ਸੁਣੇ ਸਨ ਅਕਸਰ ਡਰ ਤੇ ਉਦਾਸੀ ਦੇ ਹੁੰਦੇ ਸਨ, ਤੇ ਮੈਂ ਸੁਪਨੇ ਵਿੱਚੋਂ ਖੁਸ਼ ਉੱਠੀ ਸਾਂ, ਉਦਾਸ ਸੁੱਤੀ ਸਾਂ ਤੇ ਆਨੰਦ ਉੱਠੀ ਸਾਂ। ਜਾਂ ਪੂਰੀ ਹੋਸ਼ ਆ ਗਈ ਤਾਂ ਮੰਜੇ ਤੋਂ ਮੱਧਮ ਆਵਾਜ਼ ਆ ਰਹੀ ਸੀ, ਜੋ ਉਦੋਂ ਤਾਂ ਮੇਰੇ ਲਈ ਪਛਤੋ ਹੀ ਸੀ, ਪਰ ਅੱਜ ਸਾਰਾ ਜੀਵਨ ਉਹ ਹੀ ਹੈ। ਉਹ ਇਹ ਹੈ, ਜੱਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮੱਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਮੈਂ ਉੱਠ ਬੈਠੀ, ਉੱਧਰ ਚੰਗੇ ਜੀ ਦੇ ਬੁੱਲ ਬੰਦ ਹੋ ਗਏ ਪਰ ਅਜੇ ਨੈਣ ਖੁੱਲ੍ਹੇ ਸੀ। ਮੈਂ ਪਾਸ ਗਈ ਤੇ ਤੱਕਿਆ, ਮੈਂ ਉਸ ਚੰਗੇ ਮਨੁੱਖ ਦੇ ਹੱਥ ਫੜ ਲਏ ਤੇ ਆਖਿਆ, ਕੀ ਮੈਂ ਸੱਚਮੁੱਚ ਆਤਮਾ ਹਾਂ? ਤਾਂ ਉਸਨੇ ਕਿਹਾ, ਹਾਂ। ਉਸਨੇ ਮੁਸਕਰਾ ਕੇ ਕਿਹਾ, ਤੂੰ ਬੁੱਧ ਹੈ, ਤੂੰ ਸ਼ੁੱਧ ਹੈ। ਹਾਂ, ਤੂੰ ਸ਼ੁੱਧ ਹੈ, ਤੂੰ ਆਤਮਾ ਹੈ। ਮੈਂ ਕਿਹਾ, ਇਹ ਤਾਂ ਸੁਪਨੇ ਵਿੱਚ ਸੁਣਿਆ ਸੀ, ਤਾਂ ਉਹ ਸੁਪਨਾ ਨਹੀਂ, ਸਾਹ ਪ੍ਰਤੱਖ ਸੀ। ਫਿਰ ਉਹ ਹੱਸ ਕੇ ਬੋਲੇ, ਤਿੱਥੈ ਸੀਤੋ ਸੀਤਾ ਮਹਿਮਾ ਮਾਹ। ਮੈਂ ਨਾ ਸਮਝੀ, ਪਰ ਉਹ ਬੋਲਿਆ, ਤਿਆਰ ਹੋ ਜਾ, ਤੂੰ ਤੀਰ ਮਾਰਿਆ ਸੀ, ਤੈਨੂੰ ਤੀਰ ਲੱਗੇਗਾ। ਤੇਰੇ ਤੀਰ ਨੇ ਸਰੀਰ ਮਾਰਿਆ ਸੀ, ਜੋ ਤੀਰ ਤੈਨੂੰ ਲੱਗੇਗਾ ਉਹ ਤੈਨੂੰ ਸਰੀਰ ਤੋਂ ਆਤਮਾ ਬਣਾਏਗਾ। ਮੈਂ ਫਿਰ ਵੀ ਨਾ ਸਮਝੀ। ਦੋ ਘੜੀਆਂ ਮਗਰੋਂ ਕਹਿਣ ਲੱਗਾ, ਰੋਣਾ ਨਹੀਂ, ਰੋਣਾ ਸਰੀਰ ਦਾ ਕੰਮ ਤੇ ਮਨ ਦਾ ਸੁਭਾਅ ਹੈ। ਬੁੱਧ ਨਹੀਂ ਰੋਂਦੀ, ਸੁੱਧ ਨਹੀਂ ਰੋਂਦੀ, ਆਤਮਾ ਨਹੀਂ ਰੋਂਦਾ। ਤੂੰ ਹੁਣ ਨਾ ਰੋਵੀਂ। ਮੈਂ ਕਿਹਾ, ਮੈਂ ਕਦੇ ਨਹੀਂ ਰੋਈ ਸਾਂ, ਜਦ ਨਿਰਾ ਸਰੀਰ ਸਾਂ, ਤੇ ਇਹ ਵੀ ਨਹੀਂ ਸਾਂ ਜਾਣਦੀ ਕਿ ਮੈਂ ਸਰੀਰ ਹਾਂ ਕਿ ਕੁਛ ਹੋਰ। ਉਸ ਅਣਗਹਿਲੀ ਵਿੱਚ ਵੀ ਕਦੇ ਅੱਥਰੂ ਨਹੀਂ ਸੀ ਕਿਰੇ, ਪਰ ਤਾਂ ਰੋਈ ਹਾਂ ਜਾਂ ਤੈਨੂੰ ਮਾਰ ਬੈਠੀ ਹਾਂ ਤੀਰ। ਜਾਂ ਤੂੰ ਆਖਿਆ ਕਿ ਤੂੰ ਕੁਛ ਹੋਰ ਵੀ ਹੈ। ਕਹਿਣ ਲੱਗੇ,
ਹੋਰ ਕੁਛ ਹੋਣ ਨੇ ਨਹੀਂ ਰੁਆਇਆ, ਸਰੀਰ ਦੇ ਵਿਛੋੜੇ ਦੇ ਡਰ ਸਹਿਮ ਨੇ ਰੁਆਇਆ ਹੈ। ਹੁਣ ਤੂੰ ਇਸ ਪੈ ਤੋਂ ਪਾਰ ਹੈ, ਹੁਣ ਨਾ ਰੋਵੀਂ। ਫਿਰ ਬੋਲੇ, ਪਰ ਤੂੰ ਅਜੇ ਰੋਣਾ ਹੈ, ਪਰ ਰੋਣ ਵਿੱਚ ਰੁਲ ਨਾ ਜਾਵੀਂ। ਸੁਣ, ਮੈਂ ਟੁਰ ਜਾਣਾ ਹੈ, ਤੂੰ ਰਾਜੀ ਰਹੋ ਤੇ ਵੱਸਦੀ ਰਹੋ। ਇਹ ਕਹਿਣਾ ਸੀ ਕਿ ਮੇਰੇ ਨੈਣ ਭਰ ਆਏ, ਕਲੇਜਾ ਟੁੱਟ ਗਿਆ, ਅੰਧਕਾਰ ਛਾ ਗਿਆ, ਸੁਪਨੇ ਦੀਆਂ ਗੱਲਾਂ ਤੇ ਉੱਚੇ ਮਾਣ, ਮੈਂ ਸਰੀਰ ਤੋਂ ਉੱਚੀ ਹਾਂ, ਉੱਡ ਗਏ। ਚੰਗੇ ਦੇ ਦੋਵੇਂ ਹੱਥ ਘੁੱਟ ਕੇ ਮੈਂ ਕਿਹਾ, ਟੁਰੋ ਨਾ, ਜੇ ਟੁਰੋ ਤਾਂ ਮੈਨੂੰ ਨਾਲ ਲੈ ਚੱਲੋ। ਕਹਿਣ ਲੱਗੇ, ਮੇਰਾ ਸਰੀਰ ਤਾਂ ਨਹੀਂ ਟੁਰ ਚੱਲਿਆ, ਸਰੀਰ ਤਾਂ ਰਹੇਗਾ ਇੱਥੇ ਹੀ, ਪਰ ਮੈਂ ਨਹੀਂ ਰਹਾਂਗਾ। ਹਕੀਮਾਂ ਵੈਦਾਂ ਨੇ ਬਹੁਤ ਜ਼ੋਰ ਲਾਇਆ ਹੈ, ਤੁਸਾਂ ਬਹੁਤ ਸੇਵਾ ਕੀਤੀ ਹੈ, ਮੈਂ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦਾ, ਪਰ ਮੈਂ ਹੁਣ ਜੀਉ ਨਹੀਂ ਸਕਦਾ। ਮੇਰੇ ਪਿੱਛੇ ਪੰਡਿਤ ਦੇ ਕਹੇ 'ਤੇ ਦੁੱਖ ਨਾ ਕਰਨਾ, ਜੋ ਤੁਸਾਂ ਪਾਪ ਕੀਤਾ ਹੈ ਤੇ ਮੈਂ ਬਦਲਾ ਲਵਾਂਗਾ, ਤੁਸਾਂ ਜੋ ਕੁਛ ਕੀਤਾ ਹੈ ਅਣਜਾਣੇ ਕੀਤਾ ਹੈ, ਮੇਰੇ ਕਰਮ ਇਸੇ ਤਰ੍ਹਾਂ ਸਨ। ਜੇ ਹੁਣ ਵੀ ਤੁਸੀਂ ਆਪਣੇ ਅੰਦਰੋਂ ਪਾਪ ਦਾ ਖਿਆਲ ਕਿ ਮੈਂ ਤੀਰ ਮਾਰ ਕੇ ਪਾਪ ਕੀਤਾ ਹੈ ਨਾ ਕੱਢ ਸਕੇ, ਤਾਂ ਮੈਂ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਬਖਸ਼ਿਆ, ਮਾਫ਼ ਕੀਤਾ। ਸੋ ਨਿਰਭੈ ਹੋ ਜਾਓ, ਜੋ ਮੈਂ ਆਖਿਆ ਹੈ, ਤੂੰ ਆਤਮਾ ਹੈ, ਇਹ ਚੇਤੇ ਰੱਖਣਾ, ਪਰ ਇਹ ਚੇਤੇ ਰਹਿਣਾ ਔਖੇਰਾ ਹੈ। ਮੈਂ ਹੁਣ ਫੇਰ ਪੁੱਬਾਂ ਮਾਰ ਕੇ ਰੋਈ। ਸਭ ਤੋਂ ਚੰਗਾ ਮਨੁੱਖ, ਜਿਸ ਦੇ ਡਿੱਠੇ ਬਿਨਾਂ ਮੈਂ ਇੱਕ ਪਲ ਨਹੀਂ ਰਹਿ ਸਕਦੀ ਹਾਂ, ਜਿਸ ਦੀ ਸੇਵਾ ਵਿੱਚ ਸੁੱਖ ਹੈ, ਜਿਸ ਦੀ ਖਿੱਚ ਮੈਨੂੰ ਆਪਣੇ ਆਪ ਨਾਲ ਬੰਨ੍ਹੀ ਰੱਖਦੀ ਹੈ, ਜਿਸ ਦੇ ਚੰਗੇ ਲੱਗਣ ਨੇ ਸਭ ਮੌਜਾਂ ਖੇਡਾਂ ਸੁੱਖ ਰੰਗ ਭੁਲਾ ਦਿੱਤੇ ਹਨ, ਉਹ ਆਖਦਾ ਹੈ ਕਿ ਮੈਂ ਮਰ ਜਾਣਾ ਹੈ। ਵੈਦ ਜੀ ਕਹਿੰਦੇ ਸਨ, ਰਾਜੀ ਹੋ ਗਿਆ ਹੈ, ਇਹ ਕਹਿੰਦੇ ਹਨ ਮਰ ਜਾਣਾ ਹੈ, ਪਰ ਵੈਦ ਤਾਂ ਲੋਕਾਂ ਵਰਗਾ ਹੈ, ਉਹ ਕੀ ਜਾਣਦਾ ਹੈ। ਇਹ ਸਭ ਤੋਂ ਚੰਗਾ ਹੈ, ਇਹ ਜਾਣਦਾ ਹੈ, ਇਸ ਕਰਕੇ ਜੋ ਇਹ ਕਹਿ ਰਿਹਾ ਹੈ ਉਹ ਠੀਕ ਹੈ। ਹੋਈ, ਮੈਂ ਬੋਲੀ, ਮੈਂ ਨਾਲ ਹੀ ਮਰਾਂਗੀ, ਉਹ ਤੀਰ ਛਾਤੀ ਵਿੱਚ ਖੋਭਾਂਗੀ, ਤੇਰੀ ਚਿਖਾ ਵਿੱਚ ਛਾਲ ਮਾਰਾਂਗੀ। ਉਹ ਚੁੱਪ ਕਰ ਰਹੇ ਨੈਣ ਮੀਚ ਲਏ, ਪਰ ਫੇਰ ਖੋਲੇ ਤੇ ਬੋਲੇ, ਤੂੰ ਆਤਮਾ ਹੈ, ਨਾ ਤੀਰ ਖੋਭੀ ਨਾ ਸੜੀ, ਜਿੱਥੇ ਮੈਂ ਜਾਂਦਾ ਹਾਂ ਤੂੰ ਜੇ ਆਪ ਨੂੰ ਮਾਰਿਆ ਤਾਂ ਉੱਥੇ ਨਾ ਆਵੇਂਗੀ, ਜੇ ਮੇਰੇ ਆਖੇ ਲੱਗੀ ਤਾਂ ਜਦੋਂ ਤੂੰ ਆਪੇ ਮਰੇਂਗੀ ਉੱਥੇ ਆਵੇਂਗੀ। ਮੈਂ ਰੋ ਕੇ ਕਿਹਾ, ਕਿਕੂ ਆਵਾਂਗੀ, ਮੈਂ ਖੇਡਾਂ ਨੇ ਮੁੱਠੀ, ਮੈਂ ਖੁਸ਼ੀਆਂ ਨੇ ਮੁੱਠੀ, ਹੇ ਚੰਗਿਆ ਤੂੰ ਮੇਰੇ ਚਿੱਲੇ ਤੋਂ ਤੀਰ ਛੁੱਟਣ ਤੋਂ ਪਹਿਲੋਂ ਮਿਲਦੋ। ਤਾਂ ਉਹ ਬੋਲਿਆ, ਇੱਕ ਹੋਰ ਆਦਮੀ ਹੈ, ਆਦਮੀਆਂ ਦਾ ਸਰਦਾਰ ਤੇ ਉੱਚਿਆਂ ਦੀ ਸਰਕਾਰ, ਜੋ ਸੰਸਾਰ ਵਿੱਚ ਸਭ ਤੋਂ ਚੰਗਾ ਹੈ, ਜਿਸ ਨੂੰ ਮੈਂ ਉਹ ਕੁਛ ਕਰਦਾ ਹਾਂ ਜੋ ਤੂੰ ਮੇਰੇ ਨਾਲ ਕੀਤਾ ਹੈ, ਜਿਸ ਨੂੰ ਪ੍ਰੇਮ ਆਖਦੇ ਹਨ। ਜੇ ਤੂੰ ਮੇਰਾ ਆਖਾ ਮੰਨੇ ਤਾਂ ਉਹ ਤੇਰੇ ਕੋਲ ਆਵੇਗਾ, ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਉਹ ਤੈਨੂੰ ਵੀ ਪਿਆਰ ਕਰੇਗਾ, ਪਰ ਤੈਨੂੰ ਸੱਚਮੁੱਚ ਆਤਮਾ ਬਣਾ ਦੇਵੇਗਾ, ਮੈਂ ਜੋ ਕੁਛ ਕਿਹਾ ਹੈ ਉਹ ਪੂਰਾ ਕਰੇਗਾ, ਉਹ ਮੇਰਾ ਸਾਹਿਬ ਹੈ, ਮੈਂ ਉਸਦਾ ਬੰਦਾ ਹਾਂ, ਉਹ ਮੇਰਾ ਪਿਤਾ ਹੈ, ਮੈਂ ਦਾਸ ਪੁੱਤਰ ਹਾਂ, ਤੂੰ ਮੇਰੀ ਸੇਵਾ ਕੀਤੀ ਹੈ, ਮੇਰੇ ਨਾਲ ਪਿਆਰ ਹੋਣ ਕਰਕੇ ਉਹ ਤੇਰੇ ਪਾਸ ਆਵੇਗਾ, ਤੂੰ ਜੋ ਮੈਨੂੰ ਪਿਆਰ ਕੀਤਾ ਹੈ ਇਸ ਦਾ ਤੈਨੂੰ ਇਨਾਮ ਦੇਵੇਗਾ, ਉਹ ਇਨਾਮ ਜੋ ਰਾਜਿਆਂ ਰਾਠਾਂ ਪਾਸ ਨਹੀਂ ਹੁੰਦੇ। ਮੈਂ ਕਿਹਾ,
ਤੈਥੋਂ ਚੰਗਾ ਕੌਣ ਹੈ? ਪਰ ਤੂੰ ਜੇ ਸਭ ਤੋਂ ਚੰਗਾ ਹੈ ਜੋ ਆਖਦਾ ਹੈ, ਮੈਂ ਮੰਨਦੀ ਹਾਂ ਕਿ ਉਹ ਜ਼ਰੂਰ ਚੰਗੇਰਾ ਹੋਵੇਗਾ। ਤੂੰ ਆਖਦਾ ਹੈ ਕਿ ਉਹ ਤੈਨੂੰ ਪਿਆਰ ਕਰਦਾ ਹੈ, ਇਸ ਕਰਕੇ ਮੈਨੂੰ ਚੰਗਾ ਲੱਗ ਗਿਆ ਹੈ। ਪਰ ਤੂੰ ਪਤਾ ਦੇ ਜੋ ਮੈਂ ਭੱਜੀ ਉਸ ਕੋਲ ਜਾਵਾਂ ਅਤੇ ਹਾੜੇ ਕੱਢਾਂ ਅਤੇ ਆਖਾਂ, ਹੇ ਮੇਰੇ ਚੰਗੇ ਦੇ ਚੰਗਿਆ, ਮੇਰੇ ਚੰਗੇ ਦੇ ਸਰੀਰ ਨੂੰ ਬਚਾ ਦੇ, ਜੋ ਮੈਂ ਅਪਰਾਧ ਕੀਤਾ ਹੈ ਉਹ ਇਉਂ ਬਖਸ਼ੀ ਵੇ ਕਿ ਸਾਰੀ ਉਮਰ ਰੱਜ ਰੱਜ ਕੇ ਸੇਵਾ ਕਰ ਲਵਾਂ ਅਤੇ ਛਿੰਨ ਨਾ ਵਿਛੜਾਂ। ਮੈਂ ਉਸ ਨੂੰ ਉਹ ਕਰਦੀ ਹਾਂ ਜੋ ਜਿਸ ਨੂੰ ਉਹ ਚੰਗਾ ਪ੍ਰੇਮ ਦੱਸਦਾ ਹੈ। ਤੁਸੀਂ ਵੀ ਉਸ ਨਾਲ ਉਹ ਕੁਛ ਕਰਦੇ ਹੋ। ਮੇਰਾ ਜੀ ਨਹੀਂ ਕਰਦਾ ਕਿ ਉਹ ਮਰੇ। ਤੁਸੀਂ ਕਿਵੇਂ ਉਸ ਨੂੰ ਮਰਦਾ ਦੇਖ ਸਕਦੇ ਹੋ? ਤੁਸੀਂ ਜੋ ਸਰੀਰ ਤੋਂ ਆਤਮਾ ਬਣਾ ਸਕਦੇ ਹੋ, ਸਰੀਰ ਨੂੰ ਬਚਾ ਵੀ ਸਕਦੇ ਹੋ। ਆਓ ਅਤੇ ਸਾਂਝੇ ਪਿਆਰੇ ਨੂੰ ਬਚਾ ਲਓ। ਮੇਰੀ ਇਹ ਭੋਲੇ ਪਿਆਰ ਦੀ ਤ੍ਰਿਖੀ ਤ੍ਰਿਖਾ ਦੇਖ ਕੇ ਚੰਗੇ ਜੀ ਹੱਸ ਪਏ ਅਤੇ ਬੋਲੇ, ਭੋਲੀਏ, ਉਹਨਾਂ ਦਾ ਪਿਆਰਾ ਇੱਕ ਹੋਰ ਹੈ ਜੋ ਕਦੇ ਸਰੀਰ ਵਿੱਚ ਨਹੀਂ ਆਇਆ, ਜੋ ਸਾਰੇ ਸੰਸਾਰ ਦਾ ਰਚਣਹਾਰ, ਮਾਲਕ, ਪਾਲਕ ਅਤੇ ਸਿੱਖਿਆ ਦਾਤਾ ਹੈ। ਉਸ ਦੀ ਮਰਜ਼ੀ ਹੈ ਜੋ ਮੈਂ ਹੁਣ ਇਕੱਲਿਆ ਜਾਵਾਂ। ਆਪਣੇ ਪਿਆਰੇ ਦੀ ਮਰਜ਼ੀ ਵਿੱਚ ਉਹ ਰਾਜ਼ੀ ਹਨ, ਉਹਨਾਂ ਦੀ ਮਰਜ਼ੀ ਵਿੱਚ ਮੈਂ ਰਾਜ਼ੀ ਹਾਂ। ਤੈਨੂੰ ਜੇ ਮੇਰੇ ਨਾਲ ਸੱਚਾ ਪਿਆਰ ਹੈ ਤਾਂ ਮੇਰੀ ਮਰਜ਼ੀ ਵਿੱਚ ਤੂੰ ਰਾਜ਼ੀ ਹੋ। ਮੈਂ ਕਿਹਾ, ਕੀ ਤੁਸੀਂ ਮਰਨੇ ਵਿੱਚ ਖੁਸ਼ ਹੋ? ਅਤੇ ਕਹਿਣ ਲੱਗੇ, ਪਿਆਰੇ ਦੀ ਮਰਜ਼ੀ ਜਾਣ ਕੇ ਖੁਸ਼ ਹਾਂ। ਮੈਂ ਕਿਹਾ, ਉਹੀ ਰੱਬਾ, ਇਹ ਤਦੇ ਸਭ ਤੋਂ ਚੰਗਾ ਹੈ। ਸਾਰਾ ਜਹਾਨ ਮੌਤ ਤੋਂ ਡਰਦਾ ਹੈ, ਇਹ ਮੌਤ ਵਿੱਚ ਵੀ ਖੁਸ਼ ਹੈ। ਮੈਂ ਕਿਹਾ, ਤੁਸੀਂ ਕਿਉਂ ਨਹੀਂ ਡਰਦੇ? ਆਖਣ ਲੱਗੇ, ਮਰਦਾ ਕੁਛ ਨਹੀਂ, ਦੇਹ ਮਿੱਟੀ ਵਿੱਚ ਚਲੀ ਜਾਂਦੀ ਹੈ। ਆਤਮਾ ਜੋ ਮੈਂ ਹਾਂ ਸੱਚਖੰਡ ਵਿੱਚ ਖੁਸ਼ੀਆਂ ਮਾਣਦਾ ਹੈ। ਮੈਂ ਆਪਣੇ ਪਿਆਰੇ ਦੇ ਚਰਣਾਂ ਵਿੱਚ ਜਾਣਾ ਹੈ, ਇਸ ਕਰਕੇ ਮੈਂ ਰੋਂਦਾ ਨਹੀਂ, ਖੁਸ਼ ਹਾਂ। ਤੈਨੂੰ ਆਪਣੇ ਪਿਆਰੇ ਦਾ ਪਿਆਰਾ ਆ ਮਿਲੇਗਾ, ਤੂੰ ਵੀ ਨਾ ਰੋ, ਖੁਸ਼ ਹੋ। ਅਤੇ ਜੇ ਤੂੰ ਰੋਈ ਤਾਂ ਮੈਂ ਤੇਰੇ ਨਾਲ ਖੁਸ਼ ਨਹੀਂ ਹੋਵਾਂਗਾ। ਇਹ ਸੁਣ ਕੇ ਮੈਂ ਡਰੀ ਅਤੇ ਕੰਬੀ ਅਤੇ ਕਿਹਾ, ਤੇਰਾ ਪਿਆਰਾ ਮੈਨੂੰ ਤੇਰੇ ਵਰਗਾ ਲੱਗੇਗਾ। ਕਹਿਣ ਲੱਗੇ, ਹੁਣ ਜੋ ਕੁਛ ਮੇਰੇ ਵਿੱਚ ਤੈਨੂੰ ਪਿਆਰਾ ਲੱਗਾ ਹੈ ਉਹ ਹੈ। ਮੈਂ ਮਨੁੱਖ ਵਰਗਾ ਹਾਂ, ਪਰ ਮੇਰੇ ਵਿੱਚ ਉਹ ਹੈ ਜੋ ਚੰਗਾ ਹੈ ਅਤੇ ਤੈਨੂੰ ਪਿਆਰਾ ਪਿਆ ਲੱਗਦਾ ਹੈ। ਹਾਂ, ਉਹ ਤੈਨੂੰ ਪਿਆਰਾ ਜ਼ਰੂਰ ਲੱਗੇਗਾ, ਉਹ ਹੈ ਹੀ ਸਾਰਾ ਪਿਆਰ। ਉਹ ਤੈਨੂੰ ਪਿਆਰ ਕਰੇਗਾ ਵੀ, ਪਰ ਉਹ ਮਿਲੇਗਾ ਤਾਂ ਜੇ ਤੂੰ ਦਿਨ ਰਾਤ ਇੱਕ ਕੰਮ ਕਰੇਂਗੀ। ਮੈਂ ਕਿਹਾ, ਕੀ? ਕਹਿਣ ਲੱਗੇ, ਤੁਰਦੇ ਫਿਰਦੇ, ਉੱਠਦੇ ਬੈਠਦੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਆਖਦੀ ਰਹੀ। ਇਹ ਆਖ ਕੇ ਬੁੱਲ ਮੀਟ ਲਏ, ਅੱਖਾਂ ਬੰਦ ਹੋ ਗਈਆਂ। ਪਲ ਕੁ ਮਗਰੋਂ ਵਾਹਿਗੁਰੂ ਦੀ ਆਵਾਜ਼ ਕਿੰਨੀ ਵੇਰ ਆਈ, ਨੇਤਰ ਅਚਰਜ ਢੰਗ ਨਾਲ ਖੁੱਲ੍ਹੇ ਅਤੇ ਮਿਟ ਗਏ। ਮੈਂ ਜਾਤਾ ਸੌਂ ਗਏ ਹਨ, ਹੁਣ ਦਿਨ ਹੋ ਗਿਆ। ਮਾਂ ਆ ਗਈ ਅਤੇ ਚੰਗੇ ਵੱਲ ਤੱਕ ਕੇ ਬੋਲੀ, ਬੱਚੀਏ, ਇਹ ਤਾਂ ਮਰ ਗਿਆ ਹੈ। ਮੇਰੀ ਚੀਕ ਨਿਕਲ ਗਈ, ਰੋ ਪਈ। ਪਰ ਕਿਸੇ ਨੇ ਕੰਨ ਵਿੱਚ ਕਿਹਾ, ਜੇ ਤੂੰ ਰੋਈ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਫਿਰ ਮੈਨੂੰ ਡਰ ਆਇਆ, ਸਹਿਮੀ ਸੰਗ ਰੁਕ ਗਿਆ ਕਿ ਇਹ ਮਰਿਆ ਨਹੀਂ। ਫਿਰ ਚੇਤਾ ਆਇਆ ਕਿ ਪਿਆਰੇ ਦਾ ਪਿਆਰਾ ਆਵੇਗਾ। ਫਿਰ ਚੇਤਾ ਆਇਆ ਕਿ ਜੇ ਵਾਹਿਗੁਰੂ ਕਹਾਂਗੀ ਤਾਂ ਆਵੇਗਾ। ਸੋ ਮੈਂ ਚੁੱਪ ਕਰ ਗਈ ਅਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ। ਰੋਣ ਆਵੇ, ਗੱਚ ਚੜ੍ਹੇ, ਕਲੇਜਾ ਟੁੱਟੇ,
ਹੱਥ ਤੀਰ ਵੱਲ ਜਾਵੇ, ਪਰ ਫੇਰ ਪਿਆਰੇ ਦਾ ਹੁਕਮ ਚੇਤੇ ਆ ਜਾਵੇ ਅਤੇ ਮੈਂ ਪਿਆਰੇ ਦੇ ਪਿਆਰੇ ਨੂੰ ਆਪਣੇ ਅੰਦਰ ਹੀ ਅੰਦਰ ਵਾਹਿਗੁਰੂ ਵਾਹਿਗੁਰੂ ਹੀ ਕਰਕੇ ਆਵਾਜ਼ਾਂ ਮਾਰਨ ਲੱਗ ਜਾਵਾਂ। ਇਸ ਤਰ੍ਹਾਂ ਦੁੱਖ ਰੰਜ ਅਤੇ ਉਸ ਦਾ ਆਖਿਆ ਮੰਨਣ ਦੇ ਯਤਨ ਵਿੱਚ ਦਿਲੋ ਦਿਲ ਧੱਕੇ ਤੋੜੇ ਖਾਂਦਿਆਂ ਉਸ ਤੋਂ ਚੰਗੇ ਸਭ ਤੋਂ ਪਿਆਰੇ ਦਾ ਸਰੀਰ ਸੰਸਕਾਰ ਦਿੱਤਾ। ਤਦੋਂ ਇਹ ਪਤਾ ਲੱਗਾ ਕਿ ਇਹ ਕਿਸ ਦੇਸ਼ ਦਾ ਸੀ, ਕਿਉਂ ਆਇਆ ਸੀ, ਕਿਸ ਸੁਲੱਖਣੀ ਮਾਂ ਅਤੇ ਭਾਗਾਂ ਭਰੇ ਪਿਓ ਦਾ ਪੁੱਤ ਸੀ। ਮੇਰੀ ਅੰਮੀ ਅਤੇ ਬਾਪੂ ਜੀ ਨੂੰ ਬੜਾ ਡਰ ਸੀ ਕਿ ਇਸ ਚੰਗੇ ਮਨੁੱਖ ਦੇ ਮਰ ਜਾਣ ਦੇ ਦੁੱਖ ਵਿੱਚ ਕਾਕੀ ਮਰ ਹੀ ਨਾ ਜਾਵੇ, ਪਰ ਮੇਰੇ ਧੀਰਜ ਨੂੰ ਵੇਖ ਕੇ ਉਹ ਹੈਰਾਨ ਅਤੇ ਖੁਸ਼ ਸਨ। ਦਿਨ ਬੀਤ ਗਏ, ਪਰ ਮੇਰੀਆਂ ਖੇਡਾਂ, ਮੇਰੇ ਆਹਾਰ ਅਤੇ ਮੌਜਾਂ ਨਾ ਮੁੜੇ। ਇਹਨਾਂ ਵਿੱਚੋਂ ਮੇਰਾ ਜੀ ਕਿਸੇ ਵਿੱਚ ਵੀ ਨਾ ਰੁੱਝਾ। ਬਾਪੂ ਜੀ ਨੇ ਬੜੇ ਯਤਨ ਕੀਤੇ, ਪਰ ਪੇਸ਼ ਨਾ ਗਈ। ਰੋਂਦੀ ਮੈਂ ਨਹੀਂ ਸਾਂ, ਪਰ ਉਹ ਖੁਸ਼ੀਆਂ ਜੋ ਮੇਰੇ ਮਾਤਾ ਲਈ ਮਹਿਲਾਂ ਵਿੱਚ ਸੁਰਗ ਸਨ, ਬੰਦ ਹੋ ਗਈਆਂ। ਉਹ ਡਰਦੇ ਮੈਨੂੰ ਕੁਝ ਸ਼ਨਾ ਆਖਦੇ ਕਿ ਮਤਾ ਵਧੇਰੇ ਦੁਖੀ ਨਾ ਹੋ ਜਾਵੇ। ਮੈਂ ਕਦੇ ਕਦੇ ਹੱਸ ਵੀ ਪੈਂਦੀ, ਬਾਪੂ ਜੀ ਨੂੰ ਗਲਵੱਕੜੀ ਪਾ ਕੇ ਮਿਲ ਵੀ ਲੈਂਦੀ, ਅੰਮੀ ਦੀ ਗੋਦ ਵਿੱਚ ਵੀ ਜਾ ਬਹਿੰਦੀ, ਪਰ ਉਹ ਹਲਾਰੇ ਅਤੇ ਉਹ ਚਾਓ, ਉਹ ਖੜਮਸਤੀਆਂ ਅਤੇ ਬੋਕਣੇ ਸੁਪਨਾ ਹੋ ਗਏ। ਮੇਰੀਆਂ ਅੱਖਾਂ ਅੱਗੇ ਸਭ ਤੋਂ ਚੰਗੇ ਦੀ ਮੂਰਤ ਹਰ ਵੇਲੇ ਫਿਰਦੀ ਦਿਸਦੀ ਅਤੇ ਜੀਭ ਉਸ ਦੇ ਪਿਆਰੇ ਨੂੰ ਵਾਜਾਂ ਮਾਰਦੀ ਅਤੇ ਮਨ ਇਸ ਤਾਂਗ ਵਿੱਚ ਟੁਰਿਆ ਚੱਲਦਾ, ਪਿਆਰੇ ਦਾ ਪਿਆਰਾ ਆਵੇਗਾ। ਮੇਰਾ ਜੀ ਹੁਣ ਕੁਛ ਘਰਾਂ ਮਾੜੀਆਂ ਤੋਂ ਉਦਾਸ ਹੋ ਗਿਆ। ਮੈਂ ਬਾਪੂ ਜੀ ਨੂੰ ਆਖਿਆ, ਮੈਨੂੰ ਬਣ ਵਿੱਚ ਇੱਕ ਕੋਠਾ ਪਾ ਦਿਓ ਜਿੱਥੇ ਮੈਂ ਜੀ ਪਰਚਾਉਣ ਜਾਇਆ ਕਰਾਂ। ਬਾਪੂ ਜੀ ਖੁਸ਼ ਹੋਏ ਕਿ ਕਾਕੀ ਦਾ ਜੀ ਪਰਚੇਗਾ। ਆਖਣ ਲੱਗੇ, ਜਿੱਥੇ ਆਖੋ ਬਣ ਜਾਵੇਗਾ, ਮੈਂ ਹੋਰ ਕਿਹੜੀ ਥਾਂ ਭਾਲਣੀ ਸੀ। ਚੰਗੇ ਜੀ ਜਿਸ ਟੱਠੀ ਹੋਈ ਢੇਰੀ 'ਤੇ ਬੈਠੇ ਸਨ, ਉਹਨਾਂ ਦੇ ਲਹੂ ਨਾਲ ਪਵਿੱਤਰ ਹੋਈ ਅਤੇ ਆਪਣੀ ਕੀਤੀ ਕਰਤੂਤ ਤੋਂ ਕਿਸੇ ਹੋਰ ਲਗਨ ਵਿੱਚ ਲੱਗ ਜਾਣ ਦੇ ਸ਼ੁਕਰ ਵਿੱਚ ਮੈਂ ਇਹੋ ਥਾਂ ਪਸੰਦ ਕੀਤੀ। ਬਾਪੂ ਜੀ ਅਟਾਰੀ ਪੁਆ ਦੇਣ ਲੱਗੇ ਸੀ, ਪਰ ਮੈਂ ਕਿਹਾ ਕਿ ਪੁਰਾਣੀਆਂ ਇੱਟਾਂ ਪੱਥਰ ਦੇ ਸਮਾਨ ਢੇਰੀ ਵਿੱਚੋਂ ਕੱਢੋ ਅਤੇ ਛੋਟਾ ਜਿਹਾ ਥਾਂ ਉਸਾਰੋ, ਡਿੱਗੀ ਵਿੱਚ ਜਾਨ ਪਾ ਦਿਓ ਅਤੇ ਉਹਨਾਂ ਹੀ ਨਹੀਂ ਤਾਂ ਉਸੇ ਤਰ੍ਹਾਂ ਬਣਾ ਦਿਓ। ਸੋ ਕਾਰੀਗਰਾਂ ਨੇ ਢੇਰੀ ਵਿੱਚੋਂ ਸਮਾਨ ਲੱਭੇ, ਕੁਝ ਹੋਰ ਪਾਏ ਅਤੇ ਇਸ ਨੂੰ ਉਸਾਰਿਆ। ਮੇਰੀ ਹੁਣ ਇਹ ਰੰਗ ਭੂਮੀ ਸੀ ਤੜਕੇ ਪਹਿਰ, ਪਰ ਸੰਝ ਨੂੰ ਪਹਿਰ ਪਰ ਮੈਂ ਇੱਥੇ ਆ ਕੇ ਪਿਆਰੇ ਦੇ ਪਿਆਰੇ ਨੂੰ ਦਿਲ ਖੋਲ੍ਹ ਕੇ ਆਵਾਜ਼ਾਂ ਮਾਰਦੀ ਸਾਂ। ਜੀ ਤਾਂ ਕਰਦਾ ਸੀ ਰਹਾਂ ਵੀ ਇੱਥੇ ਹੀ, ਪਰ ਬਾਪੂ ਜੀ ਅਤੇ ਅੰਮੀ ਜੀ ਇਸ ਗੱਲ ਵਿੱਚ ਦੁੱਖ ਮੰਨਦੇ ਸਨ। ਇੱਕ ਦਿਨ ਦੁਪਹਿਰੇ ਜਦ ਘਰ ਗਈ ਅਤੇ ਰੋਟੀ ਖਾ ਕੇ ਲੇਟੀ, ਪੱਖਾ ਹੋ ਰਿਹਾ ਸੀ ਕਿ ਮੈਂ ਨੈਣ ਮੁੰਦ ਲਏ ਅਤੇ ਲੱਗੀ ਅੰਦਰੋਂ ਅੰਦਰ ਪਿਆਰੇ ਨੂੰ ਵੇਖਣ ਅਤੇ ਪਿਆਰੇ ਦੇ ਪਿਆਰੇ ਨੂੰ, ਜਿਸ ਨੂੰ ਮੈਂ ਅਜੇ ਡਿੱਠਾ ਨਹੀਂ ਸੀ, ਵਾਜਾਂ ਮਾਰ। ਅੰਮੀ ਨੇ ਜਾਤਾ, ਮੈਂ ਸੌਂ ਗਈ ਹਾਂ। ਬਾਪੂ ਜੀ ਨੂੰ ਕਹਿਣ ਲੱਗੀ, ਕਾਕੀ ਸਿਆਣੀ ਹੋ ਗਈ ਹੈ, ਇਸ ਦਾ ਕਾਜ ਕਰੀਏ, ਕਾਜ ਹੋਇਆ ਇਸ ਨੂੰ ਗ੍ਰਿਸਤ ਦੀ ਭੂਮਣਾ ਪੈ ਜਾਵੇਗੀ ਤਾਂ ਇਹ ਉਦਾਸੀਆਂ ਛੱਡ ਦੇਵੇਗੀ। ਬਾਪੂ ਜੀ ਵੀ ਸੋਚੀ ਪੈ ਗਏ, ਕਹਿਣ ਲੱਗੇ, ਜੀ ਹਾਂ, ਜੀ ਤਾਂ ਮੇਰਾ ਵੀ ਕਰਦਾ ਹੈ, ਪਰ ਕੀ ਕਰਾਂ, ਡਰਦਾ ਹਾਂ ਜੋ ਵਿਆਹ ਕੇ ਵੀ ਉਦਾਸ ਹੀ ਰਹੀ ਅਤੇ ਵੱਸੀ ਨਾ ਉਂਝ ਨੱਕ ਵੱਢਣੀ ਹੋਊ ਅਤੇ ਖੇਚਲ ਵੀ ਵੱਖ ਪਊ। ਅੱਛਾ, ਅੱਜ ਮਹਿਤੇ ਨਾਲ
ਅਤੇ ਪੰਡਿਤ ਜੀ ਨਾਲ ਗਿਣਾਂਗਾ। ਜਦ ਬਾਪੂ ਜੀ ਚਲੇ ਗਏ ਅਤੇ ਮੈਂ ਉੱਠੀ ਅਤੇ ਅੰਮੀ ਦੀ ਗੋਦ ਵਿੱਚ ਜਾ ਬੈਠੀ ਅਤੇ ਗਲਵੱਕੜੀ ਪਾ ਕੇ ਕਿਹਾ, ਪਿਆਰੀ ਅੰਮੀ, ਜੋ ਤੁਸਾਂ ਅੱਜ ਬਾਪੂ ਜੀ ਨੂੰ ਆਖਿਆ ਹੈ ਮੈਂ ਸੁਣ ਲਿੱਤਾ ਹੈ। ਮੈਂ ਸੁੱਤੀ ਹੋਈ ਨਹੀਂ ਸਾਂ, ਤੁਸਾਂ ਜੋ ਸਲਾਹ ਦਿੱਤੀ ਹੈ ਮੇਰੇ ਭਲੇ ਲਈ ਦਿੱਤੀ ਹੈ, ਅਤੇ ਮੈਂ ਤੁਹਾਡਾ ਅਤੇ ਬਾਪੂ ਜੀ ਦਾ ਆਖਿਆ ਮੋੜ ਵੀ ਨਹੀਂ ਸਕਦੀ, ਪਰ ਮੈਂ ਇਸ ਤਰ੍ਹਾਂ ਵਧੇਰੇ ਦੁਖੀ ਹੋ ਜਾਵਾਂਗੀ। ਹੁਣ ਮੈਂ ਕੁਛ ਸੁਖੀ ਹਾਂ, ਭਾਵੇਂ ਖੇਡ ਦੀ ਮਲ ਦੀ ਨਹੀਂ ਹਾਂ, ਪਰ ਮੈਂ ਰੋਂਦੀ ਅਤੇ ਕੁਰਲਾਉਂਦੀ ਵੀ ਨਹੀਂ ਹਾਂ। ਅਤੇ ਕਦੇ ਕਦੇ ਐਸਾ ਵੀ ਹੁੰਦਾ ਹੈ ਕਿ ਮੇਰੇ ਅੰਦਰ ਇੱਕ ਖੁਸ਼ੀ ਦੀ ਚਰਨਾਹਟ ਛਿੜਦੀ ਹੈ, ਜਿਸ ਨਾਲ ਮੇਰੇ ਲੂਹਾਂ ਥਾਣੀ ਸੁੱਖ ਦੇ ਫੁਹਾਰੇ ਛੁੱਟ ਪੈਂਦੇ ਹਨ। ਮੈਂ ਹੌਲੀ ਫੁੱਲ ਅਤੇ ਠੰਡੀ ਠੰਡੀ ਹੋ ਜਾਂਦੀ ਹਾਂ। ਉਸ ਵੇਲੇ ਮੇਰਾ ਜੀ ਟੱਪਦਾ ਬੁੜਕਦਾ ਨਹੀਂ, ਕੁਛ ਇਕੱਠਾ ਜਿਹਾ ਹੋ ਜਾਂਦਾ ਹੈ, ਅਤੇ ਇਹ ਕਰਦਾ ਹੈ ਕਿ ਮੈਂ ਇਸੇ ਤਰ੍ਹਾਂ ਬੈਠੀ ਰਹਾਂ। ਇਸ ਤਰ੍ਹਾਂ ਦਾ ਸੁੱਖ ਕਦੋਂ ਝਲਕਾਰਾ ਜਿਹਾ ਮਾਰ ਜਾਂਦਾ ਹੈ, ਉਸ ਮਗਰੋਂ ਫਿਰ ਮੈਂ ਤੁਰਦੀ ਫਿਰਦੀ ਦੁਖੀ ਨਹੀਂ ਹੁੰਦੀ। ਜੇ ਤੁਸਾਂ ਕਾਜ ਕਰ ਦਿੱਤਾ ਤਾਂ ਮੇਰਾ ਇਹ ਸੁੱਖ ਜਾਂਦਾ ਰਹੇਗਾ, ਅਤੇ ਪਹਿਲਾ ਸੁੱਖ ਮੁੜਨ ਨਹੀਂ ਲੱਗਾ। ਤਦ ਮੈਂ ਹੁਣ ਨਾਲੋਂ ਵੀ ਔਖੀ ਹੋ ਜਾਵਾਂਗੀ ਇਹ ਮੱਧਮ ਅਤੇ ਠੰਡੇ ਸੁੱਖ ਲਈ, ਜੋ ਮੈਨੂੰ ਹੁਣ ਕਦੇ ਕਦੇ ਮਿਲਦਾ ਹੈ। ਦੂਸਰੇ ਦੀ ਲੋੜ ਨਹੀਂ, ਇਹ ਅੰਦਰੋਂ ਹੀ ਉਗਮ ਪੈਂਦਾ ਹੈ। ਔਰ ਕਈ ਵੇਰ ਮੈਨੂੰ ਸ਼ੱਕ ਪੈਂਦਾ ਹੈ ਕਿ ਇਹ ਖੁਸ਼ੀ ਹੀ ਕਿਤੇ ਆਤਮਾ ਤਾਂ ਨਹੀਂ ਹੈ। ਜੋ ਚੰਗੇ ਮਨੁੱਖ ਨੇ ਆਖਿਆ ਸੀ ਕਿ ਤੂੰ ਆਤਮਾ ਹੈ ਔਰ ਤੂੰ ਸਰੀਰ ਨਹੀਂ ਹੈ, ਮੈਨੂੰ ਪੱਕਾ ਪਤਾ ਤਾਂ ਕੁਛ ਨਹੀਂ। ਇਤਨਾ ਜਾਣਦੀ ਹਾਂ ਕਿ ਮੈਨੂੰ ਆਪਣੇ ਅੰਦਰੋਂ ਬਿਨਾਂ ਸਰੀਰ ਦੇ ਸਮਾਨਾਂ ਦੇ ਕਦੇ ਕਦਾਈ ਇਹ ਠੰਡੇ ਜਿਹੇ ਸੁੱਖ ਦਾ ਝਲਕਾ ਵੱਜ ਜਾਂਦਾ ਹੈ। ਬੀਬੀ ਅੰਮੀ, ਜੇ ਮੇਰੇ ਸੁੱਖ ਅਤੇ ਖੁਸ਼ੀ ਨੂੰ ਸੋਚਣਾ ਜੇ ਤਾਂ ਮੈਨੂੰ ਹੋਰ ਫਾਈ ਵਿੱਚ ਨਾ ਪਾਉਣਾ। ਮੈਂ ਆਖਾਂ ਤਾਂ ਨਹੀਂ ਮੋੜਾਂਗੀ, ਪਰ ਮੈਂ ਖੁਸ਼ੀ ਨਹੀਂ ਰਹਿ ਸਕਾਂਗੀ। ਇਹ ਸੁਣ ਕੇ ਮਾਂ ਨੇ ਕਿਹਾ, ਕਾਕੀ, ਤੂੰ ਸੱਚ ਆਖਦੀ ਹੈ, ਪਰ ਹੁਣ ਤੂੰ ਸਿਆਣੀ ਹੈ, ਕੁਝ ਸੋਚ ਵੀ ਕਰਨਾ। ਪਹਿਲੀ ਉਮਰੇ ਤੂੰ ਖੇਡਾਂ ਵਿੱਚ ਬੇਫਿਕਰ ਰਹੀ, ਜਦ ਤੇਰੀ ਉਮਰ ਅਕਲ ਅਤੇ ਹੋਸ਼ ਵਾਲੀ ਹੋਈ ਤਾਂ ਤੂੰ ਵੈਰਾਗ ਵਿੱਚ ਰੁੜ ਕੇ ਉਦਾਸਣ ਹੋ ਗਈ। ਅਜੇ ਤੱਕ ਤੇਰੀਆਂ ਉਦਾਸੀਆਂ ਤੋਂ ਮੁਹਾਰਾਂ ਨਹੀਂ ਮੁੜੀਆਂ, ਅਤੇ ਸਮਾਂ ਹੁਣ ਅਵੇਸਲਿਆਂ ਲੰਘ ਜਾਣ ਦਾ ਨਹੀਂ। ਸਾਡੀ ਉਮਰ ਵਡੇਰੀ ਹੋ ਰਹੀ ਹੈ, ਔਰ ਤੇਰੇ ਬਿਨਾਂ ਕੋਈ ਸਾਡੇ ਔਲਾਦ ਨਹੀਂ ਹੈ। ਇਸ ਤੱਪੇ ਦਾ ਹੁਕਮ ਹਾਸਲ ਸਾਰਾ ਸਾਡਾ ਹੈ। ਆਸੇ ਪਾਸੇ ਖਰਲ ਪੱਟੀ ਦੇ ਅਨੇਕਾਂ ਜਰਵਾਣੇ ਮੁਸਲਮਾਨਾਂ ਦੇ ਤੱਪੇ ਹਨ। ਜੇ ਕੋਈ ਧਿਰ ਸਾਡੇ ਬੈਠਿਆਂ ਰਾਜ ਭਾਗ ਦੇ ਲਹਿਕ ਨਾ ਹੋ ਜਾਵੇ ਤਾਂ ਪਿੱਛੋਂ ਸਾਡੀ ਇਸ ਕਮਾਈ ਅਤੇ ਕਾਲ ਕਾਲੀ ਨੂੰ ਵੈਰੀਆਂ ਨੇ ਹੀ ਲੈ ਜਾਣਾ ਹੈ। ਇਸ ਬਚਾਓ ਲਈ ਅਸੀਂ ਇਹੋ ਕਰ ਸਕਦੇ ਹਾਂ ਕਿ ਤੇਰਾ ਕਾਜ ਕਿਸੇ ਬੜੇ ਬਹਾਦਰ ਸੂਰਮੇ ਨਾਲ ਕਰ ਦਈਏ, ਅਤੇ ਆਪਣੀ ਅੱਖੀਂ ਤੁਹਾਡੀ ਸੂਰਮਾ ਸੰਤਾਨ ਵੇਖ ਲਈਏ, ਅਤੇ ਠੰਡੇ ਜੀਓ ਮਰੀਏ ਜੋ ਸਾਡੇ ਰਾਜ ਭਾਗ ਨੂੰ ਸਾਂਭਣ ਵਾਲੇ ਪਿੱਛੇ ਹਨ। ਜੇ ਤੂੰ ਉਦਾਸੀ ਰੱਖੀ ਤਾਂ ਇੱਕ ਹੋਰ ਡਰ ਵੀ ਹੈ। ਸਾਰੇ ਮੁਸਾਹਿਬ ਮਹਿਤੇ ਅਤੇ ਪੰਡਿਤ ਸਣੇ ਹੁਣ ਤੇਰੇ ਬਾਪੂ ਜੀ ਨੂੰ ਹੋਰ ਵਿਆਹ ਕਰ ਲੈਣ ਦੀ ਸਲਾਹ ਪੈ ਦਿੰਦੇ ਹਨ, ਤਾਂ ਜੋ ਕਿਵੇਂ ਨਵੇਂ ਹੀ ਵਿਆਹ ਤੋਂ ਨਰ ਸੰਤਾਨ ਪੈਦਾ ਹੋ ਜਾਵੇ। ਤੇਰੇ ਬਾਪੂ ਜੀ ਦਾ ਮੇਰੇ ਨਾਲ ਅੱਤ ਦਾ ਪਿਆਰ ਹੈ। ਉਹ ਜਾਣਦੇ ਹਨ ਕਿ ਹੋਰ ਵਿਆਹ ਨਾਲ ਮੈਂ ਦੁਖੀ ਹੋ ਜਾਵਾਂਗੀ, ਔਰ ਮੇਰੇ ਦੁਖੀ ਹੋਣ ਨਾਲ ਕਾਕੀ ਹੋਰ ਦੁੱਖ ਕਰੇਗੀ। ਇਸ ਕਰਕੇ ਉਹਨਾਂ ਅਜੇ ਕਿਸੇ ਦੀ ਸਲਾਹ ਕੰਨੇ ਨਹੀਂ ਧਰੀ। ਪਰ ਕਾਕੀ, ਕਦ ਤੱਕ?
ਨਿੱਤ ਦੀਆਂ ਸਖੌਤਾਂ ਪੱਥਰ ਪਾੜ ਦਿੰਦੀਆਂ ਹਨ। ਅੱਗੇ ਰਾਜਿਆਂ ਦੇ ਕੰਨ ਹੁੰਦੇ ਹਨ, ਅੱਖਾਂ ਨਹੀਂ ਹੁੰਦੀਆਂ। ਨਿੱਤ ਦੀਆਂ ਸਲਾਹਤਾਂ ਨੇ ਵੱਡੇ ਵੱਡੇ ਰਾਜ ਘਰਾਣੇ ਪਾੜ ਕੱਤੇ। ਬੜੇ ਬੜੇ ਪੰਡਿਤ ਤੇ ਸਿਆਣੇ ਰਾਜੇ ਜੋ ਆਖਦੇ ਹੁੰਦੇ ਸਨ ਕਿ ਕਿਸੇ ਦੀ ਖੁਸ਼ਾਮਤ ਦੇ ਫੇਰ ਵਿੱਚ ਨਹੀਂ ਆਉਂਦੇ, ਚਲਾਕ ਸਲੌਤੀਆਂ ਤੇ ਖੁਸ਼ਾਮਤੀਆਂ ਤੇ ਫੇਰ ਵਿੱਚ ਆ ਕੇ ਭੁੱਲਾਂ ਕਰਦੇ ਰਹੇ ਹਨ। ਕਾਕੀ, ਅੰਮੀ ਜੀ, ਭਲਾ ਕਦੇ ਦੇਖ ਕੇ ਵੀ ਕੋਈ ਮੋਹਰਾ ਖਾਂਦਾ ਹੈ? ਮਾਂ, ਬੱਚਾ ਜੀਓ, ਮੋਹਰਾ ਮਿੱਠੇ ਦੇ ਭੁਲੇਖੇ ਹੀ ਖਾਧਾ ਜਾਂਦਾ ਹੈ, ਜਾਣ ਕੇ ਕੌਣ ਖਾਂਦਾ ਹੈ? ਇਸੇ ਤਰ੍ਹਾਂ ਜੇ ਰਾਜਾ ਨੂੰ ਦਿਸ ਪਿਆ ਜੋ ਸਲਹੁਤੀ ਖੁਸ਼ਾਮਤ ਕਰਦੇ ਹਨ, ਜੇ ਧੋਖਾ ਪੈ ਦਿੰਦੇ ਹਨ, ਤਾਂ ਰਾਜਾ ਨਹੀਂ ਫਸਦਾ। ਫਸਦੇ ਹੀ ਰਾਜੇ ਤਦੋਂ ਹਨ ਜਦੋਂ ਝੂਠ ਅਤੇ ਖੁਸ਼ਾਮਤ ਨੂੰ ਸੱਚ ਸਮਝ ਲੈਂਦੇ ਹਨ ਅਤੇ ਕਿਵੇਂ ਵੀ ਉਹਨਾਂ ਉੱਤੇ ਅਸਲ ਹਾਲ ਨਹੀਂ ਖੁੱਲ੍ਹਦਾ। ਇਹ ਕਾਕੀਏ ਰਾਜ ਘਰਾਂ ਵਿੱਚ ਆਮ ਵਰਤਦੇ ਹਨ। ਮੇਰਾ ਪਿਆਰ ਕਦ ਤੱਕ ਆਪਣਾ ਅਸਰ ਕਰੇਗਾ ਜਿੱਥੇ ਖੋਟੇ ਸਲੌਤੀਆਂ ਨੇ ਦਿਨ ਰਾਤ ਪੱਟੀਆਂ ਪੜ੍ਹਾਈਆਂ? ਫਿਰ ਸੋਚ ਲੈ ਕਿ ਮੇਰਾ ਅਤੇ ਤੇਰਾ ਕੀ ਹਾਲ ਹੋਵੇਗਾ। ਮੈਂ ਤੇਰੇ ਦੁੱਖ ਵਿੱਚ ਰਾਜ਼ੀ ਨਹੀਂ, ਪਰ ਦੂਜੇ ਪਾਸੇ ਵੀ ਸੁੱਖ ਦੀ ਆਸ ਨਹੀਂ ਹੈ। ਇਹ ਸੁਣ ਕੇ ਮੈਂ ਸੋਚ ਵਿੱਚ ਪੈ ਗਈ। ਪਰ ਜਵਾਂਦਰੂ ਮੇਰਾ ਸੁਭਾਵ ਸੋਚਾਂ ਦਾ ਘੱਟ ਸੀ, ਜੋ ਆਈ ਝੱਟ ਸਮਝੀ ਅਤੇ ਸਿੱਧੀ ਗੱਲ ਖਿਆਲੀ ਅਤੇ ਫਾਹ ਮਾਰੀ। ਉਸੇ ਤਰ੍ਹਾਂ ਮੈਂ ਹੁਣ ਇੱਕ ਸਿੱਧੀ ਗੱਲ ਸੋਚੀ ਅਤੇ ਮਾਂ ਨੂੰ ਆਖਿਆ, ਅੰਮੀ, ਜੇ ਕਬੀਰ ਜੀ ਆ ਜਾਣ ਤਾਂ ਫੇਰ ਤਾਂ ਕਿਸੇ ਸਲੌਤੀਏ ਦੀ ਪੇਸ਼ ਨਹੀਂ ਜਾ ਸਕਦੀ। ਮਾਂ ਹੱਸ ਕੇ ਬੋਲੀ, ਹੈ ਤਾਂ ਗੱਲ ਇਹੋ, ਪਰ ਕਾਕੀ, ਇਹ ਕੋਈ ਵੱਸ ਦੀ ਖੇਡ ਹੈ? ਤੇਰੇ ਵੀਰ ਦਾ ਰਾਹ ਤੱਕਦਿਆਂ ਅਤੇ ਸੁੱਖਾਂ ਸੁੱਖਦਿਆਂ ਨੂੰ ਆਹ ਦੇਣ ਆ ਗਏ, ਪਰ ਸਾਈਂ ਦੀ ਮਰਜ਼ੀ, ਸਾਡੇ ਭਾਗਾਂ ਵਿੱਚ ਇਹ ਸੁੱਖ ਨਹੀਂ ਹੋਣਾ ਜੋ ਆਸ ਨਾ ਪੁੰਨੀ। ਪਰ ਨਾ ਪੁੰਨੀ, ਮੈਂ ਆਖਿਆ, ਮਾਂ ਜੀ, ਤੁਸੀਂ ਡੋਲੋ ਨਹੀਂ। ਮੇਰਾ ਅੰਦਰਲਾ ਜੋ ਖੁਸ਼ੀ ਦੇ ਫਰਾਟੇ ਕਦੇ ਕਦੇ ਮਾਰਿਆ ਕਰਦਾ ਹੈ, ਮੈਨੂੰ ਆਖਦਾ ਹੈ ਕਿ ਸਭ ਤੋਂ ਚੰਗੇ ਮਨੁੱਖ ਦਾ ਜੋ ਪਿਆਰਾ ਹੈ, ਉਹ ਬਹੁਤ ਬਲ ਵਾਲਾ ਅਤੇ ਰਾਠਾਂ ਦਾ ਕੋਈ ਸਰਦਾਰ ਰਾਠ ਹੈ। ਭਾਵੇਂ ਮੈਂ ਉਸ ਨੂੰ ਡਿੱਠਾ ਨਹੀਂ, ਪਰ ਉਹ ਉਂਝ ਮੈਨੂੰ ਕੋਲੇ ਕੋਲੇ ਲੱਗਦਾ ਹੈ। ਹਾਂ, ਉਹ ਤਦੋਂ ਕਦੇ ਮੈਨੂੰ ਭੁੱਲੇ ਨਹੀਂ। ਮੇਰੇ ਅੰਦਰ ਇਸ ਤਰ੍ਹਾਂ ਦੀ ਲਹਿਰ ਵੀ ਵੱਜਦੀ ਹੈ ਕਿ ਉਹ ਜਾਣਦੇ ਹਨ ਜੋ ਮੈਂ ਉਹਨਾਂ ਨੂੰ ਹਰਦਮ ਯਾਦ ਰੱਖਦੀ ਹਾਂ। ਜੇ ਮੈਂ ਉਹਨਾਂ ਨੂੰ ਆਖਾਂ ਕਿ ਉਹ ਇੱਕ ਵੀਰ ਜੀ ਸਾਨੂੰ ਦੇਣ, ਤਾਂ ਪਤਾ ਨਹੀਂ ਕਿਉਂ, ਪਰ ਮੇਰਾ ਦਿਲ ਸ਼ਾਦੀ ਦਿੰਦਾ ਹੈ ਕਿ ਉਹ ਸੁਣ ਵੀ ਲੈਣਗੇ ਅਤੇ ਦੇ ਵੀ ਦੇਣਗੇ। ਅੰਮੀ ਸੁਣ ਕੇ ਹੱਸ ਪਈ, ਬੱਚੀਏ, ਤੂੰ ਜਿਹੀ ਕੁ ਬੇਪਰਵਾਹ ਹੁੰਦੀ ਸੈਂ, ਉਹ ਜਿਹੀ ਵਹਿਮਣ ਹੋ ਗਈ ਹੈ। ਮੈਂ ਰੋ ਪਈ ਅਤੇ ਗਲਵਕੜੀ ਪਾ ਕੇ ਆਖਿਆ, ਮਾਂ ਜੀ, ਜੇ ਕਬੀਰ ਜੀ ਆ ਜਾਣ ਫੇਰ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਹੋਣ ਲੱਗਾ। ਮਾਂ ਹੱਸ ਪਈ ਅਤੇ ਆਖਣ ਲੱਗੀ, ਫੇਰ ਮੈਂ ਤਾਂ ਸੁਖੀ ਹੋ ਜਾਂਦੀ ਹਾਂ, ਪਰ ਤੇਰਾ ਇਸ ਤਰ੍ਹਾਂ ਰਹਿਣਾ ਵੀ ਸੁਖਦਾਈ ਨਹੀਂ। ਮੈਂ ਕਿਹਾ, ਅੰਮੀ, ਮੇਰੇ ਦੁੱਖ ਦਾ ਫਿਕਰ ਨਾ ਕਰੀ, ਮੈਂ ਤਾਂ ਕਿਸੇ ਹੋਰ ਗੇੜ ਵਿੱਚ ਪੈ ਗਈ ਹਾਂ। ਤੁਹਾਡਾ ਦੁੱਖ ਮੇਰੇ ਟੁਰ ਗਏ ਪਿਆਰੇ ਦਾ ਆਉਣ ਵਾਲਾ ਪਿਆਰਾ ਜ਼ਰੂਰ ਦੂਰ ਕਰੇਗਾ। ਮੈਨੂੰ ਅਕਲ ਕੋਈ ਨਹੀਂ, ਪਰ ਮੇਰਾ ਜੀ ਆਖਦਾ ਹੈ ਕਿ ਇਹ ਕੁਛ ਹੋ ਜਾਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਦੇ ਮਗਰੋਂ ਮੈਂ ਆਪਣੇ ਮੱਠ ਨੂੰ ਚਲੀ ਆਈ। ਪਿਆਰੇ ਜੀ ਨੂੰ ਟੁਰ ਗਿਆ ਨੂੰ 3 ਵਰੇ ਬੀਤ ਗਏ ਸਨ। ਮੇਰੇ ਅੰਦਰ ਉਸ ਦੀ ਸੂਰਤ ਹਰਦਮ ਬੈਠੀ ਦਿਸਦੀ ਸੀ ਅਤੇ ਮੇਰੇ ਦਿਲ ਵਿੱਚੋਂ ਉਸ ਪਿਆਰੇ ਦੀ ਯਾਦ ਕਦੇ ਨਹੀਂ ਸੀ ਭੁੱਲਦੀ। ਜੋ ਨਾਮ ਮੈਨੂੰ ਉਹ ਦੱਸ ਗਏ ਸੀ, ਉਹ ਮੈਨੂੰ ਕਿਸੇ ਦਮ ਭੁੱਲਣਾ ਤਾਂ ਕਿਤੇ ਰਿਹਾ। ਮੈਨੂੰ ਇਸ ਮੱਠ ਵਿੱਚ ਬੈਠਿਆਂ
ਕਦੇ ਇਉਂ ਲੱਗਿਆ ਕਰੇ ਜਾਣੀਦਾ ਮੇਰੇ ਸਾਰੇ ਲੂੰ ਜੀਭਾ ਹੋ ਗਏ ਹਨ ਔਰ ਸਾਰਿਆਂ ਵਿੱਚੋਂ ਉਹ ਸੱਦ ਪਈ ਵਜੀਂਦੀ ਹੈ। ਇੱਕ ਦਿਨ ਤਾਂ ਅਜਿਹਾ ਝੋਕਾ ਵੱਜਾ ਜੋ ਇਸ ਹਾਲ ਵਿੱਚ ਮੈਂ ਅੱਖਾਂ ਖੋਲ੍ਹ ਕੇ ਤੱਕ ਬੈਠੀ। ਫੇਰ ਤਾਂ ਬਿਰਸ਼ਾਂ ਦੇ ਪੱਤਰ ਪੱਤਰ ਨੂੰ ਜੀਭ ਲੱਗ ਗਈ ਹੋਈ ਪਈ ਦਿੱਸੇ। ਜਿੱਧਰ ਮੇਰੀ ਨਜ਼ਰ ਜਾਵੇ ਸਭ ਪਾਸੇ ਹਰ ਸ਼ੈ ਉਸ ਪਿਆਰੇ ਦੇ ਪਿਆਰੇ ਨੂੰ ਉਹ ਨਾਂ ਲੈ ਕੇ ਵਾਜਾਂ ਪਈ ਮਾਰਦੀ ਦਿੱਸੇ। ਮੈਨੂੰ ਇਸ ਹਾਲ ਵਿੱਚ ਇੱਕ ਅਨੋਖੀ ਜਿਹੀ ਖੁਸ਼ੀ ਪਾਸਦੀ ਸੀ ਔਰ ਸਿਵਾ ਇਸ ਰੰਗ ਦੇ ਹੋਰ ਕੁਛ ਨਹੀਂ ਸੀ ਉਸ ਵੇਲੇ ਦਿਸਦਾ, ਸਗੋਂ ਇਸੇ ਰੰਗ ਦੀ ਹੋਸ਼ ਸੀ, ਹੋਰ ਸ਼ੁੱਧ ਕੋਈ ਨਹੀਂ ਸੀ। ਕਿੰਨਾ ਚਿਰ ਮੈਂ ਇਸ ਰੰਗ ਵਿੱਚ ਰਹੀ, ਫਿਰ ਸਹਿਜੇ ਸਹਿਜੇ ਮੈਨੂੰ ਹੋਸ਼ ਆ ਗਈ। ਪਰ ਅੱਜ ਤੋਂ ਇਹ ਹੋ ਗਿਆ ਕਿ ਮੇਰੇ ਲੂਆਂ ਨੇ ਕਿਸੇ ਵੇਲੇ ਜੀਭ ਦਾ ਕੰਮ ਨਹੀਂ ਛੱਡਿਆ, ਨਾ ਬੈਠਦਿਆਂ, ਨਾ ਟੁਰਦਿਆਂ, ਨਾ ਗੱਲਾਂ ਕਰਦਿਆਂ, ਨਾ ਸੁੱਤਿਆਂ। ਮੈਂ ਆਖਾਂ, ਇਹ ਮੇਰੇ ਮਨ ਇਹ ਕੀ ਪਿਆ ਬਣਦਾ ਹੈ? ਪਿਆਰੇ ਦੇ ਪਿਆਰੇ ਨੂੰ ਨਿਰਾ ਯਾਦ ਕਰਨਾ ਹੀ ਐਡਾ ਸਵਾਦਲਾ ਹੈ, ਮਿਲਣਾ ਖਬਰੇ ਐਡਾ ਕੁ ਸਵਾਦਲਾ ਹੋਵੇਗਾ। ਫਿਰ ਮੈਂ ਸੋਚਾਂ, ਜਿੰਦੋਂ ਬਿਨਾਂ ਤਾਂ ਹੈ ਹੀ ਕੁਛ ਨਹੀਂ, ਮੈਂ ਤਾਂ ਸਾਰੇ ਸਭ ਕੁਛ ਨੂੰ ਜੀਂਦੇ ਵੇਖ ਚੁੱਕੀ ਹਾਂ, ਸਭ ਕੁਛ ਇਸੇ ਪਿਆਰੇ ਦੇ ਆਸਰੇ ਪਿਆ ਜਾਪਦਾ ਹੈ। ਪਰ ਮੈਨੂੰ ਅਜੇ ਥਹੁ ਨਾ ਲੱਗੇ ਕਿ ਪੱਥਰ ਤਾਂ ਪਏ ਹੀ ਹੋਏ ਨੇ, ਬੂਟੇ ਗੱਡੇ ਹੀ ਗੱਡੇ ਹਨ, ਪਸ਼ੂ ਪੰਛੀ ਬੇਸਮਝ ਹੀ ਹਨ। ਫਿਰ ਇਹ ਸਾਰੇ ਕੀਕੂ ਪਏ ਵਾਜਾਂ ਮਾਰਦੇ ਹਨ। ਫਿਰ ਖਿਆਲ ਆਵੇ ਕਿ ਮੈਂ ਆਤਮਾ ਹਾਂ। ਪਰ ਹਾਂ, ਉਹ ਪਿਆਰੇ ਜੀ ਦੱਸਦੇ ਸਨ ਕਿ ਉਹ ਪਰਮਾਤਮਾ ਲੁੱਕ ਕੇ ਦੇਖਣ ਵਾਲਾ ਹੈ, ਕਿਤੇ ਇਹ ਉਸੇ ਦੇ ਕਿਸੇ ਲਿਸ਼ਕਾਰੇ ਦਾ ਝਲਕਾ ਤਾਂ ਨਹੀਂ ਸੀ। ਪਰ ਫਿਰ ਮੈਨੂੰ ਸੋਚ ਫੁਰੀ ਕਿ ਸੋਚਣ 'ਤੇ ਸੋਚ ਸੋਚ ਕੇ ਅਚਰਜ ਹੋਣ 'ਤੇ ਅਚਰਜ ਹੋ ਕੇ ਮੂਰਖ ਬਣ ਕੇ ਉਦਾਸੀ ਵਿੱਚ ਪੈਣ ਦਾ ਕੀ ਗੁਣ ਹੈ? ਇਸ ਤਰ੍ਹਾਂ ਦਾ ਸਵਾਦ ਵੀ ਗੁਆਚ ਜਾਂਦਾ ਹੈ, ਪਿਆਰੇ ਦੇ ਪਿਆਰੇ ਦਾ ਨਾਂ ਵੀ ਵਿਸਰਨ ਲੱਗ ਜਾਂਦਾ ਹੈ। ਮੈਂ ਕੀ ਲੈਣਾ ਹੈ ਸੋਚਾਂ ਵਿੱਚ ਰੁੜ ਕੇ? ਜੋ ਸੀ ਸੋ ਸੀ, ਜੋ ਹੈ ਸੋ ਹੈ, ਜੋ ਹੋ ਸੀ ਸੋ ਪਿਆ ਹੋ ਸੀ। ਮੈਂ ਜਿਕੂ ਪਹਿਲੇ ਕਦੇ ਸੋਚਾਂ ਵਿੱਚ ਨਹੀਂ ਸਾਂ, ਅਤੇ ਬਾਹਰ ਦੀਆਂ ਮੌਜਾਂ ਲੈਂਦੇ ਸਾਂ, ਹੁਣ ਕਿਉਂ ਨਾ ਸੋਚਾਂ? ਤੂੰ ਉਸੇ ਤਰ੍ਹਾਂ ਵੇ ਪਰਵਾਹ ਰਹਿ ਕੇ ਅੰਦਰ ਦੀਆਂ ਮੌਜਾਂ ਲਵਾਂ ਅਤੇ ਸੋਚਾਂ ਨੂੰ ਰੋੜ ਛੱਡਾਂ। ਇੱਕ ਦਿਹਾੜੇ ਮੈਂ ਇਸੇ ਤਰ੍ਹਾਂ ਇਸ ਸੁੱਖ ਵਿੱਚ ਸਾਂ ਜਿਸ ਨੂੰ ਮੈਂ ਸਮਝਦੀ ਨਹੀਂ, ਜੋ ਇਹ ਕੀ ਹੈ? ਮੈਨੂੰ ਅੰਮੀ ਦੀ ਗੱਲ ਦੀ ਸੋਚ ਫੁਰ ਪਈ, ਮੇਰੇ ਅੰਦਰ ਚਾਹ ਹੋਈ ਜੋ ਹੇ ਪਿਆਰੇ ਦੇ ਪਿਆਰੇ, ਜਿਸ ਦੀ ਯਾਦ ਵਿੱਚ ਮੈਂ ਸੁਖੀ ਹਾਂ, ਮੇਰੀ ਮਾਂ ਨੂੰ ਮੇਰਾ ਇੱਕ ਵੀਰ ਭੇਜ ਦਿਓ, ਜੋ ਉਹ ਵੀ ਸੁਖੀ ਹੋ ਜਾਵੇ। ਤੂੰ ਜੋ ਬ੍ਰਿਸ਼ ਬੂਟਿਆਂ ਵਿੱਚ ਜਿੰਦ ਪਾ ਕੇ ਮੈਨੂੰ ਪਿਆ ਦਿਖਾਲਦਾ ਹੈ, ਇਹ ਸਾਰੇ ਤੈਨੂੰ ਚੇਤੇ ਪਏ ਕਰਦੇ ਹਨ। ਕਿਸੇ ਚੰਗੇ ਜਿਹੇ ਨੂੰ ਸਾਡੇ ਘਰ ਭੇਜ ਦੇਵੋ ਤਾਂ ਤੇਰੇ ਅੱਗੇ ਕੀ ਗੱਲ ਹੋਣੀ ਹੈ? ਮੈਨੂੰ ਪਤਾ ਨਹੀਂ, ਮੇਰੇ ਅੰਦਰ ਪੱਕਾ ਨਿਸ਼ਚਾ ਸੀ ਕਿ ਮੇਰੀ ਗੱਲ ਪਿਆਰੇ ਦੇ ਪਿਆਰੇ ਨੇ ਸੁਣ ਲਈ ਹੈ, ਅੱਛਾ ਆਖ ਦਿੱਤਾ ਹੈ। ਅੱਜ ਮੈਂ ਭੱਜੀ ਭੱਜੀ ਘਰ ਆਈ, ਬਾਪੂ ਜੀ ਡਿਊਟੀ ਵਿੱਚ ਖੜ੍ਹੇ ਸਨ। ਮੈਂ ਗਲਵੱਕੜੀ ਪਾ ਲਈ ਅਤੇ ਕੰਨ ਨਾਲ ਮੂੰਹ ਲਾ ਕੇ ਆਖਿਆ, ਬਾਪੂ ਜੀ ਉਹ ਵੀਰ ਜੀ ਆਉਂਦੇ ਪਏ ਹਨ। ਪਿਤਾ ਨੇ ਹੈਰਾਨ ਹੋ ਕੇ ਮੇਰੇ ਵੱਲ ਤੱਕਿਆ ਅਤੇ ਕਹਿਣ ਲੱਗੇ, ਕਿਹੜੇ ਲਾਲੀ? ਵੀਰ ਜੀ? ਮੈਂ ਆਖਿਆ, ਜਿਹੜੇ ਆ ਕੇ ਤੁਹਾਡੀ ਗੋਦੀ ਮੇਰੇ ਵਾਂਗ ਖੇਡਣਗੇ।
ਤੇ ਤੁਹਾਨੂੰ ਸੁਖੀ ਕਰਨਗੇ। ਇਹ ਸੁਣ ਕੇ ਉਹ ਸਮਝ ਗਏ ਕਿ ਮੈਂ ਕੋਈ ਵਹਿਮ ਦੀ ਗੱਲ ਪਈ ਕਰਦੀ ਹਾਂ, ਪਰ ਮੇਰੇ ਵਹਿਮ ਤੇ ਹੀ ਮੈਨੂੰ ਲਾਡ ਕਰਦੇ ਅੰਦਰ ਲੈ ਆਏ। ਮੈਂ ਭੱਜ ਕੇ ਮਾਂ ਨੂੰ ਗਲਵੱਕੜੀ ਪਾਈ ਤੇ ਆਖਿਆ, ਮੀਏ ਰਾਜੀ ਹੋ, ਵੀਰ ਜੀ ਪਏ ਆਉਂਦੇ ਹਨ। ਉਹ ਵੀ ਹੈਰਾਨ ਹੋ ਕੇ ਤੱਕਣ ਲੱਗ ਪਈ। ਬਾਪੂ ਜੀ ਹੱਸ ਪਏ, ਪਰ ਮੈਂ ਆਪਣੇ ਸੁਭਾਅ ਮੂਜਬ ਜ਼ੋਰ ਨਾਲ ਗਿੱਧਾ ਪਾ ਕੇ ਆਖਿਆ, ਤੁਸਾਂ ਵੇਖ ਲੈਣਾ ਜੋ ਮੈਂ ਕਿਹਾ ਹੈ ਸੱਚ ਹੋ ਜਾਣਾ ਹੈ। ਮੇਰੇ ਪਿਆਰੇ ਦੇ ਪਿਆਰੇ ਨੇ ਮੈਨੂੰ ਹੱਛਾ ਆਖ ਦਿੱਤਾ ਹੈ। ਇਸ ਵੇਲੇ ਕੁਛ ਹਾਸੇ ਤੇ ਕੁਝ ਉਦਾਸੀ ਜਿਹੀ ਦੋਹਾਂ ਨੂੰ ਅਚਰਜ ਤੇ ਕੁਛ ਖੁਸ਼ ਕਰ ਦਿੱਤਾ, ਪਰ ਮੈਂ ਆਪਣੇ ਅੰਦਰ ਖੁਸ਼ ਸਾਂ। ਜੋ ਮੈਂ ਤੈਨੂੰ ਦੱਸਿਆ ਹੈ ਉਹ ਲਹਿਰਾਂ ਤਾਂ ਮੇਰੇ ਅੰਦਰ ਵੱਸਦਾ ਸੀ, ਪਰ ਜੋ ਪਿਆਰੇ ਦੀ ਯਾਦ ਸੀ, ਇਸ ਯਾਦ ਵਿੱਚ ਹੁਣ ਇੱਕ ਹੋਰ ਬਰਕਤ ਪੈ ਗਈ ਕਿ ਪਿਆਰੇ ਦਾ ਪਿਆਰਾ ਮੈਨੂੰ ਕੋਲੇ ਲੱਗਦਾ ਰਹਿੰਦਾ ਹੈ। ਕਦੇ ਕਦੇ ਮੈਂ ਤ੍ਰਭਕ ਕੇ ਤੱਕਿਆ ਕਰਾਂ ਜਿਵੇਂ ਉਹ ਆ ਗਏ, ਜਾਂ ਐਂ ਕਿ ਮੇਰੀ ਧੌਣ ਦੇ ਉਹਲੇ ਖੜ੍ਹੇ ਹਨ। ਕਦੇ ਇਉਂ ਲੱਗਿਆ ਕਰੇ ਕਿ ਸੀਸ 'ਤੇ ਬੈਠੇ ਹਨ, ਦਿਸਦੇ ਨਹੀਂ ਪਰ ਹਨ ਮੇਰੇ ਨਾਲ ਹੀ। ਕਦੇ ਕਦੇ ਇਉਂ ਲੱਗਿਆ ਕਰੇ ਕਿ ਉਹ ਮੈਨੂੰ ਪਿਆਰ ਕਰਦੇ ਹਨ। ਮੈਂ ਤਦੋਂ ਕੰਬ ਜਾਇਆ ਕਰਾਂ ਅਤੇ ਸੋਚਿਆ ਕਰਾਂ ਕਿ ਮੈਂ ਤਾਂ ਇਹਨਾਂ ਦੇ ਪਿਆਰੇ ਨੂੰ ਮਾਰਿਆ ਹੈ, ਇਹ ਮੈਨੂੰ ਕਿਉਂ ਪਿਆਰ ਕਰਨ ਲੱਗ ਪਏ ਹਨ। ਪਰ ਇਹਨਾਂ ਕਦੇ ਕਦਾਈ ਦੀਆਂ ਸੋਚਾਂ ਨੇ ਹੁਣ ਮੇਰੇ ਸਵਾਦ ਉੱਤੇ ਬਲ ਨਾ ਪਾਇਆ, ਔਰ ਮੇਰਾ ਇਹ ਸਵਾਦ ਅਖੀਰ ਪੱਕ ਗਿਆ ਕਿ ਪਿਆਰੇ ਦਾ ਪਿਆਰਾ ਜਿਸ ਦੇ ਕਿਸੇ ਥਾਂ ਹੋਣ ਦਾ ਪਤਾ ਪਿਆਰਾ ਦੇ ਗਿਆ ਸੀ ਉਹ ਹੈ ਅਤੇ ਜ਼ਰੂਰ ਹੈ। ਅਤੇ ਉਹ ਪਿਆਰਾ ਜੋ ਸਭ ਤੋਂ ਚੰਗਾ ਅਤੇ ਉੱਚਾ ਸੀ, ਸੱਚਾ ਸੀ, ਉਹ ਸੱਚ ਆਖ ਗਿਆ ਹੈ। ਪਿਆਰੇ ਦਾ ਪਿਆਰਾ ਹੈ ਜ਼ਰੂਰ, ਅਤੇ ਮੇਰੇ ਅੰਦਰੋਂ ਇਹ ਲਹਿਰੇ ਜੋ ਹੁਣ ਉੱਠਦੇ ਹਨ ਕਿ ਉਹ ਮੇਰੇ ਨਾਲ ਹੈ, ਸੱਚਮੁੱਚ ਉਹ ਮੇਰੇ ਨਾਲ ਹੈ। ਜਦ ਮੇਰੇ ਲੂੰ ਉਸ ਨੂੰ ਚੇਤੇ ਪਏ ਕਰਦੇ ਹਨ, ਵਣ ਤ੍ਰਿਣ ਪਰਬਤ ਆਕਾਸ਼ ਪਤਾਲ ਸਾਰੇ ਪਏ ਚੇਤੇ ਕਰਦੇ ਹਨ, ਤਾਂ ਉਹ ਜ਼ਰੂਰ ਬਿਨਾਂ ਦਿੱਸੇ ਕੋਲ ਹੋ ਸਕਦਾ ਹੈ, ਔਰ ਮੇਰੇ ਕੋਲ ਹੈ। ਫਿਰ ਪਿਆ ਸਵਾਦ ਆਵੇ ਅਤੇ ਇਉਂ ਲੱਗੇ ਜੋ ਮੈਨੂੰ ਪਿਆਰੇ ਦਾ ਪਿਆਰਾ ਪਿਆਰ ਪਿਆ ਕਰਦਾ ਹੈ। ਆਪੇ ਸਵਾਦ ਆਵੇ, ਆਪੇ ਸਵਾਦ ਵਿੱਚੋਂ ਪਿਆਰ ਦੀ ਲਪੇਟ ਪਈ ਵੱਜੇ। ਇੱਕ ਦਿਨ ਤਾਂ ਇਸੇ ਜੰਗਲ ਵਿੱਚ ਮੱਠ ਦੀ ਇਕੱਲੀ ਥਾਂ ਵਿੱਚ ਬੈਠਿਆਂ ਮੇਰੇ ਜੀ ਨੇ ਕਿਹਾ, ਉਹ ਤਾਂ ਜੇਕੂ ਮੈਂ ਇਸ ਮੱਠ ਵਿੱਚ ਵੱਸਦੀ ਹਾਂ, ਉਹ ਮੇਰੇ ਸਰੀਰ ਵਿੱਚ ਆ ਵੱਸੇ ਹਨ। ਗੱਲ ਕੀ, ਦਿਨ ਲੰਘਦੇ ਗਏ, ਮੇਰਾ ਸਵਾਦ ਪਿਆਰੇ ਦੀ ਯਾਦ ਅਤੇ ਉਸ ਵੱਲੋਂ ਪਿਆਰ ਅਤੇ ਕਦੇ ਮੇਰਾ ਆ ਮੁਹਾਰੇ ਹੱਸ ਪੈਣਾ, ਕਦੇ ਆ ਮੁਹਾਰੇ ਰੋ ਪੈਣਾ, ਪਰ ਰਹਿਣਾ ਸਦਾ ਇਹਨਾਂ ਦੀ ਧੁਣਾ ਵਿੱਚ ਇੱਕ ਸੁਭਾਅ ਹੋ ਗਿਆ। ਵਰ੍ਹਾ ਕੁ ਹੋਰ ਲੰਘ ਗਿਆ, ਸਾਡੇ ਘਰ ਸੱਚੀ ਮੁੱਚੀ ਇੱਕ ਵੀਰ ਜੀ ਆ ਗਏ। ਵੀਰ ਜੀ ਦੇ ਆਉਣ ਨੇ ਮਾਪਿਆਂ ਦੇ ਜੀ ਵਿੱਚੋਂ ਮੇਰੇ ਵਹਿਮਣ ਹੋਣ ਦਾ ਡਰ ਦੂਰ ਕਰ ਦਿੱਤਾ, ਸਗੋਂ ਹੁਣ ਉਹਨਾਂ ਨੂੰ ਮੇਰੇ ਨਾਲ ਇੱਕ ਹੋਰ ਤਰ੍ਹਾਂ ਦਾ ਪਿਆਰ ਹੋ ਗਿਆ। ਬਾਪੂ ਜੀ ਇੱਕ ਦਿਨ ਆਖਣ ਲੱਗੇ, ਕਾਕੀ ਤਾਂ ਦੇਵੀ ਹੋ ਗਈ ਜਾਪਦੀ ਹੈ, ਇਸ ਦਾ ਅਦਬ ਕਰਨਾ ਚਾਹੀਏ। ਪਰ ਮੈਨੂੰ ਉਹਨਾਂ ਦੇ ਅਦਬ ਕਰਨ ਵਿੱਚ ਸਵਾਦ ਨਾ ਆਵੇ। ਮੈਂ ਆਖਿਆ, ਮੈਨੂੰ ਉਸੇ ਤਰ੍ਹਾਂ ਲਾਡ ਲਡਾਇਆ ਕਰੋ, ਮੈਨੂੰ ਤੁਹਾਡੇ ਅਦਬ ਵਿੱਚ ਸਵਾਦ ਨਹੀਂ ਆਉਂਦਾ। ਵੀਰ ਜੀ ਦਾ ਰੰਗ ਰੂਪ ਡਾਢਾ ਸੋਹਣਾ ਸੀ ਅਤੇ ਅੱਖਾਂ ਤਾਂ ਨਿਰੀਆਂ ਮੇਰੇ ਹੱਥੀਂ ਮਾਰੇ ਹੋਏ ਪਿਆਰੇ ਵਰਗੀਆਂ ਸਨ। ਮੈਂ ਵੀਰ ਜੀ ਨੂੰ ਬਹੁਤ ਲਾਡ ਲਡਾਉਂਦੀ ਸਾਂ, ਕਈ ਵੇਰ ਇਸੇ ਮੱਠ ਵਿੱਚ ਲਿਆ ਕੇ ਪਾ ਦਿੰਦੀ ਅਤੇ ਲੰਮੇ ਪਏ ਦੀਆਂ ਅੱਖਾਂ ਨੂੰ ਵੇਖ ਵੇਖ ਕੇ ਆਖਦੀ
ਇਸੇ ਥਾਂ ਤੇ ਹੀ ਮੈਂ ਮੂਰਖ ਨੇ ਤੀਰ ਨਾਲ ਵਿੰਨ ਕੇ ਇਹ ਨੇਤਰ ਡਿੱਠੇ ਸਨ, ਇਸੇ ਥਾਂ ਤੇ ਇਹ ਨੇਤਰ ਮੈਨੂੰ ਖੇਡਦੇ ਤੇ ਹੱਸਦੇ ਫੇਰ ਦਿਸ ਪਏ ਹਨ। ਹੇ ਨੈਣੋ, ਤੁਸੀਂ ਉਹ ਹੋ ਜਿਨ੍ਹਾਂ ਨੂੰ ਮੈਂ ਬੰਦ ਕੀਤਾ ਸੀ ਤੇ ਫੇਰ ਮੇਰੀ ਅਰਜੋਈ ਤੇ ਆ ਖੁੱਲੇ ਹੋ, ਜਾਂ ਤੁਸੀਂ ਉਹਨਾਂ ਨੈਣਾਂ ਵਰਗੇ ਹੋ? ਕਿਵੇਂ ਵੀ ਹੋਵੋ, ਹੁਣ ਤੁਸੀਂ ਮੇਰੇ ਵੱਲ ਲਾਡ ਨਾਲ ਤੱਕਦੇ ਹੋ, ਮੈਨੂੰ ਵੇਖ ਕੇ ਖਿੜਦੇ ਤੇ ਹੱਸਦੇ ਹੋ ਤੇ ਮੈਨੂੰ ਪਿਆਰ ਕਰਦੇ ਹੋ, ਮੇਰੀ ਮਾਂ ਤੇ ਪਿਓ ਦੀਆਂ ਆਂਦਰਾਂ ਠਾਰਦੇ ਹੋ। ਇਹ ਨੈਣੋ, ਤੁਸੀਂ ਤਨ ਹੋ ਦੁਨੀਆਂ ਮਤਲਬ ਦੀ, ਮੈਂ ਪਿੱਛੋਂ ਸਮਝਿਆ, ਤਦੋਂ ਮੈਂ ਨਹੀਂ ਸਾਂ ਇਸ ਗੱਲ ਨੂੰ ਸਮਝਦੀ, ਪਰ ਉਦੋਂ ਵੀਰ ਜੀ ਦੇ ਆਉਣ ਦੀ ਹੋਰ ਇੱਕ ਖੁਸ਼ੀ ਮੈਨੂੰ ਹੋਈ। ਵੀਰ ਜੀ ਦੇ ਆਉਣ ਤੋਂ ਪਹਿਲਾਂ ਮੇਰੇ ਮਾਪੇ ਮੇਰੇ ਪਿਆਰ ਨੂੰ ਜੋ ਅਣਡਿੱਠੇ ਪਿਆਰੇ ਨਾਲ ਲੱਗ ਗਿਆ ਸੀ, ਖੁਸ਼ੀ ਨਾਲ ਨਹੀਂ ਵੇਖਦੇ ਸਨ। ਉਹ ਮੇਰੇ ਪਿਆਰੇ ਨੂੰ ਮੰਗਤਾ ਸਾਧ ਅਤੇ ਉਸਦੇ ਪਿਆਰੇ ਨੂੰ ਕੋਈ ਉਹੋ ਜਿਹਾ ਸਮਝਦੇ ਸਨ ਅਤੇ ਚਾਹੁੰਦੇ ਸਨ ਜੋ ਮੈਂ ਕਿਵੇਂ ਇਸ ਫੇਰ ਵਿੱਚੋਂ ਨਿਕਲ ਆਵਾਂ, ਪਰ ਮੇਰੇ ਦਿਲ ਟੁੱਟਣ ਤੋਂ ਡਰਦੇ ਸਨ। ਨਾ ਮੈਨੂੰ ਜ਼ੋਰ ਦੇ ਕੇ ਸਮਝਾਉਂਦੇ, ਨਾ ਦਾਬਾ ਦੇ ਕੇ ਹੋੜਦੇ। ਉਹਨਾਂ ਦੇ ਜੀਅ ਵਿੱਚ ਜੋ ਮੇਰੇ ਨਾਲ ਅਟੁੱਟ ਪਿਆਰ ਸੀ, ਉਹ ਇੱਕ ਰੋਕ ਸੀ, ਨਹੀਂ ਤਾਂ ਮੇਰੀ ਇੱਕ ਲਗਨ ਡੰਡਿਆਂ ਦੇ ਜ਼ੋਰ ਤੋੜ ਸੁੱਟਦੇ। ਹੁਣ ਉਹਨਾਂ ਦੇ ਦਿਲ ਦੀ ਇਹ ਕਿਰਕ ਵੀ ਮਿਟ ਗਈ, ਉਹਨਾਂ ਦੇ ਜੀਅ ਵਿੱਚ ਵੀ ਪਿਆਰੇ ਦੇ ਪਿਆਰੇ ਦਾ ਕੋਈ ਪਿਆਰ ਉਪਜ ਪਿਆ ਔਰ ਉਹਨਾਂ ਨੂੰ ਵੀ ਦਰਸ਼ਨ ਦਾ ਚਾਉ ਪੈਦਾ ਹੋ ਗਿਆ। ਉਹਨਾਂ ਦਾ ਜੀ ਮੰਨ ਗਿਆ ਕਿ ਧੀ ਕਿਸੇ ਸਮਰੱਥ ਸ਼ਕਤੀ ਦੀ ਧੁਨ ਵਿੱਚ ਹੈ, ਸ਼ੁਦੈਣ ਨਹੀਂ ਜੋ ਹਾਸੇ ਪਾਉਣੇ ਗੱਲ ਕਰਦੀ। ਵੀਰ ਜੀ ਆ ਗਏ, ਵੀਰ ਜੀ ਨੂੰ ਲੈ ਆਉਂਦੀ ਹੈ। ਮੈਂ ਉਹਨਾਂ ਦੇ ਜੀ ਵਿੱਚ ਪਿਆਰੇ ਦਾ ਪਿਆਰਾ ਡਿੱਠਾ ਤਾਂ ਮੈਨੂੰ ਉਹ ਅੱਗੇ ਤੋਂ ਵੀ ਪਿਆਰੇ ਲੱਗਣ ਲੱਗ ਪਏ। ਮੈਂ ਹੁਣ ਘਰ ਵਿੱਚ ਕੁਛ ਸਮਾਂ ਕੋਲ ਅਤੇ ਕੁਛ ਵੀਰ ਜੀ ਕੋਲ ਵਧੀਕ ਵੇਲਾ ਲਾਇਆ ਕਰਾਂ, ਕਿਉਂਕਿ ਹੁਣ ਇੱਕ ਹੋਰ ਤਮਾਸ਼ਾ ਹੋ ਗਿਆ ਸੀ। ਪਿਆਰੇ ਦੀ ਯਾਦ ਮੇਰੇ ਅੰਦਰ ਦੇ ਵਿੱਚ ਘਰ ਕਰ ਗਈ ਔਰ ਐਂ ਚੰਬੜ ਗਈ ਜੀ ਕੋ ਵੇਲ ਬੂਟੇ ਨੂੰ ਚੰਬੜ ਜਾਂਦੀ ਹੈ। ਚਾਹੇ ਮੈਂ ਹੱਸਾਂ, ਚਾਹੇ ਖੇਡਾਂ, ਆਪੋ ਯਾਦ ਕਰਾਂ, ਚਾਹੇ ਨਾ ਕਰਾਂ, ਪਿਆਰੇ ਦੀ ਯਾਦ ਕਿਵੇਂ ਵੀ ਨਹੀਂ ਭੁੱਲਦੀ ਸੀ। ਮੈਂ ਮਨ ਵਿੱਚ ਨੈਣ ਮੀਟ ਕੇ ਹੀ ਬੈਠਾਂ ਤਾਂ ਯਾਦ ਸਵਾਦ ਦੇਵੇ। ਨਿਰੀ ਇਹ ਗੱਲ ਨਾ ਰਹੀ, ਸਗੋਂ ਮੈਂ ਜਿਸ ਹਾਲ ਹੋਵਾਂ ਯਾਦ ਨਾ ਭੁੱਲੇ। ਨੀਂਦ ਵੀ ਉਸ ਨੂੰ ਨਹੀਂ ਭੁਲਾ ਸਕਦੀ ਸੀ। ਹੁਣ ਮੈਂ ਪਿਆਰੇ ਨੂੰ ਹਾਕਾਂ ਨਹੀਂ ਮਾਰਦੀ ਸਾਂ, ਪਰ ਹਾਕਾਂ ਮੈਨੂੰ ਨਹੀਂ ਛੱਡਦੀਆਂ ਸਨ। ਇਸ ਰੰਗ ਨੇ ਮੈਨੂੰ ਕੁਛ ਹੋਰ ਸਵਾਦ ਪਾ ਦਿੱਤਾ। ਇੱਕ ਦਿਨ ਅੰਮੀ ਬੋਲੀ, ਕਾਕੀ, ਜੇ ਤੇਰੇ ਪਿਆਰੇ ਦਾ ਪਿਆਰਾ ਕਦੇ ਸਾਡੇ ਨਿਭਾਗ ਤਪੇ ਵਿੱਚ ਆ ਜਾਵੇ ਤਾਂ ਅਸੀਂ ਵੀ ਜੀਵੇ ਹੋ ਜਾਈਏ। ਤੇਰਾ ਪਿਆਰਾ ਸੱਚੀ ਮੁੱਚੀ ਕੋਈ ਉਲਿਆਹ ਸੀ, ਅਸਾਂ ਉਸ ਦੀ ਉਸ ਵੇਲੇ ਕਦਰ ਨਾ ਜਾਤੀ, ਤੈਨੂੰ ਵੀ ਉਸ ਦੀ ਯਾਦ ਵੱਲੋਂ ਹੋੜਦੇ ਹੀ ਰਹੇ, ਪਰ ਹੁਣ ਸੁਰਤ ਆਈ ਹੈ ਕਿ ਅਸੀਂ ਭੁੱਲਦੇ ਰਹੇ ਹਾਂ। ਹੁਣ ਜੀ ਇਹੋ ਤੜਫਦਾ ਹੈ ਕਿ ਉਸ ਪਿਆਰੇ ਦੇ ਦਰਸ਼ਨ ਹੋਣ ਤਾਂ ਚਰਨਾਂ 'ਤੇ ਟਹਿ ਭੁੱਲਾਂ ਬਖਸ਼ਾਈਏ। ਐਂ ਮੇਰੇ ਮਾਪੇ ਵੀ ਮੇਰੀ ਲੱਗ ਰਹੀ ਧੁਨ ਦੇ ਉਲਟ ਹੋਣ ਦੀ ਥਾਂ ਸਗੋਂ ਪੱਖੀ ਹੋ ਗਏ। ਹੁਣ ਸਾਡੇ ਘਰ ਵਿੱਚ ਸਾਰਿਆਂ ਨੂੰ ਦਰਸ਼ਨਾਂ ਦੀ ਖਿੱਚ ਪੈਣ ਲੱਗ ਪਈ। ਇੱਕ ਦਿਨ ਮੈਂ ਮਾਂ ਨੂੰ ਇਹ ਗੱਲ ਵੀ ਦੱਸ ਦਿੱਤੀ, ਜੇ ਪਿਆਰਾ ਪਰਦੇਸ ਹੋਵੇ ਤਦ ਪਿਆਰ ਕਰਨ ਵਾਲਾ ਕਦੇ ਉਸ ਨੂੰ ਭੁੱਲ ਨਹੀਂ ਸਕਦਾ ਅਤੇ ਇਸ ਯਾਦ ਰੱਖਣ ਵਿੱਚ ਪਿਆਰ ਦਾ ਡਾਢਾ ਸਵਾਦ ਹੁੰਦਾ ਹੈ, ਅਤੇ ਜੇ ਤੁਸੀਂ ਵੀ ਉਸ ਨੂੰ ਆਪਣਾ ਪਿਆਰਾ ਮਿਥ ਲਓ ਅਤੇ ਫਿਰ ਉਸ ਨੂੰ ਯਾਦ ਕਰਿਆ ਕਰੋ
ਤਾਂ ਤੁਹਾਨੂੰ ਵੀ ਬੜਾ ਸਵਾਦ ਆਇਆ ਕਰੇਗਾ। ਗੱਲ ਕੀ, ਇਉਂ ਸੁਣ ਕੇ ਅਤੇ ਦਿਲ ਵਿੱਚ ਪੁੜ ਗੱਲ ਕਿ ਗੱਲ ਨਾਲ ਬਾਪੂ ਜੀ ਅਤੇ ਮਾਂ ਜੀ ਵੀ ਉਸ ਪਿਆਰੇ ਦੇ ਪਿਆਰੇ ਦੀ ਯਾਦ ਵਿੱਚ ਲੱਗਣ ਲੱਗ ਪਏ। ਵਰਾ ਇੱਕ ਹੋਰ ਜਾਂ ਵਧੀਕ ਸਮਾਂ ਲੰਘ ਗਿਆ। ਮੇਰੇ ਮਨ ਵਿੱਚੋਂ ਹੁਣ ਕਦੇ ਕਦੇ ਆਪ ਮੁਹਾਰੇ ਟੱਪੇ ਨਿਕਲਿਆ ਕਰਨ ਅਤੇ ਉਹਨਾਂ ਬਣਾਂ ਵਿੱਚ ਜਿਨ੍ਹਾਂ ਵਿੱਚ ਮੈਂ ਕਦੇ ਅੱਲੜ ਅਤੇ ਅਲੇਲ ਫਿਰਦੀ ਸਾਂ, ਫਿਰ ਜਿਨ੍ਹਾਂ ਵਿੱਚ ਡਾਵਾਂ ਡੋਲ ਅਤੇ ਰੋਂਦੀ ਫਿਰਦੀ ਹੁੰਦੀ ਸਾਂ, ਹੁਣ ਕਦੇ ਕਦੇ ਕਬੂਤਰਾਂ ਵਾਂਗੂ ਗੁਟਕਦੀ ਅਤੇ ਬਬੀਏ ਵਾਂਗੂ ਗਾਉਂਦੀ, ਹੱਸਦੀ ਅਤੇ ਕਦੀ ਨੈਣਾਂ ਤੋਂ ਪਿਆਰ ਟੇਪੇ ਕੇਰਦੀ ਫਿਰਿਆ ਕਰਾਂ। ਇਹ ਮਨ ਮੇਰਾ ਇਕਾਂਤੀ ਟਿਕਾਣਾ ਸੀ, ਜਿੱਥੇ ਮੈਂ ਸਾਂਝ ਸਵੇਰੇ ਜ਼ਰੂਰ ਆ ਬੈਠਿਆ ਕਰਦੀ ਸਾਂ। ਹੁਣ ਇੱਥੇ ਕਦੇ ਕਦੇ ਬਾਪੂ ਜੀ ਅਤੇ ਅੰਮੀ ਜੀ ਵੀ ਆ ਕੇ ਬੈਠਿਆ ਕਰਦੇ ਸਨ। ਇੱਕ ਦਿਨ ਮੈਂ ਤੜਕਸਾਰ ਜੋ ਆਈ ਤਾਂ ਦੂਰੋਂ ਮੈਨੂੰ ਗਾਉਣ ਦੀ ਆਵਾਜ਼ ਆਵੇ। ਮੈਂ ਜਾਤਾ ਕਿ ਮੇਰੇ ਕੰਨ ਬੋਲਦੇ ਹਨ ਜਾਂ ਬਣ ਨੂੰ ਗੀਤਾਂ ਵਾਲੀ ਜੀਭ ਲੱਗ ਗਈ ਹੈ, ਪਰ ਜਾਂ ਮੈਂ ਧਿਆਨ ਦੇ ਕੇ ਸੁਣਿਆ ਤਾਂ ਬੜੀ ਰਸ ਭਰੀ ਸੁਰ ਸੀ ਅਤੇ ਬੜੀ ਹੀ ਵੈਰਾਗ ਦੀ ਸੱਦ। ਮੈਂ ਕੁਛ ਬੜੀ ਮੱਤੀ ਹੋਈ ਅਤੇ ਪਿਆਰੇ ਦੀ ਸਿੱਕ ਵਿੱਚ ਹੰਝੂ ਕੇਰਦੀ ਆ ਰਹੀ ਸਾਂ। ਇਸ ਸੁਰ ਨੇ ਮੈਨੂੰ ਹਿੱਲਣ ਜੋਗਾ ਨਾ ਛੱਡਿਆ। ਮੈਂ ਜਿੱਥੇ ਸਾਂ ਉੱਥੇ ਹੀ ਰੇਤ ਦੀ ਟਿੱਬੀ 'ਤੇ ਬਹਿ ਗਈ। ਇਹ ਕੋਈ ਗਾਉਣ ਸੀ, ਕੋਈ ਸੱਦ ਸੀ ਕਿ ਕਤਲ ਕਰਨ ਦੀ ਛੁਰੀ ਸੀ, ਇਹ ਰਾਗ ਸੀ ਕਿ ਜਿੰਦ ਪਾਉਣ ਵਾਲਾ ਅੰਮ੍ਰਿਤ ਸੀ। ਮੈਂ ਸਵਾਦ ਕੀ ਆਖਾਂ, ਨਾਲੇ ਤਾਂ ਰਸ ਭਰੇ, ਨਾਲੇ ਸਾਰੇ ਲੂੰ ਕੰਬਣ, ਚਰਨਾਹਟ ਛਿੜੇ, ਨਾਲੇ ਵੈਰਾਗ ਭਰੇ, ਫੇਰ ਸਵਾਦ ਆਵੇ। ਤੁਕਾਂ ਜੋ ਮੈਂ ਸੁਣੀਆਂ ਅਤੇ ਜੋ ਮੈਂ ਕਦੇ ਨਾ ਭੁੱਲੀਆਂ ਇਹ ਸਨ। ਆਸਾ ਮਹੱਲਾ ਪਹਿਲਾ, ਏਕ ਨਾ ਭਰੀਆ ਗੁਣ ਕਰ ਧੋਵਾ, ਮੇਰਾ ਸੋ ਜਾਗੈ ਹਉ ਨਿਸ ਭਰ ਸੋਵਾ, ਇਉਂ ਕਿਉਂ ਕੰਤ ਪਿਆਰੀ ਹੋਵਾ, ਸੋ ਜਾਗੈ ਹਉ ਨਿਸ ਭਰ ਸੋਵਾ, ਰਹਾਉ ਆਸ ਪਿਆਸੀ ਸੀਜੈ ਆਵਾ, ਆਗੈ ਸਹਿ ਪਾਵਾਂ ਕਿ ਨਾ ਪਾਵਾਂ, ਕਿਆ ਜਾਣਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬਜਾਨੀ, ਗਇਆ ਸੋ ਜੋਬਨ ਤਨ ਪਛਤਾਨੀ, ਅਜੈ ਸੋ ਜਾਗੋ ਆਸ ਪਿਆਸੀ, ਪਈ ਲੈ ਉਦਾਸੀ ਰਹੋ ਨਿਰਾਸੀ, ਰਹਾਉ ਹਉ ਮੈਂ ਖੋਏ ਕਰੇ ਸ਼ਿੰਗਾਰ, ਤਉ ਕਾਮਣ ਸੇਜੈ ਰਵੈ ਪਤਾਰ, ਤਉ ਨਾਨਕ ਕੰਤੈ ਮਨ ਪਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ, ਰਹਾਉ। ਮੈਂ ਇਸੇ ਰੰਗ ਵਿੱਚ ਬੈਠੀ ਰਹੀ ਅਤੇ ਸੁਣਦੀ ਰਹੀ। ਮੈਂ ਚਾਹਾਂ ਕਿਵੇਂ ਇਹ ਬੰਦ ਨਾ ਹੋਵੇ, ਪਰ ਅੰਤ ਇਹ ਸੁਰ ਬੰਦ ਹੋ ਗਈ। ਮੇਰਾ ਅੰਦਰਲਾ ਪੰਘਰ ਰਿਹਾ ਸੀ ਅਤੇ ਨੈਣ ਸ਼ਮਾ ਸ਼ਮ ਬਰਸ ਰਹੇ ਸਨ। ਪਿਆਰੇ ਦੀ ਸੂਰਤ ਅੱਖਾਂ ਅੱਗੇ ਖੜੀ ਸੀ ਅਤੇ ਮੈਂ ਹਾੜੇ ਕੱਢ ਰਹੀ ਸਾਂ, ਹੇ ਪਿਆਰੇ ਜੀ ਆਪਣੇ ਪਿਆਰੇ ਨੂੰ ਮਿਲਾਓ।
ਇਸ ਤਰ੍ਹਾਂ ਦੇ ਵੈਰਾਗ ਵਿੱਚ ਮੈਂ ਰੋ ਰਹੀ ਸਾਂ। ਪਿਆਰੇ ਦੇ ਪਿਆਰੇ ਦੀ ਸਿੱਕ ਬਹਿਬਲ ਕਰ ਰਹੀ ਸੀ। ਇੱਕ ਲੰਮੇ ਪਤਲੇ ਬਿਰਧ ਪੁਰਖ ਦੂਰੋਂ ਆਉਂਦੇ ਦਿਸੇ। ਮੈਂ ਜਾਤਾ ਕਿ ਮੈਂ ਤਾਂ ਪਿਆਰੇ ਦਾ ਪਿਆਰਾ ਆ ਗਿਆ ਹੈ। ਤਦ ਮੈਂ ਤੱਕਿਆ ਤਾਂ ਮੇਰੇ ਪਿਆਰੇ ਨਾਲ ਅੱਖਾਂ ਤਾਂ ਮਿਲਦੀਆਂ ਸਨ ਅਤੇ ਚੰਗਾ ਵੀ ਲੱਗਦਾ ਸੀ, ਪਰ ਬਹੁਤ ਖਿੱਚ ਨਾ ਪਈ। ਨੇੜੇ ਆ ਕੇ ਇਸ ਨੇ ਪੁੱਛਿਆ, ਹੇ ਬਣਵਾਸੀ ਕੰਨਿਆ, ਇਸ ਬਣ ਵਿੱਚ ਕੋਈ ਸਾਧੂ ਤਾਂ ਨਹੀਂ ਵੱਸਦਾ? ਮੈਂ ਕਿਹਾ, ਜੀ ਨਹੀਂ। ਫਿਰ ਕਹਿਣ ਲੱਗੇ, ਇਹ ਉਹ ਬਣ ਤਾਂ ਨਹੀਂ ਜਿੱਥੇ 6 ਕੁ ਬਰਸ ਹੋਏ ਤਾਂ ਰਾਜਾ ਦੀ ਲੜਕੀ ਨੇ ਇੱਕ ਮੁਸਾਫਰ ਨੂੰ ਚਿੱਤਰੇ ਕੇ ਚੀਤਲ ਦੇ ਭਲੇਵੇਂ ਮਾਰ ਦਿੱਤਾ ਸੀ। ਮੈਂ ਸਹਿਮ ਖਾ ਕੇ ਕਿਹਾ, ਜੀ ਹਾਂ, ਇਹ ਉਹ ਬਣ ਹੈ। ਫਿਰ ਵਾਹ ਆਖ ਕੇ ਉਹ ਟੁਰ ਪਏ। ਮੈਂ ਆਖਿਆ, ਠਹਿਰ ਜਾਓ, ਕੁਛ ਬੇਨਤੀ ਸੁਣੋ। ਪਰ ਉਹ ਨਾ ਠਹਿਰੇ ਔਰ ਕਾਹਲੀ ਕਾਹਲੀ ਟੁਰੀ ਗਏ। ਮੈਂ ਇੱਥੋਂ ਉੱਠ ਕੇ ਮੱਠ ਵਿੱਚ ਜਾ ਬੈਠੀ। ਬੈਠਣ ਦੀ ਦੇਰ ਸੀ ਕਿ ਮੈਂ ਡਾਢੀ ਹੀ ਇਕੱਲੀ ਹੋ ਗਈ। ਉਹ ਯਾਦ, ਪਿਆਰੀ ਯਾਦ ਸੀ ਤਾਂ ਅੰਦਰੇ, ਪਰ ਇਸ ਵਿੱਚ ਮੇਰੀ ਤਾਂਘ ਤਿੱਖੀ ਹੋ ਗਈ। ਮੈਨੂੰ ਹੋਰ ਤਰ੍ਹਾਂ ਦਾ ਸਵਾਦ ਆਉਣ ਲੱਗ ਪਿਆ ਸੀ। ਪਿਆਰੇ ਦੇ ਪਿਆਰੇ ਜੀ ਵਧੀਕ ਕੋਲ ਮਾਲੂਮ ਹੋਣ, ਵਧੀਕ ਪਿਆਰ ਕਰਦੇ ਮਾਲੂਮ ਹੋਣ, ਅਤੇ ਆ ਮਹਾਰੀ ਇੱਕ ਸੁਗੰਧ ਆਵੇ, ਫਿਰ ਇਹੋ ਜੀ ਕਰੇ ਕਿ ਆ ਜਾਣ ਅਤੇ ਚਰਨਾਂ 'ਤੇ ਟਹਿ ਪਵਾਂ। ਅਤੇ ਉਹ ਆਖਣ, ਕਾਕੀ ਅਸੀਂ ਆ ਗਏ ਹਾਂ। ਦੁਪਹਿਰਾਂ ਤੱਕ ਮੈਂ ਬੈਠੀ ਰਹੀ, ਪਰ ਬੰਦ ਨੈਣਾਂ ਵਿੱਚੋਂ ਵੀ ਹੰਝੂਆਂ ਦੀ ਤਾਰ ਵਗਦੀ ਰਹੀ। ਜਾਂ ਮੈਂ ਰੋਂਦੀ ਘਰ ਨੂੰ ਟੁਰੀ ਤਾਂ ਉਹ ਬਿਰਧ ਮੈਂ ਫੇਰ ਡਿੱਠਾ। ਉਹ ਭਾਲ ਕਰ ਰਿਹਾ ਸੀ ਜਿਸ ਤਰ੍ਹਾਂ ਕੋਈ ਗੁਆਚੀ ਸ਼ੈ ਲੱਭੀ ਦੀ ਹੈ। ਮੈਂ ਆਖਿਆ, ਹੇ ਬਿਰਧ ਜੀ, ਆਪ ਮੇਰੇ ਨਾਲ ਚੱਲੋ, ਜਲ ਅੰਨ ਛਕੋ ਅਤੇ ਆਰਾਮ ਕਰੋ, ਔਰ ਹੁਕਮ ਕਰੋ ਤੁਸੀਂ ਕੀ ਟੋਲਦੇ ਹੋ, ਜੋ ਅਸੀਂ ਵੀ ਸਹਾਇਤਾ ਕਰੀਏ। ਪਰ ਇਸ ਦੇ ਨੇਤਰਾਂ ਵਿੱਚੋਂ ਵੀ ਹੰਝੂ ਕਿਰ ਰਹੇ ਸਨ ਅਤੇ ਕਹਿ ਰਹੇ ਸਨ, ਬੇਬੇ ਕਦੇ ਨਹੀਂ ਭੁੱਲੀ, ਬੇਬੇ ਕਦੇ ਨਹੀਂ ਭੁੱਲੀ। ਮੇਰੀ ਗੱਲ ਉਹਨਾਂ ਨੇ ਨਾ ਸੁਣੀ, ਪਰ ਆਪਣੀ ਧੁਨ ਵਿੱਚ ਰਹੇ। ਜਾਂ ਮੈਂ ਘਰ ਆਈ, ਅੱਗੇ ਮਾਂ ਰੋ ਰਹੀ ਸੀ। ਮੈਂ ਆ ਕੇ ਪੁੱਛਿਆ, ਅੰਮੀ ਕਿਉਂ ਰੋਂਦੀ ਹੈ? ਕਹਿਣ ਲੱਗੀ, ਕਾਕੀ ਮੈਂ ਵੀ ਵਹਿਮਣ ਹੋ ਗਈ ਹਾਂ। ਮੇਰਾ ਅੱਜ ਕਲੇਜਾ ਤੜਫ ਰਿਹਾ ਹੈ ਕਿ ਤੇਰੇ ਪਿਆਰੇ ਦੇ ਪਿਆਰੇ ਦੇ ਦਰਸ਼ਨ ਕਦੋਂ ਹੋਣਗੇ, ਔਰ ਮੈਨੂੰ ਉਦਾਸ ਦੇਖ ਕੇ ਤੇਰੇ ਬਾਪੂ ਜੀ ਵੀ ਅੱਜ ਪਹਿਲਾ ਦਿਨ ਹੈ ਕਿ ਇਸੇ ਤਾਂਘ ਵਿੱਚ ਘਰੋਂ ਰੋ ਕੇ ਗਏ ਹਨ। ਦੇਖ, ਤੇਰੇ ਵੀਰ ਜੀ ਦੀਆਂ ਅੱਖਾਂ ਵੀ ਅੱਜ ਕਿਸੇ ਤਰ੍ਹਾਂ ਤ੍ਰਭਕ ਤ੍ਰਭਕ ਤੱਕਦੀਆਂ ਹਨ। ਵੀਰ ਨੇ ਮੈਨੂੰ ਦੇਖ ਕੇ ਬਾਹਾਂ ਉੱਚੀਆਂ ਕੀਤੀਆਂ। ਮੈਂ ਚੁੱਕ ਕੇ ਗਲ ਲਾ ਲਿਆ ਅਤੇ ਆਖਿਆ, ਪਿਆਰੇ ਵੀਰ, ਤੂੰ ਦੱਸ ਖਾਂ, ਜਿਨ੍ਹਾਂ ਨੇ ਤੈਨੂੰ ਘੱਲਿਆ ਹੈ ਉਹ ਕਦੋਂ ਆਉਣਗੇ? ਨਿਆਣਾ ਭੋਲਾ ਵੀਰ ਮੇਰੀ ਵੱਲ ਤੱਕ ਕੇ ਉੱਪਰ ਤੱਕਿਆ, ਕੁਛ ਮੁਸਕਰਾਇਆ ਅਤੇ ਫਿਰ ਰੋ ਪਿਆ। ਮੈਂ ਕਿਹਾ, ਹੇ ਮੇਰੇ ਮਨ, ਅੱਜ ਕੀ ਹੈ? ਮੈਂ ਸਵੇਰ ਦੀ ਰੋ ਰੋ ਕੇ ਜਲਹਾਰ ਹੋ ਗਈ ਹਾਂ। ਖੁਸ਼ ਰਹਿਣੀ ਮਾਂ ਰੋ ਰਹੀ ਹੈ ਅਤੇ ਪਿਤਾ ਜੀ ਦੇ ਉਮਰਾਂ ਵਿੱਚ ਪਹਿਲੇ ਦਿਨ ਨੈਣ ਕਿਰੇ ਹਨ। ਇਹ ਮਾਸੂਮ ਬੱਚਾ ਵੀ ਰੋਂਦਾ ਹੈ। ਆ ਮੁਹਾਰੇ ਮੇਰਾ ਕਲੇਜਾ ਚੀਰ ਕੇ ਇੱਕ ਸੁਰ ਨਿਕਲੀ। ਮੈਂ ਰੋਈ ਔਰ ਇਸ ਦਰਦ ਨਾਲ ਗਾਵੀ ਕਿ ਮਹਿਲ ਦੇ ਸਾਰੇ ਵਾਸੀ ਰੋ ਪਏ। ਨੈਣਾ ਸ਼ੈਬਰ ਲਈ ਪਿਆਰੇ, ਤਾਂਗ ਕਰੇਂਦੇ ਹਾਰੇ, ਸਿੱਕਾਂ ਸਿੱਕਦਿਆਂ ਆ ਦਿਨ ਆਏ,
ਹੁਣ ਤਾਂ ਮੋੜ ਮੁਹਾਰੇ ਆ ਪਿਆਰੇ ਸਿੱਕ ਲਾਇ ਸਾਡੀ ਖੁੱਲੇ ਦੇ ਦਿਦਾਰੇ ਪੁੱਲਾਂ ਮਾਰੇ ਅਵਗੁਣ ਹਾਰੇ ਕੂਕਣ ਢੱਠੇ ਦੁਆਰੇ। ਅੱਜ ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ ਪਰ ਉਂਝ ਮੇਰੇ ਅੰਦਰ ਠੰਡ ਅਰ ਸੁੱਖ ਸੀ, ਇੱਕ ਸੁੱਖ ਸੀ। ਇਸ ਸੁੱਖ ਵਿੱਚ ਯਾਦ ਠਾਠਾਂ ਮਾਰਦੀ ਸੀ। ਇਹਨਾਂ ਠਾਠਾਂ ਵਿੱਚੋਂ ਇੱਕ ਐਸੀ ਤਾਂਘ ਉੱਠੀ ਸੀ ਕਿ ਨੇਤਰਾਂ ਵਿੱਚ ਸ਼ਮ ਸ਼ਮ ਝੜੀ ਲੱਗ ਕੇ ਫਿਰ ਚੁੱਪ ਸ਼ਾਂਤ ਸੁੱਖ ਵਧੀਕ ਠੰਡ ਅਤੇ ਰਸ ਵੱਜ ਜਾਂਦਾ ਸੀ। ਫਿਰ ਬਿਜਲੀ ਦੀ ਤਰ੍ਹਾਂ ਤਾਂਘ ਦਾ ਥਰਾਟਾ ਵੱਜਦਾ ਸੀ ਅਰ ਲੂੰ ਕੰਢੇ ਹੋ ਕੇ ਸਿਰ ਤੋਂ ਹੇਠਾਂ ਕੁਛ ਉਤਰਦਾ ਸੀ ਜੋ ਨੇਤਰਾਂ ਤੋਂ ਟੱਪ ਟੱਪ ਡਿੱਗਦਾ ਸੀ। ਸਾਂਝ ਹੋ ਗਈ ਔਰ ਮੈਂ ਅੱਜ ਬਣ ਵੀ ਨਹੀਂ ਗਈ। ਸਿਖਰ ਛੱਤ 'ਤੇ ਚੰਦ ਦੀ ਚਾਂਦਨੀ 'ਤੇ ਮਿੱਠੀ ਮਿੱਠੀ ਪੌਣ ਇਸੇ ਹਾਲ ਹੀ ਬੈਠੀ ਰਹੀ। ਰਾਤ ਡੂੰਘੀ ਹੋ ਗਈ, ਪਿੰਨੀ ਰਹਿਣ ਅਤੇ ਤਰੇਲ ਦੀ ਫੁਹਾਰ ਪਵੇ। ਧੋਤੇ ਆਕਾਸ਼ ਵਿੱਚ ਤਾਰਾ ਮੰਡਲ ਨਾਲ ਛਟਕੀ ਸਰਦ ਚਾਂਦਨੀ ਨਾਲ ਠੰਡੀ ਰਾਤ ਉਸ ਤਾਂਘ ਵਿੱਚ ਨੀਂਦਰ ਨੂੰ ਨੇੜੇ ਨਾ ਆਉਣ ਦੇਵੇ। ਮੈਂ ਬੈਠੀ ਇਸੇ ਸੁੱਖ ਅਤੇ ਵੈਰਾਗ ਵਿੱਚ, ਪੈਰ ਲੱਗੇ ਲੰਘਣ, ਕਦੇ ਆਨੰਦ ਦਾ ਝੋਂਕਾ, ਕਦੇ ਪ੍ਰੇਮ ਦਾ ਹਲਾਰਾ, ਕਦੇ ਸ਼ਾਂਤੀ ਦਾ ਠਹਿਰਾਓ, ਕਦੇ ਚਾਹ ਅਤੇ ਕਦੇ ਚਾਓ, ਕਦੇ ਰੋੜ, ਕਦੇ ਪਤਾ ਲੱਗਾ ਜਾਂ ਸਵੇਰਾ ਹੋ ਗਿਆ। ਕਿਸੇ ਨੇ ਹੇਠੋਂ ਆ ਕੇ ਆਖਿਆ, ਇੱਕ ਫਕੀਰ ਆਇਆ ਖੜਾ ਹੈ, ਆਖਦਾ ਹੈ ਖਬਰ ਦਿਓ ਜੋ ਤੁਹਾਡੇ ਪਿਆਰੇ ਦਾ ਪਿਆਰਾ ਮੈਂ ਆ ਗਿਆ ਹਾਂ। ਅੰਮੀ ਇਹ ਸਾਰ ਲੈ ਕੇ ਮੇਰੇ ਪਾਸ ਭੱਜੀ ਆਈ ਅਤੇ ਕਹਿਣ ਲੱਗੀ, ਉੱਠ ਕਾਕੀ, ਪਿਆਰੇ ਦਾ ਪਿਆਰਾ ਆ ਗਿਆ ਹੈ। ਮੈਂ ਸੁਣ ਕੇ ਉੱਠ ਨਾ ਸਕੀ, ਪੁੱਛਿਆ ਕਿੱਥੇ ਹੈ? ਮਾਂ ਕਹਿਣ ਲੱਗੀ, ਹੇਠਾਂ ਖੜਾ ਹੈ ਅਤੇ ਸੁਨੇਹਾ ਭੇਜਿਆ ਸੁ ਕਿ ਮੈਂ ਆ ਗਿਆ ਹਾਂ, ਚੱਲ ਆਪ ਟੁਰ ਕੇ ਲਿਆਈਏ। ਮੈਂ ਹੱਸ ਪਈ ਅਤੇ ਆਖਿਆ, ਅੰਮੀਏ ਕੋਈ ਕੰਗਲਾ ਮਖੌਲ ਕਰਦਾ ਹੈ ਜਾਂ ਕੋਈ ਛਲੀਆ ਸਾਨੂੰ ਛਲਦਾ ਹੈ? ਭਲਾ ਸ਼ਹਿਨ ਸ਼ਾਹ ਵੀ ਕਦੇ ਇਸ ਤਰ੍ਹਾਂ ਆਉਂਦੇ ਹਨ? ਅੰਮੀਏ ਉਹ ਬੂਹੇ 'ਤੇ ਕਦ ਅਟਕਦੇ ਹਨ, ਜੋ ਕਲੇਜੇ ਚੀਰ ਕੇ ਅੰਦਰ ਲੰਘ ਜਾਂਦੇ ਹਨ, ਉਹਨਾਂ ਨੂੰ ਦਰਬਾਨ ਕੀ ਰੋਕ ਸਕਦਾ ਹੈ? ਫਿਰ ਮੈਨੂੰ ਧੂਹ ਨਹੀਂ ਪੈਂਦੀ, ਆਪੇ ਮੇਰੇ ਕਦਮ ਬੇਬਸ ਹੋ ਨਹੀਂ ਉੱਠ ਨੱਸੇ, ਪਿਆਰਾ ਤਾਂ ਚੁੰਬਕ ਵਾਂਗੂ ਧੂਹੇਗਾ। ਮਾਂ ਹੈਰਾਨ ਹੋ ਕੇ ਬੋਲੀ, ਕਾਕੀ ਟਪਲਾ ਨਾ ਲੱਗੇ। ਮੈਂ ਕਿਹਾ, ਜਾ ਪੁੱਛ ਭੇਸੂੰ ਕਿ ਨਾਂ ਕੀ ਹੈ ਅਤੇ ਕੀ ਚਾਹੁੰਦਾ ਹੈ। ਟਹਿਲਣ ਗਈ ਅਤੇ ਖਬਰ ਲਿਆਈ ਕਿ ਉਹ ਆਪਣਾ ਨਾਂ ਵਾਹਿਗੁਰੂ ਦੱਸਦਾ ਹੈ ਅਤੇ ਆਖਦਾ ਹੈ ਕਿ ਤਾਰਨ ਆਏ ਹਾਂ। ਮੈਂ ਕਿਹਾ, ਜਾ ਉਸ ਨੂੰ ਕਹੋ ਕਿ ਆਖਦੇ ਹਨ ਅਜੇ ਵਿਹਲ ਨਹੀਂ ਹੈ, ਡਿਊਟੀ ਵਿੱਚ ਬੈਠੋ, ਚਾਰ ਘੜੀਆਂ ਨੂੰ ਹੇਠਾਂ ਆਉਣਗੇ। ਇਹ ਸੁਨੇਹਾ ਸੁਣ ਕੇ ਉਹ ਉਡੀਕਣ ਬਹਿ ਗਿਆ। ਅਸਾਂ ਰੋਟੀ ਭੇਜੀ, ਉਸ ਖਾ ਲਈ, ਅਸੀਂ ਪੰਜ ਮੋਹਰਾਂ ਘੱਲੀਆਂ, ਉਸ ਲੈ ਲਈਆਂ। ਫਿਰ ਅਸਾਂ ਕਿਹਾ, ਭੇਜਿਆ ਅੱਜ ਨਹੀਂ ਕੱਲ੍ਹ ਆਉਣਾ। ਇਹ ਸੁਣ ਕੇ ਉਹ ਸੱਤ ਬਚਨ ਕਹਿ ਕੇ ਟੁਰ ਗਿਆ। ਹੁਣ ਮਾਂ ਵੀ ਹੱਸ ਪਈ ਅਤੇ ਕਹਿਣ ਲੱਗੀ, ਬੱਚੀਏ ਤੇਰੀ ਖਿੱਚ ਦੀ ਤਾਰ ਸੱਚੀ ਹੈ, ਜੋ ਤੈਨੂੰ ਪਿਆਰੇ ਦੀ ਸੋਝੀ ਪਾ ਰਹੀ ਹੈ। ਇਹ ਦੋ ਘੜੀ ਦਾ ਤਮਾਸ਼ਾ ਸੀ, ਪਰ ਅੱਜ ਮੈਨੂੰ ਗੁੱਸਾ ਆਉਂਦਾ ਸੀ ਕਿ ਇਸ ਛਲੀਏ ਨੂੰ ਕੈਦ ਪਾ ਦਿਆਂ, ਪਰ ਫਿਰ ਆਖਦੀ ਸਾਂ, ਦੋਸ਼ ਮੇਰਾ ਹੈ ਜੋ ਮੇਰੇ ਵਾਂਗੂ ਕਿਸੇ ਇੱਕ ਅਣਡਿੱਠੀ ਖਿੱਚ ਵਿੱਚ ਰੁੜਦੇ ਹਨ। ਉਹਨਾਂ ਨੂੰ ਕੌਣ ਮਖੌਲ ਨਹੀਂ ਕਰਦਾ ਅਤੇ ਕੌਣ ਉਹਨਾਂ ਤੋਂ ਆਪਣਾ ਮਤਲਬ ਸਾਧਨ ਦੇ ਹੀਲੇ ਬਹਾਨੇ ਨਹੀਂ ਕਰਦਾ। ਦੁਪਹਿਰੇ ਪਿਤਾ ਜੀ ਆਏ
ਤਾਂ ਖਬਰ ਲਿਆਏ ਕਿ ਉਹ ਕੋਈ ਰਮਤਾ ਸਾਧੂ ਸੀ, ਇੱਥੇ ਆ ਕੇ ਕਿਸੇ ਟਹਿਲਣ ਤੋਂ ਤੁਹਾਡੀ ਕਥਾ ਸੁਣ ਕੇ ਛਲ ਖੇਡਿਆ ਸੀ। ਜਿਸ ਸਰਾਂ ਵਿੱਚ ਉਤਰਿਆ ਹੈ ਉੱਥੋਂ ਦਾ ਸਰਦਾਰ ਆ ਕੇ ਸਾਰੀ ਸੂਹ ਦੇ ਗਿਆ ਹੈ, ਔਰ ਹੁਣ ਉਹ ਹਵਾਲਾਤ ਵਿੱਚ ਹੈ। ਅੰਮੀ ਮੇਰੇ ਗਲ ਲੱਗ ਕੇ ਕਹਿਣ ਲੱਗੀ, ਵਹਿਮਣ ਕੁੜੀਏ, ਤੂੰ ਪਿਆਰੇ ਦੇ ਪਿਆਰੇ ਨੂੰ ਜ਼ਰੂਰ ਮਿਲੇਂਗੀ। ਮੇਰੀਆਂ ਹੁਣ ਚੀਕਾਂ ਨਿਕਲ ਗਈਆਂ, ਪਰ ਪਿਆਰੇ ਦੇ ਪਿਆਰੇ ਨੂੰ ਮਿਲਣ ਦੀ ਤਾਂਘ ਹੋਰ ਭੜਕ ਉੱਠੀ। ਉਸ ਠੱਗ ਨੂੰ ਤਾਂ ਮੈਂ ਛੁਡਾ ਦਿੱਤਾ, ਪਰ ਘਰ ਵਿੱਚ ਲੱਗੀਆਂ ਉਡੀਕਾਂ ਦੇ ਦਰਸ਼ਨ ਦੀ ਖਿੱਚ ਦੀਆਂ ਗੱਲਾਂ ਹੋਣ। ਸਾਰਾ ਦਿਨ ਅਸੀਂ ਸਾਰੇ ਵਿਰਾਗੀ ਬੈਠੇ ਇਹੋ ਜਿਹੀਆਂ ਵਾਰਤਾ ਕਰਦੇ ਰਹੇ, ਜਾਂ ਸੂਰਜ ਲੱਗਾ ਅੰਦਰ ਬਾਹਰ ਹੋਣ ਤਾਂ ਮੈਂ ਬਣ ਨੂੰ ਗਈ। ਇਸ ਵੇਲੇ ਦੋ ਆਦਮੀ ਹੋਰ ਡਿੱਠੇ ਜੋ ਇੱਕ ਰੁੱਖ ਦੇ ਹੇਠਾਂ ਬੈਠੇ ਗਾਉ ਰਹੇ ਸਨ। ਇਹਨਾਂ ਦਾ ਗਾਉਣਾ ਬਹੁਤ ਖਿੱਚਣ ਵਾਲਾ ਸੀ, ਔਰ ਜੋ ਗਾਉਂਦੇ ਸਨ ਉਹ ਇਹ ਸੀ। ਮਨੋ ਨਾ ਨਾਮ ਵਿਸਾਰ ਐਨ ਸਤਿਆਈ ਐ, ਜਿਉਂ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਐ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾਮ ਹੈ ਮੋਹਣੀ। ਰਹਾਓ ਜਹਿ ਦੇਖੋ ਤਹਿ ਨਾਲ ਗੁਰ ਦੇਖਾ ਲਿਆ, ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਭਾਵੈ ਤਿਵੈ ਰਜਾਏ ਪਰਮ ਪਉ ਭੰਜਨਾ। ਜਨਮਤ ਹੀ ਦੁਖ ਲਾਗੈ ਮਰਣਾ ਆਏ ਕੈ, ਜਨਮ ਮਰਨ ਪਰਵਾਣ ਹਰ ਗੁਣ ਗਾਏ ਕੈ। ਹਉ ਨਾਹੀ ਤੂੰ ਹੋਵੇਂ ਤੁਧ ਹੀ ਸਾਜਿਆ, ਆਪੇ ਥਾਪ ਉਥਾਪ ਸ਼ਬਦ ਨਿਵਾਜਿਆ। ਦੇਹੀ ਭਸਮ ਰਲਾਏ ਨਾ ਜਾਪੀ ਕਹਿ ਗਿਆ, ਆਪੇ ਰਹਿਆ ਸਮਾਏ ਸੋ ਵਿਸਮਾਦ ਪਿਆ। ਤੂੰ ਨਾਹੀਂ ਪ੍ਰਭ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ। ਮੈਂ ਦੀਜੈ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੈ ਨਾਨਕ ਦਾਸ ਸਤਿਗੁਰ ਮਤ ਦੇ। ਮੈਂ ਜਿੱਥੇ ਖੜੀ ਸਾਂ ਬੈਠ ਗਈ, ਇਹ ਗਾਉਣਾ ਵੀ ਬੰਦ ਹੋ ਗਿਆ, ਪਰ ਮੈਂ ਹਿੱਲ ਨਾ ਸਕੀ। ਤਦੇ ਹਿੱਲੀ ਜਾਂ ਦੋਵੇਂ ਮਨੁੱਖ ਜੋ ਡਾਢੇ ਠੰਡੇ ਅਤੇ ਸੁਖੀ ਲੱਗਦੇ ਸਨ, ਆਏ ਅਤੇ ਪੁੱਛਣ ਲੱਗੇ, ਕਾਕੀ ਤੂੰ ਕਿਸੇ ਰਿਖੀ ਦੀ ਦੇਵੀ ਹੈ ਔਰ ਇਸ ਬਨ ਵਿੱਚ ਤਪ ਕਰਦੀ ਹੈ? ਮੈਂ ਕਿਹਾ, ਜੀ ਨਹੀਂ, ਮੈਂ ਤਾਂ ਸਾਧਣੀ ਨਹੀਂ ਹਾਂ। ਭਲਾ ਕੋਈ ਸੰਤ ਇੱਥੇ ਆਏ ਹਨ? ਮੈਂ ਕਿਹਾ, ਜੀ ਨਹੀਂ। ਭਲਾ ਕੀ ਇਹ ਉਹ ਬਨ ਹੈ ਜਿੱਥੇ 5-6 ਬਰਸ ਹੋਏ
ਤਾਂ ਇੱਕ ਪਰਦੇਸੀ ਨੂੰ ਰਾਜ ਕੰਨਿਆ ਭਲੇਵੇਂ ਸਿਰ ਮਾਰ ਬੈਠੀ ਸੀ। ਮੈਂ ਕੰਬੀ, ਨੈਣ ਭਰ ਆਏ, ਸਿਰ ਨੀਵਾਂ ਕਰਕੇ ਉਛਲਦੇ ਕਲੇਜੇ ਮੈਂ ਕਿਹਾ, ਜੀ ਹਾਂ, ਪਰ ਤੁਸੀਂ ਹੁਕਮ ਕਰੋ, ਕੀ ਚਾਹੀਦਾ ਹੈ? ਹੋਰ ਲੋੜ ਨਹੀਂ, ਕਹਿ ਕੇ ਉਹ ਤੁਰ ਗਏ। ਮੈਂ ਮੱਠ ਵਿੱਚ ਜਾ ਕੇ ਬੈਠ ਗਈ। ਪਿਛਲੀ ਯਾਦ ਨੇ ਅੱਜ ਬੜਾ ਰੁਆਇਆ। ਇਹ ਵੀ ਸਮਝ ਨਾ ਪਵੇ ਕਿ ਇਹ ਤ੍ਰੈ ਆਦਮੀ ਕੀ ਪੁੱਛਦੇ ਸਨ, ਕੌਣ ਸਨ ਔਰ ਕੀ ਟੋਲਦੇ ਸਨ। ਰਾਤ ਬਹੁਤ ਲੰਘ ਗਈ, ਮੈਨੂੰ ਸੁੱਧ ਨਹੀਂ ਰਹੀ ਕਿਤੋਂ ਇਹ ਆਵਾਜ਼ ਆ ਰਹੀ ਸੀ, ਆਵੂ ਸੱਜਣਾ, ਆਉਂ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪ ਨੜੈ ਖੜੀ ਤੱਕਾਂ, ਮੈਂ ਮਨ ਚਾਹੁ ਕਨੇਰਾ ਰਾਮ। ਮੈਂ ਅੱਜ ਘਰ ਜਾਣਾ ਵੀ ਭੁੱਲ ਗਈ ਸਾਂ। ਬਾਪੂ ਜੀ ਨੂੰ ਫਿਕਰ ਪੈ ਗਿਆ, ਡੋਲੀ ਗੋਲੀਆਂ ਅਤੇ ਅਸਵਾਰੀ ਮਸਾਲਾਂ ਨਾਲ ਲੈ ਕੇ ਮੈਨੂੰ ਢੂੰਡਦੇ ਘਰ ਲੈ ਜਾਣ ਵਾਸਤੇ ਆਏ। ਮੇਰੇ ਤੋਂ ਬਿਨਾਂ ਜਾਣੇ ਕੁਛ ਮਨੁੱਖ, ਪਿਤਾ ਜੀ ਦੇ ਹੁਕਮ ਵਿੱਚ ਮੈਥੋਂ ਦੂਰ ਦੂਰ ਰਹਿ ਕੇ ਮੇਰੀ ਰੱਖਿਆ ਕਰਿਆ ਕਰਦੇ ਸਨ। ਉਹ ਮੈਨੂੰ ਬਣ ਵਿੱਚ ਇਕੱਲਿਆਂ ਛੱਡ ਕੇ ਡੇਰੇ ਨਹੀਂ ਸਨ ਗਏ। ਰਾਤ ਪੈ ਜਾਣ ਕਰਕੇ ਨੇੜੇ ਨੇੜੇ ਲੁੱਕ ਕੇ ਰਾਖੀ ਕਰ ਰਹੇ ਸਨ। ਮੈਂ ਹੁਣ ਘਰ ਗਈ ਅਤੇ ਤਾਂਗਾਂ ਨੇ ਹੋਰ ਤਿੱਖਾ ਰੰਗ ਫੜ ਲਿਆ। ਨਵੇਂ ਮਿਲੇ ਲੋਕਾਂ ਦਾ ਹਾਲ ਮੈਂ ਮਾਤਾ ਪਿਤਾ ਨੂੰ ਦੱਸਿਆ। ਅਸੀਂ ਸਾਰੇ ਸੋਚਾਂ ਅਤੇ ਤਾਂਗਾਂ ਵਿੱਚ ਸਾਂ। ਰਾਤ ਅਸੀਂ ਤ੍ਰੈ ਜਣੇ ਇਹ ਤੁਕਾਂ ਪਿਆਰ ਨਾਲ ਪੜ੍ਹਦੇ ਰਹੇ। ਤੜਕਸਾਰ ਮੈਂ ਮੱਠ ਨੂੰ ਆਈ, ਮੇਰੀ ਅੰਮੀ ਵੀ ਅਤੇ ਬਾਪੂ ਜੀ ਵੀ ਨਾਲ ਆਏ, ਜੋ ਬਣ ਵਿੱਚ ਨਵੇਂ ਮਨੁੱਖਾਂ ਦੇ ਮਨੋਹਰ ਗਾਉਣ ਸੁਣ। ਅੱਗੇ ਮੇਰੇ ਮੱਠ ਤੋਂ ਜ਼ਰਾ ਕੁ ਪਰੇ ਵਾਰ ਚਾਰ ਮਨੁੱਖ ਖੜ੍ਹੇ ਉੱਤਰ ਵੱਲ ਤੱਕ ਰਹੇ ਸਨ ਔਰ ਇਹ ਗਾਉਂ ਰਹੇ ਸਨ, ਹਮ ਘਰ ਸਾਜਣ ਆਏ, ਸਾਚੈ ਮੇਲ ਮਿਲਾਏ, ਸਹਿਜ ਮਿਲਾਏ ਹਰ ਮਨ ਪਾਏ, ਪੰਚ ਮਿਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ, ਅਨ ਦਿਨ ਮੇਲ ਪਇਆ ਮਨ ਮਾਨਿਆ, ਘਰ ਮੰਦਰ ਸੁਹਾਏ, ਪੰਚ ਸ਼ਬਦ ਤੁਨ ਅਨਹਦ ਵਾਜੇ, ਹਮ ਘਰ ਸਾਜਣ ਆਏ। ਅਸੀਂ ਪੱਥਰ ਦੀਆਂ ਮੂਰਤਾਂ ਵਾਂਗੂ ਖੜ੍ਹੇ ਅਤੇ ਖੜ੍ਹੇ ਰਹਿ ਗਏ, ਜਾਂ ਅੱਖਾਂ ਖੋਲੀਆਂ ਤਾਂ ਇਹ ਚਾਰੇ ਮੂਰਤਾਂ ਗਾਇਬ ਸਨ। ਅਸੀਂ ਮੱਠ ਦੇ ਬਾਹਰ ਥੜੇ 'ਤੇ ਆ ਬੈਠੇ। ਪਲ ਕੁ ਮਗਰੋਂ ਮੇਰੇ ਕਲੇਜੇ ਨੂੰ ਅੱਤ ਧੂਹ ਪਈ, ਇਉਂ ਕਿ ਜਿਵੇਂ ਮੁੱਠ ਭਰ ਕੇ ਕੋਈ ਕੱਢ ਲਿਜਾਂਦਾ ਹੈ। ਸਰੀਰ ਝੂਠਾ ਹੋ ਗਿਆ, ਉਪਰਾ ਹੋ ਗਿਆ। ਮੈਂ ਸਰੀਰ ਨਹੀਂ ਇਸ ਵੇਲੇ ਮੈਨੂੰ ਦਿਸਿਆ, ਪਰ ਤੱਕ ਹੋ ਗਿਆ ਕਿ ਮੈਂ ਸਰੀਰ ਨਹੀਂ ਹਾਂ। ਮੇਰੇ ਅੰਦਰੋਂ ਬੇਵਸੇ ਨਿਕਲ ਗਿਆ, ਅੰਮੀ ਪਿਆਰੇ ਦਾ ਪਿਆਰਾ ਆ ਗਿਆ। ਤਾਂ ਫਿਰ ਮੇਰੇ ਨੇਤਰ ਬੰਦ ਹੋ ਗਏ, ਹੋਸ਼ ਨਹੀਂ ਰਹੀ, ਪਤਾ ਨਹੀਂ ਕੀ ਵਰਤਿਆ। ਮਾਂ ਪਿਓ ਨੂੰ ਮੈਂ ਤ੍ਰਪਕ ਕੇ ਡਿੱਠਾ ਹੈ, ਫਿਰ ਪਤਾ ਨਹੀਂ ਕੀ ਹੋਇਆ। ਜਾਂ ਮੇਰੀ ਅੱਖ ਖੁੱਲ੍ਹੀ ਤਾਂ ਮੇਰਾ ਸਿਰ ਕਿਸੇ ਡਾਢੇ ਹੀ ਪਿਆਰੇ ਚਰਨਾਂ 'ਤੇ ਪਿਆ ਸੀ।
ਮੇਰੇ ਨੈਣ ਉਹਨਾਂ 'ਤੇ ਹੰਝੂ ਕੇਰ ਰਹੇ ਸਨ। ਮੇਰੇ ਸਿਰ 'ਤੇ ਕੋਈ ਹੱਥ ਫੇਰ ਰਿਹਾ ਸੀ ਜੋ ਅੱਤ ਸੁੱਖ ਦੇ ਰਿਹਾ ਸੀ। ਮੇਰਾ ਜੀ ਇੰਨਾ ਸੁਖੀ ਸੀ ਕਿ ਸਿਰ ਨਹੀਂ ਚੁੱਕ ਸਕਦੀ ਸਾਂ। ਇਸ ਡੂੰਘੇ ਪਿਆਰ ਵਾਲੇ ਹੱਥ ਨੇ ਮੇਰਾ ਸਿਰ ਚੁੱਕਿਆ। ਜਾਂ ਮੈਂ ਨਜ਼ਰ ਭਰ ਕੇ ਮੁਖੜੇ ਵੱਲ ਤੱਕਿਆ ਤਾਂ ਉਹ ਇੱਕ ਲਿਸ਼ਕਾਰਾ ਵੱਜਾ ਕਿ ਬਿਜਲੀ ਵਾਲੀ ਚਕਾ ਚੂੰਦ ਹੋ ਗਈ। ਮੇਰਾ ਸਿਰ ਫੇਰ ਟਹਿ ਪਿਆ ਅਤੇ ਚੀਕ ਵਾਂਗੂ ਦੁਹਾਈ ਨਿਕਲ ਗਈ, ਪਿਆਰੇ ਦਾ ਪਿਆਰਾ, ਉਸ ਸੁੱਖ ਆਨੰਦ ਵਾਲੇ ਹੱਥਾਂ ਨੇ ਮੈਨੂੰ ਫੇਰ ਚੁੱਕਿਆ, ਮੈਨੂੰ ਬਿਠਾਇਆ। ਮੈਂ ਫੇਰ ਚਿਹਰੇ ਵੱਲ ਨਹੀਂ ਤੱਕ ਸਕੀ। ਅੰਮੀ ਨੇ ਕਿਹਾ, ਕਾਕੀ ਪਿਆਰੇ ਦੇ ਪਿਆਰੇ ਜੀ ਆ ਗਏ ਹਨ, ਤੱਕ। ਮੈਂ ਕੀ ਤੱਕਾਂ, ਕੌਣ ਆ ਗਏ? ਪਿਆਰੇ ਦੇ ਪਿਆਰੇ ਆਏ ਕਿ ਮੇਰੇ ਪ੍ਰਾਣ ਆ ਗਏ, ਜਿੰਦ ਆ ਗਈ, ਆਤਮਾ ਆ ਗਿਆ। ਪਹਿਲਾ ਖਿਆਲ ਉਹਨਾਂ ਪਵਿੱਤਰ ਅਤੇ ਪ੍ਰੇਮ ਭਰੇ ਹੱਥਾਂ ਵਿੱਚ ਮੈਨੂੰ ਇਹ ਫੁਰਿਆ ਕਿ ਇਹ ਪਿਆਰੇ ਦਾ ਪਿਆਰਾ ਪਿਆਰਾ ਹੈ ਕਿ ਪਿਆਰ ਆਪ ਹੈ। ਮੇਰੇ ਨੈਣਾਂ ਵਿੱਚ ਫੇਰ ਜਲ ਪਾਰ ਆਇਆ, ਸਿਰ ਫਿਰ ਚਰਨਾਂ 'ਤੇ ਟਹਿ ਪਿਆ। ਪਰ ਉਹ ਮੈਨੂੰ ਸਿਰ ਤੋਂ ਹੱਥ ਫੇਰ ਫੇਰ ਕੇ ਪਿਆਰ ਕਰਦੇ ਸੀ। ਮੈਂ ਕਿਹਾ, ਇਹ ਸੱਚਮੁੱਚ ਮੇਰੇ ਪਿਆਰੇ ਨੂੰ ਪਿਆਰ ਕਰਦੇ ਸਨ ਜੋ ਉਸ ਪਿੱਛੇ ਮੇਰੇ ਨਾਲ ਏਡਾ ਸੋਹਣਾ ਪਿਆਰ ਕਰਦੇ ਹਨ। ਮੈਂ ਉਸ ਵੇਲੇ ਕੀ ਕਰਾਂ, ਕੁਛ ਨਾ ਔੜੇ, ਸਰੀਰ ਕੱਟਾਂ, ਟੋਟੇ ਟੋਟੇ ਕਰਾਂ ਅਤੇ ਵਾਰ ਕੇ ਅੱਗ ਵਿੱਚ ਸਿੱਟੀ ਜਾਵਾਂ, ਮਨ ਧਨ ਸਦਕੇ ਕਰਾਂ, ਜੋ ਹੋਵੇ ਸੋ ਲੁਟਾ ਦਿਆਂ। ਮੈਂ ਧਨ ਹੋ ਗਈ, ਮੈਂ ਜੋ ਪਾਪਣ ਅਤੇ ਖੂਨ ਕਰਨ ਵਾਲੀ ਸਾਂ, ਮੈਂ ਪਿਆਰੀ ਜਾ ਰਹੀ ਸਾਂ। ਜਿਨ੍ਹਾਂ ਦੇ ਪਿਆਰੇ ਨੂੰ ਮੈਂ ਤੀਰ ਨਾਲ ਮਾਰਿਆ, ਉਹ ਆ ਕੇ ਮੈਨੂੰ ਪਿਆਰ ਕਰ ਰਹੇ ਹਨ। ਅਚਰਜ ਸੀ ਕਿ ਅਤ ਅਚਰਜ। ਮੈਂ ਰੋ ਕੇ ਆਖਿਆ, ਹੇ ਮੇਰੇ ਪਿਆਰੇ ਦੇ ਪਿਆਰੇ, ਪਰ ਸੰਗ ਰੁਕ ਗਿਆ ਔਰ ਢੇਰ ਚਿਰ ਮੈਂ ਰੋਂਦੀ ਰਹੀ। ਫੇਰ ਹੰਬਲਾ ਮਾਰ ਕੇ ਮੈਂ ਬੋਲੀ, ਪਰ ਸੰਗ ਫੇਰ ਰੁਕ ਗਿਆ। ਇਸ ਵੇਲੇ ਕੋਈ ਇਲਾਹੀ ਰਾਗ ਛਿੜ ਪਿਆ ਅਤੇ ਇਹ ਧੁਨ ਹੋਈ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਭਾਵੋ, ਸੋਹੇ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਗਿਆਨ ਮਹਾਰਸ ਨੇਤਰੀ ਅੰਜਨ, ਤ੍ਰੇ ਪਵਨ ਰੂਪ ਦਿਖਾਇਆ, ਸਖੀ ਮਿਲੋ ਰਸ ਮੰਗਲ ਗਾਓ, ਹਮ ਕਰ ਸਾਜਨ ਆਇਆ। ਜਾਂ ਇਹ ਧੁਨ ਬੰਦ ਹੋਈ ਤਾਂ ਅੰਮੀ ਨੇ ਟੁੰਬ ਕੇ ਮੈਨੂੰ ਆਖਿਆ, ਕਾਕੀ ਪਿਆਰੇ ਦੇ ਪਿਆਰੇ ਜੀ ਦੀ ਖਾਤਰ ਕਰੋ, ਦੂਰ ਤੋਂ ਆਏ ਹਨ, ਇਸ਼ਨਾਨ, ਜਲ, ਅੰਨ। ਇਹ ਸੁਣ ਕੇ ਮੇਰਾ ਕਲੇਜਾ ਫੇਰ ਕੰਬਿਆ। ਹਾਏ, ਮੈਂ ਸਦਾ ਭੁੱਲਦੀ ਹੀ ਰਹੀ, ਮੈਂ ਹੁਣ ਵੀ ਆਪਣੇ ਸਵਾਦ ਵਿੱਚ ਹੀ ਪਈ ਹਾਂ, ਪਿਆਰੇ ਜੀ ਦੇ ਸੁੱਖ ਵੱਲ ਧਿਆਨ ਨਹੀਂ ਦਿੱਤਾ। ਦਿਲ ਨੂੰ ਘਾਟ ਪੈ ਕੇ ਕਲੇਜਾ ਕੜਕ ਕਰਕੇ ਟੁੱਟਾ ਔਰ ਮੈਂ ਗਸ਼ ਖਾ ਕੇ ਧੜੰਮ ਕਰਕੇ ਡਿੱਗ ਪਈ। ਮੇਰੀ ਬੇਸ਼ੁੱਧੀ ਤੋਂ ਜਦ ਹੋਸ਼ ਆਈ ਤਾਂ ਇਹ ਆਵਾਜ਼ ਕਲੇਜਾ ਪਾੜ ਕੇ ਨਿਕਲੀ, ਹੇ ਪਾਪੀਆਂ ਨੂੰ ਪਿਆਰ ਕਰਨ ਵਾਲੇ,
ਹੇ ਅਪਰਾਧੀਆਂ ਨੂੰ ਤਾਰਨ ਵਾਲੇ, ਹੇ ਖੂਨੀਆਂ ਨੂੰ ਪਿਆਰ ਨਾਲ ਸੱਚਾ ਕਰਨ ਵਾਲੇ, ਹੇ ਆਪਣੇ ਸੁੱਖ ਮੰਦਰਾਂ ਨੂੰ ਛੱਡ ਕੇ ਬਣਾਂ ਵਿੱਚ ਕੀੜੇ ਅਤੇ ਕਿਰਮਾਂ 'ਤੇ ਮਿਹਰ ਕਰਨ ਵਾਲੇ, ਹੇ ਸੁੱਧੇ ਪਿਆਰ ਅਤੇ ਦਇਆ ਦੇ ਰੂਹ, ਮੈਂ ਜਿਹੀ ਪਾਪਣ ਭੁਲੱਕੜ ਅਤੇ ਆਪਣੇ ਸੁੱਖਾਂ ਦੀ ਪਿਆਰੀ ਨੂੰ ਬਖਸ਼ ਲੈ, ਬਖਸ਼ ਲੈ, ਤੂੰ ਬਖਸ਼ਿੰਦ ਹੈ, ਮੈਂ ਭੁੱਲਣਹਾਰ ਹਾਂ, ਮੈਂ ਨਿਰੀ ਭੁੱਲ ਹਾਂ, ਤੂੰ ਨਿਰੀ ਬਖਸ਼ਿਸ਼ ਹੈ। ਪਿਆਰੇ ਦੇ ਪਿਆਰੇ, ਮੈਂ ਨਹੀਂ ਰਹੀ, ਮੈਂ ਟੁੱਟ ਗਈ ਹਾਂ, ਮੈਂ ਮਰ ਚੱਲੀ ਹਾਂ, ਮੈਂ ਗਈ, ਉਹ ਮੈਂ ਮਰੀ, ਕਹਿੰਦੀ ਮੈਂ ਧੜੰਮ ਕਰਦੀ ਫਿਰ ਚਰਨਾਂ 'ਤੇ ਡਿੱਗ ਪਈ। ਪਰ ਹੋਇਆ ਕੀ, ਮੈਂ ਸਰੀਰ ਨਾ ਰਹੀ, ਸਰੀਰ ਚਰਨਾਂ 'ਤੇ ਪਿਆ ਸੀ, ਅਤੇ ਮੈਂ ਅਚਰਜ ਹੋ ਕੇ ਕੀ ਪਈ ਵੇਖਾਂ ਕਿ ਮੈਂ ਸਰੀਰ ਤੋਂ ਬਾਹਰ ਨਿਕਲੀ ਖੜੋਤੀ ਹਾਂ, ਅਤੇ ਕੀ ਵੇਖਦੀ ਹਾਂ, ਸਾਰੀ ਸੁੰਦਰਤਾ, ਸਾਰਾ ਪਿਆਰ, ਸਾਰਾ ਰਸ, ਸਾਰਾ ਆਨੰਦ ਇੱਕ ਕਤਾਰ ਜਿਹੀ ਵਿੱਚ ਪਰੋਤਾ ਪਿਆ ਹੈ, ਜਿਸ ਦਾ ਮੈਨੂੰ ਹੁਣ ਪਤਾ ਹੈ ਕਿ ਉਹ ਸੁਰਤ ਦੀ ਤਾਰ ਸੀ। ਸਾਰੇ ਸੁੰਦਰ, ਸਾਰੇ ਰਸੀਏ, ਸਾਰੇ ਪਿਆਰੇ, ਸਾਰੇ ਆਨੰਦੀ ਇਸ ਵਿੱਚ ਇੱਕ ਰੂਪ ਤੋਂ ਅਰੂਪ ਨਿਰੇ ਪ੍ਰੇਮ ਅਤੇ ਆਨੰਦ ਰੂਪ ਹੋ ਕੇ ਝਲਕ ਰਹੇ ਸਨ। ਮੈਂ ਦੇਖ ਰਹੀ ਸਾਂ ਅਤੇ ਉਹ ਦਿਸ ਰਹੇ ਸਨ। ਇਹ ਕਹਿਣਾ ਵੀ ਕੂੜਾ ਹੈ, ਉਹ ਵੀ ਦੇਖਣ ਹਾਰ ਅਤੇ ਮੈਂ ਵੀ ਦੇਖਣ ਹਾਰ ਹੀ ਸਾਂ। ਪਰ ਫਿਰ ਤਮਾਸ਼ਾ ਦੇਖੋ, ਸਾਰੇ ਇੱਕ ਰੂਪ, ਦੂਆ ਦਿਸੇ ਹੀ ਨਾ, ਪਰ ਫਿਰ ਸਾਰੇ ਝਲਕਾ ਵੀ ਦੇਣ। ਮੈਂ ਸਭ ਨਾਲ ਘੁਲ ਮਿਲ ਅਭੇਦ, ਇੱਕ ਰੂਪ ਫੇਰ ਪਰ ਕੁਛ ਅੱਡ, ਦੋਹਾਂ ਰੰਗਾਂ ਵਿੱਚ ਰਸ, ਰਸ ਵਿੱਚ ਪ੍ਰੇਮ, ਪ੍ਰੇਮ ਵਿੱਚ ਆਨੰਦ, ਅਤੇ ਆਨੰਦ ਸਾਰੀ ਮੈਂ ਆਪ। ਮੈਂ ਕੀ ਦੱਸਾਂ ਕੀ ਸੀ, ਜੀਭ ਕੀ ਆਖੇ, ਜੇ ਕੋ ਵਸਤੂ ਗੱਡੀ ਜਾਵੇ ਅਤੇ ਭਿੰਨ ਨਾ ਰਹੇ ਪਰ ਫੇਰ ਰਸ ਰਹੇ, ਏਕਤਾ ਹੋਵੇ ਪਰ ਜੀਵਨ ਨਸ਼ਟ ਨਾ ਹੋਵੇ, ਵਿੱਥ ਵਿਛੋੜਾ ਹਟ ਜਾਵੇ ਪਰ ਸਵੱਛ ਆਪਾ ਨਾ ਮਰੇ, ਇਹੋ ਦਸ਼ਾ ਹੋਣੀ ਹੈ। ਜੋ ਤੂੰ ਆਤਮਾ ਹੈ, ਪਿਆਰੇ ਨੇ ਜਦ ਮੈਨੂੰ ਕਿਹਾ ਸੀ ਤੇ ਮੈਂ ਸੁਣ ਕੇ ਡਰੀ ਤੇ ਕੰਬੀ ਸਾਂ, ਤਦੋਂ ਮੈਨੂੰ ਕੀ ਪਤਾ ਸੀ ਕਿ ਇੱਕ ਕਿਰਮ ਜੰਤ ਨੇ ਗੁਲਾਬ ਫੁੱਲ ਤੇ ਪਹੁੰਚ ਜਾਣਾ ਤੇ ਤਿਤਲੀ ਬਣ ਕੇ ਸੁੰਦਰ ਹੋ ਜਾਣਾ। ਫਿਰ ਹੁਣ ਮੈਂ ਕੀ ਡਿੱਠਾ ਕਿ ਇਸੇ ਸੂਰਤ ਦੀ ਇੱਕ ਹੇਠ ਲਮਕਦੀ ਤਾਰ ਵਿੱਚ ਸਾਰਾ ਸੰਸਾਰ ਪਰੋਤਾ ਪਿਆ ਹੈ। ਜੋ ਅੱਡ ਅੱਡ ਲੋਕ ਤੇ ਅੱਡ ਅੱਡ ਸਰੀਰ ਸਨ, ਸਭ ਇੱਕੋ ਤਾਰ ਵਿੱਚ ਪਰੋਤੇ ਸਨ। ਇਹ ਹੋਰ ਕੌਤਕ ਸੀ ਜੋ ਡਾਢਾ ਅਚਰਜ ਸੀ। ਫਿਰ ਇੱਕ ਝਲਕਾ ਵੱਜਾ, ਮੈਂ ਇੱਕ ਆਨੰਦ ਸਰੂਪ ਸਾਂ, ਸਰਬ ਆਨੰਦ ਸੀ। ਫਿਰ ਪਤਾ ਨਹੀਂ ਕੀ ਸੀ, ਮੈਂ ਕੀ ਦੇਖਾਂ, ਮੇਰੀ ਜਾਗ ਖੁੱਲ੍ਹੀ ਹੈ ਅਤੇ ਮੈਂ ਉੱਠ ਕੇ ਬੈਠੀ ਹੋਈ ਹਾਂ। ਮੇਰਾ ਸਰੀਰ ਫੁੱਲ ਨਾਲੋਂ ਹਲਕਾ ਸੀ ਔਰ ਮੈਂ ਵਿੱਚ ਵੱਖਰੀ ਸਾਂ। ਪਿਆਰੇ ਦੇ ਪਿਆਰੇ ਜੀ ਮੇਰੇ ਵੱਲ ਤੱਕ ਕੇ ਮੁਸਕਰਾਏ ਅਤੇ ਕਹਿਣ ਲੱਗੇ, ਕਾਕੀ ਤੂੰ ਆਤਮਾ ਹੈ ਕਿ ਨਹੀਂ? ਇਹ ਸੁਣ ਕੇ ਮੈਨੂੰ ਡਰ ਨਹੀਂ ਆਇਆ, ਸ਼ੁਕਰ ਨਾਲ ਨੈਣ ਭਰ ਆਏ ਅਤੇ ਤਰੱਪ ਤਰੱਪ ਹੰਝੂ ਕਿਰੇ। ਆਪ ਫਰਮਾਉਣ ਲੱਗੇ, ਕੀ ਤੂੰ ਆਤਮਾ ਹੈ? ਮੈਂ ਬੜੇ ਪਿਆਰ ਅਤੇ ਅਦਬ ਨਾਲ ਕਿਹਾ, ਸੱਚੇ ਮਾਲਕਾ ਮੈਂ ਕੁਝ ਨਹੀਂ, ਤੂੰ ਸਭ ਕੁਝ ਹੈ। ਹਾਂ, ਮੈਂ ਪਾਪਣ, ਤੇਰੇ ਪਿਆਰੇ ਦੀ ਬਖਸ਼ੀ ਤੇਰੀ ਹਾਂ, ਅਪਣਾ ਲੈ। ਮੈਂ ਕੀ ਹਾਂ? ਕੁਛ ਨਹੀਂ ਹਾਂ, ਚਰਨਾਂ ਵਿੱਚ ਸਮਾ ਲੈ ਅਤੇ ਨਾ ਵਿਛੋੜ,
ਉਹ ਵਿਛੋੜ ਗਿਆ ਹੈ, ਹੁਣ ਤੁਸੀਂ ਨਾ ਵਿਛੋੜਨਾ। ਮੈਂ ਮੂਰਖ ਆਤਮਾ ਦਾ ਸੁਨੇਹਾ ਸੁਣ ਕੇ ਰੋਂਦੀ ਸਾਂ, ਅੱਜ ਤੇਰੇ ਕੌਤਕ ਦੇਖ ਕੇ ਅਚਰਜ ਹਾਂ। ਮੈਂ ਆਪਣੀ ਮੱਤ ਤੇ ਕੀ ਇਤਬਾਰ ਕਰਾਂ, ਮੱਤ ਮੇਰੀ ਥੋੜ੍ਹੀ ਹੈ, ਚਾਨਣ ਮੇਰਾ ਧੁੰਦਲਾ ਹੈ, ਰਾਹ ਮੇਰਾ ਮੈਨੂੰ ਕਾਂਬੇ ਦਿੰਦਾ ਹੈ, ਅਤੇ ਸਭ ਤੋਂ ਡਰਾਉਣੀ ਮੈਂ ਆਪ ਹਾਂ। ਚਰਣਾ ਵਿੱਚ ਹਾਂ, ਜਿੱਥੇ ਮੁਰਦਾ ਚੰਮ ਜੋੜ ਦੀ ਸਮਾਈ ਹੈ, ਉੱਥੇ ਇਸ ਮੁਰਦੇ ਮਾਸ ਨੂੰ ਵੀ ਸਮਾਲ ਹੈ। ਮੈਂ ਇਹ ਮਸਾਂ ਮਸਾਂ ਬੋਲੀ, ਸੰਗ ਰੁਕੇ, ਨੈਣ ਬਰਸਣ, ਲੂੰ ਕੰਢੇ, ਮਾੜੀ ਮਾੜੀ ਤਰੇੜੀ ਪਵੇ, ਵਿੱਚ ਖੁਸ਼ੀ ਅਤੇ ਨਿਮਰਤਾ ਨਾਲ ਇਹ ਲਹਿਰਾਂ ਵੱਜੇ, ਪਿਆਰੇ ਚਰਣਾਂ ਵਿੱਚ ਘਰ ਪਾ ਲਿਆ ਹੈ, ਔਰ ਆਪਣਾ ਸਰੀਰ ਛੱਡ ਕੇ ਉੱਥੇ ਵੱਸ ਗਈ ਹਾਂ। ਮੇਰੇ ਪਿਤਾ ਜੀ ਨੇ ਹੁਣ ਹੱਥ ਜੋੜ ਕੇ ਬੇਨਤੀ ਕੀਤੀ, ਹੇ ਵਾਹਿਗੁਰੂ ਜੀ, ਹੁਣ ਕਿਰਪਾ ਕਰਕੇ ਦਾਸ ਦਾ ਘਰ ਪਵਿੱਤਰ ਕਰੋ, ਔਰ ਇਸ ਕੂਕਰ ਦੇ ਵੱਲੋਂ ਅੰਨ ਦੀ ਸੇਵਾ ਪ੍ਰਵਾਨ ਕਰੋ। ਪਿਆਰੇ ਦੇ ਪਿਆਰੇ ਜੀ ਇਹ ਸੁਣ ਕੇ ਕੁਝ ਤ੍ਰਭਕ ਕੇ ਆਖਣ ਲੱਗੇ, ਵਾਹਿਗੁਰੂ ਨਾਉਂ ਤੇ ਮੇਰੇ ਪਿਆਰੇ ਦਾ ਹੈ। ਇਹ ਸੁਣ ਕੇ ਮੈਂ ਜ਼ਰਾ ਤ੍ਰਭਕੀ ਕਿ ਹੈਣ ਤਾਂ ਪਿਆਰੇ ਦੇ ਪਿਆਰੇ, ਇਹਨਾਂ ਸੋਹਣਿਆਂ ਨੇ ਇਹ ਕੀ ਆਖਿਆ ਹੈ, ਇਹ ਕਿਹੀ ਹੋਰ ਔਖੀ ਗੱਲ ਆਖ ਰਹੇ ਹਨ। ਮੈਂ ਅਜੇ ਸੋਚ ਹੀ ਕਰ ਰਹੀ ਸਾਂ ਕਿ ਆਪ ਨੇ ਫਿਰ ਆਖਿਆ, ਵਾਹਿਗੁਰੂ ਤਾਂ ਮੈਂ ਉਸ ਨੂੰ ਸੱਦਦਾ ਹਾਂ ਜਿਸ ਨੂੰ ਕਿ ਮੈਂ ਆਪਣੇ ਆਪੇ ਤੋਂ ਵੀ ਵਧੀਕ ਪਿਆਰ ਕਰਦਾ ਹਾਂ। ਹੁਣ ਮੈਂ ਹੋਰ ਡਰੀ ਕਿ ਕਿਤੇ ਅੱਗੇ ਵਾਂਗੂ ਕਿਸੇ ਹੋਰ ਪਿਆਰੇ ਦੀ ਆਸ ਲਾ ਕਿ ਇਹੋ ਪਿਆਰੇ ਜੀ ਵੀ ਟੁਰ ਨਾ ਜਾਣ, ਪਰ ਹੁਣ ਜਾਣੀ ਜਾਣ ਕਿਰਪਾਲੂ ਆਪੇ ਹੀ ਆਖਣ ਲੱਗੇ, ਕਾਕੀ ਇਹ ਨਵੀਂ ਗੱਲ ਨਹੀਂ, ਤੈਨੂੰ ਚੰਗੇ ਲੱਗਣ ਵਾਲੇ ਉਸ ਦਾ ਨਾਂ ਤੈਨੂੰ ਪਰਮਾਤਮਾ ਵੀ ਦੱਸ ਗਏ ਹਨ, ਜੋ ਤੂੰ ਡਰਦੀ ਸੈਂ ਕਿ ਲੁੱਕ ਕੇ ਮੇਰੇ ਨਾਲ ਰਹਿੰਦਾ ਹੈ, ਤਾਰ ਜਿਸ ਵਿੱਚ ਕਿ ਤੂੰ ਅਚਰਜ ਕੌਤਕ ਨਾਲ ਸਭ ਕੁਛ ਪਰੋਤਾ ਅਤੇ ਰੂਪ ਅਰੂਪ ਡਿੱਠਾ ਹੈ, ਉਸ ਦਾ ਨਾਂ ਸੁਰਤ ਹੈ, ਉਸ ਸੁਰਤ ਦਾ ਸੁਰਤਾ ਵਾਹਿਗੁਰੂ ਹੈ, ਉਸ ਦਾ ਰੂਪ ਰੰਗ ਭੇਖ ਕੋਈ ਨਹੀਂ ਹੈ, ਪਰ ਉਹ ਸਭ ਦੇ ਅੰਗ ਸੰਗ ਹੈ, ਸਭ ਦੇ ਆਪਣੇ ਆਪ ਦੇ ਆਪੇ ਦਾ ਵੀ ਦੇਖਣਹਾਰ ਹੈ। ਉਹ ਇਉਂ ਮਿਲਦਾ ਹੈ ਜੀ ਕੁ ਹੁਣ ਤੁਸਾਂ ਉਸ ਦੇ ਚਰਨਾਂ ਨੂੰ ਪਰਸਿਆ ਹੈ, ਇਹ ਵਾਹਿਗੁਰੂ ਨਾਮ ਉਸ ਦਾ ਹੈ, ਤੁਸੀਂ ਉਸ ਨੂੰ ਯਾਦ ਕਰਦੇ ਰਹੋ, ਉਹ ਤੁਹਾਡੀ ਯਾਦ ਦਾ ਬੱਧਾ ਤੁਹਾਨੂੰ ਆਪਣੀ ਵੱਲ ਖਿੱਚਦਾ ਰਿਹਾ ਹੈ। ਇਹ ਜੋ ਤੁਹਾਨੂੰ ਆਨੰਦ ਅੰਦਰੋਂ ਆਉਂਦਾ ਹੈ, ਇਹ ਉਸ ਦਾ ਹੈ, ਉਹ ਸਦਾ ਪ੍ਰੇਮ ਹੈ, ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੈ ਵਡਾਈ, ਅਤੇ ਮਿਲਦਾ ਵੀ ਪਿਆਰ ਨਾਲ ਹੀ ਹੈ। ਉਹ ਸਾਰੇ ਹੈ, ਅੰਦਰ ਬਾਹਰ ਹੈ, ਅੰਦਰ ਹੋਣ ਕਰਕੇ ਬਾਹਰ ਢੂੰਡਣਾ ਨਹੀਂ ਪੈਂਦਾ, ਪਿਆਰ ਨਾਲ ਯਾਦ ਕਰਦਿਆਂ ਹੀ ਆਪਣਾ ਆਪ ਲਿਖਾ ਦਿੰਦਾ ਹੈ। ਉਸ ਪਿਆਰੇ ਨਾਲ ਜੁੜੇ ਰਹਿਣਾ ਜੀਵਨ ਹੈ, ਅਤੇ ਉਸ ਤੋਂ ਵਿਛੜਨਾ ਮੌਤ ਹੈ। ਇਸੇ ਮੇਲ ਨੂੰ ਕਿਹਾ ਗਿਆ ਸੀ ਕਿ ਤੂੰ ਆਤਮਾ ਹੈ, ਇਹ ਅਸਲੀ ਜੀਵਨ ਹੈ, ਸੰਸਾਰ ਇਸ ਜੀਵਨ ਤੋਂ ਬਾਹਰ ਹੈ, ਇਸੇ ਕਰਕੇ ਦੁਖੀ ਹੈ। ਇਸ ਜੀਵਨ ਬਿਨਾਂ ਜੋ ਜੀਵਨ ਹੈ ਉਹ ਜੀਵਨ ਨਹੀਂ, ਇਹ ਕਹਿ ਕੇ ਆਪ ਖੱਬੇ ਪਾਸੇ ਤੱਕੇ ਤੇ ਬੋਲੇ, ਮਰਦਾਨਿਆਂ ਰਬਾਬ ਵਜਾ ਕੇ ਬਾਣੀ ਆਈ ਹੈ। ਆਪ ਤਾਂ ਕਹਿੰਦੇ ਹੀ ਲਿਵਲੀਨ ਹੋ ਗਏ, ਤੇ ਮਰਦਾਨੇ ਨੇ ਇੱਕ ਸਾਜ ਵਜਾਇਆ
ਜੋ ਸਰੰਦੇ ਨਾਲ ਕੁਝ ਮਿਲਦਾ ਜੁਲਦਾ ਸੀ। ਮੈਨੂੰ ਪਿੱਛੋਂ ਪਤਾ ਲੱਗਾ ਕਿ ਇਸ ਦਾ ਨਾਂ ਰਬਾਬ ਹੈ ਔਰ ਪਿਆਰੇ ਦੇ ਪਿਆਰੇ ਜੀ ਦੀ ਵਿਉਂਤ ਦਾ ਹੈ। ਸਾਜ ਇਹ ਐਡਾ ਸੁਰੀਲਾ ਸੀ ਕਿ ਛਿੜਦਿਆਂ ਹੀ ਜੀ ਜੁੜ ਗਿਆ। ਡਾਢੀ ਹੀ ਪਿਆਰੀ ਸੁਰ ਨਾਲ ਗਾਵਣਹਾਰ ਨੇ ਇਹ ਗਾਵਿਆ, ਹਰ ਬਿਨ ਕਿਉਂ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਤੇਰਾ ਜਸ ਜਾਂ ਚੋਂ, ਮੈਂ ਹਰ ਬਿਨ ਰਹਿਣ ਨਾ ਜਾਈ ਰਹਾਵ, ਹਰ ਕੀ ਪਿਆਸ ਪਿਆਸੀ ਕਾਮਣ, ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਣੇ ਪੀਰ ਪਰਾਈ। ਜਦ ਸਮਾਪਤੀ ਹੋਈ ਤੇ ਪਿਤਾ ਜੀ ਨੇ ਫਿਰ ਆਪ ਅੱਗੇ ਘਰ ਚੱਲਣ ਲਈ ਬੇਨਤੀ ਕੀਤੀ। ਪਿਆਰੇ ਦੇ ਪਿਆਰੇ ਜੀ ਨੇ ਆਗਿਆ ਕੀਤੀ ਕਿ ਅਸੀਂ ਇਸ ਮੱਠ ਵਿੱਚ ਹੀ ਚੰਗੇ ਹਾਂ ਕਿ ਜਿੱਥੇ ਪਿਆਰੀ ਪੁੱਤਰੀ ਵਾਹਿਗੁਰੂ ਨੂੰ ਵਾਜਾਂ ਮਾਰਦੀ ਰਹੀ ਹੈ, ਪਰੰਤੂ ਮੇਰੇ ਥਿੜਕਦੇ ਬੁੱਲਾਂ ਦੀ ਅਤੇ ਮਾਤਾ ਪਿਤਾ ਜੀ ਦੀ ਹੱਥ ਬਨਵੀਂ ਅਰਜੋਈ ਫੇਰ ਹੋਈ ਅਤੇ ਦੀਨ ਦਿਆਲ ਜੀ ਨੇ ਪ੍ਰਵਾਨ ਕਰ ਲਿਆ ਔਰ ਸਾਡੇ ਪਾਪੀਆਂ ਦੇ ਰਾਜਸੀ ਮਕਾਨ ਵਿੱਚ ਚਰਨ ਪਾਏ। ਸਾਡੇ ਲਈ ਹੁਣ ਚਾਓ, ਖੁਸ਼ੀਆਂ, ਆਨੰਦ, ਮੰਗਲ, ਵਿਨੋਦ, ਅਚਰਜ ਰੰਗਾਂ ਦੇ ਦਰ ਖੁੱਲ੍ਹ ਗਏ। ਮੈਂ ਕੀ ਆਖਾਂ, ਸਾਡਾ ਅੱਜ ਜੀਵਨ ਹੀ ਹੋਰ ਹੋ ਗਿਆ। ਪਿਆਰੇ ਦੇ ਪਿਆਰੇ ਜੀ ਦੀ ਸੇਵਾ ਦੇ ਰੰਗ ਵਿੱਚ ਜੋ ਰਸ ਸੀ, ਸੋ ਸਾਨੂੰ ਹੀ ਪਤਾ ਹੈ, ਉਸ ਰੰਗ ਨੂੰ ਦੱਸ ਸਕਣਾ ਬੜਾ ਕਠਿਨ ਹੈ। ਅੱਜ ਦੇ ਦਿਨ ਤੱਕ ਮੈਨੂੰ ਕੀ ਪਤਾ ਸੀ ਕਿ ਕੀ ਹੋ ਰਿਹਾ ਹੈ, ਮੈਨੂੰ ਕੌਣ ਖਿੱਚ ਰਿਹਾ ਹੈ, ਮੈਂ ਕਿੱਧਰ ਜਾ ਰਹੀ ਹਾਂ। ਹੁਣ ਸਾਰੇ ਪਤੇ ਲੱਗੇ, ਭਾਵੇਂ ਇਹਨਾਂ ਪਤਿਆਂ ਤੋਂ ਬਿਨਾਂ ਜੋ ਬੀਜ ਮੇਰੇ ਅੰਦਰ ਉੱਗਿਆ ਅਤੇ ਮੌਲ ਪਿਆ ਸੀ ਉਹ ਠੀਕ ਸੀ, ਪਰ ਪਤੇ ਲੱਗ ਕੇ ਕੁਛ ਹੋਰ ਤਰਵਾਸ ਅਤੇ ਭਰੋਸੇ ਦਾ ਰੰਗ ਹੋ ਗਿਆ। ਮੇਰੇ ਪਿਆਰੇ ਦੇ ਪਿਆਰੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸਨ। ਹਾਂ, ਇੱਕ ਦਿਨ ਕਿਸੇ ਗੁੰਮਤਾਈ ਵਿੱਚ ਪਿਆਰੇ ਜੀ ਦੇ ਮੂੰਹੋਂ ਵੀ ਇਹ ਨਾਂ ਨਿਕਲਿਆ ਸੀ, ਪਰ ਮੈਂ ਅੱਲੜ ਨੂੰ ਤਦੋਂ ਕੋਈ ਥਉ ਨਾ ਪਿਆ। ਹੁਣ ਮੈਨੂੰ ਪਤਾ ਲੱਗ ਚੁੱਕਾ ਸੀ ਕਿ ਰਬਾਬ ਵਜਾਉਣ ਵਾਲਾ ਮਰਦਾਨਾ ਗੁਰੂ ਜੀ ਦਾ ਨਿੱਜ ਸੇਵਕ ਸੀ, ਜੋ ਸ੍ਰੀ ਗੁਰੂ ਜੀ ਦਾ ਕੀਰਤਨੀਆ ਸੀ। ਦੋ ਚਾਰ ਦਿਨ ਪਹਿਲੇ ਤੋਂ ਜੋ ਚੰਗੇ ਲੱਗਣ ਵਾਲੇ ਮਨੁੱਖ ਮੈਨੂੰ ਬਣ ਵਿੱਚ ਗਾਉਂਦੇ ਜਾਂ ਪਤੇ ਪੁੱਛਦੇ ਮਿਲੇ ਸਨ, ਉਹ ਸਨ ਭਾਈ ਭਗੀਰਥ, ਭਾਈ ਸਿੰਹਾਂ ਅਤੇ ਭਾਈ ਤਾਰਾ ਜੀ, ਜੋ ਸਤਿਗੁਰੂ ਜੀ ਦੇ ਪਿਆਰੇ ਸਿੱਖ ਸਨ, ਜੋ ਉਹਨਾਂ ਦੇ ਪਰਦੇਸਾਂ ਤੋਂ ਘਰ ਆਇਆਂ ਦੇ ਦਰਸ਼ਨ ਨੂੰ ਆਏ ਸਨ। ਪਰ ਉਹਨਾਂ ਨੂੰ ਪਤਾ ਲੱਗਾ ਸੀ ਕਿ ਆਪ ਚਨਾਹ ਵੱਲ ਦਾ ਰੁੱਖ ਲੈ ਕੇ ਗਏ ਹਨ। ਉਹ ਸੂਹਾਂ ਲੈਂਦੇ ਅਤੇ ਪਤੇ ਕੱਢਦੇ ਕੁਛ ਅੱਗੇ ਅੱਪੜ ਪਏ ਸਨ। ਇਸ ਥਾਵੇਂ ਜਿੱਥੇ ਕਿ ਉਹ ਅੱਪੜੇ, ਉਹ ਜਾਣਦੇ ਸਨ ਕਿ ਸਤਿਗੁਰੂ ਨੇ ਪੁੱਜਣਾ ਹੈ, ਕਿਉਂਕਿ ਭਾਈ ਤਲੋਕੇ ਮੇਰੇ ਪਿਆਰੇ ਦੀ ਮੌਤ ਅਤੇ ਮੇਰੇ ਵੈਰਾਗ ਦੀ ਵਾਰਤਾ ਗੁਰੂ ਜੀ ਦੇ ਸਿੱਖਾਂ ਵਿੱਚ ਅੱਪੜ ਚੁੱਕੀ ਸੀ। ਅਤੇ ਬੇਬੇ ਜੀ ਦਾ ਖਿਆਲ ਸੀ ਕਿ ਸਤਿਗੁਰ ਚਨਾਓ ਦੇ ਰੁੱਖ ਨੂੰ ਜੋ ਹੋਏ ਹਨ ਉਹ ਬੀਬੀ ਜੀ ਨੂੰ ਜ਼ਰੂਰ ਤਾਰਨ ਵਾਸਤੇ ਜਾਣਗੇ। ਬੇਬੇ ਜੀ ਦੇ ਅਨੁਮਾਨ ਦੇ ਸਮਾਧੀ ਦਰਸ਼ਨ ਸਿੱਖਾਂ ਨੂੰ ਇਹ ਪਤਾ ਦਿੱਤਾ ਸੀ। ਇਹ ਸਾਰੇ ਪਿਆਰੇ ਦਰਸ਼ਨਾਂ ਲਈ ਆਏ ਸਨ
ਅਤੇ ਗੁਰੂ ਜੀ ਜਦ ਮੁਹਾਰਾ ਮੋੜਨ ਤਾਂ ਇਹ ਬੇਨਤੀ ਕਰਨ ਕਿ ਬੇਬੇ ਜੀ ਬਿਨੈ ਕਰਦੇ ਹਨ ਕਿ ਘਰ ਅਪੜੋ ਅਤੇ ਦਰਸ਼ਨ ਦਿਓ। ਸ੍ਰੀ ਗੁਰੂ ਜੀ ਇੱਥੇ ਆਪਣੇ ਪਿਆਰੇ ਸਿੱਖ ਦੇ ਦਿੱਤੇ ਬਚਨਾਂ ਨੂੰ ਪੂਰਾ ਕਰਨ ਅਤੇ ਸਾਨੂੰ ਤਾਰਨ ਵਾਸਤੇ ਆਏ ਸਨ ਅਤੇ ਮੈਂ ਕੋਲੀ ਅਤੇ ਸਦਕੇ ਹਾਂ ਸਾਰੀ ਉਸ ਜੋਤ ਨਿਰੰਜਣੀ ਦੇ ਚਰਨਾਂ ਤੋਂ। ਪਿਆਰੇ ਸਿੱਖਾਂ ਨੂੰ ਆਖਣ ਲੱਗੇ ਬੇਬੇ ਨਾਨਕੀ ਭੈਣ ਹੈ ਪਰ ਇਹ ਭਾਗਵਤੀ ਵੀ ਪੁੱਤਰੀ ਹੋ ਦਿੱਸੀ ਹੈ। ਹੁਣ ਕੁਝ ਦਿਨ ਅਸਾਂ ਇਸ ਪਾਸ ਕੱਟਣੇ ਹਨ ਫਿਰ ਚੱਲਾਂਗੇ ਅਤੇ ਦਰਸ਼ਨ ਬੇਬੇ ਜੀ ਨੂੰ ਅੱਜੋ ਹੋ ਜਾਣਗੇ। ਮੈਂ ਇਸ ਗਰੀਬ ਨਿਵਾਸਤਾ ਦੇ ਪਿਆਰ ਨੂੰ ਜੋ ਉਸ ਨਮਾਣਿਆਂ ਅਤੇ ਰੰਝਾਣਿਆਂ ਨੂੰ ਤਾਰਨ ਵਾਲੇ ਨੇ ਕੀਤਾ ਵੇਖ ਕੇ ਖੀਵੀ ਹੋ ਰਹੀ ਸਾਂ। ਮੈਂ ਸਤਿਗੁਰੂ ਦੀਆਂ ਮਿਹਰਾਂ ਨੂੰ ਤੱਕ ਕੇ ਸਦਕੇ ਹੋਵਾਂ ਅਤੇ ਸ਼ੁਕਰ ਵਿੱਚ ਕੇਣ ਮੇਣ ਲੱਗੀ ਰਿਹਾ ਕਰੇ। ਹੁਣ ਮੈਨੂੰ ਪਤਾ ਲੱਗਾ ਕਿ ਸਾਡੇ ਤਪੇ ਵਿੱਚ ਫਿਰਣਾ ਅਤੇ ਜੋਤ ਗੁਰਮੁਖ ਦੋ ਪਿਆਰੇ ਅਤੇ ਹੋਰ ਅਨੇਕਾਂ ਸਿੱਖ ਮੇਰੇ ਸੱਚੇ ਪਿਤਾ ਗੁਰੂ ਨਾਨਕ ਦੇਵ ਦੇ ਤਾਰੇ ਔਰ ਉਸ ਜੋਤ ਨਿਰੰਜਣੀ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਮੱਤੇ ਵੱਸਦੇ ਹਨ। ਕੌਣ ਜਾਣਦਾ ਸੀ ਕਿ ਐਸੇ ਹੀਰੇ ਸਾਡੇ ਰਾਜ ਵਿੱਚ ਲੁਕੇ ਪਏ ਹਨ। ਇਹਨਾਂ ਪਿਆਰਿਆਂ ਦਾ ਆਪਣਾ ਸਤਸੰਗ ਸੀ ਔਰ ਇਹਨਾਂ ਨੂੰ ਮਿਲਣ ਵਾਸਤੇ ਮੈਨੂੰ ਚੰਗਾ ਲੱਗਣ ਵਾਲਾ ਮਨੁੱਖ ਸਾਡੇ ਨਗਰ ਆਇਆ ਸੀ। ਨਿਰਜਣ ਥਾਂ ਵੇਖ ਕੇ ਆਪਣੇ ਨਿਰੰਕਾਰ ਦੇ ਪਿਆਰ ਅਤੇ ਪ੍ਰੇਮ ਵਿੱਚ ਉਹ ਮਸਤ ਬੈਠਾ ਸੀ ਜਦੋਂ ਮੇਰੇ ਪਾਪੀ ਹੱਥਾਂ ਨੇ ਉਸ ਨੂੰ ਵਿੰਨ ਕੱਤਿਆ ਸੀ। ਉਸ ਗੁਰੂ ਸਵਾਰੇ ਗੁਰੂ ਪਿਆਰੇ ਦਾ ਨਾਂ ਭਾਈ ਤਲੋਕਾ ਸੀ ਅਤੇ ਬਿਰਧ ਪੁਰਖ ਭਾਈ ਭਗੀਰਥ ਦਾ ਉਹ ਪੁੱਤਰ ਸੀ। ਸ੍ਰੀ ਗੁਰੂ ਜੀ ਇਸ ਪਿਆਰੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਨੂੰ ਆਪ ਨੇ ਛੋਟੀ ਉਮਰਾਂ ਵਿੱਚ ਹੀ ਪੂਰਨ ਪੁਰਖ ਬਣਾ ਦਿੱਤਾ ਸੀ। ਜਿਸ ਦਿਨ ਮੇਰੇ ਇਹਨਾਂ ਹੱਥਾਂ ਨੇ ਤੀਰ ਮਾਰਿਆ ਉਸ ਚੰਗੇ ਨੇ ਅਜੇ 22 ਹੁਨਾਲ ਸਿਆਲ ਮਸਾਂ ਵੇਖੇ ਸਨ। ਹਾਂ ਅੱਜ ਪਤਾ ਲੱਗਾ ਕਿ ਜਿਸ ਨੂੰ ਮੈਂ ਮਾਰਿਆ ਉਹ ਮੈਨੂੰ ਆਤਮਾ ਦੀ ਜਿੰਦ ਵਿੱਚ ਜਵਾਲ ਗਿਆ ਹੈ। ਜਿਸ ਦੇ ਪੁੱਤਰ ਨੂੰ ਮੈਂ ਵਿਛੋੜਿਆ ਉਹ ਅੱਜ ਮੇਰੇ ਘਰ ਮੈਨੂੰ ਪੁੱਤਰੀ ਦੀ ਤਰ੍ਹਾਂ ਦੇਖ ਰਿਹਾ ਹੈ ਔਰ ਭਾਣਾ ਕਹਿੰਦਾ ਹੈ ਅਤੇ ਮੇਰਾ ਔਗਣ ਨਹੀਂ ਚਿਤਾਰਦਾ। ਜਿਸ ਸਤਿਗੁਰੂ ਦਾ ਲਾਡਲਾ ਸਿੱਖ ਮੈਂ ਚੜ੍ਹਦੀ ਜਵਾਨੀ ਵਿੱਚ ਵਿੰਨ ਕੱਤਿਆ ਉਹ ਪਤਿਤ ਪਾਵਨ ਮੈਨੂੰ ਕਾਕੀ ਆਖ ਰਿਹਾ ਹੈ। ਤਦੇ ਤਾਂ ਇਹ ਗੁਰੂ ਕੇ ਸਿੱਖ ਭਾਈ ਭਾਈ ਕਰਕੇ ਇੱਕ ਦੂਜੇ ਨੂੰ ਬੁਲਾਉਂਦੇ ਹਨ। ਪ੍ਰੇਮ ਤਾਂ ਸਾਰਾ ਇਹਨਾਂ ਕੋਲ ਹੈ, ਦੂਈ ਅਤੇ ਦਵੈਤ ਕਿਤੇ ਲਾਗ ਨਹੀਂ ਫਟਕਦੀ। ਅਮਿਤ ਬਖਸ਼ਿਸ਼ ਇਹਨਾਂ ਦੇ ਘਰ ਹੈ, ਧੰਨ ਇਹ ਸਤਸੰਗ ਹੈ। ਮੈਨੂੰ ਆਪਣੇ ਰੰਗਾਂ ਵਿੱਚ ਮਤੀ ਨੂੰ ਕੀ ਪਤਾ ਸੀ ਕਿ ਜਗਤ ਵਿੱਚ ਦੁੱਖ ਵੀ ਕੋਈ ਸ਼ੈ ਹੈ। ਹੁਣ ਪਤਾ ਲੱਗਾ ਕਿ ਸ੍ਰਿਸ਼ਟੀ ਭਾਰ ਨਾਲ ਦੱਬੀ ਪਈ ਹੈ, ਸਾਰਾ ਦੇਸ਼ ਹਾਹਾਕਾਰ ਕਰ ਰਿਹਾ ਹੈ, ਪਾਪ ਦੀ ਕਾਲੀ ਰਾਤ ਪੈ ਰਹੀ ਹੈ ਔਰ ਉਸ ਹਨੇਰੇ ਦੇ ਕੱਟਣ ਲਈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਆਏ ਹਨ ਜਿਨ੍ਹਾਂ ਨੇ ਐਸੇ ਗੁਰਮੁਖ ਪਿਆਰੇ ਪੈਦਾ ਕੀਤੇ ਹਨ ਜੋ ਸੰਸਾਰ ਨੂੰ ਤਾਰਦੇ ਹਨ। ਸਾਰੇ ਨਗਰ ਵਿੱਚ ਗੁਰੂ ਆਗਮਨ ਦੀ ਅਤੇ ਮੇਰੀ ਸਾਰੀ ਕਥਾ ਵਿਸਥਾਰ ਨਾਲ ਫੈਲ ਗਈ। ਭਾਈ ਤਲੋਕੇ ਦੀ ਕਰਨੀ ਅਤੇ ਗੁਰੂ ਨਾਨਕ ਜੀ ਦੀ ਮਿਹਰ ਦਾ ਉਹ ਛਾਇਆ ਪਿਆ ਕਿ ਸਾਰਾ ਨਗਰ ਗੁਰੂ ਕਾ ਸਿੱਖ ਹੋਇਆ। ਵਾਹ ਵਾਹ ਪਿਆਰੇ ਸਤਿਗੁਰੂ ਜੀ ਸਾਡੇ ਘਰ ਆਏ ਹਨ। ਮਾਂ ਪਿਓ ਤਾਂ
ਕਰਨ ਜੋ ਕੁਛ ਵੱਡਿਆਂ ਦੇ ਘਰ ਆਇਆ ਕਰੀਦਾ ਹੈ। ਮੈਂ ਮੂਰਖ ਜੋ ਭੁੱਲੀ ਰਹੀ ਤੇ ਹੱਤਿਆ ਕਰਦੀ ਤਾਰੀ ਗਈ ਤੇ ਫੇਰ ਵਡਿਆਈ ਗਈ। ਹਾਂ ਮੈਂ ਅੱਲੜ ਜਨਮ ਤੋਂ ਬੇਪਰਵਾਹ ਤੇ ਬੇਖਬਰ ਮੁਗਧ ਅਜਾਣ ਕੀ ਜਾਣਾ ਕਿ ਏਡੇ ਵੱਡੇ ਦਾਤੇ ਦਾ ਸਵਾਗਤ ਕਿੰਜ ਪੂਰਾ ਪੂਰਾ ਕਰੀਦਾ ਹੈ ਤੇ ਪਿਆਰੇ ਦੇ ਪਿਆਰੇ ਦੀ ਖੁਸ਼ੀ ਕੀਕੂ ਵੰਡੀ ਦੀ ਹੈ ਤੇ ਅਦਬ ਕੀਕੂ ਕਰੀਦਾ ਹੈ। ਮੈਂ ਤਾਂ ਜੋ ਜੀ ਆਈ ਪਿਆਰੇ ਸਤਿਗੁਰੂ ਜੀ ਨੂੰ ਕਹਿ ਦਿੰਦੀ ਸਾਂ। ਮੈਂ ਹੱਥ ਬੰਨ ਕੇ ਆਖਿਆ, ਹੇ ਤ੍ਰਾਣ ਕਰਤਾ ਜੀ, ਇਸ ਮੂਰਖ ਨੂੰ ਕੁਛ ਅਕਲ ਨਹੀਂ। ਸਾਰੇ ਮੇਰੇ ਆਖਦੇ ਹਨ ਕਿ ਅੱਜ ਬੜੀ ਖੁਸ਼ੀ ਕਰੋ। ਮੈਂ ਕੀ ਖੁਸ਼ੀ ਕਰਾਂ, ਅਜਾਣ ਹਾਂ, ਸਮਝ ਨਹੀਂ ਸਕਦੀ। ਇਹ ਦਾਨ ਕਰੋ ਜੋ ਮੈਨੂੰ ਫਿਰ ਵਿਸਾਰਾ ਨਾ ਹੋਵੇ। ਇਹ ਜੋ ਨਾਮ ਦੀ ਬਖਸ਼ਿਸ਼ ਹੋਈ ਹੈ ਤੇ ਅੰਦਰ ਸੱਤਿਆ ਹੋ ਕੇ ਪਾਸ ਰਹੀ ਹੈ, ਇਹ ਸਦਾ ਮਿਲੀ ਰਹੇ। ਇੱਕ ਤਾਂ ਮੈਨੂੰ ਇਹ ਖੁਸ਼ੀ ਲੱਗਦੀ ਹੈ, ਇਹ ਦਾਨ ਕਰੋ ਜੋ ਇਹ ਅਪਾਗ ਪਰ ਹੁਣ ਸੁਭਾਗ ਨਗਰੀ ਵਿੱਚ ਆਪਣੇ ਪਵਿੱਤਰ ਹੱਥ ਨਾਲ ਧਰਮਸ਼ਾਲ ਦੀ ਨੀਂਹ ਧਰੋ, ਜਿੱਥੇ ਆਪ ਦੇ ਪਿਆਰਿਆਂ ਦਾ ਸਤਸੰਗ ਹੋਇਆ ਕਰੇ ਅਤੇ ਦਇਆ ਕਰੋ ਜੋ ਸ਼ਹਿਰ ਦੇ ਲੋਕ ਜੋ ਮੇਰੇ ਵਾਂਗ ਅੱਲੜ ਅਤੇ ਅਣਜਾਣੇ ਹਨ, ਆਪ ਦੀ ਸ਼ਰਨੀ ਲੱਗ ਕੇ ਸਿੱਖੀ ਦੇ ਰਸਤੇ ਪੈ ਕੇ ਤਰ ਜਾਣ। ਦੂਜੀ ਮੈਨੂੰ ਖੁਸ਼ੀ ਇਹ ਲੱਗਦੀ ਹੈ, ਪਿਆਰੇ ਤ੍ਰਾਣਕਰਤਾ ਜੀ ਮੇਰੀ ਅਰਜੋਈ ਸੁਣ ਕੇ ਖੁਸ਼ ਹੋਏ। ਉਹ ਦਾਸਾਂ ਦੇ ਮਾਣ ਅਤੇ ਅਨਾਥਾਂ ਦੇ ਤਾਣ ਸੀ। ਆਪ ਜੀ ਨੇ ਉਮਾਹ ਨਾਲ ਧਰਮਸ਼ਾਲਾ ਦੀ ਨੀਂਹ ਧਰੀ। ਜਿੱਥੇ ਧਰਮਸ਼ਾਲਾ ਉਸਾਰਨੀ ਸੀ, ਉੱਥੇ ਬੈਠ ਕੇ ਸਾਰੇ ਪਿਆਰਿਆਂ ਨੂੰ ਨਾਮ ਅੰਮ੍ਰਿਤ ਪਿਲਾਇਆ ਅਤੇ ਸੱਚੇ ਮਾਰਗ ਪਾ ਦਿੱਤਾ। ਸਾਰਾ ਦਿਨ ਇਸ ਤਰ੍ਹਾਂ ਜੀ ਦਾਨ ਦੇ ਕੇ ਪਿਆਰੇ ਸਤਿਗੁਰਾਂ ਨੇ ਨਗਰੀ ਤਾਰ ਦਿੱਤੀ। ਸੰਝ ਨੂੰ ਸੋਦਰ ਦੀ ਚੌਂਕੀ ਲੱਗੀ, ਫੇਰ ਉਹ ਆਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਪੜ੍ਹੀ, ਜਿਸ ਨੂੰ ਸੁਣਦਿਆਂ ਸਾਰ ਆਤਮਾ ਦਾ ਲਹਿਰਾ ਆਪਣੇ ਵਿੱਚ ਲੈ ਜਾਂਦਾ ਹੈ। ਹੇ ਅਤਿਥੀ ਰਾਹੀ, ਇਹ ਉਹ ਥਾਂ ਹੈ ਜਿੱਥੇ ਪਿਆਰੇ ਜੀ ਸ਼ਹੀਦ ਹੋਏ ਸਨ, ਜਿੱਥੇ ਮੈਂ ਪਿਆਰੇ ਦੇ ਪਿਆਰੇ ਨੂੰ ਬਰਸਾਂ ਅਰਾਧਿਆ ਸੀ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਆ ਕੇ ਬਿਰਾਜੇ ਸਨ ਅਤੇ ਜਿਸ ਦੇ ਅਗਲੇ ਥੜੇ 'ਤੇ ਅਖੰਡ ਕੀਰਤਨ ਸਤਿਗੁਰੂ ਜੀ ਦੇ ਨਿਵਾਸ ਸਮੇਂ ਤੋਂ ਮਗਰੋਂ ਵੀ ਹੁੰਦੇ ਰਹੇ ਹਨ। ਸ੍ਰੀ ਗੁਰੂ ਜੀ ਸਾਰਾ ਕੱਤਕ ਅਤੇ ਸਾਰਾ ਮੱਘਰ ਸਾਡੇ ਨਗਰ ਹੀ ਰਹੇ। ਤਪਾ ਅਤੇ ਲਾਗੇ ਦੇ ਗ੍ਰਾਹੀ ਦੂਰ ਦੂਰ ਤੱਕ ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ ਹੋ ਗਿਆ। ਬੜੇ ਬੜੇ ਅਧਮ ਜੀਵ ਤਰ ਗਏ। ਹੁਣ ਆਪ ਨੇ ਕਿਸੇ ਹੋਰ ਧਰਤੀ ਨੂੰ ਤਾਰਨ ਲਈ ਜਾਣਾ ਸੀ। ਮੇਰਾ ਪਿਆਰ ਕਾਹਦੇ ਸਹਿ ਸਕਦਾ ਸੀ ਕਿ ਉਹ ਵਿਛੜਨ, ਪਰ ਹੁਣ ਮੇਰੇ ਪਿਆਰ ਦਾ ਆਕਾਸ਼ 'ਤੇ ਹੱਦਾਂ ਉਚੇਰੀਆਂ ਹੋ ਗਈਆਂ ਸਨ। ਉਹਨਾਂ ਦਾ ਅਵਤਾਰ ਸੰਸਾਰ ਪਰ ਪ੍ਰਾਣੀ ਮਾਤਰ ਲਈ ਸੀ ਅਤੇ ਮੈਨੂੰ ਇਹ ਜਾਪਦਾ ਸੀ ਕਿ ਉਹਨਾਂ ਦੀ ਪ੍ਰਸੰਨਤਾ ਵਿੱਚ ਪ੍ਰਸੰਨ ਅਤੇ ਉਹਨਾਂ ਦੀ ਆਗਿਆ ਵਿੱਚ ਹਾਜ਼ਰ ਇਹ ਮੇਰਾ ਅਦਬ ਵਾਲਾ ਪ੍ਰੇਮ ਹੋ ਸਕਦਾ ਹੈ। ਜੀ ਖੁੱਸਦਿਆਂ ਅਤੇ ਕਾਲਜੇ ਵਿੱਚ ਤੀਰ ਵੱਜਦਿਆਂ ਇਸ ਉੱਚੇ ਭਾਵ ਨੇ ਮੈਨੂੰ ਪਹਿਲੇ ਦਿਨਾਂ ਦੇ ਹੱਦ ਬੰਨੇ ਵਾਲੇ ਪਿਆਰ ਵਿੱਚ ਨਹੀਂ ਕੁੱਟਿਆ। ਮੈਂ ਖੁਸ਼ ਸਾਂ ਅਰੇ ਅਰਦਾਸ ਕਰਦੀ ਸਾਂ, ਜਿਨ੍ਹਾਂ ਰਾਹੀਂ ਚੱਲੇ ਹੋ ਸਤਿਗੁਰ, ਮੁੜ ਉਹਨਾਂ ਰਾਹੀਂ ਆਣਾ। ਦਿਲ ਮੇਰੇ ਵਿੱਚ ਵਾਸ ਰਹੇ ਜਦ ਅੱਖ ਓਲੇ ਹੋ ਜਾਣਾ। ਯਾਦ ਤੁਸਾਂ ਜੋ ਬਖਸ਼ੀ ਆਪੇ ਉਸ ਨੂੰ ਆਪ ਪੁਗਾਣਾ।
ਇੱਕਦਮ ਕਦੇ ਨਾ ਵਿਸਰੇ ਸਾਨੂੰ ਚਰਣਾ ਵਿੱਚ ਰਹਾਣਾ। ਯਾਦ ਅਸਾਡੀ ਪਵੇ ਜੇ ਢਿੱਲੀ ਇਸ ਨੂੰ ਖਿੱਚ ਰਖਾਣਾ। ਅੱਜ ਚੱਲੇ ਹੋ ਜੇ ਸਤਿਗੁਰੂ ਜੀ ਮੁੜ ਵੀ ਫੇਰਾ ਪਾਣਾ। ਰੁਲਦਿਆਂ ਖੁੱਲਦਿਆਂ ਨੀਵਿਆਂ ਕੋਲੋਂ ਲੜਨਾ ਕਦੇ ਛਡਾਣਾ। ਇਸ ਤਰ੍ਹਾਂ ਦੇ ਪਿਆਰ ਬਿਰਹੋਂ ਦੇ ਸਾਡੇ ਰੰਗਾਂ ਵਿੱਚ ਸਤਿਗੁਰਾਂ ਨੇ ਤਿਆਰੀ ਕਰ ਲਈ। ਤੁਰਨ ਦੇ ਦਿਨਾਂ ਤੋਂ ਪਹਿਲੇ ਮੇਰੇ ਵਿਆਹ ਦੀ ਗੱਲ ਛਿੜੀ। ਪਿਤਾ ਜੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ। ਜਦ ਆਪ ਜੀ ਨੇ ਕਿਰਪਾ ਭਰੇ ਨੇਤਰਾਂ ਨਾਲ ਮੇਰੀ ਵੱਲ ਤੱਕਿਆ ਤਾਂ ਮੈਂ ਚਰਨ ਪਕੜ ਕੇ ਰੋ ਪਈ ਅਤੇ ਬੇਨਤੀ ਕੀਤੀ, ਹੇ ਜਾਣੀ ਜਾਣ ਜੀ, ਸੰਸਾਰ ਅਗਨ ਤੋਂ ਰੱਖ ਲਵੋ। ਆਖਣ ਲੱਗੇ, ਅਸਾਂ ਅੱਗ ਵਿੱਚ ਪਾਣੀ ਰੱਖਿਆ ਹੈ ਅਤੇ ਬੰਧਨ ਵਿੱਚ ਮੁਕਤੀ ਰੱਖੀ ਹੈ, ਗ੍ਰਿਸਤ ਵਿੱਚ ਨਿਰਵਾਣ ਸਿਖਾਲਣ ਆਏ ਹਾਂ। ਮੈਂ ਕਿਹਾ, ਸਤ ਬਚਨ ਜੋ ਆਪ ਦਾ ਹੁਕਮ ਹੈ ਉਹ ਮੇਰਾ ਜੀਵਨ ਹੈ। ਤਦ ਆਪ ਬੋਲੇ, ਗ੍ਰਿਸਤੀ ਵਾਹਿਗੁਰੂ ਤੱਕ ਪਹੁੰਚੇ। ਵਾਹਿਗੁਰੂ ਦਾ ਪਿਆਰ ਅਤੇ ਗ੍ਰਿਸਤ ਉਦਾਸ ਦੋਵੇਂ ਕੀਕੂ ਨਿਭਣ। ਇਹ ਗੱਲ ਕਰਕੇ ਦੱਸਣ ਲਈ ਅਸਾਂ ਗ੍ਰਿਸਤ ਉਦਾਸ ਮਤ ਟੋਰਿਆ ਹੈ। ਗ੍ਰਿਸਤ ਕਰੇ ਪਰ ਅਧਰਮ ਕਰੇ ਉਹ ਮਾੜਾ ਹੈ, ਅਤੇ ਜੇ ਕੋਈ ਹੱਠ ਭੇਖ ਅਤੇ ਵਿਖਾਵੇ ਕਰਕੇ ਨਹੀਂ ਪਰ ਸਹਿ ਸੁਭਾਵ ਗ੍ਰਿਸਤ ਨਾ ਕਰੇ ਅਤੇ ਸਾਈਂ ਦੇ ਪਿਆਰ ਵਿੱਚ ਰੱਤਾ ਹੋਵੇ ਤਾਂ ਉਸ ਨੂੰ ਅਸੀਂ ਮਾੜਾ ਵੀ ਨਹੀਂ ਕਹਾਂਗੇ। ਪਖੰਡ ਬੁਰਾ ਹੈ, ਹਰ ਸ਼ਕਲ ਵਿੱਚ ਬੁਰਾ ਹੈ, ਵਿਖਾਵਾ ਹਰ ਸ਼ਕਲ ਵਿੱਚ ਮਾੜਾ ਹੈ। ਕਪਟ ਭੁੱਲ ਕੇ ਨਹੀਂ ਕਰਨਾ, ਅੰਤ ਜਿਊੜੇ ਦੇ ਸਿਰ ਨਿਬੇੜੇ ਪੈਂਦੇ ਹਨ। ਫਿਰ ਮੇਰੇ ਪਿਤਾ ਵੱਲ ਤੱਕ ਕੇ ਕਹਿਣ ਲੱਗੇ, ਇਸ ਲਾਡਲੀ ਨੂੰ ਦੁੱਖ ਨਾ ਦੇਣਾ, ਇਸ ਦੇ ਸਿਰ ਵਾਹਿਗੁਰੂ ਦਾ ਹੱਥ ਹੈ, ਇਹ ਜੋ ਕਰੇਗੀ ਉਹ ਮਾੜਾ ਨਹੀਂ ਰਹੇਗਾ। ਇਸ ਨੂੰ ਕਿਸੇ ਗੱਲੇ ਤੰਗ ਨਾ ਕਰਨਾ, ਸਹਿਜ ਸੁਭਾਵ, ਜੇ ਇਹ ਚਾਹੇ ਕਾਜ ਕਰ ਦੇਣਾ, ਜੇ ਨਾ ਚਾਹੇ ਤਾਂ ਨਾ ਕਰਨਾ। ਇਸ ਦੇ ਸਿਰ ਸਾਧ ਸੰਗਤ ਦੀ ਸੇਵਾ ਦਾ ਚੋਖਾ ਭਾਰ ਹੈ ਰਹੇਗਾ। ਸੁਰਤ ਇਸ ਦੀ ਨਾਮ ਦੇ ਘਰ ਰਸੀਆ ਹੋ ਚੁੱਕੀ ਹੈ, ਇਹ ਸੁਖੀ ਹੈ। ਫਿਰ ਮੇਰੇ ਵੀਰ ਦੇ ਸਿਰ ਹੱਥ ਫੇਰ ਕੇ ਹਰਦਾਸ ਨਾਮ ਬਖਸ਼ਿਆ। ਆਖਣ ਲੱਗੇ, ਸਿੱਖਾ ਤੂੰ ਰਾਜ ਕਰੀ, ਤੇਰੀ ਭੈਣ ਯੋਗ ਕਰੇਗੀ, ਤੇਰੇ ਰਾਜ ਵਿੱਚ ਉਸ ਦਾ ਯੋਗ ਚੱਲੇਗਾ ਔਰ ਉਸ ਦੇ ਯੋਗ ਨੂੰ ਤੇਰਾ ਰਾਜ ਸਹਾਰਾ ਦੇਵੇਗਾ। ਐਂ ਦੋਵੇਂ ਰਾਜ ਯੋਗ ਕਮਾ ਕੇ ਸਹਿਜ ਪਦ ਵਿੱਚ ਖੇਡੋਗੇ। ਕੀ ਦੱਸਾਂ ਕਿਸ ਤਰ੍ਹਾਂ ਦੇ ਅਮਿਤ ਦਾਨ ਦਿੰਦੇ, ਬੱਦਲ ਦੀ ਤਰ੍ਹਾਂ ਵਸਦੇ ਪਿਆਰੇ ਜੀ ਕਿਸੇ ਹੋਰ ਟਿਕਾਣੇ ਨੂੰ ਚਲੇ ਗਏ। ਅਸੀਂ ਸ਼ਾਂਤ ਅਤੇ ਪਿਆਰ ਭਰੇ ਉਦਾਸੀ ਵਿੱਚ ਪੈ ਗਏ, ਪਰ ਨਿੱਤ ਦਾ ਸਤਸੰਗ, ਸਵੇਰ ਵੇਲੇ ਆਸਾ ਦੀ ਵਾਰ ਦਾ ਕੀਰਤਨ, ਸਾਂਝ ਨੂੰ ਸੋਦਰ ਦੀ ਚੌਂਕੀ ਅਤੇ ਆਰਤੀ ਆਦਿ ਸੱਚੇ ਪਰਚੇਵੇਂ ਸਾਡੇ ਨਾਲ ਸਨ। ਪਿਤਾ ਜੀ ਰਾਜ ਕਰਦੇ ਅਤੇ ਮੈਂ ਸੰਗਤ ਦੀ ਸੇਵਾ ਕਰਦੀ ਸਾਂ। ਇਸ ਤਰ੍ਹਾਂ ਜਦ ਵੀਰ ਜੀ ਰਾਜ ਭਾਗ 'ਤੇ ਆਏ ਤਾਂ ਗੁਰਵਾਕ ਸਫਲ ਹੋਏ। ਇਸੇ ਤਰ੍ਹਾਂ ਮੇਰੀ 50 ਵਰੇ ਦੀ ਉਮਰ ਜੋ ਮੈਨੂੰ ਤੁਰੋਂ ਮਿਲੀ ਸੀ ਬਤੀਤ ਹੋਈ। ਹਾਂ ਮੁਸਾਫਰ, ਇੱਥੇ ਇੱਕ ਅਣਜਾਣ ਗਰੀਬ ਸਿੱਖ ਮੁਸਾਫਰ ਬਾਣੀ ਪੜ੍ਹਦਾ ਬੈਠਾ ਸੀ, ਜੋ ਇਕੱਲਾ ਸੀ ਔਰ ਜਿਸ ਨੂੰ ਕੋਈ ਨਹੀਂ ਸੀ ਜਾਣਦਾ, ਜੋ ਮੂਰਖ ਅਤੇ ਖੁਰਦਰੇ ਹੱਥਾਂ ਨਾਲ ਕਾਇਲ ਕੀਤਾ ਗਿਆ ਅਤੇ ਦੋ ਅੱਖਾਂ ਤੋਂ ਬਿਨਾਂ, ਕਿਸੇ ਹੀ ਦੇ ਨੀਰ ਵੱਗੇ ਤੋਂ ਬਿਨਾਂ ਸਸਕਾਰਿਆ ਗਿਆ, ਉਹ ਗੁੰਮ ਆਇਆ ਅਤੇ ਗੁੰਮ ਗਿਆ। ਪਰ ਉਹ ਗੁਰੂ ਨਾਨਕ ਦੇਵ ਜੀ ਦੀ ਕਣੀ ਵਾਲਾ ਆਪਣੀ ਗੁੰਮ ਯਾਤਰਾ ਵਿੱਚ ਇੱਕ ਐਸਾ ਵਾਕ ਕਰ ਗਿਆ ਕਿ ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤਪਿਓਂ ਤੁਰੇ ਸਨ
ਤਦ ਤਪੇ ਦੀ ਹੱਦ ਤੱਕ ਜੋ ਸਿੱਖ ਛੱਡਣ ਗਏ ਉਹਨਾਂ ਦੀ ਗਿਣਤੀ 900 ਤੋਂ ਵਧੀਕ ਸੀ। ਇੱਕ ਸਿੱਖ ਦੀ ਜਿੰਦੜੀ ਆਪਣੀ ਚੁੱਪ ਆਵਾਜ਼ ਨਾਲ ਹਜ਼ਾਰਾਂ ਨੂੰ ਉਧਾਰਨ ਦਾ ਕਾਰਨ ਹੋਈ। ਉਹ ਪਿਆਰੀ ਆਤਮਾ ਇੱਥੇ ਬੈਠੀ ਸੀ, ਪਰ ਉਸ ਦੇ ਖੂਨ ਦੇ ਇੱਕ ਟੇਪੇ ਦੇ ਬਦਲੇ ਇੱਥੇ ਇੱਕ ਇੱਕ ਸਿੱਖ ਪੈਦਾ ਹੋਇਆ। ਹੇ ਮੁਸਾਫਰ, ਕੀ ਤੂੰ ਸਿੱਖ ਹੈ? ਸਿੱਖ ਕੇ ਸਿੱਖੀ ਕੀ ਹੁੰਦੀ ਹੈ? ਔਰ ਗੁਰੂ ਨਾਨਕ ਜੀ ਦੇ ਉਸ ਸੁੱਖ ਸੁਨੇੜੇ ਦਾ ਜੋ ਉਸਨੇ ਦੇ ਕੇ ਤੋਟੇ ਪੱਖ ਵਿੱਚੋਂ ਕੱਢ ਕੇ ਲਾਹੇ ਪੱਖ ਵਿੱਚ ਲੋਕਾਂ ਨੂੰ ਪਾ ਦਿੱਤਾ, ਆਵਾਜ਼ਾਂ ਸੁਣ ਅਤੇ ਸਿੱਖ ਔਰ ਫੇਰ ਸੰਸਾਰ ਨੂੰ ਸਿਖਾ, ਔਰ ਦੇਖ ਕਿ ਇੱਕ ਸਿੱਖ ਵਿੱਚ ਕਿੰਨੀ ਸਮਰੱਥਾ ਹੁੰਦੀ ਹੈ। ਦੇਖ ਕਿ 1.25 ਲੱਖ ਕੀਕੂ ਹੋ ਜਾਂਦਾ ਹੈ, ਤੋਟੇ ਦਾ ਸੁਭਾਅ ਲਾਹੇ ਦੇ ਘਰ ਕੀਕੂ ਆ ਵੱਸਦਾ ਹੈ। ਇਹ ਕੁਝ ਆਖਣ ਮਗਰੋਂ ਉਹ ਸੂਰਤ ਚੁੱਪ ਹੋ ਗਈ, ਮੇਰੇ ਵੱਲੋਂ ਨਜ਼ਰ ਮੋੜ ਕੇ ਅਰਸ਼ਾਂ ਵੱਲ ਤੱਕੀ, ਫੇਰੀ ਮੇਰੇ ਵੱਲ ਤੱਕੀ ਤੇ ਬੋਲੀ, ਮਨੋ ਨਾ ਵਿਸਾਰ, ਅਹਿਨਸ ਧਿਆਈ ਹੈ, ਜਿਉ ਰਾਖੇ ਕਿਰਪਾ ਧਾਰ ਤਿਵੇਂ ਸੁੱਖ ਪਾਈ ਹੈ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ, ਨਾਮ ਓਹੈ ਮੋਹਣੀ। ਇਹ ਅਤ ਪਿਆਰ ਨਾਲ ਗਾਉਂਦੀ, ਮੇਰੇ ਤੇ ਤੁੱਠ ਤੁੱਠ ਕੇ ਨਜ਼ਰ ਪਾਉਂਦੀ, ਫਿਰ ਉੱਪਰ ਉੱਚੀ ਚੜ੍ਹਦੀ ਆਕਾਸ਼ ਵਿੱਚ ਇੱਕ ਕਿਰਨ ਵਾਂਗੂ ਲੱਸਦੀ ਲੱਸਦੀ ਦੂਰ ਹੁੰਦੀ, ਮੱਧਮ ਪੈਂਦੀ, ਅਤ ਗੁੰਮ ਹੋ ਗਈ। ਮੈਨੂੰ ਨੀਂਦ ਵਿੱਚ ਉਸ ਦੇ ਗੁੰਮ ਹੋ ਜਾਣ ਦਾ ਬਿਰਹਾ ਪਿਆ ਅਤੇ ਚਿੱਤ ਕੁਝ ਕਾਲਾ ਪਿਆ। ਉਸ ਕਾਲ ਵਿੱਚ ਜਾਗ ਖੁੱਲ੍ਹ ਗਈ, ਮੈਂ ਸਾਂ ਅਤੇ ਉਹ ਮੱਠ ਸੀ, ਇਕਾਂਤ ਅਤੇ ਸ਼ਾਂਤ ਸੀ, ਪਰ ਇੱਕ ਸੁਗੰਧੀ ਅਤੇ ਰਸ ਫੁਹਾਰ ਉੱਥੇ ਭਰੀ ਜਾਪਦੀ ਸੀ, ਜਿਸ ਦਾ ਛਿਣਕਾਓ ਮੇਰੇ ਲੂਹਾਂ ਨੂੰ ਛੂਹ ਛੂਹ ਕੇ ਅੰਦਰ ਸਿੰਜਰਦਾ ਸੀ ਅਤੇ ਅੰਦਰੋਂ ਕੋਈ ਚਰਨਾਟ ਛਿੜ ਕੇ ਲੂਹਾਂ ਨੂੰ ਲੂਹ ਕੰਢੇ ਕਰਦੀ ਸੀ। ਵਾਹ ਵਾਹ ਸਤਿਗੁਰੂ ਨਾਨਕ, ਤੇਰਾ ਬਿਰਧ ਪਤਤ ਪਾਵਣ, ਵਾਹ ਕੀਕੂ ਤਾਰਿਆ ਅਤੇ ਕੀਕੂ ਮੈਂ ਭੁੱਲ ਕੇ ਕੁੱਛੜ ਖੇਡ ਦੇ ਬਾਲ ਨੂੰ ਆਪਣੇ ਅਗੰਮੀ ਦੇਸ਼ ਦਾ ਕੋਈ ਝਾਕਾ ਦੇ ਕੇ ਸੱਚੀ ਸੋਝੀ ਪਾਈ ਹੈ। ਇਹ ਪ੍ਰਸੰਗ, ਇਹ ਵਾਰਤਾ ਬੜੀ ਅਚਰਜ ਹੈ। ਸਤਿਗੁਰੂ ਦੇ ਇਹੋ ਜਿਹੇ ਤਾਰਨਹਾਰ ਬਿਰਧ ਦੇ ਅਨੇਕਾਂ ਕੌਤਕ ਹੋਏ, ਜੋ ਸੋਕ ਹੈ ਕਿ ਲਿਖੇ ਨਹੀਂ ਗਏ। ਲਿਖਣ ਵਿੱਚ ਤਾਂ ਅੱਤ ਥੋੜ੍ਹੇ ਆਏ ਹਨ, ਹਾਂ ਕੌਣ ਸਮੇਂ ਦੇ ਵਲੇਟੇ ਚਿੱਠੇ ਖੋਲ੍ਹੇ ਅਤੇ ਵਾਚੇ। ਮੈਨੂੰ ਇਹ ਸੋਹਣੀ ਵਾਰਤਾ ਦਿਸੀ ਹੈ, ਅਚਰਜ ਵਾਲੀ ਹੈ, ਸਿੱਖਿਆ ਵਾਲੀ ਹੈ, ਤਾਰਨਹਾਰ ਹੈ ਮੇਰੇ, ਅਤੇ ਇਸ ਦਾ ਉਪਕਾਰ ਹੋਇਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ ਦਾ ਉਪਦੇਸ਼ ਮੇਰੇ ਹਿਰਦੇ 'ਤੇ ਲਿਖਿਆ ਗਿਆ ਹੈ। ਇਵੇਂ ਇਹ ਵਾਰਤਾ ਹੋਰਨਾਂ ਨੂੰ ਸੁੱਖਦਾਤੀ ਹੋ ਸਕਦੀ ਹੈ, ਇਸ ਲਈ ਮੈਂ ਸਵੇਰੇ ਹੀ ਸੁਪਨਾ ਚੇਤੇ ਕਰ ਕਰ ਘੋਖ ਘੋਖ ਕੇ ਯਾਦ ਕੀਤਾ ਅਤੇ ਚੇਤਾਵਣੀਆਂ ਲਈ ਲਿਖ ਲਈਆਂ, ਜੋ ਕਿਵੇਂ ਕਿਸੇ ਲਿਖਤ ਵਿੱਚ ਆ ਕੇ ਕਿਸੇ ਸੁਪਾਗ ਲੇਖਣੀ ਦੇ ਰਸਤੇ ਗੁਰਯਸ਼ ਦਾ ਚਾਤ੍ਰਿਕ ਨੈਣਾ ਅਤੇ ਪਪੀਹੇ ਕੰਨਾਂ ਤੱਕ ਅੱਪੜਦੀ ਹਿਰਦਿਆਂ ਵਿੱਚ ਅੰਮ੍ਰਿਤ ਦੀ ਠੰਡ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।